ਅਸੀਂ 16 ਮੈਂਬਰਾਂ ਨੂੰ ਲੈ ਕੇ ਖੇਤ ਦੇ ਵਿੱਚ ਜਾ ਕੇ ਤੰਬੂ ਲਾ ਕੇ ਰਹਿਣਾ ਸ਼ੁਰੂ ਕੀਤਾ ਨਹੀਂ ਸੀ ਸੋਚਿਆ ਵੀ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਏਡੀ ਵੱਡੀ ਸੇਵਾ ਸ਼ੁਰੂ ਹੋ ਜੂਗੀ ਅਸੀਂ ਇੱਕ ਬੰਦਾ ਸਾਨੂੰ ਮਿਲਿਆ ਸੜਕ ਤੋਂ ਉਹਦੇ ਟੈਸਟ ਕਰਾਏ ਉਹ ਐਚਆਈਵੀ ਪੋਜ਼ਿਟਿਵ ਨਿਕਲਿਆ ਬੰਦਾ ਅਸੀਂ ਸ਼ਾਮ ਨੂੰ ਅਸੀਂ ਸੌਂਗੇ ਸਵੇਰ ਨੂੰ ਜਦ ਅਸੀਂ ਉੱਠੇ ਛੱਡੇ ਸਾਰੇ ਬੇਟਰ ਵੱਜ ਗਏ ਜਿਸ ਸ਼ਖਸ ਨੂੰ ਅੱਜ ਕਿਹਾ ਜਾ ਰਿਹਾ ਹੈ ਕਿ ਉਹ ਹਰ ਕਿਸ ਲਈ ਸੇਵਾ ਕਰ ਲੈਂਦਾ ਕੋਈ ਵੀ ਬਿਮਾਰ ਹੋਵੇ ਕਿਸੇ ਵੀ ਸਥਿਤੀ ਦੇ ਵਿੱਚ ਹੋਵੇ ਉਹਨੇ ਆਪਣਾ ਟੱਬਰ ਸੰਭਾਲ ਲਿਆ ਤੁਹਾਡੇ ਉੱਪਰ ਇਹ ਇਲਜ਼ਾਮ ਲੱਗ ਰਿਹਾ ਕਿ ਤੁਸੀਂ ਕੈਮਰਾ ਲੈ ਕੇ ਅੰਦਰ ਵੜ ਜਨੋਂ ਕਿਸੇ ਦੇ ਘਰ ਇ ਤੁਹਾਡਾ ਖੁਦ ਦਾ ਸੋਰਸ ਆਫ ਇਨਕਮ ਕੀ ਹੈ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਮੌਕਾ ਆਉਂਦਾ ਹੈ ਜਦੋਂ ਸਾਨੂੰ ਗਲਤ ਠੀਕ ਦੇ ਵਿੱਚੋਂ ਇੱਕ ਚੁਣਨਾ ਪੈਂਦਾ ਹੈ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਆਉਂਦੇ ਨੇ ਜਦੋਂ ਸਾਨੂੰ ਪੈਰ ਪਿੱਛੇ ਖਿੱਚਣ ਨੂੰ ਦਿਮਾਗ ਕਹਿੰਦਾ ਹੈ ਪਰ ਦਿਲ ਉਸ ਦਾ ਸਾਥ ਨਹੀਂ ਦਿੰਦਾ ਤੇ ਕਈ ਵਾਰ ਕਈ ਲੋਕਾਂ ਦੀ ਜ਼ਿੰਦਗੀ 'ਚ ਅਜਿਹੇ ਮੌਕੇ ਆਉਂਦੇ ਨੇ ਜਦੋਂ ਉਹਨਾਂ ਦੇ ਆਪਣੇ ਸਾਥ ਛੱਡ ਜਾਂਦੇ ਨੇ ਔਰ ਉਹ ਸਮਾਜ ਜਿਹਾ ਹੁੰਦਾ ਜਦੋਂ ਅਸੀਂ ਖੁਦ ਦੀ ਵੀ ਕੇਅਰ ਨਹੀਂ ਕਰ ਪਾਉਂਦੇ ਬੇਸ਼ੱਕ ਉਹਨਾਂ ਦੀ ਤਦਾਦ ਬਹੁਤ ਘੱਟ ਹੋਵੇ ਦੁਨੀਆ ਦੇ ਵਿੱਚ ਪਰ ਜਦੋਂ ਅਜਿਹੀ ਸਥਿਤੀ 'ਚ ਕੋਈ ਪਹੁੰਚ ਜਾਂਦਾ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ ਖਾਸ ਤੌਰ ਤੇ ਜਦੋਂ ਕੋਈ ਬਿਮਾਰੀ ਕਿਸੇ ਨੂੰ ਘੇਰ ਲਵੇ ਤੇ ਉਹ ਇਕੱਲਾ ਰਹਿ ਜਾਵੇ ਪਰ ਅਜਿਹੇ ਲੋਕਾਂ ਦੇ ਵੀ ਸਹਾਰਾ ਹੁੰਦਾ ਉਹ ਕਹਿੰਦੇ ਨੇ ਨਾ ਕਿ ਜਿਸ ਦਾ ਕੋਈ ਨਹੀਂ ਉਸ ਦਾ ਰੱਬ ਹੈ ਤੇ ਰੱਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਹੈ ਅੱਜ ਅਸੀਂ ਨਿਊਜ਼ ਰੂਮ ਕਟੈਰਾ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਨੂੰ ਬੁਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਨਾਮ ਦਿੱਤੇ ਨੇ ਉਹਨਾਂ ਨਾਵਾਂ ਦੇ ਵਿੱਚੋਂ ਇੱਕ ਨਾਮ ਉਹਨਾਂ ਦਾ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਮਾਤਾ ਪਿਤਾ ਨੇ ਦਿੱਤਾ ਹੈ ਉਹ ਨਾਮ ਹੈ ਗੁਰਪ੍ਰੀਤ ਸਿੰਘ ਜਿਨ੍ਹਾਂ ਗੁਰਪ੍ਰੀਤ ਸਿੰਘ ਮਿੰਟੂ ਜਿਨ੍ਹਾਂ ਨੂੰ ਤੁਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਐਨ ਜੀਓ ਦੇ ਤੌਰ ਦੇ ਉੱਤੇ ਵੀ ਜਾਣਦੇ ਹੋ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ 2024 ਦੇ ਵਿੱਚ ਦੁਨੀਆ ਦੇ ਇੱਕ ਅਜਿਹੇ ਰੂਪ ਨੂੰ ਜਿਸ ਨੂੰ ਸ਼ਾਇਦ ਅਸੀਂ ਰੋਜ਼ ਭੱਜਦੇ ਹੋਏ ਨਹੀਂ ਪਹਿਚਾਨ ਪਾਉਂਦੇ ਜਾਂ ਸ਼ਾਇਦ ਉਸ ਵਾਲੇ ਪਾਸੇ ਸਾਡੀ ਨਜ਼ਰ ਨਹੀਂ ਜਾ ਪਾਂਦੀ ਤਾਂ న్యూਸ ਰੂਮ ਕਟੈਰਾ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਜ਼ੋਰਦਾਰ ਤਾੜੀਆਂ ਦੇ ਨਾਲ ਗੁਰਪ੍ਰੀਤ ਸਿੰਘ ਮਿੰਟੂ ਜੀ ਦੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਜੋ ਚਲਾਉਂਦੇ ਨੇ ਤਾੜੀਆਂ ਦੇ ਨਾਲ ਇੱਕ ਵਾਰ ਉਹਨਾਂ ਦਾ ਸਵਾਗਤ ਤਾੜੀਆਂ ਜ਼ਰੂਰ ਵੱਜਦੀਆਂ ਰਹਿਣੀਆਂ ਚਾਹੀਦੀਆਂ ਗੁਰਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਬਹੁਤ-ਬਹੁਤ। ਤੁਸੀਂ ਸਾਨੂੰ ਸਮਾਂ ਦਿੱਤਾ ਹੈ। ਪਲੀਜ਼ ਬੈਠੋ। ਤਾਂ ਅਸੀਂ ਨਿਊਜ਼ਰੂਮ ਕਟਹਿਰਾ ਦੇ ਵਿੱਚ ਗੱਲਬਾਤ ਕਰਾਂਗੇ। ਸਾਡੇ ਜਿਹੜੇ ਸਹਿਯੋਗੀ ਨੇ ਸਾਰੇ ਨਿਊਜ਼ਰੂਮ ਦੇ ਵਿੱਚ ਸਾਡੇ ਯੰਗ ਜਰਨਲਿਸਟ ਨੇ ਸਾਡੇ ਸਾਰੇ ਸੀਨੀਅਰ ਸਹਿਯੋਗੀ ਉਹ ਵੀ ਤੁਹਾਡੇ ਤੋਂ ਸਵਾਲ-ਜਵਾਬ ਕਰਨਗੇ। ਮਿੰਟੂ ਜੀ ਮੈਂ ਸ਼ੁਰੂਆਤ ਕਰਦਾ ਮੈਂ ਇੱਕ ਇੱਕ ਓਪਨਿੰਗ ਦੇ ਵਿੱਚ ਗੱਲ ਕਹੀ ਹੈ। ਪਰ ਦੇਖੋ ਅਸੀਂ ਤੁਹਾਨੂੰ ਸਵਾਲਾਂ ਦੇ ਕਟਹਿਰੇ 'ਚ ਲਿਆ ਕੇ ਖੜਾ ਕਰ ਦਿੱਤਾ। ਸਿਆਣੇ ਕਹਿੰਦੇ ਨੇ ਕਿ ਦਾਤੀ ਦੇ ਇੱਕ ਪਾਸੇ ਤਿੱਖੀ ਹੁੰਦੀ ਹੈ ਪਰ ਆਰੀ ਦਾ ਇੱਕ ਪਾਸਾ ਦੇਖਾ ਹੁੰਦਾ ਪਰ ਦੁਨੀਆ ਦੋਵੇਂ ਪਾਸੇ ਤੋਂ ਦੇਖੀ ਹੁੰਦੀ ਹੈ ਤੁਸੀਂ ਇਸ ਪਾਸੇ ਜਾਓ ਉਸ ਪਾਸੇ ਜਾਓ ਲੋਕਾਂ ਨੇ ਗੋਚਾਂ ਕੱਢਣੀਆਂ ਹੀ ਕੱਢਣੀਆਂ ਤਾਂ ਸ਼ਾਇਦ ਤੁਹਾਡੇ ਨਾਲ ਵੀ ਹੁੰਦਾ ਹੋਏਗਾ ਆਪਾਂ ਸਵਾਲ ਜਵਾਬ ਕਰਾਂਗੇ ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਤੁਸੀਂ ਕੌਣ ਤੁਸੀਂ ਕੌਣ ਤੁਸੀਂ ਗੁਰਪ੍ਰੀਤ ਸਿੰਘ ਮਿੰਟੂ ਤੱਕ ਗੱਲ ਠੀਕ ਹੈ ਮਿੰਟੂ ਮਾਲਵੇ ਤੱਕ ਗੱਲ ਠੀਕ ਹੈ ਲੋਕ ਤੁਹਾਨੂੰ ਭਗਤਪੁਰ ਸਿੰਘ ਦਾ ਵਾਰਿਸ ਕਹਿੰਦੇ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਨਾਮ ਰੱਬ ਦਾ ਰੂਪ ਕਹਿੰਦੇ ਨੇ ਅੱਛਾ ਜਿਹੜੇ ਨੈਗੇਟਿਵ ਕਮੈਂਟਸ ਆਉਂਦੇ ਨੇ ਮੈਂ ਉਸ ਵਾਲੇ ਪਾਸੇ ਵੀ ਰੁਕ ਕਰਾਂਗਾ ਪਰ ਪਹਿਲਾਂ ਮੈਂ ਸਮਝਣਾ ਚਾਹੁੰਦਾ ਕਿ ਤੁਸੀਂ ਸੋਸ਼ਲ ਮੀਡੀਆ ਇਨਫਲੂਐਂਸਰ ਹੋ ਤੁਸੀਂ ਕੌਣ ਹੋ ਕਿਵੇਂ ਤੁਹਾਡੀ ਪਛਾਣ ਤੁਸੀਂ ਖੁਦ ਦੇ ਤੌਰ ਦੇ ਉੱਪਰ ਦੇਖਦੇ ਹੋ ਐਕਚੁਅਲ ਦੇ ਵਿੱਚ ਜੀ ਅਸੀਂ ਇੱਕ ਆਮ ਇਨਸਾਨ ਆ ਜੋ ਅੱਜ ਦੇ ਸਮਾਜ ਦੇ ਵਿੱਚ ਵਿਚਰਦਾ ਸੰਜੀਦਾ ਸੋਚ ਵਾਲਾ ਜਿਹਨੂੰ ਦੁੱਖ ਲੱਗਦਾ ਕਿਸੇ ਇਨਸਾਨ ਨੂੰ ਦੇਖ ਕੇ ਆਪਣੀ ਤਕਲੀਫ ਨੂੰ ਅਸੀਂ ਖੁਦ ਆਪ ਆਪਣੀ ਜ਼ਿੰਦਗੀ 'ਚ ਬਹੁਤ ਦੁੱਖ ਝੰਡਾਇਆ ਹੋਇਆ ਬੜੀਆਂ ਤਕਲੀਫਾਂ 'ਚੋਂ ਨਿਕਲੇ ਹੋਏ ਆਂ ਤਾਂ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਸਾਡਾ ਫਰਜ਼ ਆ ਅਸੀਂ ਜਿਹੜੇ ਨਿੱਕੇ-ਨਿੱਕੇ ਹੁੰਦੇ ਸੀ ਸਾਡੇ ਮੇਰੇ ਦਾਦੀਆਂ ਨਾਨੀਆਂ ਮੇਰੇ ਮੰਮੀ ਦੇ ਪੂਆ ਜੀ ਹੁੰਦੇ ਸੀ ਬਜ਼ੁਰਗ ਉਹਨਾਂ ਨੇ ਸਾਨੂੰ ਛੋਟਿਆਂ-ਛੋਟਿਆਂ ਨੂੰ ਰੂਪ ਪਸੰਦ ਦੀ ਕਹਾਣੀ ਸਰਬਨ ਪੁੱਤ ਦੀ ਛੋਟੇ ਸ਼ਾਹਬਜਦਿਆਂ ਦੀ ਸੁੱਚੇ ਸੂਰਮੇ ਦੀ ਮਤਲਬ ਇਸ ਤਰ੍ਹਾਂ ਦੀਆਂ ਵਾਰਤਾਂ ਸੁਣ ਕੇ ਵੱਡੇ ਹੋਏ ਆਂ ਪਰ ਜਦੋਂ ਵੱਡੇ ਹੋਏ ਦੁਨੀਆ ਨੂੰ ਬਦਲਦਾ ਦੇਖਿਆ ਮੇਰਾ 76 ਦਾ ਬਰਤਾ ਅਸੀਂ ਟੈਕਨੋਲੋਜੀ ਦਾ ਯੁੱਗ ਆਉਂਦਿਆਂ ਦੇਖਿਆ ਅਸੀਂ ਦੇਖਿਆ ਵੀ ਜੋ ਕਹਾਣੀਆਂ ਚ ਦੱਸਿਆ ਜਾਂਦਾ ਸੀ ਉਹ ਐਕਚੁਅਲ ਦੇ ਵਿੱਚ ਹੈ ਨਹੀਂ ਦੇਖ ਨਹੀਂ ਰਿਹਾ ਕਿਤੇ ਨਜ਼ਰ ਨਹੀਂ ਸੀ ਆਉਂਦਾ ਜਾਂ ਉਹਦੇ ਅੰਗੇਸ਼ ਕਿਤੇ ਕੋਈ ਖੜਾ ਦੇਖਣਾ ਤਾਂ ਹੌਲੀ-ਹੌਲੀ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਿਹੇ ਦੀ ਸੋਚ ਮਹਾਰਾਜ ਨੇ ਸਾਨੂੰ ਬਖਸ਼ੀ ਉਦੇ ਮੁਤਾਬਕ ਅਸੀਂ ਇੱਕ ਸੇਵਾ ਕਰਦੇ ਆਂ ਅਸੀਂ ਆਪਣੇ ਆਪ ਨੂੰ ਇੱਕ ਨਿਮਾਣੇ ਸੇਵਾਦਾਰ ਮੰਨਦੇ ਆਂ ਕਿ ਸੁਪਨਿਆਂ ਦਾ ਘਰ ਆ ਕੋਈ 7 ਮੈਂਬਰਾਂ ਦਾ ਘਰ ਆ ਕਿਸੇ ਦਾ 5 ਦਾ ਕਿਸੇ ਦਾ 10 ਦਾ ਅਸੀਂ 700 ਮੈਂਬਰਾਂ ਦੇ ਪਰਿਵਾਰ ਦੇ ਵਿੱਚ ਰਹਿੰਦੇ ਆਂ ਉਸ ਪਰਿਵਾਰ ਦੇ ਮੈਂਬਰ ਆ ਤੇ ਉਹਦੇ ਵਿੱਚ ਸਾਡੇ ਬਾਪੂ ਬਜ਼ੁਰਗ ਨੇ ਸਾਡੀਆਂ ਮਾਵਾ ਭੈਣਾਵਾ ਬੱਚੇ ਆ ਬੱਚੀਆਂ ਆ ਤੇ ਸੁਪਨਿਆਂ ਦੇ ਘਰ ਵਿੱਚ ਅਸੀਂ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਆਂ ਮਤਲਬ ਤੁਸੀਂ ਜ਼ਿਕਰ ਕਰ ਰਹੇ ਹੋ ਕਿ 2016 ਤੋਂ ਤੁਸੀਂ ਆਪਣੀ ਪੂਰੀ ਜਰਨੀ ਸ਼ੁਰੂ ਕੀਤੀ ਮੈਂ ਉਸ ਪਾਸੇ ਜਾਵਾਂ ਤੇ ਮੌਜੂਦਾ ਸਮੇਂ 'ਚ ਤੁਹਾਡੇ ਕੋਲ 700 ਤੁਹਾਡੇ ਮੈਂਬਰ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਪਰਿਵਾਰ ਦਾ ਮੈਂਬਰ ਕਹਿੰਦੇ ਹੋ ਮੈਂ ਮੈਂ ਗੁਰਪ੍ਰੀਤ ਜੀ ਦੇਖੋ ਤੁਸੀਂ ਜ਼ਿਕਰ ਕਰ ਦਿੱਤਾ ਵਕ ਵਕ ਕਹਾਣੀਆਂ ਦਾ ਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਦਾਦੀ ਨਾਨੀ ਨੇ ਤੁਹਾਨੂੰ ਸੁਣਾਇਆ ਅਸੀਂ ਵੀ ਸਾਰਿਆਂ ਨੇ ਸੁਣੀ ਹੈ ਬਿਲਕੁਲ ਕੋਈ ਕੋਈ ਖਾਸ ਵਜ੍ਹਾ ਸੀ ਕੋਈ ਅਜੀਹੀ ਕਹਾਣੀ ਸੀ ਤੁਸੀਂ ਪੰਕਪੂਰਨ ਸਿੰਘ ਜੀ ਬਾਰੇ ਸੁਣਿਆ ਹੋਵੇਗਾ ਉਹਨਾਂ ਦੀਆਂ ਕਹਾਣੀਆਂ ਵੀ ਤੁਹਾਡੇ ਜ਼ਿਕਰ ਨਹੀਂ ਆਇਆ ਉਹਨਾਂ ਦੀ ਕਹਾਣੀ ਬਾਰੇ ਉਹ ਵੀ ਸੁਣੀਆਂ ਹੋਣਗੀਆਂ ਤੁਸੀਂ ਬਿਲਕੁਲ ਤੁਹਾਨੂੰ ਅੱਜ ਉਹਨਾਂ ਦਾ ਵਾਰਿਸ ਕਿਹਾ ਜਾਂਦਾ ਹੈ ਸਮਝਦੇ ਹੋ ਕਿ ਉਸ ਉਸ ਲੀ ਦੇ ਉੱਤੇ ਤੁਸੀਂ ਹੈਗੇ ਹੋ ਨਹੀਂ ਬੀਰ ਜੀ ਅਸੀਂ ਉਹਨਾਂ ਦੇ ਬਿਲਕੁਲ ਵੀ ਨੇੜੇ ਤੇੜੇ ਵੀ ਨਹੀਂ ਹੈਗੇ ਐਕਚੁਅਲੀ ਦੇ ਵਿੱਚ ਉਹ ਯੁੱਗ ਸੀ ਜਦੋਂ ਭਗਤ ਪੂਰਨ ਸਿੰਘ ਜੀ ਨੇ ਸੇਵਾ ਕੀਤੀ ਲੋਕਾਂ ਦੇ ਦਰ ਤੇ ਜਾ ਕੇ ਮੰਗ ਕੇ ਕਿਦਾਂ ਉਹਨਾਂ ਨੂੰ ਪ੍ਰਸ਼ਾਦਾ ਕਿਦਾਂ ਇੱਕ ਪਿਆਰੇ ਨੂੰ ਸੜਕ ਤੋਂ ਚੱਕ ਕੇ ਲਵਾਰਸ ਨੂੰ ਆਪਣੇ ਗਲ ਨਾਲ ਲਾਇਆ ਜਦ ਤੱਕ ਜਿੰਦਾ ਰਹੇ ਨੇ ਆਖਰੀ ਸਵਾਸ ਤੱਕ ਉਹਨਾਂ ਨੂੰ ਗਲ ਦੇ ਨਾਲ ਹੀ ਲਾ ਕੇ ਰੱਖਿਆ ਅਸੀਂ ਅੱਜ ਦੇ ਕਾਲ ਯੁੱਗ ਦੇ ਯੁੱਗ ਦੇ ਵਿੱਚ ਰਹਿੰਦੇ ਆ ਬਹੁਤ ਸਾਰੀਆਂ ਆਪਦੀਆਂ ਇੱਛਾਵਾਂ ਵਾਂ ਉਹ ਵੀ ਨਾਲ ਦੀ ਨਾਲ ਜ਼ਿੰਦਗੀ ਚੱਲ ਰਹੀ ਹੈ ਪਰਿਵਾਰ ਵੀ ਚੱਲ ਰਿਹਾ ਭਗਤ ਜੀ ਨੇ ਤਾਂ ਆਪਣੀ ਜ਼ਿੰਦਗੀ ਸਭ ਕੁਝ ਨਿਸ਼ਾਫਰ ਕਰਤਾ ਸੀ ਪਰ ਮੈਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੇ ਚਾਹਤ ਮਾਰਾਂ ਤਾਂ ਅਸੀਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਪਰ ਅਸੀਂ ਉਹਨਾਂ ਨੂੰ ਦੇਖਿਆ ਨਿੱਕੇ ਹੁੰਦੇ ਜਦੋਂ ਦਰਬਾਰ ਸਾਹਿਬ ਜਾਣਾ ਤੇ ਓੜੀ ਤੇ ਬੈਠੇ ਹੋਣਾ ਕਿਸੇ ਦੇ ਬਾਲਾਂ ਨੂੰ ਸਵਾਰਦਿਆਂ ਕਿਸੇ ਦੇ ਕਿਤਾਬਾਂ ਦੇ ਵਿੱਚ ਪੜ੍ਹਦੇ ਮੈਨੂੰ ਜਾ ਮਤਲਬ ਤੁਹਾਨੂੰ ਉਹਨਾਂ ਦਾ ਉਹਨਾਂ ਦੀ ਇੱਕ ਜਿਹੜੀ ਜੋ ਕਿਰਤੋਂ ਕਰ ਰਹੇ ਸੀ ਉਹ ਉਸ ਦਾ ਪਹਿਲਾਂ ਤੁਸੀਂ ਗਿਆਨ ਸੀ ਕਿਉਂਕਿ ਕੀ ਕਰਦੇ ਨੇ ਕਿ ਇਹ ਸ਼ਖਸੀਅਤ ਹੈ ਬਿਲਕੁਲ ਪਰ ਜਿਹੜੀ ਇਹ ਸੇਵਾ ਅਸੀਂ ਕਰ ਰਹੇ ਹਾਂ ਇਹ ਨਾ ਤਾਂ ਸੋਚ ਕੇ ਨਾ ਕੋਈ ਇਦਾਂ ਦਾ ਸੀ ਸਾਡੇ ਨਾ ਹੀ ਸਾਡੇ ਕੋਈ ਜਾਣ ਸੀ ਨਾ ਮੈਂ ਕੋਈ ਸੇਵਾਦਾਰ ਸੀ ਜਿਹੜਾ ਮੇਰਾ ਜ਼ਿੰਦਗੀ ਦਾ ਪਹਿਲਾ ਪੱਖ ਹੈ ਜੀ ਉਹਨੂੰ ਕੋਈ ਦੇਖਣ ਜਿਹੜੇ ਮੇਰੇ ਲੋਕ ਜਾਣਦੇ ਨੇ ਸਾਨੂੰ ਬਿਲਕੁਲ ਹੀ ਇਸ ਚੀਜ਼ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਸੀ ਨਾ ਇਸ ਰਾਹ ਦੇ ਰਾਹੀ ਸੀ ਤੇ ਪਤਾ ਹੀ ਨਹੀਂ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਕਿਹੜਾ ਉਹ ਸਮਾਂ ਸੀ ਜਦੋਂ ਸਾਡੇ ਤੇ ਏਡੀ ਕਿਰਪਾ ਕੀਤੀ ਜਿਹੜੀ ਮਿਹਰ ਕੀਤੀ ਜਿਹੜਾ ਅਸੀਂ ਅੱਜ ਇਸ ਕਾਰਜ ਦੇ ਵਿੱਚ ਆ ਅਸੀਂ ਤਾਂ ਐਵੇਂ ਜੇ ਗੱਲਾਂ ਕਰੀਏ ਲੋਕਾਂ ਦੀ ਇਧਰੋਂ ਉਧਰੋਂ ਜ਼ਮੀਨਾਂ ਦੱਬਦੇ ਜਾਂ ਉਹ ਕਰਦੇ ਤੁਰੇ ਫਿਰਦੇ ਸੀਗੇ ਪਰ ਮਾਰੇ ਨੇ ਆਪਦੀ ਵੀ ਦਾਨ ਕਰਾਤੀ ਆ ਸੱਚੇ ਬਾਦਸ਼ਾਹ ਨੇ ਅਸੀਂ ਤਾਂ ਢਾਬੇ ਤੇ ਵੀ ਇਹ ਸੋਚ ਨਾਲ ਗਏ ਸੀ ਵੀ ਵੱਡਾ ਢਾਬਾ ਬਣਾ ਕੇ ਚਲਾਉਣਾ ਜਿਵੇਂ ਸਿੱਖਦੇ ਆ ਡਾਟਾ ਦਿੱਲੀ ਜਾਂਦਿਆਂ ਨੂੰ ਚੱਲਦਾ ਵੀ ਇਦਾਂ ਚਲਾਵਾਂਗੇ ਪਰ ਉਮਾਰਾ ਨੇ ਸੱਚੇ ਪਾਸ਼ਾ ਨੇ ਸਾਨੂੰ ਓਟਾਬੇ ਤੇ 7-8 ਮਹੀਨੇ ਰਹਿਣ ਲਈ ਵਕਤ ਦਿੱਤਾ ਤੇ ਉਹ 7-8 ਮਹੀਨਾ ਚ ਜਿਸੀ 16 ਮੈਂਬਰ ਲੈ ਕੇ ਵਾਪਸ ਆਪਣੇ ਜਨਕਰ ਨੂੰ ਜਾ ਰਹੇ ਸੀ ਉਹ ਮੈਂਬਰ ਜਿਨ੍ਹਾਂ ਦੇ ਵਿੱਚੋਂ ਚਾਰ ਮੈਂਬਰਾਂ ਦੇ ਕੀੜੇ ਪਏ ਹੋਏ ਸੀ ਤੇ ਦੋ ਮੈਂਬਰ ਪੈਰਾਲਾਈਸ ਸੀਗੇ ਇੱਕ ਬਾਪੂ ਸੀ ਜਿਹੜੇ ਕਾਲੇ ਦੌਰ ਦੇ ਵਿੱਚ ਉਸ ਸਮੇਂ ਦੇ ਵਿੱਚ ਜਿਹੜਾ 80 ਦੇ ਦਹਾਕੇ 90 ਦੇ ਦਹਾਕੇ ਦੇ ਸਾਡੇ ਤੇ ਜੁਲਮ ਹੋਇਆ ਉਹਦੇ ਚ ਉਹਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਸੀਗਾ ਤੇ ਉਹ ਬਾਪੂ ਅਫਸੈਟ ਹੋਇਆ ਸੜਕਾਂ ਦੇ ਦੁਆਰੇ ਫਿਰਦਾ ਸੀ ਇੱਕ ਉਹ ਬਾਪੂ ਬਜ਼ੁਰਗ ਸੀ ਸਾਡੇ ਨਾਲ ਅਸੀਂ ਉਹ 16 ਮੈਂਬਰਾਂ ਨੂੰ ਲੈ ਕੇ ਖੇਤ ਦੇ ਵਿੱਚ ਜਾ ਕੇ ਤੰਬੂ ਲਾ ਕੇ ਰਹਿਣਾ ਸ਼ੁਰੂ ਕੀਤਾ ਨਹੀਂ ਸੀ ਸੋਚਿਆ ਵੀ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਏਡੀ ਵੱਡੀ ਸੇਵਾ ਸ਼ੁਰੂ ਹੋ ਜੂਗੀ ਇੱਕ ਸ਼ੁਰੂ ਤੋਂ ਹੀ ਕਿ ਰਿਹਵਾ ਵੀ ਕਦੇ ਜ਼ਿੰਦਗੀ 'ਚ ਪਲੈਨਿੰਗ ਨਹੀਂ ਕੀਤੀ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਵੀ ਆਪਾਂ ਕੱਲ ਨੂੰ ਆਹ ਕੰਮ ਕਰਨਾ ਆਪਣੇ ਆਪ ਹੀ ਹੁੰਦਾ ਚਲਾ ਗਿਆ ਅੱਜ ਬਿੰਨੀ ਸੋਚ ਕੇ ਆਏ ਸੀਗੇ ਆ ਗੱਲ ਵੀ ਤੁਹਾਡੇ ਸਾਹਮਣੇ ਹੋਵਾਂਗੇ ਰूबरू ਪਰ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹੀ ਮੇਹਰਾ ਵੀ ਜਿਹੜਾ ਸਾਤੋਂ ਇਸ ਜੀਵਨ ਦੇ ਵਿੱਚ ਏਡਾ ਸੋਹਣਾ ਕਾਰਜ ਮਹਾਰਾਜ ਕਰਾ ਰਹੇ ਨੇ ਚਲੋ ਮੈਂ ਥੋੜਾ ਜਿਹਾ ਹੁਣ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਬਾਰੇ ਬਹੁਤ ਕੁਝ ਜਾਣਦੇ ਨੇ ਤੁਸੀਂ ਕਰੀਬ ਕਰੀਬ 48ਵੇਂ ਸਾਲ ਜੋ ਆਪਣੀ ਉਮਰ ਦੇ ਥੋੜਾ ਜਿਹਾ ਦੱਸੋ ਕਿ ਕਿੱਥੋਂ ਤੁਸੀਂ ਸ਼ੁਰੂਆਤ ਕਰਨ ਬਾਰੇ ਸੋਚੀ ਮੈਂ ਇਹ ਕਰਕੇ ਕਹਿ ਰਹੇ ਹਾਂ ਕਿਉਂਕਿ ਜਿਵੇਂ ਤੁਸੀਂ ਪੈਰਾਲਾਈਜ਼ ਦਾ ਜ਼ਿਕਰ ਕਰ ਰਹੇ ਹੋ ਜੇ ਦੋ ਭਰਾਵਾਂ ਦੀ ਇੱਕ ਮਾਂ ਪੈਰਲਾਈਜ਼ ਹੋ ਜਾਵੇ ਨਾ ਉਹਨਾਂ ਦੋਵਾਂ ਦੇ ਵਿਚਾਲੇ ਇਸ ਕਰਕੇ ਬਣਨੀ ਬੰਦ ਹੋ ਜਾਂਦੀ ਹੈ ਕਿ ਤੂੰ ਰੱਖ ਲੈ ਜਾਂ ਤੂੰ ਰੱਖ ਲੈ ਜੇ ਮਾਪਿਆਂ ਦੇ ਆ ਕੋਈ ਕਿਸੇ ਦਾ ਕੋਈ ਬੱਚਾ ਵੀ ਬਿਮਾਰ ਹੋ ਜਾਵੇ ਭੈਣ ਭਰਾ ਦੇ ਵਿੱਚ ਅਲੇ ਤਕਰਾਰ ਹੋ ਜਾਂਦੀ ਹੈ ਜਾਂ ਫਿਰ ਜ਼ਮੀਨਾਂ ਦਾ ਰੌਲਾ ਪੈ ਜਾਂਦਾ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾ ਕਿ ਕਈ ਵਾਰ ਨਾ ਪਰਿਵਾਰ ਦੇ ਵਿੱਚ ਕੋਈ ਮੈਂਬਰ ਜਾਂ ਕੋਈ ਗਵਾਂਢੀ ਇਸ ਤਰੀਕੇ ਦੀ ਸਥਿਤੀ ਦੇ ਵਿੱਚ ਪਹੁੰਚ ਜਾਂਦਾ ਕਿ ਆਪਾਂ ਨੇੜੇ ਜਾਣ ਤੋਂ ਘਬਰਾਉਂਦੇ ਆ ਬਹੁਤੇ ਲੋਕਾਂ ਦੀ ਸ਼ਾਇਦ ਕਈਆਂ ਨੂੰ ਚੰਗੀ ਨਾ ਲੱਗੇ ਪਰ ਸਥਿਤੀ ਇਹੀ ਹੈ ਤੁਹਾਨੂੰ ਦਿੱਕਤ ਕਦੇ ਫੀਲ ਨਹੀਂ ਹੋਈ ਕਿ ਕਿਸੇ ਦੀ ਟਾਇਲਟ ਨੂੰ ਸਾਫ ਕਰਨਾ ਅ ਕਿਸੇ ਦੇ ਕੀੜੇ ਪਏ ਹੋਏ ਆ ਉਸ ਨੂੰ ਚੁੱਕਣਾ ਕਿ ਕਿਵੇਂ ਤੁਸੀਂ ਤੁਹਾਨੂੰ ਲੱਗਿਆ ਕਿ ਹਾਂ ਇਹ ਮੈਂ ਕਰ ਸਕਦਾ ਬਿਲਕੁਲ ਵੀਰ ਜੀ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਸੀ ਵੀ ਮੈਨੂੰ ਵੀ ਸਮੈਲ ਆਉਂਦੀ ਸੀ ਮੈਨੂੰ ਵੀ ਕਚਿਆਣ ਆਉਂਦੀ ਸੀ ਮੈਨ ਲੱਗਦਾ ਸੀਗਾ ਵੀ ਕੀ ਹਾਲਾਤ ਬਣੇ ਹੋਏ ਅੱਜ ਪਰ ਅੱਜ ਪਤਾ ਨਹੀਂ ਪਰਮਾਤਮਾ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਆ ਮੈਂ ਉਸ ਜੀ ਨੂੰ ਦੁੱਖ ਕਹਾਂ ਜਾਂ ਸੁੱਖ ਕਹਾਂ ਜਦੋਂ 99 ਦੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਜਗENDER ਸਿੰਘ ਜੀ ਫੌਜ ਦੇ ਵਿੱਚੋਂ ਰਿਟਾਇਰ ਸੀ ਉਹਨਾਂ ਨੇ ਕਾ 71 ਵਾਲੀ ਲੜਾਈ ਦੇ ਵਿੱਚ ਹਿੱਸਾ ਵੀ ਲਿਆ ਜੀ ਤੇ ਉਹਨਾਂ ਨੂੰ ਪੈਰਾਲਾਈਜ਼ ਹੋ ਜਾਂਦਾ 98 ਦੇ ਵਿੱਚ ਦੋਨੋਂ ਇੱਕ ਸਾਈਡ ਹੱਥ ਤੇ ਪੈਰ ਉਹਨਾਂ ਦਾ ਰੁਕ ਜਾਂਦਾ ਮੇਰੇ ਫਾਦਰ ਸਾਹਿਬ ਜੀ ਮੈਂ ਅਸੀਂ ਤਿੰਨ ਬ੍ਰਦਰ ਸੀ ਮੈਂ ਨਾਨਕੇ ਰਹਿ ਕੇ ਜੰਮਿਆ ਪਲਿਆ ਆਪਣੇ ਦੋ ਬ੍ਰਦਰ ਛੋਟੇ ਸੀ ਮੇਤੋਂ ਪੜਦੇ ਸੀ ਪਿੰਡ ਇੱਥੇ ਮੰਮੀ ਪਾਪਾ ਦੇ ਕੋਲੇ ਮੈਂ ਵੱਡਾ ਹੋਣ ਦੇ ਨਾਤੇ ਪਾਪਾ ਨੂੰ ਹਸਪੀਟਲ ਦੇ ਵਿੱਚ ਰਹਿਣਾ ਪਿਆ ਮੈਨੂੰ ਛੋਟੇ ਪੜਦੇ ਸੀ ਦੋਨੇ ਮੈਂ ਬਾੜ ਹਟਿਆ ਸੀ ਫੇਲਾ ਸੀ ਪਰ ਉਹ 6 ਮਹੀਨੇ ਹਸਪੀਟਲ 'ਚ ਰਹੇ ਪਾਪਾ ਦੇ ਟਾਇਲਟ ਸਾਫ਼ ਕਰਨੇ ਡਾਈਪਰ ਚੇਂਜ ਕਰਨੇ ਸ਼ਹਿਰ ਕਿਤੇ ਨਾ ਕਿਤੇ ਸਮੈਲ ਤਾਂ ਉਦੋਂ ਹੀ ਆਉਣੋਂ हट ਗਈ ਸੀ ਕਿਉਂਕਿ ਆਪਣੇ ਬਾਪ ਤੋਂ ਵੱਧ ਕੇ ਹੋਰ ਬੰਦਾ ਕਿਹਦੇ ਨੇੜੇ ਹੋ ਸਕਦਾ ਤੇ ਬਾਪ ਵੀ ਉਹ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਸੀ ਫਿਰ ਸਮਾਂ ਬੀਤਦਾ ਗਿਆ ਜੀ 6 ਮਹੀਨੇ ਅਸੀਂ ਦਿਆਨੰਦ ਹਸਪਤਾਲ ਦੇ ਵਿੱਚ ਦਾਖਲ ਰਹੇ ਮੇਰੇ ਫਾਦਰ ਸਾਹਿਬ ਡੈਲਸ ਹੁੰਦੀ ਹੁੰਦੀ ਸੀ 6 ਮਹੀਨਿਆਂ ਚ ਅਸੀਂ ਸਾਰਾ ਕੁਝ ਗਵਾ ਲਿਆ ਆਪਣਾ ਮੰਮੀ ਦੇ ਗਹਿਣੇ ਵੀ ਵਿੱਗ ਗਏ ਜੋ ਜਮਾ ਪੂੰਜੀ ਸੀ ਉਹ ਵੀ ਲੱਗ ਗਈ ਇੱਕ ਜ਼ਮੀਨ ਸੀ ਬਾਪੂ ਜੀ ਨੇ ਸਾਡੇ ਨੇ ਲਈ ਸ਼ੇਕ ਕਨਾਲਾ ਮੁੱਲ ਉਹ ਵੀ ਵੇਚ ਕੇ ਅਸੀਂ ਉਹਨਾਂ ਤੇ ਲਾਤੀ ਪਰ ਫਾਦਰ ਸਾਹਿਬ ਵੀ ਨਹੀਂ ਬਚ ਸਕੇ ਪੈਸਾ ਵੀ ਸਾਰਾ ਕੁਝ ਲੱਗ ਗਿਆ ਤੇ ਹਰ ਰੋਜ਼ ਉਸ ਔਰਡ ਦੇ ਵਿੱਚ ਜਿਹਦੇ ਚ ਅਸੀਂ ਬੈਠੇ ਸੀ ਕਿਤੇ ਇਸ ਬੈੱਡ ਤੇ ਮੌਤ ਹੋ ਜਾਣੀ ਕਿਸੇ ਦੇ ਕਿਸੇ ਇਸ ਬੈੱਡ ਤੇ ਮੌਤ ਹੋ ਜਾਣੀ ਬੈੱਡ ਸ਼ੀਟ ਵੀ ਉੱਪਰੋਂ ਲਾ ਲਈ ਜਾਂਦੀ ਸੀ ਵੀ ਉਹ ਮਰੇ ਹੋਏ ਬੰਦੇ ਤੋਂ ਕਈ ਵਾਰੀ ਐਸੇ ਹਾਲਾਤ ਦੇਖਣੇ ਕੋਲੇ ਖੜੀ ਪਤਨੀ ਰੋਂਦੀ ਹੋਣੀ ਜਾਂ ਮਾਂ ਰੋਂਦੀ ਹੋਣੀ ਤਾਂ ਉਹਨਾਂ ਨੂੰ ਬੋਡੀ ਚੱਕਣ ਮੌਕੇ ਵੀ ਕੋਈ ਉਸ ਟਾਈਮ ਸਪੋਰਟ ਨਹੀਂ ਸੀ ਮਿਲਦੀ ਉਹ ਦਿਲ 'ਚ ਦਰਦ ਦੇਖਿਆ ਸਾਨੂੰ ਐ ਲੱਗਦਾ ਕੋਈ ਸਾਡੇ ਬਾਪੂ ਨਾਲ ਵੀ ਐ ਹੀ ਹੋਣੀ ਹੈ ਇੱਕ ਦਿਨ ਵੀ ਐ ਹੀ ਇੱਕ ਦਿਨ ਇਹਨੇ ਵੀ ਪਿਆ ਰਹਿ ਜਾਣਾ ਉਹ ਦੀਕਦੇ ਹੁੰਦੇ ਸੀ ਸਮਾਂ ਉਹ ਬੀਤਦਾ ਗਿਆ ਸਮਾਂ ਬੀਤਦਾ ਗਿਆ 1.5 ਸਾਲ ਤੇ ਉਸ ਵਕਫੇ ਦੇ ਵਿੱਚ ਬਹੁਤ ਮਾੜਾ ਚੰਗਾ ਸਮਾਂ ਦੇਖਿਆ ਬਹੁਤ ਰਿਸ਼ਤੇਦਾਰ ਸੀ ਜਿਨ੍ਹਾਂ ਨੇ ਸਪੋਰਟ ਵੀ ਕੀਤੀ ਬਹੁਤ ਇਦਾਂ ਦੇ ਵੀ ਸੀ ਜਿਹੜੇ ਮੁੱਖ ਮੋੜ ਗਏ ਸੀ ਤਾਂ ਫਿਰ ਜਦੋਂ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਅਸੀਂ ਥੋੜਾ ਆਪਣੇ ਪੈਰਾਂ 'ਸਿਰ ਹੋਏ ਮੇਰੇ ਦੋਨੇ ਛੋਟੇ ਬ੍ਰਦਰ ਪੜ੍ਹ ਹਟੇ ਉਹਨਾਂ ਨੇ ਵੀ ਨੌਕਰੀਆਂ ਕਰਨੀਆਂ ਸ਼ੁਰੂ ਕਰਤੀਆਂ ਇੱਕ ਨੌਕਰੀ ਕਰਦਾ ਸੀ ਇੱਕ ਗੱਡੀਆਂ ਚਲਾਉਂਦਾ ਸੀ ਪਾਪਾ ਟੈਕਸੀ ਚਲਾਉਂਦੇ ਸੀ ਉਸੇ ਲੈਂਡ ਚ ਚਲਾ ਗਿਆ ਫਿਰ 2007 ਚ ਮੇਰਾ ਛੋਟਾ ਬ੍ਰਦਰ ਬਾਹਰ ਚਲਾ ਗਿਆ ਕੈਨੇਡਾ ਉਹਨੇ ਆਪ ਤੋਂ ਛੋਟੇ ਨੂੰ ਵੀ ਸੱਦ ਲਿਆ ਥੋੜੇ ਪੈਰ ਲੱਗ ਗਏ ਆਪਣੇ ਜੋਗ ਹੋ ਗਏ ਫਿਰ ਜਦੋਂ ਵੀ ਕਿਸੇ ਨੂੰ ਦੇਖਣਾ ਤਕਲੀਫ ਦੇ ਵਿੱਚ ਕੋਸ਼ਿਸ਼ ਕਰੀ ਦੀ ਹੋਈ ਉਹਦੀ ਜਿੰਨੀ ਕੁ ਮਦਦ ਹੋ ਸਕਦੀ ਹੈ ਐਨੇ ਕੋਈ ਸੇਵਾਦਾਰ ਨਹੀਂ ਸੀ ਵੀ ਅਸੀਂ ਕੋਈ ਬਹੁਤ ਸਾਰੇ ਲੋਕਾਂ ਨੂੰ ਮਦਦ ਦਿੰਦੇ ਸੀ ਕਦੇ ਕਿਤੇ ਸੜਕ ਤੇ ਕੋਈ ਬੰਦਾ ਮਿਲ ਗਿਆ ਕਿਸ ਨੂੰ ਪ੍ਰਸ਼ਾਦਾ ਛਕਾਦਾ ਮਨ ਚ ਦਇਆ ਦੀ ਭਾਵਨਾ ਸੀ ਉਹ ਬਚਪਨ ਤੋਂ ਚਾਹੇ ਭਗਤਪੂਰਨ ਸਿੰਘ ਜੀ ਦੀ ਜਿਵੇਂ ਆਪਾਂ ਗੱਲ ਕੀਤੀ ਹੈ ਜਾਂ ਦਾਦੀਆਂ ਨਾਨੀਆਂ ਦੀਆਂ ਕਹਾਣੇ ਕਿਸਿਆਂ ਤੋਂ ਤੇ ਸਮਾਂ ਬੀਤਦਿਆਂ ਬੀਤਦਿਆਂ ਅਸੀਂ ਬਹੁਤ ਸਾਰੇ ਜ਼ਿੰਦਗੀ ਚ ਆਪਣੇ ਜੀ ਕੰਮ ਕੀਤੇ ਪਾਪੜ ਵੇਲੇ ਬਹੁਤ ਸਾਰੇ ਮਾੜੇ ਚੰਗੇ ਕੰਮ ਕੀਤੇ ਅਸੀਂ ਕੋਈ ਬਾਹਲੇ ਚੰਗੇ ਇਨਸਾਨ ਨਹੀਂ ਸੀ ਜ਼ਿੰਦਗੀ ਜੇਲ੍ਹ ਵੀ ਕੱਟੀ ਤਾਂ ਇੱਕ ਦਿਨ ਸਾਡੀ ਜ਼ਿੰਦਗੀ 'ਚ ਐਸਾ ਮੌਕਾ ਆਇਆ ਵੀ ਉਹ ਦਰਾਹੇ ਦਿੱਲੀ ਰੋਡ ਦੇ ਉੱਪਰ ਇੱਕ ਢਾਬਾ ਜਿਹੜਾ ਸਾਨੂੰ ਚਲਾਉਣ ਦਾ ਮੌਕਾ ਮਿਲਿਆ 2016 ਦੀ 2016 ਦੇ ਵਿੱਚ 2016 ਦੇ ਵਿੱਚ ਅਸੀਂ ਜਨਵਰੀ ਫਰਵਰੀ ਦੇ ਵਿੱਚ ਢਾਬੇ ਤੇ ਗਏ ਆ ਜੀ ਮਾਰਚ ਅਪ੍ਰੈਲ ਮਈ 14 24 ਮਈ ਨੂੰ ਸਾਡੇ ਕੋਲੇ ਅਰਣ ਕੁਮਾਰ ਸ਼ੁਕਲਾ ਵੀਰ ਆਉਂਦਾ ਉੱਥੇ ਢਾਬੇ ਤੇ ਅਸੀਂ ਬੜਾ ਵਧੀਆ ਉਹਨੂੰ ਰੈਨੋਵੇਟ ਕਰਕੇ ਚਲਾ ਲਿਆ ਸੋਚ ਸੀ ਵੀ ਇੱਥੇ ਬੱਸਾਂ ਰੁਕਿਆ ਕਰਨਗੀਆਂ ਰੁਕਣ ਵੀ ਲਾ ਲੀਆਂ ਸੀ ਕਿਤੇ ਨਾ ਕਿਤੇ ਤਾਂ ਇੱਕ ਦਿਨ ਇੱਕ ਇਨਸਾਨ ਬਾਹਰ ਖੜਾ ਇੰਦਾ ਰੋਟੀ ਮੰਗ ਰਿਹਾ ਤਾਂ ਸਾਡਾ ਢਾਬੇ ਦਾ ਇਨਚਾਰਜ ਆ ਉਹਨੂੰ ਦਬਕੇ ਮਾਰ ਕੇ ਭਜਾ ਰਿਆ ਮੈਂ ਅੰਦਰੋਂ ਉੱਟ ਕੇ ਬਾਹਰ ਆ ਕੇ ਉਹਨੂੰ ਕਹਿਨਾ ਮੈਂ ਕਿ ਯਾਰ ਵੀ ਇਹੀ ਬੰਦਾ ਜੇ ਗੱਡੀ 'ਚ ਉਤਰਦਾ ਤੂੰ ਇਹਨੂੰ ਸਾਫ਼ ਕਹਿ ਕੇ ਬਿਠਾ ਕੇ ਕਪੜਾ ਮਾਰ ਕੇ ਝਾੜ ਕੇ ਬਿਠਾਉਣਾ ਸੀ ਵੀ ਉਹਨੇ ਕੀ ਮੰਗ ਰਿਆ ਰੋਟੀ ਆ ਵੀ ਇਹਨੂੰ ਇਦਾਂ ਦੇ ਬੰਦੇ ਨੂੰ ਮੋੜਨਾ ਇਹਨੂੰ ਖਵਾ ਦੇ ਰੋਟੀ ਬਿਠਾ ਕੇ ਸੈੜ ਤੇ ਚਲੋ ਉਹਨੂੰ ਫਲਕਾ ਪ੍ਰਸ਼ਾਦਾ ਛਕਾਇਆ ਉਹ ਚਲਿਆ ਗਿਆ ਆਪਣੇ ਰਸਤੇ ਮੈਂ ਆਪਣੇ ਸਾਰਿਆਂ ਨੂੰ ਸੱਦ ਕੇ ਜਿਹੜੇ ਡਿਊਟੀ ਤੇ ਸੀ ਨੇ ਕੋਣ ਸੀ ਬੰਦਾ ਜਿਹੜਾ ਉਹ ਰਾਘੀਰ ਜੀ ਅੱਛਾ ਕੋਈ ਰਾਘੀਰ ਦੇ ਹਨਾ ਤੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਵੀ ਅੱਗੇ ਤੋਂ ਕਿ ਇਦਾਂ ਦਾ ਬੰਦਾ ਆਉਂਦਾ ਉਹਨੂੰ ਰੋਟੀ ਖਵਾ ਦਿਓ ਚਾਹੇ ਪਿੱਛੇ ਬੋਰੀ ਤੇ ਬਿਠਾ ਕੇ ਖਵਾ ਦਿਓ ਵੀ ਭੁੱਖਾ ਨਾ ਮੋੜੇ ਸਾਡੇ ਢਾਬੇ ਤੇ ਅਕਸਰ ਇਦਾਂ ਨੇ 2-4 ਬੰਦੇ ਹਰ ਰੋਜ਼ ਅੰਕੂਈ ਕੋ ਚਾਹ ਪੀਣ ਕੋਈ ਪ੍ਰਸ਼ਾਦਾ ਸੇਕੰਡ ਜਿਹੜੇ ਰਾਹ ਗਿਰ ਜਾਂਦੇ ਇੱਕ ਦੂਜੇ ਨੂੰ ਜਾਂ ਦੱਸ ਦਿੰਦੇ ਜਾਂ ਇੱਕ ਵੀ ਜਿਹੜਾ ਮੰਗਦਾ ਉਹ ਮਨਾਂ ਨਾ ਕਰਦੇ ਤੇ ਉਹ ਖਾ ਲੈਂਦਾ ਤਾਂ ਉਸੇ ਗੱਡੀ ਦੇ ਵਿੱਚ ਇੱਕ ਦਿਨ ਮਈ ਦਾ ਮਹੀਨਾ ਸੀ ਜੀ ਕਰਨ ਕੁਮਾਰ ਸ਼ੁਕਲਾ ਨਾਂ ਦਾ ਵੀਰ ਸਾਡੇ ਢਾਬੇ ਤੇ ਰੁੜਦਾ ਰੁੜਦਾ ਆਇਆ ਦਿੱਲੀ ਰੋਡ ਤੇ ਵਿਚਾਲੇ ਫੁੱਟਪਾਥ ਬਣਿਆ ਬਹੁਤ ਵੱਡਾ ਉਹ ਫੁੱਟਪਾਥ ਤੇ ਦੂਸਰੇ ਪਾਸੇ ਉਹ ਉੱਪਰ ਚੜਿਆ ਲਾਈਟ ਚੱਲੇਗੀ 2:30 ਵਜੇ ਦਾ ਟਾਈਮ ਸੀ ਦੁਪਹਿਰ ਦਾ ਮੈਂ ਦਫ਼ਤਰ ਚੋਂ ਬਾਹਰ ਆ ਕੇ ਖੜ ਗਿਆ ਸਾਹਮਣੇ ਸੜਕ ਵੱਲ ਨੂੰ ਦੇਖ ਰਿਆ ਉਹ ਬੰਦਾ ਫੁੱਟਪਾਥ ਤੋਂ ਇਦਾਂ ਘਿਸਰਦਾ ਘਿਸਰਦਾ ਥੱਲੇ ਉੱਤਰ ਰਿਹਾ ਸੀ ਫੁੱਟਪਾਥ ਤੋਂ ਉਤਰ ਲੱਗਿਆ ਉਹ ਇਦਾਂ ਮੁੱਦੇ ਮੂੰਹ ਥੱਲੇ ਡਿੱਗ ਪਿਆ ਤੇ ਉਹਦੇ ਕੋਲ ਦੀ ਇੱਕ ਸੈਕਿੰਡ ਚ ਇਦਾਂ ਦੋ ਤਿੰਨ ਗੱਡੀਆਂ ਨਿਕਲ ਗਈਆਂ ਬਿਲਕੁਲ ਉਹਦੇ ਨੇੜ ਦੀ ਹੋਈ ਤਾਂ ਮੇਰੇ ਮਨ ਚ ਸ਼ਾਇਦ ਮੇਰੀ ਥਾਂ ਤੇ ਕੋਈ ਹੋਰ ਹੁੰਦਾ ਉਹ ਵੀ ਜਾ ਕੇ ਉਹਨੂੰ ਜ਼ਰੂਰ ਚੱਕਦਾ ਮੇਰੇ ਮਨ ਚ ਆਇਆ ਮੈਂ ਕਿਹਾ ਜੇ ਦੋ ਗੱਦਮੇ ਅੱਗੇ ਹੋਰ ਰੜ ਪਿਆ ਗੱਡੀ ਇਹਨੂੰ ਕੋਈ ਨਾ ਕੋਈ ਕੋ ਚਲ ਦੋ ਅਸੀਂ ਟਾਬੇ ਵੱਲੋਂ ਉਧਰ ਨੂੰ ਭੱਜ ਲਿਓ ਉਹਦੇ ਵੱਲ ਨੂੰ ਹਾਕਾ ਮਾਰਨ ਲੱਗੇ ਦੋ ਜਾਨੇ ਸੀ ਅਸੀਂ ਜਾ ਕੇ ਉਹਨੂੰ ਚੱਕਿਆ ਬਾਈ ਜੀ ਮਈ ਦਾ ਮਹੀਨਾ ਗਰਮ ਬਹੁਤ ਹੁੰਦਾ ਉਹਦੇ ਤਰਪਾਲ ਵਰਗੇ ਮੋٹے ਕੱਪੜੇ ਪਾਏ ਸਰਦੀਆਂ ਵਾਲੇ ਪਲਾਸਟਿਕ ਦੇ ਬੂਟ ਪਾਏ ਪੈਰਾਂ 'ਚ ਸਿਰ ਤੇ ਜਿਹੜੀ ਦਸਤਾਰ ਬੰਨੀ ਸੀ ਉਹ ਹਾਲਾਂਕਿ ਕੇਸਰੀ ਰੰਗ ਦੀ ਸੀ ਪਰ ਉਹ ਬੇਰੰਗ ਹੋ ਚੁੱਕੀ ਸੀ ਗੋਹੇ ਨਾਲ ਬੜੀ ਹੱਥ ਪੈਰ ਉਹਦੇ ਚੱਕ ਕੇ ਅਸੀਂ ਲਿਆ ਕੇ ਉੱਥੇ ਸਪੈਦਿਆਂ ਦੀ ਸ਼ਾਮੇ ਅਸੀਂ ਬਣਾਇਆ ਹੋਇਆ ਸੀ ਬਾਹਰ ਪਾਰਕ ਜਿੱਥੇ ਲੋਕ ਆ ਕੇ ਬਹਿੰਦੇ ਸੀ ਹੋਟਲ ਰੈਸਟੋਰੈਂਟ 'ਚ ਉੱਥੇ ਬਿਠਾ ਲਿਆ 6 ਗਲਾਸ ਉਹ ਪਾਣੀ ਦੇ ਪੀ ਜਾਂਦਾ ਬੰਦਾ ਤਾਂ ਜਦੋਂ ਮੈਂ ਉਹਦੇ ਵੱਲ ਦੇਖ ਰਿਹਾ ਸੀ ਚਾਹ ਮੰਗਾ ਲਈ 1 ਮਿੰਟ ਚ ਟਾਬੇ ਤੇ ਚਾਹ ਬਣੀ ਪਈ ਹੁੰਦੀ ਆ ਗਈ ਉਹ ਚਾਹ ਪੀਣ ਦੀ ਕੋਸ਼ਿਸ਼ ਕਰਦਾ ਪਰ ਉਹ ਆਪਣੇ ਫੇਸ ਤੇ ਚਾਹ ਲਾ ਕੇ ਥੱਲੇ ਲਿਆਉਂਦਾ ਉਹਦੇ ਬੁੱਲ ਸਾਰੇ जख्म ਨਾਲ ਭਰੇ ਪਏ ਸੀ ਪਤਾ ਹੀ ਨਹੀਂ ਪ੍ਰਮਾਤਮਾ ਨੇ ਮਨ 'ਚ ਕਿਦਾਂ ਇਹ ਖਿਆਲ ਪਾਇਆ ਅੱਜ ਵੀ ਮੈਂ ਬਹੁਤ ਵਾਰ ਸੋਚਦਾ ਹਾਂ ਚੀਜ਼ਾਂ ਵੀ ਉਹਨੂੰ ਮੇਰੇ ਮਨ 'ਚ ਆਇਆ ਵੀ ਉਹਨੂੰ ਕਿਉਂ ਨਾ ਇਸ਼ਨਾਨ ਕਰਾ ਦਈਏ ਨਮਾ ਦਈਏ ਪਿੱਛੇ ਟਾਬੇ ਦੇ ਮਗਰ ਡਰਾਈਵਰਾਂ ਵਾਸਤੇ ਸੀ ਵੱਡਾ ਵਾਸ਼ਰੂਮ ਬਣਾਇਆ ਸੀ ਅਸੀਂ ਚੱਕ ਕੇ ਉਹਨੂੰ ਉੱਥੇ ਲੈ ਗਏ ਉੱਥੇ ਲਿਜਾ ਕੇ ਉਹਦੇ ਕੱਪੜੇ ਉਤਾਰ ਕੇ ਬੂਟ ਉਤਾਰੇ ਜਦੋਂ ਉਹਦੇ ਪੈਰ ਵੀ ਵਿੱਚੋਂ ਗਲੇ ਪਏ ਸੀ ਗਿੱਲੇ ਹੋਏ ਪਏ ਸੀ ਪਸੀਨੇ ਨਾਲ। ਕਰੀਬ ਅੱਧਾ ਪੌਣਾ ਘੰਟਾ ਉਹ ਟੂਟੀ ਥੱਲੇ ਬੈਠਾ ਰਿਆ। ਉਹਨੂੰ ਸੁਰਤ ਦੱਦੀ ਕੋਦੀਆਂ ਆ ਗਈ ਸੀ। ਅਸੀਂ ਉਹਦੇ ਕੱਪੜੇ ਚੇਂਜ ਕਰਾਏ। ਲਿਆ ਕੇ ਨਮਾ ਕੇ ਅਸੀਂ ਉੱਥੇ ਬਿਠਾ ਕੇ ਉਹਦੀਆਂ ਫੋਟੋ ਮੈਕਨਿਕਲ ਆਪਾਂ ਫੋਟੋਜ਼ ਤਾਂ ਛੂਟੀ ਦੀ ਗੱਲ ਤੇ ਖਿੱਚ ਲੈਣੇ। ਤਾਂ ਮੇਰੀ ਵੀ ਹੱਤ ਸੀ ਉਹਦੀਆਂ ਫੋਟੋਆਂ ਵਿੱਚ ਤੁਸੀਂ ਲੈ ਕੇ ਆਏ ਬਿਠਾਇਆ ਪਾਣੀ ਪੀਂਦੇ ਦੀਆਂ ਫੋਟੋਆਂ ਮੁੰਡੇ ਨੇ ਖਿੱਚਤੀ ਮੈਂ ਫੋਨ ਫੜਾਤਾ। ਨਮਾਉਂਦਿਆਂ ਦੀਆਂ ਖਿੱਚ ਲਈਆਂ। ਚਾਰ ਫੋਟੋ ਮੈਂ ਉਹ ਸ਼ੇਅਰ ਕੀਤੀਆਂ ਸੀ ਮਿੰਟੂ ਮਾਲਵਾ ਦੇ ਨਾਂ ਤੇ ਮੇਰਾ ਆਈਡੀ ਨਹੀਂ ਸੀ ਪੇਜ ਬਣਿਆ ਹੋਇਆ ਸੀ ਉਸ ਟਾਈਮ ਉਹਦੇ ਤੇ ਪਾਤੀਆਂ ਵੀ ਇਹਨੂੰ ਕੋਈ ਪਹਿਚਾਣਦਾ ਤਾਂ ਸਾਨੂੰ ਦੱਸੋ ਜੇ ਕੋਈ ਜਾਣਦਾ ਇਸ ਰੱਬ ਦੇ ਬੰਦੇ ਨੂੰ ਤਾਂ ਤੁਹਾਨੂੰ ਦੱਸੋ ਤਾਂ ਥੋੜੇ ਸਮੇਂ ਦੇ ਵਿੱਚ ਕਮੈਂਟ ਆਉਣੇ ਸ਼ੁਰੂ ਹੋ ਗਏ ਤੇ ਅੱਜ ਕੱਲ ਸਮਾਂ ਕਮੈਂਟ ਹੁਣ ਤਾਂ ਬਹੁਤ ਸਾਰੇ ਉਦੋਂ ਤਾਂ ਬਹੁਤ ਘੱਟ ਸੀ ਫੇਸਬੁਕ ਤੇ ਰਜਾਨ ਤਾਂ ਕਿਸੇ ਨੇ ਸਾਨੂੰ ਗੁੱਡ ਜੌਬ ਕਿਸੇ ਨੇ ਗ੍ਰੇਟ ਜੌਬ ਕਿਸੇ ਨੇ ਬਹੁਤ ਵਧੀਆ ਕਿਹਾ ਇੱਕ ਵੀਰ ਨੇ ਸਾਨੂੰ ਵਿੱਚ ਕਮੈਂਟ ਕੀਤਾ ਵੀ ਇਹਦੀ ਸੱਜੀ ਬਾਹਾਂ ਚੈੱਕ ਕਰੋ ਸਾਨੂੰ ਐ ਕਹਿੰਦੇ ਸੀ ਲੱਗਿਆ ਵੀ ਇਹਨੂੰ ਪੈਰਲਾਈਜ਼ ਹੋਇਆ ਵੀ ਉਹ ਤਾਂ ਕਹਿ ਰਿਹਾ ਮੈਂ ਉਹਨੂੰ ਕੁਐਸਚਨ ਮਾਰ ਕੇ ਜਵਾਬਤਾ ਤੇ ਉਹਨੇ ਨੰਬਰ ਪਾਤਾ ਆਪਣਾ ਮੈਂ ਉਹਨੂੰ ਕਾਲ ਕਰ ਲਈ ਉਹਨੇ ਦੱਸਿਆ ਕਹਿੰਦਾ ਬਾਈ ਇਹਦੀ ਸੱਜੀ ਬਾਂਹ ਚੈੱਕ ਕਰੋ ਮੋਬਾਈਲ ਨੰਬਰ ਲਿਖਿਆ ਹੋ ਰਿਹਾ ਤੇ ਵੀ ਉਹ ਬੰਦਾ ਹੀ ਹੈ ਜਦੋਂ ਅਸੀਂ ਧਿਆਨ ਨਾ ਦੇਖਿਆ ਟੈਟੂ ਬਣਾ ਕੇ ਇੱਥੇ ਲਿਖਿਆ ਸ਼ੁਕਲਾ ਉਹਦੇ ਮੂਰੇ ਲਿਖਿਆ ਤੇ ਪਿੱਛੇ ਲਿਖਿਆ ਹੋਇਆ ਮੋਬਾਈਲ ਨੰਬਰ ਤੇ ਉਹ ਵੀਰ ਨੂੰ ਅਸੀਂ ਕਾਲ ਕੀਤਾ ਤਾਂ ਉਹਨੇ ਫੋਨ ਚੁੱਕਿਆ ਮੂਰੇ ਉਹ ਕਹਿੰਦਾ ਵੀ ਮੇਰਾ ਭਰਾ ਵਾ ਇਹ ਅਰਣ ਕੁਮਾਰ ਸ਼ੁਕਲਾ ਦਾ ਨਾਮ ਆ ਮੈਂ ਰਿੰਕੂ ਸ਼ੁਕਲਾ ਮੈਂ ਲੁਧਿਆਣੇ ਦੁਗਰੀ ਰਹਿਣਾ PWD ڈپارٹمنٹ وچ میں جاب ਕਰਦਾ سرکاری نوکری سرکاری نوکری تے سی ਵੀ 1.5 سال ہو گیا گمے نو ਵੀ ਅਸੀਂ ਲੱਭਿਆ ਅੱਗੇ ਵੀ ਬਹੁਤ ਵੇਰੀ ਗੁੰਮ ਜਾਂਦਾ ਵੀ ਹੁਣ ਇਹ ਸਾਨੂੰ 1.5 سال ਬਾਅਦ ਤੁਸੀਂ ਕਾਲ ਕੀਤੀ ਅੱਗੇ ਮੈਂ ਅੰਬਰ ਸਰ ਤੋਂ ਲਿਆਇਆ ਸੀ ਕਹਿੰਦਾ ਪਹਿਲਾਂ 3-4 ਸਾਲ ਪੁਰਾਣੀ ਮੈਂ ਕਿਹਾ ਵੀ ਤੁਸੀਂ ਦਰਾਹੇ ਤੋਂ ਬੋਲਦੇ ਤੂੰ ਇੱਥੇ ਆ ਜਾ ਉਹ ਕਹਿੰਦਾ ਜੀ ਮੈਂ ਸਵੇਰੇ ਆਉਂਗਾ ਚਲੋ ਦੂਏ ਦਿਨੋਂ ਆਏ ਅਸੀਂ ਦੋਨੇ ਭਰਾਵਾਂ ਨੂੰ ਮਿਲਾਇਆ ਬਿਠਾਇਆ ਮੈਂ ਉਹਨਾਂ ਦੀ ਫੋਟੋ ਖਿੱਚ ਕੇ ਫੇਸਬੁੱਕ ਤੇ ਪਾਤੀ ਵੀ ਜ਼ਿੰਦਗੀ ਚ ਜੇ ਕੋਈ ਚੰਗਾ ਕਰਨਾ ਹੋਵੇ ਤੋ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਸਾਡੇ ਆਸ-ਪਾਸ ਹੀ ਹੋ ਰਿਹਾ ਹੁੰਦਾ ਸਾਨੂੰ ਦੇਖਣ ਦੀ ਲੋੜ ਆ ਵੀ ਅੱਜ ਸੋਸ਼ਲ ਮੀਡੀਆ ਨੂੰ ਜਿਸ ਪਰਪਸ ਲਈ ਬਣਾਇਆ ਸੀ ਉਹਦੇ ਲਈ ਅਸੀਂ ਯੂਜ਼ ਨਹੀਂ ਕਰਦੇ ਉਹ ਦੋ ਕੁ ਲਾਈਨਾਂ ਲਿਖ ਕੇ ਸਿਆਣ ਫਾ ਲਈਆਂ ਮੈਂ ਪੋਸਟ ਪਾਤੀ ਉਹਦਾ ਭਰਾ ਦੋ ਘੰਟੇ ਉਹਦੇ ਨਾਲ ਬੈਠਾ ਰਿਹਾ ਪਰ ਜਾਣ ਲੱਗਿਆ ਉਹ ਮੈਨੂੰ ਕਹਿੰਦਾ ਜੀ ਮੈਂ ਇਹਨੂੰ ਲਿਜਾ ਨਹੀਂ ਸਕਦਾ ਮੈਂ ਕਿਹਾ ਯਾਰ ਤੇਰਾ ਭਰਾ ਵੀ ਕਿਉਂ ਨਹੀਂ ਲਿਜਾ ਸਕਦਾ ਤੂੰ ਕਹਿੰਦਾ ਜੀ ਵੀ ਇਹ ਲੈਟਰਨ ਬਾਥਰੂਮ ਵਿੱਚ ਹੀ ਕਰਦਾ ਉਹਨੇ ਦੇਖ ਲਿਆ ਭਾਂਪ ਲਿਆ ਵੀ ਇਹਨੂੰ ਸਾਹਮਣਾ ਪੈਣਾ ਵੀ ਮੇਰੇ ਮਾਂ-ਬਾਪ ਦੀ ਡੈਥ ਹੋਈ ਆ ਮੇਰੀ ਵਾਈਫ ਤੇ ਮੇਰੀ ਬੱਚੀ ਆ ਘਰੇ ਉਹ ਅੱਗੇ ਵੀ ਘਰੋਂ ਭੱਜ ਜਾਂਦਾ ਵੀ ਮੈਂ ਨਹੀਂ ਇਹਨੂੰ ਰੱਖ ਸਕਦਾ ਉਹ ਮੈਂ ਉਹਨੂੰ ਲਾਣਤਾਂ ਵੀ ਪਾਈਆਂ ਉਸ ਟਾਈਮ ਅਸੀਂ ਹੋਰ ਮਾਹੌਲ ਸੀ ਮੈਨੂੰ ਘੂਰਿਆ ਵੀ ਪਰ ਉਹ ਨਹੀਂ ਰਹਿ ਗਿਆ ਉਹਨੇ ਮਨ ਕਰਤਾ ਵੀ ਕਹਿੰਦਾ ਜਿੱਥੋਂ ਚੱਕਿਆ ਤੁਸੀਂ ਉੱਥੇ ਛੱਡ ਦਿਓ ਮੈਨੂੰ ਉਹਨੇ ਆਹ ਲੱਭ ਵੀ ਬੋਲੇ ਤੇ ਉਹ ਸ਼ੁਕਲਾ ਬਾਈ ਸਾਡੇ ਕੋਲ ਰਹਿਣ ਲੱਗ ਗਿਆ ਢਾਬੇ ਤੇ ਉਹਦੋਂ ਰੋਟੀ ਪਾਣੀ ਵਧੀਆ ਦੇਣ ਲੱਗ ਗਏ ਉਹ ਰੁੜ ਕੇ ਕਿੱਥੇ ਜਾਂਦਾ ਤੇ ਦਵਾਈ ਦਵਾਤੀ ਥੋੜੀ ਜੀ ਉਹਨੂੰ ਉਹ ਤਕੜਾ ਹੋ ਗਿਆ ਉਹ 20 ਕਿ ਦਿਨਾਂ ਤੀਂ ਵੀਰਾ ਵਧੀਆ ਤੁਰਨ ਫਿਰਨ ਲੱਗ ਗਿਆ ਫਿਰ ਜਦੋਂ ਵੀ ਢਾਬੇ ਤੇ ਕੋਈ ਇਦਾਂ ਦਾ ਬੰਦਾ ਆਉਣਾ ਤੇ ਅਸੀਂ ਉਹਨੂੰ ਉਹ ਸ਼ੁਕਲੇ ਵਾਲੀ ਨਗਾਣੀ ਦੇਖਣ ਲੱਗ ਗਏ ਮੈਂ ਉਹਨੂੰ ਤੇ ਇੱਕ ਦਿਨ ਇੱਕ ਹੋਰ ਬੰਦਾ ਆਇਆ ਆਂਧਰਾ ਪ੍ਰਦੇਸ਼ ਵਾਲਾ ਸੀ ਉਹਦੇ ਬੋਡੀ ਤੇ ਜ਼ਖਮ ਹੋਏ ਸੀ ਬਹੁਤ ਇਨਫੈਕਸ਼ਨ ਹੋਈ ਸੀ ਉਹਨੂੰ ਵੀ ਫੜ ਕੇ ਨਮਾ ਕੇ ਲਾਲ ਦਵਾਈ ਟਾਬਿਆਂ ਤੇ ਪਈ ਹੁੰਦੀ ਉਹ ਪਾ ਕੇ ਪਾਣੀ ਚ ਨਮਾਤਾ ਉਹਦੇ ਕੱਪੜੇ ਫਵਾ ਕੇ ਸੋਹਣੇ ਉਹਦੀਆਂ ਫੋਟੋ ਮੈਂ ਖਿੱਚ ਕੇ ਫੇਸਬੁਕ ਤੇ ਪਾਤੀਆਂ ਐਦਾਂ ਹੀ ਅਸੀਂ ਹਰ ਰੋਜ਼ ਦੂਏ ਤੀਏ ਦਿਨ ਕੋਈ ਨਾ ਕੋਈ ਬੰਦਾ ਸਾਨੂੰ ਮਿਲ ਜਾਣਾ ਟਾਬੇ ਤੇ ਨਿੰਘਦਾ ਕਰਦਾ ਘੇਰ ਲੈਣਾ ਫੋਟੋਆਂ ਪਾ ਦੇਣੀ ਆ ਉਹ ਵੀਰ ਫੋਟੋਆਂ ਲੋਕ ਉਹਨਾਂ ਨੂੰ ਬੜਾ ਐਪਰੀਸ਼ੀਏਟ ਕਰਨ ਲੱਗ ਗਏ ਵੀ ਗੁੱਡ ਜੌਬ ਗ੍ਰੇਟ ਜੌਬ ਸਾਨੂੰ ਉਹ ਕਿਉਂਕਿ ਸ਼ਾਬਾਸ਼ੀ ਬੜਾ ਵੱਡਾ ਇੱਕ ਕਰਮ ਵੀ ਜਦੋਂ ਸ਼ਾਬਾਸ਼ੀ ਜੀ ਬੰਦੇ ਨੂੰ ਕਤਲ ਵੀ ਕਰਾ ਦਿੰਦੀ ਅਸੀਂ ਤਾਂ ਚੰਗਾ ਕਰ ਰਹੇ ਸੀ ਤਾਂ ਇੱਕ ਦਿਨ ਸਾਨੂੰ ਕਿਸੇ ਨੇ ਕਾਲ ਕੀਤੀ ਵੀ ਸਾਡੇ ਪਿੰਡ ਇੱਕ ਬੰਦਾ ਘੁੰਮਦਾ ਉਹਦੇ ਕੀੜੇ ਪਏ ਹੋਏ ਆ ਤਾਂ ਮੈਂ ਉਹਨੂੰ ਇਗਨੋਰ ਕਰਤਾ ਮੈਂ ਫਿਰ ਬਾਈ ਅਸੀਂ ਐ ਪਿੰਡਾਂ ਤੋਂ ਤਨੀ ਲੈ ਕੇ ਉਹਨੂੰ ਸਾਡੇ ਤੇ ਕੋਈ ਢਾਬੇ ਤੇ ਆ ਜਾਂਦਾ ਸੀ ਨਮਾ ਕੇ ਪ੍ਰਸ਼ਾਦਾ ਪਾਣੀ ਛਕਾ ਦਈਦਾ ਕਿੱਥੋਂ ਕਾਲ ਆਈ ਸੀ ਚਮਕੀਮਾਨ ਪਿੰਡ ਜੀ ਲੁਧਿਆਣਾ ਜ਼ਿਲ੍ਹੇ ਦਾ ਸੀ ਤੇ ਚਲੋ ਦੂਏ ਦਿਨ ਉਹਨੇ ਫੇਰ ਕਾਲ ਕੀਤੀ ਮੈਂ ਫੇਰ ਉਹਦਾ ਆਹੀ ਅਨਸਰ ਦੇ ਕੇ ਫੋਨ ਕੱਟਤਾ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਮੈਂਟ ਮੇਰੇ ਛੋਟੇ ਬ੍ਰਦਰ ਨੇ ਕੀਤਾ ਮਿੰਟੂ ਮਾਲਵਾਲੀ ਆਈਡੀ ਤੇ ਕਿਸੇ ਫੋਟੋ ਦੇ ਥੱਲੇ ਕਹਿੰਦਾ ਬਾਈ ਜੀ ਗੁੱਡ ਜੌਬ ਗ੍ਰੇਟ ਜੌਬ ਲਿਖ ਕੇ ਥੱਲੇ ਉਹ ਨਹੀਂ ਲਿਖਦਾ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਉਹ ਮੈਂ ਪੂਰੀ ਦੀ ਪੂਰਾ ਸੈਂਟੈਂਸ ਕਾਪੀ ਕਰਕੇ ਪੇਜ ਦਾ ਨਾਮ ਬਦਲ ਕੇ ਪੇਸਟ ਕਰਦਾ ਉਹਵੇਂ ਮਨ ਲੋ ਹੀ ਹੈਵ ਨਹੀਂ ਕਟਿਆ ਹੁਣ ਤਾਂ ਕੱਲਾ ਮਨੁੱਖਤਾ ਦੀ ਸੇਵਾ ਪੇਜ ਦਾ ਨਾਮ ਤੇ ਉਹਨੇ ਸ਼ਾਮ ਨੂੰ ਮੈਨੂੰ ਫੋਨ ਕਰ ਲਿਆ ਉਹ ਕਹਿੰਦਾ ਬਾਈ ਵੀ ਵਧੀਆ ਤੁਸੀਂ ਦੁਕਾਨਦਾਰੀ ਚ ਚਲਾ ਲਈ ਮਨੁੱਖਤਾਰੀ ਸੇਵਾ ਨਾ ਵੀ ਰੱਖ ਲਿਆ ਉਹ ਡੋਗਮਾਨ ਪਿੰਡ ਵਾਲੇ ਬੰਦੇ ਨੇ ਕਹਿੰਦਾ ਮੈਂ ਤਿੰਨ ਦਿਨਾਂ ਤੋਂ ਤੁਹਾਨੂੰ ਕਾਲ ਕਰ ਰਿਹਾ ਸਾਡੇ ਪਿੰਡ ਇੱਕ ਬੰਦਾ ਘੁੰਮਦਾ ਕਹਿੰਦਾ ਉਹਦੇ ਕੀੜੇ ਪਏ ਹੋਇਆ ਕਹਿੰਦਾ ਮੇਰੇ ਮੂਹਰ ਤੇ ਹੁਣ ਫੇਰ ਨਿੰਗਾ ਜਾਂਦਾ ਕਹਿੰਦਾ ਤੁਸੀਂ ਉਹਦੀ ਤਾਂ ਮਦਦ ਨਹੀਂ ਕਰ ਸਕੇ ਉਹਨੇ ਜਾਨੀ ਕਿ ਟਾਂਚ ਮਾਰੀ ਅਸੀਂ ਤਿੰਨ ਜਾਨੇ ਚਾਰ ਜਾਨੇ ਇੱਦਾਂ ਬੈਠੇ ਸੀ ਮੈਂ ਫੋਨ ਕੱਟਿਆ ਮੈਂ ਕਿ ਕੋਈ ਨਾ ਬਾਈ ਕਹਿਲਾ ਤੇਰੀ ਮਰਜ਼ੀ ਐ ਵੀ ਮੈਂ ਆਪਾਂ ਕੱਟ ਦਿੰਨੇ ਵਿੱਚੋਂ ਹੀ ਗੱਲ ਕੱਟਦੀ ਮੈਂ ਮੁੰਡਿਆਂ ਨੂੰ ਦੱਸਿਆ ਮੈਂ ਕਿ ਯ ਵੀ ਆਪਾਂ ਤਾਂ ਪੰਗਾ ਹੀ ਲੈ ਲਿਆ। ਹੂੰ। ਕਹਿੰਦੇ ਕੀ ਹੋ ਗਿਆ? ਮੈਂ ਕਿਹਾ ਐਂ ਕਰਕੇ ਫੋਨ ਆ ਰਿਹਾ। ਵੀ ਤਿੰਨ ਦਿਨ ਹੋ ਗਏ ਬੰਦੇ ਨੂੰ ਕਾਲ ਕਰਦੇ ਨੂੰ। ਵੀ ਉਹ ਕਹਿੰਦਾ ਮੇਰੇ ਪਿੰਡ 'ਚ ਬੰਦਾ ਫਿਰਦਾ ਉਹਦੇ ਕੀੜੇ ਪਏ ਆ। ਉਹ ਕਹਿੰਦਾ ਯਾਰ ਕੋਈ ਗਰੀਬ ਹੋਊ ਕੋਈ ਲੋੜਵੰਦ ਹੋਊਗਾ ਜਿਹੜਾ ਐਨੇ ਕੀੜੇ-ਕੀੜੇ ਪਿੰਡ 'ਚ ਤਾਂ ਕੁੱਤੇ ਦੇ ਨਹੀਂ ਪੈਣ ਦਿੰਦੇ ਲੋਕ ਕੀੜੇ ਉਹਦੇ ਵੀ ਕੱਢ ਦਿੰਦੇ ਫੜ ਕੇ। ਤਾਂ ਅਸੀਂ ਤਿੰਨ ਪਹਿਲੀ ਵਾਰ ਲਾਈਵ 'ਚ ਕੰਟਰੀਬਿਊਸ਼ਨ ਕੀਤੀ ਸੀ। ਤਿੰਨ 3000 ਦੀ ਗੱਲ ਕਰੀ ਅਸੀਂ ਚਾਰਾਂ ਜਾਣਿਆਂ ਨੇ। ਵੀ ਆਪਾਂ 12000 ਰੁਪਏ ਪਿੰਡ ਦੇ ਸਰਪੰਚ ਨੂੰ ਦੇ ਆਉਣੇ ਕੋਈ ਲੋਡ ਬੰਦ ਹੋ ਤੁਹਾਡੇ ਦੋਸਤਾਂ ਨੇ ਦੋਸਤਾਂ ਨੇ ਅਸੀਂ ਚਾਰੋਂ ਜਾਣਿਆਂ ਨੇ ਗੱਡੀ ਚੱਕੀ ਦਰਾਹੇ ਤੋਂ ਚੌਂਕੀ ਮਾਨਵਾਲ ਨੂੰ ਚਲੇ ਜਾਨੇ ਆ ਪਿੰਡ ਜਾ ਕੇ ਅਸੀਂ ਉਹ ਬਾਈ ਨੂੰ ਫੋਨ ਕਰਦੇ ਆ ਵੀ ਬਾਪੂ ਕਿੱਥੇ ਉਹ ਫੋਨ ਨਹੀਂ ਚੱਕਦਾ ਸਾਡਾ ਕਈ ਫੋਨ ਲਾਉਨੇ ਆ ਅਸੀਂ ਪਿੰਡ ਤੇ ਲੱਭਦੇ ਆ ਸਾਨੂੰ ਬਾਪੂ ਕਿਤੇ ਲੱਭਦਾ ਨਹੀਂ ਫਿਰ ਅਸੀਂ ਨਾਮ ਨੰਬਰ ਬਦਲ ਕੇ ਕਾਲ ਕਰੀ ਉਹਨੂੰ ਬਾਈ ਨੂੰ ਤੇ ਉਹ ਕਹਿੰਦਾ ਬਾਈ ਅਸੀਂ ਜਾਣ ਆਉਣ ਲੱਗਿਆਂ ਨੇ ਦੱਸਦਾ ਸੀ ਵੀ ਅਸੀਂ ਆਉਨੇ ਆ ਵੀ ਅਸੀਂ ਪੈਸੇ ਦੇ ਕੇ ਜਾਵਾਂਗੇ ਉਹ ਕਹਿੰਦਾ ਬਾਈ ਮੈਨੂੰ ਤਾਂ ਅਸੀਂ ਤੁਸੀਂ ਲੈ ਕੇ ਜਾਣਾ ਵੀ ਪੈਸੇ ਮੈਨੂੰ ਤੁਸੀਂ ਫੜਾਉਂਗੇ ਮੈਂ ਨਹੀਂ ਲੈਣੀ ਮੇਰੀ ਪਿੰਡ 'ਚ ਦੁਸ਼ਮਣੀ ਪੈ ਜਾਊ ਮੈਂ ਕਿਹਾ ਤੁਹਾਨੂੰ ਬਾਪੂ ਦਾ ਦੱਸ ਦੇ ਤੂੰ ਕਿੱਥੇ ਆ ਉਹਨੇ ਦੱਸਿਆ ਵੀ ਗੁੜਿਆਂ ਪਿੰਡ ਵਾਲੇ ਅੱਡੇ 'ਚ ਬੈਠਾ ਬਾਪੂ ਅਸੀਂ ਗਏ ਏਨੇ ਕਿ ਮੈਨੂੰ ਐ ਲੱਗਿਆ ਮੇਰਾ ਬਾਪ ਬੈਠਾ ਹੁੰਦਾ ਸਰਦਾਰ ਦਾੜੀ ਰੱਖੀ ਹੋਈ ਸਰਦਾਰ ਬੰਦਾ ਕੁੜਤਾ ਪਾਇਆ ਹੋਇਆ ਕੱਛਾ ਪਾਇਆ ਪਜਾਮਾ ਉਹਦੇ ਤੇੜ ਮੋੜ ਤੇ ਰੱਖਿਆ ਹੋਇਆ ਪਜਾਮਾ ਉਹਨੇ ਗਾਣੇ ਗਾਈ ਜਾਵੇ ਲੱਤ ਤੇ ਉਹਦੇ ਕਿਸੇ ਨੇ ਹਲਦੀ ਪਾਈ ਹੋਈ ਕੇ ਨੇ ਮਿੱਟੀ ਤੇ ਤੇਲ ਪਾਇਆ ਹੋਇਆ ਮੰਤਰ ਉੱਤੇ ਮੱਖੀਆਂ ਬੈਠੀਆਂ ਜਾਨ ਉਹ ਆਪਦੇ ਗੱਲਾਂ ਦੇ ਵਿੱਚ ਮਸ ਮਾਨਸਿਕ ਤੌਰ ਤੇ ਬਿਮਾਰ ਹੋਣੇ ਅਫਸਰ ਸੀ ਪੂਰੇ ਅਸੀਂ ਬਾਪੂ ਨੂੰ ਪੁੱਛਿਆ ਬਾਪੂ ਆਪਦੀਆਂ ਸਾਡੀ ਕੋਈ ਸੋਝੀ ਨਹੀਂ ਉਹਨੂੰ ਅਸੀਂ ਉੱਥੇ ਲੋਕ ਖੜੇ ਹੱਸੀ ਜਾਣ ਅਸੀਂ ਬਾਪੂ ਨੂੰ ਗੱਡੀ 'ਚ ਬਿਠਾਇਆ ਪਿੰਡ 'ਚ ਲੈ ਆਏ ਸਾਥ 'ਚ ਸਾਥ 'ਚ ਵੀ ਉਹ ਬਾਪੂ ਗਾਣੇ ਗਾਇਆ ਵੀ ਲੋਕ ਉਹਨੂੰ ਤਮਾਸ਼ੀਨ ਉਹਦੇ ਵਾਲਾ ਹੱਸੀ ਜਾਣ ਅਸੀਂ ਤਿੰਨ ਚਾਰ ਬੰਦਿਆਂ ਨਾਲ ਗੱਲ ਕੀਤੀ ਵੀ ਅਸੀਂ ਪੈਸੇ ਦੇਣੇ ਵੀ ਜੇ ਤਾਂ ਕੋਈ ਲਾਜ ਕਰਾ ਦੇਵੇ ਕਿਸੇ ਨੇ ਹਮ ਹੀ ਨਹੀਂ ਭਰੀ ਬੰਦੇ ਨੇ ਦੱਸਿਆ ਵੀ ਇਹਦੇ ਤਾਂ ਮੁੰਡਾ ਚਿੱਟਾ ਲਾਉਂਦੇ ਨੇ ਚਿੱਟਾ ਵੇਚਦੇ ਵੀ ਨਹੀਂ ਉਹ ਵੀ ਪੈਸੇ ਨਾ ਦੇਓ ਇਹਦਾ ਲਾਜ ਕਿਸੇ ਨੇ ਨਹੀਂ ਕਰਾਉਣਾ ਵੀ ਇਹਦੀ ਕਿਸੇ ਨੇ ਮਦਦ ਨਹੀਂ ਕਰਨੀ ਮਦਦ ਕਰਨੋਂ ਤਾਂ ਕਹਿੰਦੇ ਇਹਦੇ ਪਿੰਡ 'ਚ ਭਰਾ ਆ ਵਾ ਅੱਠ ਭਰਾ ਕਹਿੰਦੇ ਇਹ ਵੀ ਜੇ ਮਦਦ ਤਾਂ ਉਹ ਵੀ ਕਰ ਸਕਦੇ ਆ ਅਸੀਂ ਕਿਹਾ ਵੀ ਭਰਾ ਕਿੱਥੇ ਆ ਕਹਿੰਦੇ ਦੋ ਪੰਜਾਬ ਪੁਲਿਸ 'ਚ ਆ ਇੱਕ ਬਿਜਲੀ ਬੋਰਡ 'ਚ ਆ ਇੱਕ ਬੈਂਕ 'ਚ ਮੈਨੇਜਰ ਆ ਇੱਕ ਵੈਟਰਨਰੀ ਡਾਕਟਰ ਆ ਇੱਕ ਇੰਜਣਾਂ ਦਾ ਕੰਮ ਕਰਦਾ ਬਾਕੀ ਖੇਤੀਬਾੜੀ ਕਰਦੇ ਆ ਅੱਠ ਭਰਾ ਇਹਦੇ ਵੀ ਇਹ 7-8 ਮਹੀਨਿਆਂ ਤੋਂ ਐਂ ਘੁੰਮਦਾ ਪਿੰਡ 'ਚ ਵੀ ਇਹਦੀ ਕਿਸੇ ਨੇ ਨਹੀਂ ਮਦਦ કરી ਅਸੀਂ ਬਾਪੂ ਨੂੰ ਗੱਡੀ 'ਚ ਬਿਠਾ ਕੇ ਤਾਬੇ 'ਤੇ ਲਿਆਏ ਜੀ ਭਰਾ ਦੇ ਨਾਲ ਕਿਸੇ ਨਾਲ ਗੱਲ ਹੋਈ ਨਹੀਂ ਜੀ ਉਦੋਂ ਨਹੀਂ ਅਸੀਂ ਨਹੀਂ ਅਸੀਂ ਕੀਤੀ ਵੀ ਨਹੀਂ ਗੱਲ ਜੀ ਐਵੇਂ ਕਹੀਏ ਅਸੀਂ ਨਾਲ ਲੈ ਟਾਪੇ ਸਮਝੋ ਉਹ ਬੰਦੇ ਨੇ ਸੱਚੀ ਦੱਸਤਾ ਤੇ ਇਹ ਬੰਦਾ ਕੀ ਕਰਦਾ ਸੀ ਇਹਦੇ ਬਾਰੇ ਕੁਝ ਪਤਾ ਲੱਗਿਆ ਹੋਊਗਾ ਹਾਂ ਜੀ ਇਹ ਤੁਹਾਨੂੰ ਇਹ ਖੇਤੀਬਾੜੀ ਕਰਦਾ ਸੀ ਇਹ ਕਿਰਾਏ ਦਾ ਕੰਮ ਕਰਦਾ ਸੀ ਚਿੱਟਾ ਸਕੌਟ ਟਰੈਕਟਰ ਸੀ ਬੜਾ ਵਧੀਆ ਕੰਮ ਆ ਸੀ ਭਰਤ ਪਾਉਂਦਾ ਸੀ ਲੋਕਾਂ ਦੀ ਜ਼ਮੀਨ ਪਾਉਂਦਾ ਸੀ ਕਿਸਰ ਸਿੰਘ ਢਾਲੀ ਵਾਲਾ ਨਾ ਦੋ ਪੁੱਤ ਬਾਪੂ ਦੇ ਬਾਪੂ ਦੀ ਘਰ ਲਈ ਛੱਡ ਕੇ ਚਲੇ ਗਏ ਬਾਪੂ ਥੋੜਾ ਆਫਸੈਟ ਰਹਿਣ ਲੱਗ ਗਿਆ ਪੁੱਤ ਵੀ ਨਹੀਂ ਮਿਲੇ ਤੁਹਾਨੂੰ ਨਾ ਪੁੱਤ ਚਿੱਟੇ ਤੇ ਲੱਗਿਆ ਹੋਇਆ ਸੀ ਇੱਕ ਤਾਂ ਇੱਕ ਦਬਈ ਗਿਆ ਹੋਇਆ ਸੀ ਬਾਹਰ ਸਾਨੂੰ ਪਤਾ ਲੱਗਿਆ ਜਦੋਂ ਬਾਪੂ ਨੂੰ ਅਸੀਂ ਲੈ ਆਏ ਅਸੀਂ ਡੀ ਐਮ ਸੀ ਹਸਪਤਾਲ ਲੈ ਗਏ ਜੀ ਡੀ ਐਮ ਸੀ ਵਾਲੇ ਕਹਿੰਦੇ ਵੀ ਗੈਂਗਰਿੰਗ ਹੋਈ ਹੈ ਲੱਤ ਕੱਟਣੀ ਪੈਣੀ ਹੈ ਜੀ ਤਾਂ ਅਸੀਂ ਕਿਹਾ ਵੀ ਸਾਡਾ ਤਾਂ ਕੋਈ ਲੰਦਾ ਹਸਤਾਨ ਲੈ ਆਏ ਉਹ ਕਹਿੰਦੇ ਫਿਰ ਐਨ ਜੀਓ ਦਾ ਆਪਦਾ ਤੁਸੀਂ ਲੈਟਰ ਪੈਡ ਤੇ ਲੈ ਕੇ ਮੈਂ ਕਿਹਾ ਸਾਡਾ ਤਾਂ ਕੋਈ ਐਨ ਜੀਓ ਵੀ ਹੈ ਨਹੀਂ ਅਸੀਂ ਉੱਥੋਂ ਓਵੇਂ ਓ ਪੀ ਡੀ ਬੇਸ ਤੇ ਵਾਪਤ ਲੈ ਆਏ ਸਾਡੇ ਦਰਾਹਿਕ ਬਦੀ ਵਾਲੇ ਬੈਦ ਆ ਬੜੇ ਮ ਉਹਨਾਂ ਨੂੰ ਦੱਸਿਆ ਉਹ ਬੈਰ ਸਾਹਿਬ ਨੇ ਸਾਨੂੰ ਤਾਰਪੀਨ ਦੇ ਤੇਲ ਦੀ ਸ਼ੀਸ਼ੀ ਦਿੱਤੀ ਐਡੀ ਵੱਡੀ ਕਹਿੰਦਾ ਇਹਦੇ ਨਾਲ ਇਹਦੇ ਪੱਟੀ ਕਰੋ ਤੇਲ ਪਾਓ ਨਾਲੇ ਕੀੜੇ ਮੁੱਕ ਜਾਣਗੇ ਨਾਲੇ ਜ਼ਖਮ ਠੀਕ ਹੋ ਜੂ ਯਕੀਨ ਮੰਨਿਓ ਬਾਈ ਜੀ ਉਸ ਦਿਨ ਮੈਂ ਬੜਾ ਮੇਰਾ ਮਨ ਰੋਇਆ ਮੈਨੂੰ ਥੋੜਾ ਜਿਹਾ ਈਮੋਸ਼ਨਲ ਆ ਮੈਂ ਬੰਦਾ ਮੈਨੂੰ ਐ ਲੱਗਿਆ ਮੇਰੇ ਪਿਓ ਦੇ ਕੀੜੇ ਪੈ ਗਏ ਅਸੀਂ ਜਦੋਂ ਉਹਦੇ ਤੇਲ ਪਾਇਆ ਨਾ ਜੀ ਮੇਰਾ ਛੋਟਾ ਭਰਾ ਵੀਰਿੰਦਰ ਸਿੰਘ ਗਰੇਵਾਲ ਮੇਰਾ ਦੋਸਤ ਸੀ ਉਹ ਉਹਦੀ ਡੈਥ ਹੋ ਗਈ ਹੁਣ ਹੈ ਨਹੀਂ ਦੁਨੀਆ ਤੇ ਪਹਿਲਾ ਕੀੜਾ ਉਹਨੇ ਟੱਕੇ ਨਾ ਕੱਢਿਆ ਬਾਪੂ ਦੇ ਲੱਤ ਚੋਂ ਕੀੜਿਆਂ ਤੋਂ ਭਾਵ ਕੀ ਹੈ ਮੈਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦਾ ਹਾਂ ਤੁਸੀਂ ਕਹਿੰਦੇ ਹੋ ਕੀੜੇ ਆ ਉਹ ਨਾ ਉੱਪਰ ਥੋੜੀ ਤੁਸਨੋਂ ਆਪਣ ਨੂੰ ਕਿਉਂਕਿ ਕਮਿਊਨਿਟੀ ਗਾਈਡਲਾਈਨਸ ਹੁੰਦੀਆਂ ਆ ਫੇਸਬੁਕ YouTube ਤੇ ਉਹ ਤੁਹਾਨੂੰ ਬਲਰ ਕਰਨੀਆਂ ਪੈਂਦੀਆਂ ਆ ਤਸਵੀਰਾਂ ਤਾਂ ਪਤਾ ਨਹੀਂ ਲੱਗਦਾ ਕੀੜੇ ਤੋਂ ਭਾਵ ਕੀ ਹੈ ਕੀੜੇ ਤੋਂ ਭਾਵੇਂ ਆ ਜੀ ਮਤਲਬ ਐਵੇਂ ਕੋਈ ਸੁੰਡੀ ਹੈ ਕੀ ਹੈ ਮਤਲਬ ਕਿਵੇਂ ਤੁਹਾਨੂੰ ਸਾਹਮਣੇ ਦਿਖਦੇ ਆ ਕਿ ਆ ਕੀੜੇ ਚੱਲ ਰਹੇ ਆ ਕੀੜੇ ਵੱਡੇ ਸੁੰਡ ਹੁੰਦੇ ਆ ਜੀ ਚਿੱਟੇ ਰੰਗ ਦੇ ਮੱਖੀ ਦਾ ਲਾਰਵਾ ਜੀ ਉਹ ਦੇਖੋ ਇੱਕ ਬੰਦਾ ਜਿਹੜਾ ਆਪਣੀ ਕੇਅਰ ਨਹੀਂ ਕਰ ਸਕਦਾ ਜਿਸ ਨੂੰ ਸੋਜੀ ਨਹੀਂ ਅਫਸੈਟ ਆ ਉਹਦੇ ਜ਼ਖਮ ਹੋ ਗਿਆ ਛੋਟਾ ਜਿ ਉਦੇ ਅੰਦਰ ਲਾਰਵਾ ਪੈਦਾ ਹੋ ਗਿਆ ਉਹਦੇ ਕੀੜੇ ਬਣ ਗਏ ਕੀੜੇ ਕਹੇ ਜੀ ਚੀਜ਼ ਆ ਉਹਦਾ ਜਿਹੜਾ ਸਲਾਈ ਬਾਵਾ ਉਹ ਜਿੱਥੇ ਜਿੱਥੇ ਟੱਚ ਕਰੀ ਜਾਂਦਾ ਉਹਨਾਂ ਏਰੀਆ ਉਹ ਸੁੰਨ ਹੋ ਜਾਂਦਾ ਉਹ ਮਾਸ ਨੂੰ ਫਿਰ ਉਹ ਖਾਈ ਜਾਂਦਾ ਬੰਦੇ ਨੂੰ ਤਕਲੀਫ ਵੀ ਨਹੀਂ ਹੁੰਦੀ ਗਾਂਹਲੇ ਨੂੰ ਉਹਨੂੰ ਫੀਲ ਵੀ ਨਹੀਂ ਹੁੰਦਾ ਮੇਰਾ ਮਾਸ ਖਾਦਾ ਜਾ ਰਿਹਾ ਤੇ ਅਸੀਂ ਬਾਪੂ ਤੇ ਲੱਤ ਚੋਂ ਕੀੜੇ ਕੱਢੀ ਜਾਂਦੇ ਬਾਪੂ ਇੰਨਾ ਆਪਦੀਆਂ ਗੱਲਾਂ ਮਾਰੀ ਜਾਂਦਾ ਉਹ ਵਿੱਕੀ ਓਏ ਲੱਕੀ ਓਏ ਲੱਬੇ ਆਪਦੇ ਬੱਚ ਮੁੰਡਿਆਂ ਦੇ ਨਾਂ ਲਈ ਜਾਂਦਾ 42 ਕੀੜੇ ਨਿਕਲੇ ਜੀ ਪਹਿਲੇ ਦਿਨ ਜਦੋਂ ਅਸੀਂ ਬਾਪੂ ਦੀ ਜ਼ਿੰਦਗੀ ਦੇ ਵਿੱਚ ਮਤਲਬ ਆਪਣੀ ਜ਼ਿੰਦਗੀ ਚ ਮੈਂ ਪਹਿਲੀ ਵਾਰ ਦੇਖਿਆ ਸੀ ਵੀ ਇਦਾਂ ਕੀੜੇ ਬੰਦਿਆਂ ਦੇ ਵੀ ਪੈਣ। ਬਸੇ ਸ਼ੀਸ਼ੀ ਪਰ ਕੀੜੇ। ਸਾਡੇ ਲਈ ਇੱਕ ਉਹ ਜੂਬਾ ਸੀ ਜਿਹੜਾ ਵੀ ਢਾਬੇ ਤੇ ਬੰਦਾ ਆਉਂਦਾ ਸੀ ਉਹਨੂੰ ਦਿਖਾਉਂਦੇ ਵੀ ਆ ਬੰਦੇ ਦੇ ਕੀੜੇ ਪੈ। ਕਈ ਦਿਨਾਂ ਸੀ ਉਹ ਸ਼ੀਸ਼ੀ ਰੱਖੀ ਰੱਖੀ ਉੱਥੇ। ਦੂਏ ਦਿਨ ਫੇਰ ਬਾਪੂਰੇ। ਬਾਪੂ ਦੇ ਪੱਟੀ ਕਰਦੇ ਸੀ। ਪੱਟੀ ਖੋਲ ਕੇ ਬਾਪੂ ਮਿੱਟੀ ਮਾਰ ਲੈਂਦਾ ਸੀ। ਬਾਪੂ ਆਪਣੀ ਟਾਇਲਟ ਕਰਕੇ ਟਾਇਲਟ ਜਾਖਮ ਤੇ ਮਾਰ ਲੈਂਦਾ ਸੀ। ਮਤਲਬ ਇੰਨਾ ਅਫਸੈਟ ਸੀ ਬਾਪੂ। ਅੱਜ ਜੋ ਬਾਪੂ ਨੂੰ ਮਿਲੋਗੇ ਤੁਸੀਂ ਬਾਪੂ ਕਿਸੇ ਨੂੰ ਗੱਲ ਨਹੀਂ ਆਉਣ ਦਿੰਦਾ। ਸਾਡਾ ਕੇਸਰ ਸਿੰਘ ਢਾਲੀ ਵਾਲਾ ਬਾਪੂ ਬਿਲਕੁਲ ਕਹ ਹਰੀ ਕਾਇਮ ਆ ਸਾਡੇ ਨਾਲ ਹੀ ਰਹਿ ਰਿਆ ਫਿਰ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ ਜੀ ਬਾਪੂ ਜੀ ਦੀ ਸੇਵਾ ਸਾਨੂੰ ਮਿਲ ਗਈ ਫਿਰ ਇੱਕ ਬੰਦਾ ਹੋਰ ਸਾਨੂੰ ਥਾਬੇ ਤੇ ਮਿਲਿਆ ਫਿਰ ਕੀ ਹੋਇਆ ਜੀ ਸਾਨੂੰ ਲੋਕ ਥੜਕ ਤੇ ਤੁਰੇ ਜਾਂਦੇ ਨੂੰ ਵੀ ਦੁਕਾਨਾਂ ਵਾਲੇ ਰੋਕ ਲੈਂਦੇ ਬਾਈ ਇੱਥੇ ਬੰਦਾ ਜਾਂਦਾ ਫੋਨ ਕਰ ਦਿੰਦੇ ਅਸੀਂ ਜਾ ਕੇ ਤਾਂ ਢਾਬਾ ਚੱਲ ਰਿਹਾ ਸੀ ਉਸ ਤੋਂ ਢਾਬਾ ਚੱਲ ਰਹੀ ਢਾਬਾ ਢਾਬਾ ਲੋਕ ਰੁਕਦੇ ਸੀ ਮੈਂ ਇਸ ਕਰਕੇ ਕਹਿ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਨਾ ਜਿਵੇਂ ਤੁਸੀਂ ਪਹਿਲਾਂ ਕਹ ਰਹੇ ਸੀ ਇੱਕ ਕਾਂਤੀ ਜੀ ਆਨ ਲੱਗ ਜਾਂਦੀ ਕਿ ਨਹੀਂ ਇੱਥੇ ਨਹੀਂ ਜਾਣਾ ਹੈਗਾ ਇੱਥੇ ਅਜਿਹੇ ਲੋਕ ਹੁੰਨੇ ਆ ਕੋਈ ਆਪਣੀ ਫੈਮਿਲੀ ਨਾਲ ਗਿਆ ਹੁੰਦਾ ਹੁਣ ਜਿਹਨੂੰ ਤੁਸੀਂ ਕੀੜੇ ਦਿਖਾਤੇ ਹੋ ਸਕਦਾ ਤੁਹਾਡੇ ਦੁਬਾਰਾ ਨਾ ਆਵੇ ਢਾਬੇ ਤੇ ਦੇਖ ਕੇ ਕਿ ਇੱਥੇ ਤਾਂ ਅਜਿਹੇ ਲੋਕ ਹੈਗੇ ਆ ਢਾਬਾ ਫਿਰ ਤੁਹਾਨੂੰ ਲੱਗਦਾ ਤੁਹਾਡਾ ਬਿਜ਼ਨਸ ਹੀ ਬੰਦ ਹੋ ਰਿਹਾ ਸੀ ਇਸ ਟਾਈਮ ਸਾਨੂੰ ਜਿਹੜਾ ਢਾਬੇ ਦਾ ਇੰਚਾਰਜ ਸੀ ਨਾ ਮੈਂ ਤੁਹਾਨੂੰ ਗਲਮੇ ਆਪਣੀ ਗੱਲ ਲੰਬੀ ਚੱਲੇ ਜਾਣੀ ਆ ਬਾਪੂ ਕੇਸਰ ਸਿੰਘ ਜੀ ਦੀ ਹਮਤ ਉਹਨੇ ਕਿਸਾ ਹਣਾਉਣਾ 20 ਦਿਨਾਂ ਬਾਅਦ ਬਾਪੂ ਕੇਸਰ ਸਿੰਘ ਢਾਲੀਆ ਵਾਲਾ ਸਵੇਰੋਂ ਜਦੋਂ ਅਸੀਂ ਉੱਠੇ ਭੱਜ ਗਿਆ ਸਾਡੇ ਦਾ ਢਾਬੇ ਦਾ ਇੰਚਾਰਜ ਸੀ ਉਹ ਮੈਨੂੰ ਕਹਿੰਦਾ ਬਾਪੂ ਚੱਲਿਆ ਗਿਆ ਮੈਂ ਕਿੱਧਰ ਨੂੰ ਗਿਆ ਮੈਂ ਫੜਫੜ ਮੁੰਡਿਆਂ ਨੂੰ ਕਹਿੰਦਾ ਆਪਣਾ ਪੱਲਿਓਂ ਪੈਂਦੇ ਆ ਪੈਸੇ ਰੋਜ ਹਜੇ ਹਨ ਕਿਉਂਕਿ ਬਚਨ ਨਹੀਂ ਸੀ ਲੱਗਿਆ ਕੁਝ 2-4000 ਰੁਪਏ ਪੱਲਿਓਂ ਪੈਂਦਾ ਸੀ ਵੀ ਕਹਿੰਦਾ ਜੇ ਤੁਸੀਂ ਚਲਾਉਣਾ ਫਿਰ ਕਹਿੰਦਾ ਬਾਪੂ ਨੂੰ ਜਾਣ ਦੋ ਕਹਿੰਦਾ ਤੁਸੀਂ ਤਾਂ ਨਹੀਂ ਭੇਜਿਆ ਆਪੇ ਗਿਆ ਨਾ ਉਹਨੇ ਕਨਵਿੰਸ ਕਰ ਲਿਆ ਮੈਨੂੰ ਮੈਂ ਕਿਹਾ ਯਾਰ ਗੱਲ ਤਾਂ ਸਹੀ ਆ ਵੀ ਬਾਪੂ ਆਪੇ ਚਲੇ ਗਿਆ ਆਪਾਂ ਥੋੜੀ ਕਿ ਜਿੰਨੇ ਦਿਨ ਦੀ ਕਹਿੰਦਾ ਤੁਹਾਡੀ ਸੇਵਾ ਸੀ ਕਰਮਾ ਚ ਬਾਪੂ ਦੀ ਕਰ ਲਈ ਬਾਪੂ ਚਲੇ ਗਿਆ ਚਲੋ ਮੈਂ ਬੈਠ ਗਿਆ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਮੈਸੇਂਜਰ ਤੇ ਕਾਲ ਆਉਂਦੀ ਆ ਜਿਹੜਾ ਉੱਥੋਂ ਦਾ ਲੋਕਲ ਮੁੰਡਾ ਹੀ ਸਾਡਾ ਦੋਸਤ ਉਹਦੇ ਫੋਨ ਤੇ ਇੱਕ ਭੈਣ ਗੱਲ ਕਰਦੀ ਹੈ ਕਹਿੰਦੀ ਵੀਰੇ ਮੈਂ ਤੁਹਾਡੀਆਂ ਪੋਸਟਾਂ ਫੋਟੋਆਂ ਦੇਖੀਆਂ ਸੀ ਵੀ ਮੇਰੀ ਸਹੇਲੀ ਕਹਿੰਦੀ ਸੀ ਇਹ ਫੋਟੋਆਂ ਪਾਉਣ ਵਾਲੀ ਹੈ ਕਹਿੰਦੀ ਮੈਂ ਕਹਿੰਦੀ ਸੀ ਵੀ ਨਹੀਂ ਇਹ ਵੀਰੇ ਸੇਵਾ ਕਰਦੇ ਕੀੜੇ ਕੱਢਦੇ ਬਾਪੂ ਦੇ ਵੀ ਇਹ ਬਹੁਤ ਚੰਗੇ ਬੰਦੇ ਆ ਕਹਿੰਨੀ ਪਰ ਤੁਸੀਂ ਨਿਕਲੇ ਫੋਟੋਆਂ ਵਾਲੀ ਮੈਂ ਕਿਹਾ ਕੀ ਗੱਲ ਹੋ ਗਈ ਭੈਣੇ ਕਹਿੰਦੀ ਵੀਰੇ ਜਿਹੜਾ ਬਾਪੂ ਤੁਸੀਂ ਕੇਸਰ ਸਿੰਘ ਦਿਖਾਇਆ ਸੀ ਨਾ ਫੋਟੋਆਂ ਚ ਵੀ ਕਹਿੰਦੀ ਉਹ ਮੇਰੇ ਮੂਹਰੇ ਤੁਰ ਜਾਂਦਾ ਨੰਗਾ ਵੀ ਕੁੜਤਾ ਪਾਇਆ ਤੀੜ ਨੰਗਾ ਵਾ ਵੀ ਉਹਨੂੰ ਤੁਸੀਂ ਛੜਤਾ ਮੈਂ ਕਿਹਾ ਭੈਣੇ ਹੈ ਕਿੱਥੇ ਆ ਕਹਿੰਦੀ ਵੀ ਐ ਕਰਕੇ ਉਹਨੇ ਦੱਸਿਆ ਦਰਾਹੇ ਨਹਿਰ ਦੇ ਉੱਤੇ ਮੈ ਸੇਰ ਕਰਦੀ ਸੀ ਉੱਥੋਂ ਨੇ ਅਦੀ ਫਟਾਫਟ ਗੱਡੀ ਚੱਕੀ ਬਾਪੂ ਕੇਸ ਸਿੰਘ ਦੁਬਾਰਾ ਜਾ ਕੇ ਉੱਥੋਂ ਫੜ ਕੇ ਲਿਆਏ ਚੱਕ ਕੇ ਲਿਆਏ ਉਸ ਤੋਂ ਬਾਅਦ ਸਾਨੂੰ ਸੋਝੀ ਆਈ ਵੀ ਬਾਪੂ ਨੂੰ ਦਿਮਾਗੀ ਦਵਾਈ ਦਿਵਾਉਣੀ ਪੈਣੀ ਆ ਸਾਨੂੰ ਹੂੰ ਉਦੋਂ ਪਹਿਲਾਂ ਅਸੀਂ ਰਾਤ ਨੂੰ ਬਾਪੂ ਨੂੰ ਇੱਕ ਐਲਪ੍ਰੈਕਸ ਦੀ ਗੋਲੀ ਦੇ ਕੇ ਸਮਾਧਨ ਦੇ ਸੀ ਫਿਰ ਅਸੀਂ ਸਾਈਕੀਆਟ੍ਰਿਕ ਕੋਲੇ ਗਏ ਬਾਪੂ ਨੂੰ ਦਵਾਈ ਦਿਵਾਈ ਬਾਪੂ ਥੋੜਾ ਠੀਕ ਹੋਣ ਲੱਗ ਗਏ ਫਿਰ ਟਾਬੇ ਤੇ ਪਿੱਛੇ ਬਾਪੂ ਬੈਠਾ ਹੁੰਦਾ ਸੀ ਮੰਜੇ ਲਾਇ ਨਿਮਾਂ ਦੇਖਣ ਲੱਗੀਆਂ ਸੀ ਪਿੱਛੇ ਵਾਸ਼ਰੂਮ ਬਣੇ ਸੀ ਸਾਡੇ ਜਦੋਂ ਪਿੱਛੇ ਕਿਸ ਨੇ ਟਾਇਲਟ ਵਾਸ਼ਰੂਮ ਜਾਣਾ ਫੈਮਿਲੀ ਨੇ ਬਾਪੂ ਹੁਣ ਮ ਗਲਤ ਗੱਲ ਬੋਲ ਦਿੰਦੇ ਸੀ ਕਿਤੇ ਕੁਝ ਸਾਡੇ ਢਾਬੇ ਤੇ ਲੋਕੋਂ ਹਟ ਗਏ ਸਾਡੇ ਢਾਬੇ ਤੇ ਇਦਾਂ ਦੇ ਬੰਦੇ ਬੈਠੇ ਇੱਥੇ 10 12 ਜਿਨ੍ਹਾਂ ਦੇ ਪੱਟੀਆਂ ਹੋਈਆਂ ਹੋਈਆਂ ਮੰਨ ਲਓ ਢਾਬੇ ਤੇ ਸਾਡੇ ਯਕੀਨ ਮੰਨਿਓ ਇਦਾਂ ਦੇ ਹਾਲਾਤ ਬਣ ਗਏ ਇੱਕ ਦਿਨ ਅਸੀਂ ਇੱਕ ਬੰਦਾ ਸਾਨੂੰ ਮਿਲਿਆ ਸੜਕ ਤੋਂ ਉਹਦੇ ਟੈਸਟ ਕਰਾਏ ਅਸੀਂ ਜਦੋਂ ਥੋੜੇ ਜਿਹਾ ਵੇਅਰ ਹੋ ਗਏ ਅਸੀਂ ਆਉਣ ਦੇ ਸਾਰ ਟੈਸਟ ਕਰਾ ਦਿੰਦੇ ਸੀ ਬੰਦੇ ਦੇ ਅਸੀਂ ਟੈਸਟ ਕਰਾਏ ਉਹ ਐਚ ਆਈ ਵੀ ਪੋਜ਼ਿਟਿਵ ਨਿਕਲਿਆ ਬੰਦਾ ਉਹ ਮੈਂ ਢਾਬੇ ਤੇ ਹੈ ਨਹੀਂ ਸੀ ਉਹ ਜਿਹੜਾ ਦਰਾਹੇ ਤੋਂ ਸੀਗਾ ਲਾਇ ਵਾਲਾ ਉਹ ਰਪੋਰਟਾਂ ਦੇਣ ਆਇਆ ਠਾਬੇ ਦੇ ਇੰਚਾਰਜ ਨੂੰ ਕਹਿੰਦਾ ਵੀ ਆਹ ਟੈਸਟ ਆ ਬਾਈ ਨੂੰ ਦੱਸ ਦੇ ਵੀ ਇਹਨੂੰ ਬੰਦੇ ਨੂੰ ਏਡ ਜਾ ਵੀ ਧਿਆਨ ਰੱਖਿਓ ਜਦੋਂ ਮੈਂ ਸ਼ਾਮ ਨੂੰ ਵਾਪਸ ਆਇਆ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਜੀ ਇਹਦੇ ਤਾਂ ਏਡ ਜਾ ਸਾਰੇ ਬੀਟਰ ਰੂਟਰ ਡਰੇ ਫਿਰਨ ਵੀ ਇਹਨੂੰ ਤਾਂ ਏਡ ਜ ਹੋਈ ਹੋਈ ਆ ਉਹ ਮੈਂ ਕਿਹਾ ਏਡ ਤੇ ਕੋਈ ਐ ਨਹੀਂ ਹੁੰਦੀ ਵੀ ਏਡ ਦੇ ਇੱਕ ਬਿਮਾਰੀ ਆ ਠੀਕ ਆ ਵੀ ਐ ਥੋੜੀ ਵੀ ਆਪਾਂ ਇਹਦੇ ਨਾਲ ਖੜ੍ਹ ਜਾਂਗੇ ਆਪਾਂ ਨੂੰ ਵੀ ਹੋ ਜੂ ਚਲੋ ਸ਼ਾਮ ਨੂੰ ਅਸੀਂ ਸੌਂ ਗਏ ਸਵੇਰ ਨੂੰ ਜਦ ਅਸੀਂ ਉੱਥੇ ਸਾਡੇ ਸਾਰੇ ਬੀਟਰ ਭੱਜ ਗਏ ਛੱਡ ਗਏ ਸਾਡੇ ਕਾਰੀਗਰ ਵੀ ਛੱਡ ਗਏ ਠਾਬਾ ਖਾਲੀ ਸ ਸਵੇਰੇ ਰੋਟੀਆਂ ਲਾ ਕੇ ਵੀ ਅਸੀਂ ਆਪ ਖਵਾਈਆਂ ਬਾਬਿਆਂ ਨੂੰ ਤੇ ਫਿਰ ਸਟੇਸ਼ਨਾਂ ਤੋਂ ਮਿਲ ਜਾਂਦੇ ਇਦਾਂ ਦੇ ਬੰਦੇ ਫਿਰ ਅਸੀਂ ਲੁਧਿਆਣਾ ਸਟੇਸ਼ਨ ਤੋਂ ਜਾ ਕੇ ਹੋਰ ਨਵੇਂ ਬੰਦੇ ਲੱਭ ਕੇ ਲਿਆਏ ਤੰਦੂਰੀਆ ਵੀ ਲੱਭ ਕੇ ਲਿਆਉਨੇ ਸਬਜ਼ੀ ਬਣਾਉਣ ਵਾਲਾ ਵੀ ਲੱਭ ਕੇ ਲਿਆਂਦਾ ਮਤਲਬ ਟੱਬਾ ਸਾਡਾ ਢਾਈ ਤਿੰਨ ਕਿ ਮਹੀਨੇ ਚੱਲਿਆ ਜੀ ਵਧੀਆ ਜਦੋਂ ਉਦੋਂ ਬਾਅਦ ਤਾਂ ਫਿਰ ਸਾਡੇ ਕੋਲੋਂ ਪੱਲਿਓ ਸਾਡੇ ਨੂੰ ਪੈਸੇ ਪੈਣ ਲੱਗ ਗਏ ਪਰ ਟੱਬੇ ਤੇ ਫਿਰ ਇੱਕੋ ਹੀ ਸੀ ਬਸ ਜਿਹੜੇ ਇਨਾ ਵਾਸਤੇ ਰੋਟੀ ਬਣਦੀ ਸੀ ਬਾਕੀ ਜਿੰਨੇ ਕੋਈ ਆਉਂਦਾ ਸੀ ਖਰਚੇ ਪੂਰੇ ਹੋ ਜਾਣੇ ਜਾਂ ਕੋਈ ਹੋਰ ਪੱਲੇ ਪੈਣ ਲੱਗ ਗਿਆ ਫੇਟਾ ਬਾ ਐਨਆਰਆਈ ਬੰਦੇ ਦਾ ਸੀ ਉਹ ਉਹ ਬਾਹਰ ਸੀ ਬੰਦਾ ਉਹ ਲੀਜ਼ ਤੇ ਲਿਆ ਹੋਇਆ ਸਾਡੇ ਦੋਸਤਾਂ ਨੇ ਉਹਦੀ ਇੱਕ ਦੋ ਵਾਰੀ ਸੁਨੇਹੇ ਆਏ ਵੀ ਇਹਨਾਂ ਨੇ ਮੇਰਾ ਟੱਬਾ ਦੱਬਣ ਕਰਕੇ ਇਦਾਂ ਦਾ ਸਿਸਟਮ ਬਣਾ ਰਹੇ ਆ ਇਹ ਵੀ ਇਹਨਾਂ ਨੇ ਦੱਬਣਾ ਕਿਉਂਕਿ ਸਾਡੀ ਐਵੇਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਸੋਚ ਵੀ ਸੀਗੀ ਕਿਤੇ ਨਾ ਕਿਤੇ ਵੀ ਆਪਾਂ ਛੱਡਣਾ ਨਹੀਂ ਹੋਣੇ ਕਿ ਐਨਆਰਆਈ ਦਾ ਦੱਬ ਲਾਂਗੇ ਕਿਉਂਕਿ ਅਸੀਂ ਐਵੇਂ ਝੂਠ ਮਾਰੀਏ ਵੀ ਅਸੀਂ ਬਹੁਤ ਸਾਥ ਸੀ ਬੰਦੇ ਹਨ ਤੇ ਪਰ ਜਦੋਂ 16 17 ਬੰਦਿਆਂ ਦੀ ਗੱਲ ਸੀ ਜਦੋਂ ਸਾਡੇ ਆਸ-ਪਾਸ ਸਾਡੇ ਨਾਲ ਦੇ ਵੀ ਇਦਾਂ ਦੀਆਂ ਗੱਲਾਂ ਕਰਨ ਲੱਗ ਗਏ ਤਾ ਮੇਰੇ ਮਨ ਦੀਏ ਭਾਵਨਾ ਸੀ ਮੈਂ ਕਿਹਾ ਵੀ ਨਹੀਂ ਆਪਾਂ ਐਡੀ ਤਗਾ ਨਹੀਂ ਕਰਨੀ ਹੁਣ ਵੀ ਜੇ ਮਹਾਰਾਜ ਨੇ ਆ ਆਪਸੇ ਲਾਇਆ ਉਹ ਤੋਂ ਪਹਿਲਾਂ ਇੱਕ ਘਟਨਾ ਸਾਡੇ ਵਾਪਰ ਗਈ ਸੀਗੀ ਉਹ ਮੈਂ ਪਹਿਲਾ ਬੰਦਾ ਜਿਹੜਾ ਸੀ ਘਰੇ ਭੇਜਿਆ ਸੀ ਜਿਹਦਾ ਘਰ ਲੱਭਿਆ ਸੀ ਉਹ ਸੀਗਾ ਜੀ ਮੱਖਣ ਸਿੰਘ ਨਾ ਸੀ ਫਗਵਾੜੇ ਦਾ ਰਹਿਣ ਵਾਲਾ ਸੀ ਬੰਦਾ ਉਹ ਸਾਨੂੰ ਮਿਲਿਆ ਸੜਕ ਤੇ ਜਾਂਦਾ ਸੁੱਕਿਆ ਹੱਡੀਆਂ ਦਾ ਪਿੰਜਰ ਕਾਲੇ ਰੰਗ ਦਾ ਵਿਚਾਰਾ ਹੋਇਆ ਹੋਇਆ ਉਹਨੂੰ ਅਸੀਂ ਲਿਆਏ ਨਿਮਾ ਕੇ ਉਹਦੀਆਂ ਫੋਟੋ ਮੈਂ ਪਾਉਂ ਜਿਵੇਂ ਪਾਉਂਦੇ ਸੀ ਅੱਗੇ ਸਾਰਿਆਂ ਦੀ ਓਵੇਂ ਪਾਤੀਆਂ ਤਾਂ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਬਾਹਰੋਂ ਕਹਿੰਦਾ ਬਾਈ ਇਹ ਮੇਰੇ ਪਿੰਡ ਦਾ ਬੰਦਾ ਵੀ ਇਹ ਵਧੀਆ ਘਰ ਤੋਂ ਆ ਵੀ ਇਹਦੇ ਹਾਲਾਤ ਬਹੁਤ ਮਾੜੇ ਸੀ ਪਰ ਅੱਜ ਦਾ ਘਰ ਵਧੀਆ ਉਹਨੇ ਘਰੋਂ ਨੰਬਰ ਦਿੱਤਾ ਸੀ ਘਰੇ ਗੱਲ ਕੀਤੀ ਉਹਦੀ ਬੇਟੀ ਨੇ ਗੱਲ ਕੀਤੀ ਕਹਿੰਦੀ ਵੀਰੇ ਵੀ ਇਹ ਬਾਪੂ ਸਾਡਾ 3.5 ਸਾਲ ਪਹਿਲਾਂ ਘਰੋਂ ਗਿਆ ਸੀ ਡਾਕਟਰ ਦੇ ਦਵਾਈ ਲੈਣ ਗਿਆ ਸੀ ਡਾਕਟਰ ਨੇ ਇਹਨੂੰ ਦੱਸਿਆ ਗਿਆ ਇਹਨੂੰ ਵੀ ਤੈਨੂੰ ਟੀਵੀ ਦੀ ਬਿਮਾਰੀ ਆ ਵੀ ਜੇ ਤੂੰ ਆਪਣੇ ਬੱਚਿਆਂ ਕੋਲੇ ਪਵੇਂਗਾ ਬੱਚਿਆਂ ਨੂੰ ਵੀ ਹੋ ਜੂ ਵੀ ਅੱਡ ਕਮਰੇ 'ਚ ਪੈਣਾ ਤੂੰ ਵੀ ਸਾਡੇ ਘਰੇ ਕਮਰਾ ਇੱਕੋ ਹੀ ਸੀ ਵੀ ਸਾਡਾ ਬਾਪੂ ਮੁੜ ਕੇ ਘਰੇ ਨਹੀਂ ਆਇਆ ਧਾਰੀ ਛੱਡਦਾ ਡਾਕਟਰ ਤੋਂ ਅਸੀਂ ਜਾ ਕੇ ਪੁੱਛਿਆ ਡਾਕਟਰ ਨੇ ਦੱਸਿਆ ਵੀ ਮੈਂ ਉਹਨੂੰ ਆਹ ਗੱਲ ਕਹੀ ਸੀ ਵੀ ਮੇਰੀ ਭੈਣ ਨੇ ਬਾਹਰ ਜਾਣਾ ਸੀ ਕੈਨੇਡਾ ਦਾ ਉਹਦਾ ਕੇਸ ਲੱਗਿਆ ਹੋਇਆ ਸੀ ਪੜ੍ਹਾਈ ਦਾ ਵੀ ਉਹ ਬਾਹਰ ਚਲੇਗੀ ਅਸੀਂ ਕਮਰੇ ਵੀ ਪਾ ਲਏ 3.5 ਸਾਲਾਂ ਚ ਪਰ ਅੱਜ ਸਾਡਾ ਬਾਪੂ ਤੁਹਾਡੀ ਫੋਟੋ 'ਚ ਦੇਖਿਆ ਕਿੱਥੇ ਆ ਸਾਡਾ ਬਾਪੂ ਅਸੀਂ ਕਹਿੰਦੇ ਬਾਪੂ ਇੱਥੇ ਹੀ ਆ ਤੁਹਾਡਾ ਤੁਸੀਂ ਆ ਜਾਓ ਉਹ ਬਾਈ ਜੀ 2016 ਦਾ ਅਗਸਤ ਦਾ ਮਹੀਨਾ ਸੀ 9 ਅਗਸਤ ਨੂੰ ਮੇਰਾ ਵਰਤਾ 8 ਅਗਸਤ ਦੀ ਗੱਲ ਸੀ ਬਾਈ ਜੀ ਉਹਨਾਂ ਦਾ ਪਰਿਵਾਰ ਟੈਂਪੂ ਪਰ ਕੇ ਆਇਆ ਜੀਦੇ ਚੋਦੀ ਵਾਈਫ ਸੀ ਉਹਦੇ ਬੇਟਾ ਸੀ ਉਹਦੀ ਬੇਟੀ ਸੀ ਇੱਕ ਉਹਦੀ ਮਾਂ ਸੀ ਉਹਦੀ ਭੈਣ ਸੀ ਉਹਦੀ ਸੱਸ ਸੀ ਉਹਨਾਂ ਨੇ ਇੰਨਾ ਧੰਨਵਾਦ ਕੀਤਾ ਮੇਰੇ ਪੈਰੀਂ ਹੱਥ ਲਾਉਣ ਯਾਨੀ ਕਿ ਉਹਨਾਂ ਦਾ ਲੱਭਿਆ ਹੋਇਆ ਇੱਕ ਮਾਂ ਦਾ ਪੁੱਤ ਮਿਲ ਗਿਆ ਸਿਰ ਦਾ ਸਾਈਂ ਮਿਲ ਗਿਆ ਬੱਚਿਆਂ ਨੂੰ ਬਾਪ ਮਿਲ ਗਿਆ ਭੈਣ ਨੂੰ ਭਰਾ ਮਿਲ ਗਿਆ ਤਾਂ ਮੈਨੂੰ ਫੀਲ ਹੋਇਆ ਮੈਂ ਉਸ ਰਾਤ ਨੂੰ ਆ ਕੇ ਆਪਣੀ ਮਾਂ ਨਾਲ ਵੀ ਉਹ ਗੱਲ ਸਾਂਝੀ ਕੀਤੀ ਮੈਂ ਕਿਹਾ ਮਾਂ ਮੇਰਾ ਜਨਮ ਦਿਨ ਹੈ ਰਾਤ ਨੂੰ 12 ਵਜੇ ਕੇਕ ਕੱਟਦੇ ਬੱਚਿਆਂ ਨਾਲ ਕੇਕ ਕੱਟਣਾ ਸੀ ਮੈਂ ਰਾਤ ਨੂੰ 10 ਵਜੇ ਉਤੋਂ ਫੇਲਾ ਹੋ ਕੇ ਘਰੇ ਪਹੁੰਚਿਆ ਮੈਨੂੰ ਮੈਨੂੰ ਐਂ ਲੱਗਦਾ ਮਾਂ ਵੀ ਅੱਜ ਜਨਮ ਮੇਰਾ ਅੱਜ ਹੋਇਆ ਵੀ ਅੱਜ ਮੈਂ ਕੁਝ ਚੰਗਾ ਕਰਕੇ ਆਇਆ ਮੈਨੂੰ ਐਂ ਲੱਗਦਾ ਵੀ ਇੱਕ ਮਾਂ ਨੂੰ ਉਹਦਾ ਪੁੱਤ ਮਿਲਾਇਆ ਬੱਚਿਆਂ ਨੂੰ ਬਾਪ ਮਿਲਾਇਆ ਉਹ ਜ਼ਿੰਦਗੀ 'ਚ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਬਸ ਤੁਹਾਨੂੰ ਉਸ ਤੋਂ ਬਾਅਦ ਲੱਗਿਆ ਕਿ ਹੁਣ ਆਹੀ ਕੰਮ ਕਰਨਾ ਫੇਰ ਨਹੀਂ ਜੀ ਮੈਂ ਪਿੱਛੇ ਮੁੜ ਕੇ ਮੇਰੇ ਨਾਲ ਦੇ ਮਜ਼ਾਕ ਵੀ ਕਰਦੇ ਰਹੇ ਮੈਨੂੰ ਕਹਿੰਦੇ ਵੀਰੇ ਤੂੰ ਕੀ ਕਮਣੀਆਂ ਮਾਰੀ ਜਾਂਦਾ ਕਿਉਂਕਿ ਅਸੀਂ ਰਹਿਣ ਵਾਲੇ ਸੀਗੇ ਜੀ ਮੰਨ ਲਓ ਲੁਧਿਆਣਾ ਸਾਡੇ ਉੱਥੇ ਵੱਡੀ ਬੁੱਡ ਹਾਸ ਜਿਮ ਬਣੀ ਹੋਈ ਸੀ ਉਹ ਜੁਆਇਨ ਕੀਤੀ ਹੋਈ ਸੀ ਕਿਤੇ ਵਧੀਆ ਯਾਨੀ ਕਿ ਸਿਸਟਮ ਦੇ ਵਿੱਚ ਰਹਿੰਦੇ ਦਫ਼ਤਰ ਸੀ ਸਾਡਾ ਰਾਜਗੁਰੂ ਨਗਰ ਲੁਧਿਆਣੇ ਮੇਨ ਮਾਰਕੀਟ ਦੇ ਵਿੱਚ ਤੁਸੀਂ ਰੀਅਲ ਏਸਟੇਟ ਦਾ ਕੰਮ ਵੀ ਕਰਦੇ ਜੀ ਫਿਰ ਜਦੋਂ ਇੱਕਦਮ ਇਸ ਪਾਸੇ ਨੂੰ ਗਏ ਡਾਈਪਰ ਬਦਲਣ ਲੱਗ ਗਏ ਟਾਇਲਟਾਂ ਚੱਕਣ ਲੱਗ ਗਏ जख्म ਸਾਫ਼ ਕਰਨ ਲੱਗ ਗਏ ਪਰ ਇੱਕ ਮੇਰਾ ਭਰਾ ਜਿਹੜਾ ਜੀ ਦੁਨੀਆ ਤੇ ਨਹੀਂ ਮੈਂ ਤੁਹਾਨੂੰ ਦੱਸਿਆ ਉਹਨੇ ਬਹੁਤ ਸਪੋਰਟ ਕੀਤੀ ਵੀਰਿੰਦਰ ਸਿੰਘ ਗਰੇਵਾਲ ਨੇ ਜਦੋਂ ਢਾਬੇ ਤੋਂ ਵੀ ਸਾਨੂੰ ਲੱਗਿਆ ਵੀ ਹੁਣ ਜਾਣਾ ਪੈਣਾ ਅਸੀਂ ਉਹਦੇ ਖੇਤ ਲੈ ਗਏ ਚੱਕ ਕੇ ਬੰਦਿਆਂ ਨੂੰ 16 ਬੰਦੇ ਸੀ ਉਹਦੀ ਮੋਟਰ ਤੇ ਲਾ ਕੇ ਰੱਖ ਲੇ ਤੰਬੂ ਲਾ ਲੇ ਟੈਂਟ ਲਾ ਲੇ ਉੱਥੇ ਅਸੀਂ ਕਰੀਬ ਪੌਣੇ 2 ਸਾਲ ਰਹੇ ਜੀ 2016 ਦੇ ਨਵੰਬਰ ਚ ਅਸੀਂ ਗਏ ਸੀ 2017 ਦੇ ਮਾਰਚ ਦੇ ਵਿੱਚ ਉਹਦੀ ਕਾਰ ਐਕਸੀਡੈਂਟ ਤੇ ਡੈਥ ਹੋ ਗਈ ਵੀ ਫਿਰ ਸਾਨੂੰ ਉਹਦੇ ਖੇਤ ਚੋਂ ਵੀ ਉੱਠਣਾ ਪਿਆ ਫਿਰ ਅਸੀਂ ਆਪਣੇ ਖੇਤ ਦੇ ਵਿੱਚ ਮਨੁੱਖਤਾ ਦੀ ਸੇਵਾ ਸੁਪਨਿਆਂ ਦਾ ਘਰ ਹਸਨਪੁਰ ਪਿੰਡ ਬਣਿਆ ਅੱਜ ਫਿਰ ਉੱਥੇ ਮੇਰੇ ਦੋ ਛੋਟੇ ਭਰਾ ਬਾਹਰ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੀ ਮੇਰੇ ਹਿੱਸੇ ਦੀ ਜਗਾ ਵਾ ਮੈਨੂੰ ਤੁਸੀਂ ਇੱਕ ਪਾਸੇ ਛੱਡ ਦਿਓ ਵੀ ਮੈਂ ਉਹਦੇ ਚ ਸੋ ਫਿਰ ਅਕਰ ਬਣਾਉਣਾ ਤਾਂ ਉਹਨਾਂ ਨੇ ਬਹੁਤ ਸਪੋਰਟ ਕੀਤੀ ਉਹ ਕਹਿੰਦੇ ਵੀਰੇ ਜਿਹੜੀ ਸਾਡੀ ਜਗ੍ਹਾ ਵਿੱਚ ਦੋ ਦੋ ਤਿੰਨ ਤਨ ਕਨਾਲਾ ਅਸੀਂ ਕਿੱਥੇ ਲੈ ਕੇ ਜਾਣੇ ਆ ਵੀ ਅਸੀਂ ਜੇ ਲੈ ਵੀ ਜਾਵਾਂਗੇ ਇੱਥੇ ਬਾਹਰਲੇ ਮੁਲਕ ਆ ਕੇ ਉਹਦਾ ਕੀ ਬੱਟੀ ਦਾ ਵੀ ਤੂੰ ਸਾਰੀ ਵੀ ਰੱਖ ਲੈ ਫਿਰ ਅਸੀਂ ਉਹ ਕਰੀਬ 1.5 ਕਿਲਾ ਜ਼ਮੀਨ ਸੀ ਜੀ ਉਹਦਾ 99 ਸਾਲਾ ਪਟਾ ਨੁਕਤਾ ਦੀ ਸੇਵਾ ਦੇ ਨਾਂ ਤੇ ਰਜਿਸਟਰੀ ਕਰਾ ਕੇ ਫਿਰ ਉਹਦੇ ਚ ਅਸੀਂ 2018 ਚ ਨਹੀਂ ਤੁਹਾਡੇ ਪਿੰਡ ਦੇ ਵਿੱਚ ਬਣਿਆ ਹੋਇਆ ਤੁਹਾਡੀ ਆਪਣੀ ਜ਼ਮੀਨ ਮੈਂ ਥੋੜਾ ਜਿਆ ਹੋਰ ਬਾਕੀ ਮੈਂ ਆਪਣੇ ਜਿਹੜੇ ਨਿਊਜ਼ ਰੂਮ ਦੇ ਸਾਥੀ ਨੇ ਉਹਨਾਂ ਤੋਂ ਸਵਾਲ ਲਵਾਂਗਾ ਅ ਥੋੜਾ ਜਿਹਾ ਆਪਣਾ ਪਿਛੋਕੜ ਦੱਸ ਦੋ ਕਿ ਤੁਸੀਂ ਥੋੜਾ ਜਿਹਾ ਦੱਸਿਆ ਵੀ ਹੈ ਫਾਈਨੈਂਸ਼ੀਅਲੀ ਕਿਸ ਤਰੀਕੇ ਦਾ ਪਰਿਵਾਰ ਰਿਹਾ ਹੈ ਤੁਹਾਡਾ ਬਚਪਨ ਕਿਸ ਤਰੀਕੇ ਦਾ ਰਿਹਾ ਹੈ ਤੁਹਾਡੀ ਸਟੱਡੀ ਕਿਸ ਤਰੀਕੇ ਨਾਲ ਰਹੀ ਹੈ ਲੋਕ ਵੀ ਜਾਨਣਾ ਚਾਹੁੰਦੇ ਨੇ ਮੈਂ ਉਸ ਤੋਂ ਵੀ ਵੱਡਾ ਸਵਾਲ ਪੁੱਛਾਂ ਤੁਸੀਂ ਆਪਣੇ ਫਾਦਰ ਬਾਰੇ ਦੱਸ ਹੀ ਦਿੱਤਾ ਤੁਹਾਡੇ ਮਦਰ ਤੁਹਾਡੇ ਨਾਲ ਰਹਿੰਦੇ ਆ ਉਹ ਵੀ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਆਮ ਤੌਰ ਤੇ ਹੁੰਦਾ ਹੈ ਕਿ ਤੁਸੀਂ ਕਿਸੇ ਜਗ੍ਹਾ ਜਾ ਕੇ ਸੇਵਾ ਕਰ ਲੈਨੇ ਹੋ ਪਰ ਤੁਹਾਡੇ ਤੋਂ ਘਰ ਸੇਵਾ ਨਹੀਂ ਹੁੰਦੀ ਇਹ ਬਹੁਤ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦਾ ਹੈ ਥੋੜਾ ਜਿਹਾ ਉਹਦੇ ਬਾਰੇ ਜਾਣਨਾ ਪਾਓ ਕਿ ਜਿਸ ਜਿਸ ਸ਼ਖਸ ਨੂੰ ਅੱਜ ਕਿਹਾ ਜਾ ਰਿਹਾ ਹੈ ਕਿ ਉਹ ਹਰ ਕਿਸ ਦੀ ਸੇਵਾ ਕਰ ਲੰਦਾ ਕੋਈ ਵੀ ਬਿਮਾਰ ਹੋਵੇ ਕਿਸੇ ਵੀ ਸਥਿਤੀ ਦੇ ਵਿੱਚ ਹੋਵੇ ਉਹਨੇ ਆਪਣਾ ਟੱਬਰ ਸੰਭਾਲ ਲਿਆ ਜੀ ਮੇਰਾ ਜੀ ਵੈਗੁਰ ਜੀ ਦੀ ਕਿਰਪਾ ਨਾਲ ਮੈਂ ਨਾ ਅਸੀਂ ਤਿੰਨ ਭਰਾ ਸੀ ਹਮ ਡੇਢ ਕਿੱਲਾ ਜ਼ਮੀਨ ਸੀ ਸਾਡੇ ਕੋਲੇ ਸਾਡਾ ਫਾਦਰ ਸਾਹਿਬ ਫੌਜ ਚ ਰਿਟਾਇਰ ਸੀਗੇ ਹਮ ਅਸੀਂ ਤਿੰਨਾਂ ਨੂੰ ਮਾਂ ਪਾਲ ਨਹੀਂ ਸਕਦੇ ਸੀ ਮੈਨੂੰ ਨਾਨਕਿਆ ਨੇ ਰੱਖ ਲਿਆ ਸੀ ਮੇਰੇ ਮਾਮਾ ਜੀ ਨੇ ਮੇਰੇ ਮਾਮਾ ਜੀ 1900 85 86 ਦੇ ਵਿੱਚ ਪੋਲੀਟੀਕਲ ਲੀਡਰ ਸੀ ਸ਼ੋਮਨੀ ਕਮੇਟੀ ਐ ਜੀ ਪੀ ਸੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਸੀਗੇ ਐ ਜੀ ਪੀ ਸੀ ਮੈਂਬਰ ਸੀ ਜਿਗਰਾਉਂ ਤੋਂ ਹਰਜਿੰਦਰ ਸਿੰਘ ਚੇਅਰਮੈਨ ਉਹਨਾਂ ਦੀ ਡੈਥ ਹੋ ਗਈ ਸੀਗੀ 89 ਦੇ ਵਿੱਚ ਮੈਂ ਉਸ ਘਰ ਚ ਪਲਿਆ ਜਿੱਥੇ ਸਾਰਾ ਕੁਝ ਸੀ ਜੀ ਵੱਡੀ ਕੋਠੀ ਸਭ ਕੁਝ ਕਾਰਾਂ ਤੇ ਟੈਲੀਫੋਨ ਸੀ ਨਹੀਂ ਤੁਹਾਡੇ ਘਰ ਸੀ ਮਾਮੇ ਵਾਲੇ ਨਾਲ ਕਿਉਂਕਿ ਮੈਂ ਉੱਥੇ ਜੰਮਿਆ ਸੀ ਮੈਨੂੰ ਉਹਨਾਂ ਨੇ ਅਡਾਪਟ ਕਰ ਲਈ ਰੱਖ ਲਿਆ ਸੀਗੇ ਦੋ ਪੁੱਤ ਮੇਰੇ ਛੋਟੇ ਭਰਾ ਦੋਨੇ ਮਮੀ ਪਾਪਾ ਕੋਲੇ ਸੀ ਮੈਂ ਨਾਨਕੀ ਸੀਗਾ ਜੀ ਮੈਂ ਉੱਥੇ ਹੀ ਪੜਿਆ ਉੱਥੇ ਹੀ ਪੜਿਆ ਕੋਠੇ ਰਾਲਾਂ ਚ ਗਰਾਉ ਨਾਨਕੇ ਆ ਮੇਰੇ ਉੱਥੇ ਸਕੂਲ ਮਿਡਲ ਸਕੂਲ ਚ ਪਹਿਲਾਂ 8ਵੀਂ ਤੱਕਰ ਪਿੰਡ ਚ ਪੜਿਆ ਸੀਨੀਅਰ ਸਕੰਡਰੀ ਦੇ ਵਿੱਚ ਜਾ ਕੇ ਫਿਰ ਮੈਂ 10ਵੀਂ ਕੀਤੀ 10ਵੀਂ ਤੋਂ ਬਾਅਦ ਨਹੀਂ ਮੈਂ ਪੜਿਆ ਜੀ ਖੇਤੀਬਾੜੀ ਕਰਨ ਲੱਗ ਕੇ ਪਿੰਡ ਚ ਘਰ ਦੀ ਖੇਤੀ ਸੀ ਮਾਮਿਆਂ ਦੀ ਜਦੋਂ 99 ਦੇ 8 ਦੇ ਵਿੱਚ ਪਾਪਾ ਬਿਮਾਰ ਹੋਏ ਮੈਂ ਉਦੋਂ ਪਿੰਡ ਫਿਰ ਵਾਪਸ ਆਇਆ ਕਿਉਂਕਿ ਵੱਡੇ ਹੋਣ ਦੇ ਨਾਤੇ ਛੋਟੇ ਭਰਾ ਪੜਦੇ ਸੀ ਜ਼ਿੰਮੇਵਾਰੀ ਮੇਰੀ ਸੀਗੀ ਪਾਪਾ ਨੂੰ ਆ ਕੇ ਸਾਹਮਣਾ ਉਸ ਤੋਂ ਪਹਿਲਾਂ ਮੈਂ ਨਾਨਕੀ ਰਿਆ ਮੇਰੇ ਵੱਡੇ ਭਾਈ ਸਾਹਿਬ ਮਾਮਾ ਜੀ ਦੇ ਬੇਟੇ ਪਿੰਡ ਦੇ ਸਰਪੰਚ ਸੀ ਯਾਨੀ ਕਿ ਪੂਰੀ ਉੱਥੇ ਖੁੱਲੇ ਮਾਹੌਲ ਦੇ ਵਿੱਚ ਮੈਂ ਜੰਮਿਆ ਪਲਿਆ ਸੀਗਾ ਪਰ ਜਦੋਂ ਪਿੰਡ ਸੀਗਾ ਪਿੰਡ ਸਾਡੇ ਮਤਲਬ ਅਸੀਂ ਬਹੁਤ ਇੱਕ ਛੋਟੇ ਜ਼ਿਮੀਂਦਾਰ ਡੇਢ ਕਿੱਲਾ ਜ਼ਮੀਨ ਸੀ ਟੈਕਸੀ ਚਲਾਉਂਦੇ ਸੀ ਪਾਪਾ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲ ਉਦੋਂ ਡੇਢ ਕਿੱਲੇ ਦੀ ਕੋਈ ਵੈਲਿਊ ਨਹੀਂ ਸੀ ਕੀ ਹੁੰਦਾ ਸੀ ਪੱਟੇ ਹੁੰਦੇ ਸੀ ਖੇਤ ਦੇ ਵਿੱਚ ਝੋਨਾ ਨਹੀਂ ਸੀ ਬੀਜ ਸਕਦੇ ਕਣਕ ਸੀ ਜਾਂ ਬਸ ਦੋ ਤਿੰਨ ਚੀਜ਼ਾਂ ਖੇਤੀ ਨਾਲ ਨਜ਼ਾਰਾ ਨਹੀਂ ਸੀ ਹੁੰਦਾ ਮੋਟਰ ਵੀ ਨਹੀਂ ਸੀ ਖੇਚ ਜਿੰਜਨ ਲੱਗਿਆ ਹੋਇਆ ਸੀ ਬਾਪੂ ਅਮਰੂਤੀ ਬੈਨ ਸੀ ਸਾਡੇ ਕੋਲੇ ਉਹ ਚਲਾ ਕੇ ਦੂਜੇ ਦੋਨੇ ਛੋਟੇ ਭਰਾਵਾਂ ਨੂੰ ਪਾਲਦੇ ਸੀ ਜੀ ਜਦੋਂ ਮਾਦਰ ਸਾਹਿਬ ਦੀ ਡੈਥ ਹੋਈ ਬਿਮਾਰ ਹੋਏ ਜੋ ਉਹਨਾਂ ਨੇ ਕਮਾਇਆ ਸੀ ਉਹ ਵੀ ਸਭ ਕੁਝ ਉਹਨਾਂ ਦੇ ਨਾਲ ਹੀ ਲੱਗ ਗਿਆ ਉਹਨਾਂ ਨੇ ਜਿਹੜਾ ਪੌਣਾ ਕਿਲਾ ਲਿਆ ਸੀ ਜ਼ਮੀਨ ਉਹ ਵੀ ਵੇਚ ਕੇ ਸੀ ਉਹਨਾਂ ਦੇ ਲਾਤਾ ਮਤਲਬ ਘਰੋਂ ਬਹੁਤ ਤਕਲੀਫ ਚ ਰਹੇ ਆ ਜੀ ਗਰੀਬੀ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਜੀ ਛੋਟੇ ਭਰਾ ਨੇ ਮੇਰੇ ਨੇ ਅਪ੍ਰੀਤ ਸਿੰਘ ਅੱਜ ਬਾਹਰ ਆ ਉਹਨੇ ਪਾਪਾ ਵਾਲੀ ਗੱਡੀ ਚਲਾਉਣੀ ਸ਼ੁਰੂ ਕਰਤੀ ਟੈਕਸੀ ਉਹ ਟੈਕਸੀ ਸਟੈਂਡ ਤੇ ਤੜਕਿਓਂ ਜਾਂਦਾ ਸਾਰਾ ਸਾਰਾ ਦਿਨ ਫਿਰ ਅਸੀਂ ਟਾਟਾ ਸਮੂ ਗੱਡੀ ਲੈ ਲਈ ਕਿਸ਼ਤਾਂ ਤੇ ਫਿਰ ਉਹ ਟਾਟਾ ਸਮੂ ਚਲਾਉਣ ਲੱਗ ਗਿਆ 14 ਸਾਲ ਜੀ ਫਿਰ ਮੈਂ ਵੱਡਾ ਸੀ ਵਿਆਹ ਮੇਰਾ ਹੋ ਗਿਆ ਵੱਡੇ ਦਾ ਹੋਣ ਕਰਕੇ ਘਰ ਤੋਂ ਪਤਾ ਪਿੰਡਾਂ 'ਚ ਜ਼ਬਰਦਸਤੀ ਕਰਨ ਲੱਗ ਗਏ ਨੇ ਵੀ ਹੁਣ ਤੂੰ ਵੱਡਾ ਵਾਂ ਮਾਂ ਨੂੰ ਸਪੋਰਟ ਕੌਣ ਕਰੂਗਾ ਮੇਰੀ ਮੈਰਿਜ ਕਰ ਦਿੱਤੀ ਗਈ ਮੇਰੇ ਬੱਚਿਆਂ ਨੂੰ ਵੀ ਮੇਰੇ ਛੋਟੇ ਭਰਾਵਾਂ ਨੇ ਪਾਲਿਆ ਜੀ ਐਵੇਂ ਝੂਠ ਉਹੀ ਕਮਾਈ ਕਰਦੇ ਸੀ ਬੱਚੇ ਤੁਹਾਡੇ ਨਾਲ ਰਹਿੰਦੇ ਹੁਣ ਹਾਂਜੀ ਮੇਰੀ ਬੇਟੀ ਆ ਇੱਕ ਮੇਰਾ ਬੇਟਾ ਵਾ ਇੱਕ ਹੁਣ ਤਾਂ ਬਹੁਤ ਬੇਟੀਆਂ ਬਹੁਤ ਬੇਟੇ ਆ ਪਰਿਵਾਰ ਬਹੁਤ ਵੱਡਾ ਹੋ ਗਿਆ ਤੇ ਸਮੇਂ ਦੇ ਨਾਲ ਨਾਲ ਜਿਵੇਂ ਬੱਚੇ ਵਧੀਆ ਗਵਰਨਮੈਂਟ ਸਕੂਲ ਚ ਪੜਾਏ ਸਿੱਧਾ ਲੁਧਿਆਣਾ ਸਾਡੇ ਬੀਆਰਐਸ ਨਗਰ ਗਵਰਨਮੈਂਟ ਸਕੂਲ ਚ ਪੜਦੇ ਸੀ ਬੱਚੇ ਸਮੇਂ ਦੇ ਨਾਲ ਅਸੀਂ ਬਹੁਤ ਮਿਹਨਤ ਵੀ ਕੀਤੀ ਵੈਗਰੂ ਨੇ ਸਾਡੇ ਘਰ ਦੇ ਵਿੱਚ ਅੱਜ ਕਿਸੇ ਚੀਜ਼ ਦੀ ਟੋਟ ਨਹੀਂ ਰੱਖੀ ਅੱਜ ਜਿਹੜੀ ਸੇਵਾ ਅਸੀਂ ਕਰ ਰਹੇ ਹਾਂ ਇਹ ਕੋਈ ਪਿਛਲੇ ਕਰਮਾਂ ਦਾ ਹੀ ਸਾਡਾ ਕੋਈ ਸੀਗਾ ਮੈਂ ਨਹੀਂ ਮੰਨਦਾ ਵੀ ਮੈਂ ਆਪਣੀ ਜ਼ਿੰਦਗੀ ਚ ਆ ਕਰਮਾਂ ਦੇ ਵਿੱਚ ਕੋਈ ਅਜਿਹੇ ਕਰਮ ਕੀਤਾ ਸੀ ਵੀ ਜਿਹੜੀ ਐਡੀ ਸੇਵਾ ਕਰ ਸਕਦੇ ਨਾ ਸਾਡੀ ਸੋਚ ਸੀਗੀ ਸਾਡੀ ਸੋਚ ਮੈਂ ਜ਼ਿੰਦਗੀ 'ਚ ਕਦੇ ਜੌਬ ਨਹੀਂ ਕਰ ਸਕਿਆ ਮੈਨੂੰ ਬਹੁਤ ਮੈਨੂੰ ਪਾਪਾ ਨੇ ਫੌਜ 'ਚ ਭਰਤੀ ਕਰਾਤਾ ਸੀ ਅਸੀਂ ਅਹਮਦਾਬਾਦ ਕਰੀਬ 1.5 ਮਹੀਨਾ ਟ੍ਰੇਨਿੰਗ 'ਚ ਗਏ ਜਿਸ ਦਿਨ ਉਹਨਾਂ ਨੇ ਲਾਸਟ ਦਿਨ ਸਾਨੂੰ ਕਹਿਤਾ ਵੀ ਤੁਹਾਡੀ ਭਰਤੀ ਹੋ ਗਈ ਅੱਜ ਤੁਹਾਡੇ ਸਰਟੀਫੀਕੇਟ ਜਮ੍ਹਾਂ ਹੋਣੇ ਆ ਰਾਤ ਨੂੰ 12 ਵਜੇ ਅਸੀਂ ਚਾਰ ਜਣੇ ਉੱਥੋਂ ਭੱਜੇ ਆਏ ਸੀ ਕਿਹੜੇ ਸਾਲ ਦੀ ਗੱਲ ਹੈ ਇਹ 94 ਜਾਂ ਸੇਬ 2016 ਤੋਂ ਸਾਰਾ ਪਹਿਲਾਂ ਘਟਨਾਕ੍ਰਮ ਹੋ ਗਿਆ ਹਾਂ ਸਾਰਾ 2016 ਤਾਂ ਮਤਲਬ ਅਸੀਂ ਇੱਕ ਮੰਨ ਲਓ ਲੁਧਿਆਣਾ ਸ਼ਹਿਰ ਦੇ ਵਿੱਚ ਦਫ਼ਤਰ ਸੀ ਸਾਡਾ ਉੱਥੇ ਹੀ ਕੋਠੀ ਲਈ ਹੋਈ ਸੀ ਅਸੀਂ 5-7 ਜਾਣੇ 10 ਜਾਣੇ ਦਾ ਗਰੁੱਪ ਸੀ ਵਧੀਆ ਉੱਥੇ ਰਹਿੰਦੇ ਸੀ ਸਾਡਾ ਪੂਰਾ ਕੰਮ ਕਰ ਵਧੀਆ ਚੱਲਦਾ ਸੀ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਸੀ ਵੀ ਅਸੀਂ ਆਹ ਸੇਵਾ ਕਰਾਂਗੇ ਕਦੇ ਜਾਂ ਇਸ ਪਾਸੇ ਨੂੰ ਮਨ ਜਾਊਗਾ ਕਿਤੇ ਤੇ ਸਮੇਂ ਨੇ ਐਸੀ ਟਰਨਿੰਗ ਪੁਆਇੰਟ ਲਿਆਂਦਾ ਜ਼ਿੰਦਗੀ ਦੇ ਵਿੱਚ 2016 ਤੋਂ ਬਾਅਦ ਜਨਮੀ ਮਤਮ ਜੀ ਮੈਂ ਦੱਸਿਆ ਵੀ ਅਸਲ 'ਚ ਸਾਨੂੰ ਐਂ ਲੱਗਦਾ ਵੀ 2016 ਤੋਂ ਬਾਅਦ ਹੋਇਆ ਉਸ ਤੋਂ ਪਹਿਲਾਂ ਵਾਲੀ ਜ਼ਿੰਦਗੀ ਦੇ ਵਿੱਚ ਕੋਈ ਐਹ ਜੀ ਖਾਸ ਨਹੀਂ ਸੀ ਜੇ ਵੀ ਅਸੀਂ ਕੁਝ ਕਈਏ ਵੀ ਅਸੀਂ ਆਪਣੀ ਜ਼ਿੰਦਗੀ 'ਚ ਹੋਸ਼ਕੀਤ ਚਲੋ ਆਪਾਂ ਹੋਰ ਥੋੜੇ ਜਿਹਾ ਸਵਾਲ ਮੈਂ ਪੁੱਛੂੰਗਾ ਪਰ ਮੇਰੇ ਜਿਹੜੇ ਸਹਿਯੋਗੀ ਆ ਨਾਲ ਉਹ ਵੀ ਲਗਾਤਾਰ ਜੁੜੇ ਹੋਏ ਆ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨਾਲ ਮੈਂ ਗੱਲਬਾਤ ਕਰ ਸਕਾਂ ਤੁਹਾਡੇ ਨਾਲ ਇਨਫੈਕਟ ਬਹੁਤ ਸਾਰੇ ਮਵਨੀਸ਼ ਤੋਂ ਸ਼ੁਰੂਆਤ ਕਰਦਾ ਹਾਂ ਹਾਪਫੁਲੀ ਬਹੁਤ ਸਾਰੇ ਸਵਾਲ ਇਹਨਾਂ ਕੋਲ ਵੀ ਹੋਣਗੇ ਵਿਨੇਸ਼ ਮਿੰਟੂ ਜੀ ਗੌਰਵ ਨੇ ਕਾਫੀ ਡਿਟੇਲ ਵਿੱਚ ਚਰਚਾ ਕੀਤੀ ਤੁਸੀਂ ਡਿਟੇਲ ਵਿੱਚ ਦੱਸਿਆ ਵੀ ਕਦੋਂ ਸ਼ੁਰੂ ਹੋਇਆ ਕਿਵੇਂ-ਕਿਵੇਂ ਅੱਗੇ ਵਧ ਰਿਹਾ ਕੰਮ ਇੱਕ ਕਾਮਨ ਕੁਐਸਚਨ ਹਰੇਕ ਲੇਮਨ ਦੇ ਮਨ ਚ ਆਉਂਦਾ ਜਦੋਂ ਤੁਸੀਂ ਕੁਛ ਐਓ ਜੀ ਐਨਜੀਓ ਵਗੈਰਾ ਚਲਾਣੇ ਹੋ ਕੀ ਫਾਈਨੈਂਸਿਸ ਇਹਨਾਂ ਦਾ ਖਰਚਾ ਕਿੱਥੋਂ ਆਂਦਾ ਹੈ ਜਿਹੜੀ ਜ਼ਮੀਨ ਤੇ ਤੁਸੀਂ ਚਲਾ ਰਹੇ ਹੋ ਤੁਹਾਡੀ ਆਪ ਦੀ ਹੈ ਕਿਸੇ ਨੇ ਹੈਲਪ ਕੀਤੀ ਹੈ ਜਾਂ ਗਵਰਨਮੈਂਟ ਦੀ ਐਡ ਤੁਸੀਂ ਲੈ ਰਹੇ ਹੋ ਸੋਰਸ ਆਫ ਇਨਕਮ ਕੀ ਹੈ ਖਰਚਾ ਕਿੱਥੋਂ ਆਂਦਾ ਹੈ ਇਹਨਾਂ ਦਾ ਪਹਿਲਾ ਸਵਾਲ ਤਾਂ ਇਹ ਹੈ ਅ ਦੂਸਰਾ ਮੇਰੇ ਸਹਿਯੋਗੀ ਜਤਿੰਦਰ ਨੇ ਹੀ ਮੈਨੂੰ ਇਹ ਸਵਾਲ ਦੱਸਿਆ ਬੜਾ ਇੰਟਰਸਟਿੰਗ ਕੁਐਸਚਨ ਆ ਉਹਨਾਂ ਦਾ ਜਦੋਂ ਤੁਸੀਂ ਇਹੋ ਜੇ ਮੰਨ ਲਓ ਕਿਸੇ ਹਿਊਮਨ ਨੂੰ ਰੈਸਕਿਊ ਕਰਦੇ ਹੋ ਕਿਸੇ ਦੇ ਕੀੜੇ 'ਤੇ ਐ ਕੋਈ ਕਿਸੇ ਦੀ ਕੋਈ ਬਾਡੀ ਪਾਰਟ ਕੱਟਣ ਵਾਲਾ ਵੜਨ ਵਾਲਾ ਉਹਦੇ ਵਿੱਚ ਲੀਗਲ ਹਾਰਡਲਸ ਵੀ ਬੜੀਆਂ ਆਉਂਦੀਆਂ ਕਾਨੂੰਨੀ ਪੇਚੀਦਗੀਆਂ ਉਹਨਾਂ ਨਾਲ ਤੁਸੀਂ ਕਿਵੇਂ ਟੈਕਲ ਕਰਦੇ ਹੋ ਇਹ ਦੋ ਸਵਾਲ ਹੈ ਜੀ ਇਦਾਂ ਜੀ ਬਿੱਤੀ ਗੱਲ ਜਦੋਂ ਨਾ ਸੇਵਾ ਸ਼ੁਰੂ ਹੋਈ ਢਾਬੇ ਤੋਂ ਸਾਡੇ ਮੈਨੂੰ ਯਾਦ ਆ ਪਹਿਲੀ ਵਾਰੀ ਹਾਂਗਕਾਂਗ ਤੋਂ ਸੀ ਵੀਰਾ ਮੇਰੇ ਕੋਲ ਅੱਜ ਵੀ ਰਸੀਦ ਵੀ ਸੰਭੀ ਹੋਈ ਆ ਉਹਨੇ 11000 ਰੁਪਏ ਸਾਨੂੰ ਨਾ भेजया ਤੇ ਪਰਚੀ ਭੇਜਤੀ WhatsApp ਤੇ ਵੀ ਇਹ ਜਾ ਕੇ ਤੁਸੀਂ ਮੰਨੀਗਰਾਮ ਤੋਂ ਪੈਸੇ ਲੈ ਲਓ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਈ ਵੀ ਤੂੰ ਕਾਦੇ ਲਈ ਪੈਸੇ ਭੇਜ ਰਹੇ ਆ ਉਹ ਕਹਿੰਦਾ ਮੈਂ ਤੁਹਾਨੂੰ ਨਹੀਂ ਭੇਜਿਆ ਮੈਂ ਤੁਹਾਡੀਆਂ ਫੋਟੋਆਂ ਦੇਖੀਆਂ ਵੀ ਉਹਨੂੰ ਭੇਜਿਆ ਵੀ ਉਹ ਬੰਦੇ ਦਾ ਇਲਾਜ ਹੋ ਜਾਊਗਾ ਤਾਂ ਉਹ 11000 20 ਰੁਪਏ ਜਦੋਂ ਅਸੀਂ ਜਾ ਕੇ ਲੈ ਕੇ ਆਏ ਮੈਂ ਉਸ ਦਿਨ 슈ਗਰ ਚੈੱਕ ਕਰਨ ਵਾਲੀ ਮਸ਼ੀਨ ਬੀਪੀ ਚੈੱਕ ਕਰਨ ਵਾਲੀ ਮਸ਼ੀਨ ਖਰੀਦ ਕੇ ਲੈ ਕੇ ਆਇਆ ਹੋਰ ਸਮਾਨ ਲਿਆਇਆ ਉਸ ਦਿਨ ਇਹ ਚੀਜ਼ ਦਾ ਅਹਿਸਾਸ ਨਹੀਂ ਹੋਇਆ ਸੀ ਵੀ ਇਹ ਪੈਸੇ ਕਾਦੇ ਲਈ ਆਏ ਆ ਫਿਰ ਤਾਬੇ ਤੇ ਲੋਕ ਆਉਣ ਲੱਗੇ ਕਿਸੇ ਨੇ 5000 ਦੇਤਾ ਕਿਸੇ ਨੇ 10 ਦੇਤਾ ਪਹਿਲਾਂ ਅਸੀਂ ਇਦਾਂ ਦੀ ਚੀਜ਼ਾਂ ਜੇ ਕਿਸੇ ਪਾਸੇ ਦੇਖਦੇ ਸੀ ਐ ਲੱਗਦਾ ਸੀ ਵੀ ਇਹ ਲੋਕ ਪੈਸੇ ਇਕੱਠੇ ਕਰ ਰਹੇ ਆ ਜਦੋਂ ਸਾਨੂੰ ਲੋਕ ਪੈਸੇ ਦੇਣ ਲੱਗੇ ਤਾਂ ਮੇਰੇ ਵੀ ਆਪਦੇ ਮਨ 'ਚ ਹੋਣਾ ਵੀ ਸਾਡੇ ਬਾਰੇ ਵੀ ਲੋਕ ਸੋਚਦੇ ਹੋਣੇ ਆ ਤਾਂ ਇਦਾਂ ਹੀ ਕਰਦੇ ਕਰਦੇ ਅਸੀਂ 2017 ਤਿੱਕਰ ਪਹੁੰਚ ਗਏ 2017 ਤਿੱਕਰ ਸਾਡੇ ਕੋਲੇ ਏਨੇ ਕਿ ਲੋਕ ਆਉਣ ਲੱਗੇ ਪੈਸੇ ਪਹੁੰਚਾਉਣ ਕੋਈ 10000 ਕੋਈ 20000 ਕੋਈ 50000 ਦਿਨ 'ਚ ਆ ਗਿਆ ਮੈਂ ਅਸੀਂ ਕਿਸੇ ਪੇਸ਼ੈਂਟ ਨੂੰ ਲੈਣ ਗਏ ਆ ਮਗਰੋਂ ਸਾਡੇ ਟੀਮ ਮੈਂਬਰ ਉੱਥੇ ਆ ਕਿਸੇ ਨੇ ਉਹਨੂੰ 10000 ਫੜਾਤਾ ਕਿਸੇ ਨੇ 20 ਫੜਾਤਾ ਅਸੀਂ ਗੱਡੀ ਤੇ ਮਰੀਜ਼ ਲੈਣ ਗਏ ਮੋਗੇ ਵੱਲੋਂ ਕਿਸੇ ਨੇ ਉੱਥੇ ਗਿਆ ਨੂੰ ਸਾਨੂੰ 10000 ਫੜਾਤਾ ਤਾਂ ਮਤਲਬ ਪੈਸੇ ਦੀ ਇੰਨੀ ਜ਼ਿਆਦਾ ਹੋੜ ਲੱਗ ਗਈ ਇੰਨਾ ਪੈਸਾ ਆਉਣ ਲੱਗ ਗਿਆ ਸਾਡੇ ਦਿਮਾਗ 'ਚ ਆਇਆ ਵੀ ਆਪਾਂ ਕਿਤੇ ਦੁਕਾਨਦਾਰੀ ਵੀ ਨਾ ਬਣਾ ਲਈਏ ਇਸ ਚੀਜ਼ ਨੂੰ ਸਾਡੇ ਨਾਲ ਦੇਾਂ ਤੇ ਸ਼ੱਕ ਕਰਿਆ ਨਹੀਂ ਤੈਨੂੰ ਅੱਜ ਕਿੰਨੇ ਦੇ ਗਏ ਤੂੰ ਉਹ ਨਹੀਂ ਪੁੱਛਣਾ ਵੀ ਉਹਨੇ ਮੈਂ ਵਰਤ ਲਿਆ 2000 ਰੁਪਏ ਮੈਂ 10000 ਮੈਨੂੰ ਲੋੜ ਸੀ ਆਈ ਜਾਂਦੇ ਸੀ ਕੋਈ ਇਨਕਮ ਮਤਲਬ ਕੋਈ ਕੁਝ ਕਰਤਾ ਰੇ ਨਹੀਂ ਸੀ ਜਿੰਨੀ ਲੋਡ ਸੀ ਉਸ ਤੋਂ ਕਈ ਗੁਣਾ ਵੱਧ ਆ ਰਹੇ ਸੀ ਤਾਂ ਫਿਰ 2017 ਦੇ ਵਿੱਚ ਅਸੀਂ ਸੰਗਤ ਨੂੰ ਬੇਨਤੀ ਕਰੀ ਵੀਡੀਓ ਪਾਉਣੀ ਸ਼ੁਰੂ ਕਰਤੀ ਵੀ ਸਾਨੂੰ ਪੈਸੇ ਨਾ ਦਿਓ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਕੰਮ ਕਰੀਏ ਸੇਵਾ ਕਰੀਏ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਦੁਕਾਨਦਾਰੀ ਨਾ ਬਣਦੇਈਏ ਨੂੰ ਤਾਂ ਸਾਡੀ ਸਪੋਰਟ ਕਰੋ ਸਾਨੂੰ ਸਮਾਨ ਦੇਜੋ ਜਿਹੜੀਆਂ ਚੀਜ਼ਾਂ ਤੁਹਾਡੇ ਘਰ 'ਚ ਲੋਡ ਆ ਉਹੀ ਸਾਡੇ ਘਰ 'ਚ ਲੋਡ ਆ ਰਾਸ਼ਨ ਦੇਜੋ ਕੱਪੜੇ ਦੇਜੋ ਦਵਾਈਆਂ ਦੇਜੋ ਸਾਨੂੰ ਬਿਲਡਿੰਗ ਦਾ ਮਟੀਰੀਅਲ ਚਾਹੀਦਾ ਉਹ ਦੇਜੋ ਜੋ ਚੀਜ਼ ਚਾਹੀਦੀ ਸੀ ਫੇਸਬੁਕ ਤੇ ਵਟਸਐਪ ਤੇ ਅੱਜ ਵੀ ਅਸੀਂ ਉਹ ਪੋਸਟਾਂ ਪਾਉਂਦੇ ਰਹਿੰਨੇ ਸਾਡੀਆਂ ਅਕਸਰ ਪੋਸਟਾਂ ਛੋਟੀ ਤੋਂ ਵੱਡੀ ਚੀਜ਼ ਅਸੀਂ ਸੰਗਤ ਨੂੰ ਦੱਸ ਦੇਈਏ ਫਿਰ ਲੋਕਾਂ ਨੇ ਹੌਲੀ-ਹੌਲੀ ਉਹ ਚੀਜ਼ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਅਸੀਂ ਪੈਸੇ ਲੈਣੇ ਬਿਲਕੁਲ ਡਿਨਾਈ ਕਰਦੇ ਵੀ ਅਸੀਂ ਨਹੀਂ ਲੈਣੇ ਪੈਸੇ ਜੇ ਕੋਈ ਆਉਂਦਾ ਤਾਂ ਅਸੀਂ ਉਹਨੂੰ ਦੁਕਾਨ ਤੇ ਭੇਜਣਾ ਹਸਪੀਟਲ ਜਿੱਥੇ ਮਰੀਜ਼ ਦਾਖਲ ਹੋਣਾ ਉੱਥੇ ਭੇਜਣਾ ਵੀ ਤੁਸੀਂ ਉੱਥੇ ਜਮ੍ਹਾਂ ਕਰਾਇਆ ਉਹ ਉੱਥੇ ਜਮ੍ਹਾਂ ਕਰਾ ਦੇਣੇ ਲੋਕਾਂ ਨੇ ਪੈਸੇ ਫਿਰ ਪੈਸੇ ਬਿਨਾਂ ਵੀ ਆਪਾਂ ਕਹੀਏ ਗਤੀ ਨਹੀਂ ਹੈਗੀ ਵੀ ਆਪਾਂ ਕਹੀਏ ਪੈਸੇ ਤੋਂ ਬਿਨਾਂ ਅਸੀਂ ਬਿਲਕੁਲ ਹੀ ਸਾਰ ਲਾਂਗੇ ਫਿਰ ਅਸੀਂ ਮੈਂਬਰ ਬਣਾਉਣ ਨੂੰ ਇੱਕ ਬੰਦਾ ਬਠਿੰਡੇ ਤੋਂ ਆਇਆ 2000 ਰੁਪਏ ਦੇ ਗਿਆ ਉਹ ਕਹਿੰਦਾ ਯਾਰ ਮੈਂ ਦੁਬਾਰਾ ਫੇਰ ਆਵਾਂਗਾ ਮੇਰਾ ਯਾਰ ਜਰਾ ਤੇਲ ਲੱਗ ਗਿਆਣਾ ਫਿਰ ਅਸੀਂ ਉਹਨੂੰ ਕਿਹਾ ਵੀ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਦੇ ਦਿਓ ਪੈਨ ਕਾਰਡ ਦੇ ਦਿਓ ਅਸੀਂ ਤੁਹਾਨੂੰ ਸੇਵਾ ਦਾ ਰਜਿਸਟਰਡ ਕਰ ਲੈਨੇ ਆ ਫਿਰ ਤੁਸੀਂ ਉਹਦੇ ਅਕਾਊਂਟ ਚ ਪੈਸੇ ਪਾ ਸਕਦੇ ਹੋ ਅਸੀਂ ਕਾਊਂਟ ਨੰਬਰ ਦੇਣਾ ਨੁਕਤਰੀ ਸੇਵਾ ਦਾ ਖਾਤਾ ਖਲਾ ਲਿਆ ਫਿਰ ਅਸੀਂ ਫਿਰ ਮਤਲਬ ਅਸੀਂ ਅੱਜ ਤੱਕ ਕਦੇ ਵੀ ਸੋਸ਼ਲ ਮੀਡੀਆ ਤੇ ਆਪਣਾ ਕਾਊਂਟ ਨੰਬਰ ਨਹੀਂ ਸ਼ੇਅਰ ਕੀਤਾ ਕਦੇ ਵੀ ਪਬਲਿਕਲੀ ਨਾ ਕਦੇ ਗੂਗਲ ਪੇ ਜਾਂ ਕੁਛ ਹੋਰ ਸੰਗਤ ਨੂੰ ਬੇਨਤੀ ਕਰੀਦੀ ਆ ਵੀ ਜੇ ਤੁਸੀਂ ਮਦਦ ਕਰਨੀ ਹੈ ਪਹਿਲਾਂ ਤਾਂ ਖੁਦ ਆ ਕੇ ਕਰਕੇ ਜਾਓ ਅਨਦਾਨਾਂ ਦੇ ਜਿਹੜਾ ਉਹਨੇ ਤਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਅੱਜ ਕੱਲ ਬੇਵਰੋਸਗੀ ਪਾਤੀ ਆ ਕਿਉਂਕਿ ਅਨਦਾਨ ਅਸੀਂ ਕਹਿੰਦੇ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਠੀਕ ਹੈ ਗੱਲ ਨਹੀਂ ਪਤਾ ਲੱਗਣੀ ਚਾਹੀਦੀ ਪਰ ਇਹ ਵੀ ਨਹੀਂ ਹੈਗਾ ਵੀ ਆਪਾਂ ਕਿਸੇ ਤੀਸਰੇ ਬੰਦੇ ਨੂੰ ਫੜਾ ਦਈਏ ਵੀ ਤੂੰ ਕਰਦੋ ਆਪ ਆਪਣੇ ਹੱਥੀਂ ਦਾਨ ਕੋਈ ਚੀਜ਼ ਲੈ ਕੇ ਹੁਣ ਸਾਡੇ ਕੋਲੇ ਰਾਸ਼ਨ ਇੰਨਾ ਹੁੰਦਾ ਸੀ ਕਰੀਬ 2.5 300 ਮੈਂਬਰ ਨੂੰ ਰਾਸ਼ਨ ਹਰ ਮਹੀਨੇ ਦਿੰਨੇ ਆ ਸਾਡੇ ਕੋਲੇ ਲੀੜਾ ਕੱਪੜਾ ਬਿਸਤਰਾ ਇੰਨਾ ਆ ਜਾਂਦਾ ਅਸੀਂ ਅੱਗੇ ਵੰਡਦੇ ਆ ਸਾਡੇ ਕੋਲੇ ਦਵਾਈਆਂ ਦੀ ਲਿਸਟਾਂ ਪਾਉਨੇ ਆ ਅਸੀਂ ਹਰ ਮਹੀਨੇ ਕੈਂਪ ਲਾਉਨੇ ਆ ਕਰੀਬ 6000 ਮੈਂਬਰ ਹਰ ਮਹੀਨੇ ਸਾਡੇ ਕੋਲੇ ਸਾਈਕੀਆਟ੍ਰਿਕ ਮੈਂਟਲੀ ਅਫਸੈਟ ਜਿਹੜੇ ਮਰੀਜ਼ ਆ ਉਹਨਾਂ ਨੂੰ ਦਵਾਈਆਂ ਦਵਾਉਨੇ ਆ ਚੰਗੇ ਲੁਧਿਆਣੇ ਦੇ ਡਾਕਟਰ ਆਉਂਦੇ ਨੇ ਚੈੱਕ ਅਪ ਕਰਕੇ ਦਵਾਈਆਂ ਲਿਖ ਦਿੰਦੇ ਨੇ ਸੰਗਤ ਨੂੰ ਅਸੀਂ ਲਿਸਟਾਂ ਸ਼ੇਅਰ ਕਰ ਦੇ ਦਿਆਂ ਲੋਕ ਸਾਨੂੰ ਦਵਾਈਆਂ ਲੈ ਕੇ ਦੇ ਜਾਂਦੇ ਨੇ ਜਾਂ ਜਿਹੜੇ ਸਾਡੇ ਮੈਂਬਰ ਨੇ ਉਹ ਦਵਾਈਆਂ ਲੈ ਕੇ ਨੇ ਮਹੀਨੇ ਦੀ ਦਵਾਈਆਂ ਕਿੱਥੋਂ ਆਉਂਦੀਆਂ ਨੇ ਉਹ 11-12 ਲੱਖ ਰੁਪਏ ਦੀਆਂ ਦਵਾਈਆਂ ਅਸੀਂ ਸਿੱਧੀਆਂ ਇੰਡਸਟਰੀ ਤੋਂ ਲੈਣੇ ਆ ਹੁਣ ਹਰ 15 ਦਿਨ ਬਾਅਦ 11-12 ਲੱਖ ਰੁਪਏ ਦੀਆਂ ਮਹੀਨੇ ਦੇ ਇੰਡਸਟਰੀ ਨੂੰ ਪੈਸੇ ਕਿਵੇਂ ਜਾਂਦੇ ਆ ਉਹ ਅਕਾਊਂਟ ਰਾਹੀਂ ਬਾਈ ਚੈੱਕ ਤੁਸੀਂ ਅਕਾਊਂਟ ਚੋਂ ਤਾਂ ਪੈਸੇ ਲੈ ਨਹੀਂ ਰਹੇ ਨਹੀਂ ਨਹੀਂ ਅਸੀਂ ਲੈ ਰਹੇ ਆ ਅਕਾਊਂਟ ਦੇ ਪੈਸੇ ਅਸੀਂ ਅਕਾਊਂਟ ਤੇ ਲੋਕਾਂ ਨੂੰ ਪਬਲਿਕੇਟ ਨਹੀਂ ਕੀਤਾ ਹੋਇਆ। ਅਸੀਂ ਕਰੀਬ 5000 ਮੈਂਬਰ ਆ ਇਹਦੇ ਵਿੱਚ ਰਜਿਸਟਰਡ ਜਿਹੜੇ ਹਰ ਮਹੀਨੇ ਕੰਟ੍ਰਿਬਿਊਟ ਕਰਦੇ ਨੇ ਸਾਡੇ ਨਾਲ। ਅਸੀਂ ਇਹ ਨਹੀਂ ਕਰਿਆ ਵੀ ਲੋਕ ਬੇਥਾ ਪੈਸਾ ਪਾਈ ਜਾਣ ਸਾਨੂੰ। ਜਦੋਂ ਆਪਾਂ ਕਾਊਂਟ ਨੰਬਰ ਇੱਕ ਵਾਰੀ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਤਾ। ਉਹ ਬੰਦਾ ਸਾਲ ਬਾਅਦ ਵੀ ਦੇਖਦਾ ਖਬਰ ਉਹਦੇ ਮਨ ਚ ਆ ਜਾਵੇ ਕੋਈ ਵੀਡੀਓ ਦੇਖ ਕੇ ਭਾਵਨਾ ਉਹ ਹੋਰ ਚ 50000 ਪਾ ਦੇ ਲੱਖ ਪਾ ਦੇ। ਕਈ ਬੰਦੇ ਮਰੀਜ਼ਾਂ ਦੇ ਅਕਾਊਂਟ ਨੰਬਰ ਪਾ ਦਿੰਦੇ ਆ। ਮਰੀਜ਼ ਦੇ ਰਿਸ਼ਤੇਦਾਰ ਦੇ ਪਾ ਦਿੰਦੇ ਆ। ਮਰੀਜ਼ ਨੂੰ ਠੀਕ ਹੋਏ ਨੂੰ ਵੀ 3 ਸਾਲ ਹੋਏ ਹੁੰਦੇ ਉਹਦੇ ਘਰੇ ਅੱਜ ਵੀ ਮਤਲਬ ਇਸ ਤਰ੍ਹਾਂ ਦੀ ਭਾਵਨਾਵਾਂ ਦੇ ਨਾਲ ਖੇਡ ਕੇ ਅਕਾਊਂਟ ਦੇ ਕੇ ਪੈਸੇ ਉਹ ਅਸੀਂ ਉਸ ਚੀਜ਼ ਦੇ ਖਿਲਾਫ ਰਹੇ ਹਾਂ ਅੱਜ ਵੀ ਖਿਲਾਫ ਆ ਫਿਰ ਦੂਸਰੀ ਗੱਲ ਇਹ ਆ ਵੀ ਜਿਹੜੀਆਂ ਜ਼ਰੂਰਤਾਂ ਅੱਜ ਸਾਡੇ ਕੋਲ 700 ਮੈਂਬਰਾਂ ਦਾ ਪਰਿਵਾਰ ਆ ਤੁਹਾਡੇ ਘਰ ਤੇ 7 ਮੈਂਬਰ ਆ ਬਸ ਉਹ 100 ਗੁਣਾ ਜ਼ਰੂਰਤ ਵੱਧ ਗਈ ਸਾਡੀ ਜ਼ਰੂਰਤ ਸਾਡੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਨੇ ਜਿਆਦਾ ਕ੍ਰਿਟੀਕਲ ਆਉਂਦੇ ਨੇ ਜਿਹੜੇ ਬਹੁਤ ਫਿਜ਼ੀਕਲ ਡੈਮੇਜ ਹੋਏ ਹੋਏ ਨੇ ਮੈਂਟਲੀ ਡੈਮੇਜ ਹੋਏ ਹੋਏ ਨੇ ਉਹਨਾਂ ਦੇ ਉਹਨਾਂ ਦੇ ਇਲਾਜ ਹੋਣੇ ਆ ਅਸੀਂ ਹਸਪੀਟਲਾਂ ਚ ਲੈ ਕੇ ਜਾਂਦੇ ਆ ਸਭ ਤੋਂ ਵੱਡਾ ਖਰਚਾ ਸਾਡਾ ਹਸਪੀਟਲ ਆਂਦਾ ਸੀਗਾ ਉੱਥੇ ਜਿੱਥੇ ਹਸਪੀਟਲ ਚ ਮਰੀਜ਼ ਦਾਖਲ ਹੈ ਉੱਥੇ ਭੇਜ ਦੇਣਾ ਵੀ ਤੁਸੀਂ ਉੱਥੇ 10000 ਰੁਪਏ ਜਮ੍ਹਾਂ ਕਰਾ ਦਿਓ 20 ਕਰਾ ਦਿਓ ਉੱਥੇ ਪੈਸੇ ਜਮ੍ਹਾਂ ਹੋਣ ਲੱਗ ਗਏ ਅੱਜ ਸਾਨੂੰ 2017 ਤੋਂ ਲੈ ਕੇ ਅੱਜ 2024 ਤੱਕ ਇੱਕ ਵੀ ਮੈਂਬਰ ਤੋਂ ਕਿਸੇ ਤੋਂ ਅਸੀਂ ਨਹੀਂ ਬੰਦਾ ਕਮੈਂਟਾਂ ਚ ਹੀ ਲਿਖ ਦਿੰਦਾ ਮੈਂ ਦੇਖ ਕੇ ਗਿਆ ਯਾਰ ਮੈਂ ਭੇਜਿਆ ਤੁਹਾਨੂੰ ਬਿਨਾਂ ਆਈਡੀ ਪ੍ਰੂਫ ਤੋਂ ਜਿਹੜਾ ਬੰਦਾ ਸਾਨੂੰ ਆਈਡੀ ਦਿੰਦਾ ਉਹਨੂੰ ਅਸੀਂ ਰਜਿਸਟਰਡ ਕਰਦੇ ਆਂ ਫਿਰ ਉਹਨੂੰ ਅਸੀਂ ਕਾਊਂਟ ਨੰਬਰ ਸ਼ੇਅਰ ਕਰਦੇ ਆਂ ਤੇ ਜਿਹੜੇ ਸੇਵਾਦਾਰ ਹੈਗੇ ਨੇ ਕੋਈ ਵੀ ਬਣ ਸਕਦਾ ਹੈ ਸੇਵਾਦਾਰ ਕੋਈ ਵੀ ਤੁਸੀਂ 5000 ਹੈਗੇ ਇਹਦੀ ਵੀ ਕੋਈ ਲਿਮਟ ਨਹੀਂ ਕਰੋ 10 ਵੀ ਹੋ ਸਕਦੇ 20 25000 ਸੇ ਵੱਧਾ ਰੋਜ਼ ਕੋਈ ਵੀ ਹੋ ਸਕਦਾ ਇੱਕ ਸੇਵਾ ਦਾ ਹਰ ਮਹੀਨੇ ਕਿੰਨੇ ਪੈਸੇ ਦਿੰਦਾ ਕੋਈ ਲਿਮਟ ਨਹੀਂ ਕੋਈ ਲਿਮਟ ਚਾਹੇ 500 ਦੇਵੇ ਚਾਹੇ 100 ਦੇਵੇ ਜਾਂ 5 ਲੱਖ ਚਾਹੇ ਉਹ ਸਾਲ ਚ ਇੱਕ ਵਾਰੀ ਦੇ ਦੇਵੇ ਚਾਹੇ ਉਹ ਮਹੀਨੇ ਚ 10 ਵਾਰੀ ਦੇ ਦੇਵੇ ਉਹਦੀ ਸ਼ਮਤਾ ਅਸੀਂ ਕਿਤੇ ਤੇ ਐ ਨਹੀਂ ਵੀ ਕੋਈ ਮੈਂਬਰਸ਼ਿਪ ਰੱਖੀ ਆ ਜਾਂ ਸੋਨਾ ਕਾ ਲਗਾਉਂਟ ਹੈਗਾ ਉਹ ਡਾਇਰੈਕਟਲੀ ਉਹਦੇ ਵਿੱਚ ਪਾਉਂਦੇ ਰਹਿੰਦੇ ਨੇ ਪਾ ਸਕਦੇ ਨੇ ਜਦੋਂ ਮਰਦੇ ਉਹਦੇ ਨਾਲ ਸਾਡੇ ਹੁਣ ਖਰਚੇ ਚੱਲਦੇ ਆ ਜੀ ਹਸਪੀਟਲ ਚ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਅ ਸਾਡੇ 95 96 ਬੰਦੇ ਪੋਜ਼ਿਟਿਵ ਆ ਗਏ ਖੁਦ ਮੈਂ ਵੀ ਕੋਵਿਡ ਦੇ ਵਿੱਚ ਪੋਜ਼ਿਟਿਵ ਰਿਆਂ 9 ਬੰਦਿਆਂ ਦੀ ਸਾਡੀ ਉਸ ਟਾਈਮ ਡੈਥ ਹੋ ਗਈ ਸੀ ਕੋਵਿਡ ਦੇ ਵਿੱਚ ਸਾਨੂੰ ਬੈੱਡ ਵੀ ਨਹੀਂ ਸੀ ਮਿਲਦਾ ਫਿਰ ਅਸੀਂ ਇੱਕ ਵਾਰਡ ਅੰਦਰ ਛੋਟੀ ਜੀ ਤਿਆਰ ਕਰ ਲਈ ਫਿਰ ਉੱਥੇ ਅਸੀਂ ਇੱਕ ਛੋਟਾ ਡਾਕਟਰ ਰੱਖ ਲਿਆ ਫਿਰ ਨਰਸਿੰਗ ਸਟਾਫ ਹੁਣ ਸਾਡੇ ਕੋਲੇ ਇੱਕ ਐਮ ਡੀ ਡਾਕਟਰ ਆ ਜੀ ਐਮ ਡੀ ਮੈਡੀਸਨ ਡਾਕਟਰ ਆ ਇੱਕ ਸਾਈਕੀਆਟ੍ਰਿਕ ਡਾਕਟਰ ਆ ਤੇ ਨਾਲ ਨਰਸਿੰਗ ਸਟਾਫ ਆ ਅਸੀਂ ਅੰਦਰ ਇੱਕ ਛੋਟਾ ਜਿਹਾ ਹਸਪੀਟਲ ਸਟੈਬਲਿਸ਼ ਕਰ ਲਿਆ 8 ਬੈੱਡ ਦਾ ਅਸੀਂ ਆਈ ਸੀ ਯੂ ਬਣਾ ਲਿਆ ਤੇ 25 26 ਬੈੱਡ ਦਾ ਸਾਡਾ ਹਸਪੀਟਲ ਹੈਗਾ ਜੀ ਤੇ ਹੁਣ ਉੱਥੇ ਹੀ ਅਸੀਂ ਉਹਨੂੰ ਜਿਹੜੇ ਸਾਡੇ ਕੋਲੇ ਵਿਨੇਸ਼ ਦਾ ਇੱਕ ਦੂਜਾ ਸਵਾਲ ਵੀ ਸੀਗਾ ਕਿ ਲੀਗਲ ਪੰਗੇ ਬਹੁਤ ਹੁੰਦੇ ਹੋਣੇ ਆ ਮੈਂ ਇਹਦੇ ਵਿੱਚ ਐਡ ਕਰ ਦਵਾਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਹੁੰਦਾ ਕਿ ਤੁਸੀਂ ਅੰਦਰ ਵੜ ਗਏ ਤੁਹਾਡੇ ਉੱਪਰ ਇਲਜ਼ਾਮ ਲੱਗਦੇ ਆ ਕਿ ਤੁਸੀਂ ਕੈਮਰਾ ਲੈ ਕੇ ਅੰਦਰ ਵੜ ਜਨੋ ਕਿਸੇ ਦੇ ਘਰ ਇੱਕ ਮੁੰਲਾ ਦਾ ਪਿੱਛੇ ਇਹ ਵੀਡੀਓ ਸਾਲ 1.5 ਸਾਲ ਪਹਿਲਾਂ ਆਈ ਸੀ ਬਹੁਤ ਬਵਾਲ ਹੋਇਆ ਪਰਿਵਾਰ ਦੇ ਨਾਲ ਉਹ ਠੀਕ ਹੈ ਇਹ ਇਲੀਗਲ ਪੰਗਾ ਵੀ ਹੁੰਦਾ ਹੋਣਾ ਇਸ ਦੇ ਵਿੱਚ ਕਿ ਤੁਸੀਂ ਕਿਸੇ ਦੇ ਘਰ ਅੰਦਰ ਚਲੇ ਗਏ ਉੱਥੇ ਜਾ ਕੇ ਤੁਸੀਂ ਕੋਈ ਗੱਲ ਕਰ ਰਹੇ ਹੋ ਠੀਕ ਹੈ ਉਹਨਾਂ ਦੇ ਪਰ ਐਕਚੁਅਲੀ ਬੇਟੇ ਬੀਜੀ ਹੁੰਦੇ ਤਾਂ ਬਹੁਤ ਇਦਾਂ ਦੇ ਹੈਗੇ ਪਰ ਸਾਡੇ ਨਾਲ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਸਮੱਸਿਆ ਵੱਡੀ ਨਹੀਂ ਆਈ ਹਾਂ ਮੂਰੇ ਉੱਥੇ ਆਰਗੂਮੈਂਟ ਹੁੰਦੇ ਲੋਕਾਂ ਨਾਲ ਜੇ ਜਸਟੀਫਿਕੇਸ਼ਨ ਦਿੰਦੇ ਆ ਲੋਕ ਅਸੀਂ ਉਹਨਾਂ ਦੀ ਸੁਣਦੇ ਆ ਬੰਦੇ ਦੇ ਹਲਾਅ ਅਸੀਂ ਕੇਸ ਹੀ ਉਹ ਲੈ ਕੇ ਆਉਂਦੇ ਆ ਜਾਂ ਕਿ ਜਿਹੜਾ ਸਾਨੂੰ ਲੱਗਦਾ ਵਾਕਈ ਹੁਣ ਜਿਵੇਂ ਇੱਕ ਦੋ ਭਰਾ ਸੀਗੇ ਉਹਨਾਂ ਚਿੱਟਾ ਪਿੰਡ ਦੇ ਉਹਨੇ ਕੋਠੀ ਦਾ ਸਾਰਾ ਕੁਝ ਲਾ ਕੇ ਵੇਚਦਾ ਸੀ ਦਰਵਾਜੇ ਬਾਰੀਆਂ ਲਾ ਲਾ ਕੇ ਵੇਚਦੇ ਮਾਂ ਵੀ ਉਹਨਾਂ ਦੀ ਚਿੱਟਾ ਲਾਉਂਦੇ ਤਿੰਨੇ ਹੀ ਮਾਂ ਪਰ ਚਿੱਟਾ ਲਾਉਂਦੇ ਸੀ ਉਹਨਾਂ ਦੇ ਘਰੇ ਅਸੀਂ ਜਿੰਦਾ ਵੱਡ ਕੇ ਬੜੇ ਸੀ ਪਿੰਡ ਦੀ ਪੰਚਾਇਤ ਆਈ ਸਾਡੇ ਕੋਲੇ ਉਹਦੀ ਮਾਸੀ ਹੋਰ ਰਿਸ਼ਤੇਦਾਰ ਆਏ ਉਹ ਕਹਿੰਦੇ ਵੀ ਸਾਡੀ ਜਿਹੜੀ ਕੁੜੀ ਆ ਬੱਚਿਆਂ ਦੀ ਮਾਂ ਵਾ ਵੀ ਉਹ ਅੰਦਰ ਮਰੀ ਪਈ ਆ ਸਾਨੂੰ ਲੱਗਦਾ ਵੀ ਉਹਦੀ ਬੁਰੀ ਹਾਲਤ ਸੀ ਅਸੀਂ 10 ਦਿਨ ਪਹਿਲਾਂ ਦੇਖੀ ਸੀ ਵੀ ਉਹਨੂੰ ਫੜ ਕੇ ਲੈ ਕੇ ਗਏ ਬੈਂਕ 'ਚ ਉਹਦੇ ਸਾਈਨ ਕਰਾ ਕੇ ਪੈਸੇ ਕਢਾ ਕੇ ਲੈ ਗਏ ਮੁੰਡੇ ਵੀ ਮੁੰਡੇ ਚਿੱਟਾ ਲਾਉਂਦੇ ਵੀ ਆ ਵੇਚਦੇ ਵੀ ਆ ਵੀ ਉਹਦੀ ਮਦਦ ਕਰੋ ਅਸੀਂ ਗਏ ਪੰਚਾਇਤ ਨਾਲ ਲੈ ਕੇ ਗਏ ਉਹਨਾਂ ਦੇ ਦਰਵਾਜ਼ੇ ਦਾ ਜਿੰਦਾ ਖੋਲਿਆ ਤੋੜਿਆ ਅੰਦਰ ਚਲੇ ਗਏ ਅੰਦਰ ਗਏ ﺍﻟमारी ਦੇ ਉੱਲੇ ਉਹ ਲੁਕੀ ਬੈਠੀ ਸੀ ਭੈਣ ਠੀਕ ਸੀ ਉਹਨੂੰ ਕੋਈ ਹੋਇਆ ਨਹੀਂ ਸੀ ਕੁਝ ਫਿਰ ਉਹਦੇ ਮੁੰਡੇ ਆਏ ਉਹ ਸਾਨੂੰ ਗਾਲਾਂ ਕੱਢਣ ਡੰਡਾ ਚੱਕ ਕੇ ਮਾਰਨ ਪੈਣ ਹੌਲੀ ਹੌਲੀ ਉਹਨਾਂ ਨੂੰ ਸ਼ਾਂਤ ਕੀਤਾ ਲੈ ਕੇ ਆਏ ਉੱਥੇ ਸਸਤਾ ਤੇ ਲੈ ਗਏ ਉਹਨਾਂ ਨੂੰ ਉੱਥੇ ਰੀਹੈਬ ਦੇ ਵਿੱਚ ਭੇਜਿਆ ਅੱਜ ਜੋ ਵੱਡਾ ਮੁੰਡਾ ਉਹਨਾਂ ਦਾ ਜਿਹੜਾ ਵੱਡਾ ਬੇਟਾ ਭੈਣ ਦਾ ਉਹ ਯੂਐਸਏ ਚ ਲੱਗ ਗਿਆ ਉਹਦੇ ਤਾਈ ਨੇ ਛੱਡ ਲਿਆ ਛੋਟਾ ਬੇਟਾ ਤੇ ਉਹ ਮਾਤਾ ਦੋਨੋਂ ਨਸ਼ਾ ਛੱਡ ਕੇ ਮੁਕਤ ਹੋ ਕੇ ਉਸੇ ਘਰ ਚ ਰਹ ਰਹੇ ਨੇ ਮਤਲਬ ਲੀਗਲ ਵੱਲ ਨੂੰ ਕਦੇ ਗਿਆ ਨਹੀਂ ਹਾਂ ਮੌਕੇ ਤੇ ਜ਼ਰੂਰ ਕਈ ਵਾਰੀ ਇਦਾਂ ਦਾ ਹੋ ਜਾਂਦਾ ਹੈ ਲੱਗਦਾ ਤੁਸੀਂ ਵੀਡੀਓ ਵੀ ਤਾਂ ਜ਼ਿਆਦਾ ਬਣਾ ਲੈਣੇ ਕਿ ਜੇ ਕੱਲ ਨੂੰ ਕੋਈ ਦਿੱਕਤ ਹੋਵੇ ਤਾਂ ਤੁਹਾਡੇ ਕੋਲ ਪ੍ਰੂਫ ਹੋਵੇ ਪ੍ਰੂਫ ਹੋਵੇ ਹਾਂ ਚਲੋ ਮੈਂ ਹੋਰ ਸਵਾਲ ਲਵਾਂਗਾ ਮੇਰੇ ਕੋਲ ਛੋਟਾ ਜਿਹਾ ਸਵਾਲ ਹੈ ਤੁਸੀਂ 700 ਲੋਕਾਂ ਦਾ ਜ਼ਿਕਰ ਕੀਤਾ ਗੁਰਪ੍ਰੀਤ ਜੀ ਇਹ ਚੀਜ਼ ਦਾ ਸੋਕਿ ਇਹਨਾਂ 700 ਲੋਕਾਂ ਦੇ ਵਿੱਚ ਬਹੁਤੇ ਗਰੀਬ ਪਰਿਵਾਰਾਂ ਤੋਂ ਨੇ ਜਾਂ ਬਹੁਤੇ ਰੱਜੇ ਪੁਜੇ ਪਰਿਵਾਰਾਂ ਤੋਂ ਨੇ ਮਤਲਬ ਆਮ ਤੌਰ ਤੇ ਇੱਕ ਸਿਗਨਲ ਦੇ ਉੱਤੇ ਖੜੇ ਕਿਸੇ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਮਾਨਸਿਕ ਤੌਰ ਤੇ ਬਿਮਾਰ ਖੜਾ ਤਾਂ ਇਹ ਲੱਗਦਾ ਕਿ ਇਹਨਾਂ ਦੇ ਟੱਬਰ ਦੇ ਵਿੱਚ ਕੋਈ ਨਹੀਂ ਸੀਗਾ ਜਾਂ ਪਰਿਵਾਰ ਕੋਈ ਗਰੀਬੀ ਦੇਖ ਰਿਹਾ ਹੋਵੇਗਾ ਇਸ ਕਰਕੇ ਫੁੱਟਪਾਥ ਦੇ ਉੱਤੇ ਪਹੁੰਚ ਗਿਆ ਇਹਨਾਂ 700 ਲੋਕਾਂ ਦੇ ਵਿੱਚ ਮੈਜੋਰਟੀ ਕਿਹਨਾਂ ਦੀ ਹੈ ਰੱਜੇ ਪੁਜੇ ਆਂਦੀ ਹੈ ਜਾਂ ਫਿਰ ਤਾਂ ਲੱਗਦਾ ਕਿ ਬਹੁਤੇ ਅਜਿਹੇ ਗਰੀਬੜੇ ਆ ਜਿਹੜੇ ਨਹੀਂ ਕੁਝ ਕਰ ਸਕਦੇ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਜੀ ਇੱਕ ਗੱਲ ਜਿਹੜੇ ਗਰੀਬ ਆ ਨਾ ਉਹ ਬੰਦਾ ਫੇਰ ਵੀ ਉਹਨਾਂ 'ਚ ਦਇਆ ਹੈਗੀ ਇਹ ਹਜੇ ਇੱਕ ਦੂਜੇ ਦੀ ਬਾਹ ਫੜਦਾ ਉਹ ਜਿਹੜੇ ਅਮੀਰ ਘਰਾਂ ਦੇ ਵਿੱਚ ਚੰਗੀਆਂ ਜ਼ਮੀਨਾਂ ਵਾਲੇ ਚੰਗੀਆਂ ਨੌਕਰੀਆਂ ਵਾਲੇ ਚੰਗੇ ਚੰਗੀਆਂ ਪੋਸਟ ਵਾਲੇ ਜਿਨ੍ਹਾਂ ਦੀ 70 70 ਹਜ਼ਾਰ ਪੈਨਸ਼ਨ ਆ ਵੱਡੀਆਂ ਫਲੈਟਾਂ 'ਚ ਰਹਿੰਦੇ ਨੇ ਕੋਠੀਆਂ 'ਚ ਰਹਿੰਦੇ ਨੇ ਉਹਨਾਂ ਦੇ ਸਮਾਜ ਨਾਲੋਂ ਜਮੇ ਜਣਾ ਟੁੱਟ ਗਏ ਆ ਬਾਈ ਹੁਣ ਇੱਕ ਬੰਦਾ ਜੌਬ ਕਰਦਾ ਉਹਦੇ ਆਪਣੇ ਭੈਣਾਂ ਭਰਾਵਾਂ ਨਾਲ ਲਿੰਕ ਹੀ ਹੈ ਨਹੀਂ ਉਹਨੇ ਆਪਣੇ ਬੱਚੇ ਪਾਲੇ ਪੜਾ ਕੇ ਬਾਹਰ ਭੇਜਤੇ ਉਹ ਕੱਲਾ ਰਹਿ ਗਿਆ ਉਹਦੇ ਮਗਰੀ ਨਹੀਂ ਕੋਈ ਆ ਰਿਹਾ ਜਿਹੜਾ ਗਰੀਬ ਆ ਨਾ ਬੰਦਾ ਉਹ ਖੀਰ ਤੱਕ ਇੱਕ ਦੂਜੇ ਦੀ ਮਾਂ ਫੜਦਾ ਹਜੇ ਵੀ ਕਿਉਂਕਿ ਉਹਨੂੰ ਲੋੜ ਪੈਂਦੀ ਆ ਦੂਜੇ ਤੋਂ ਦੂਜੇ ਦੀ ਜਿਹਨੂੰ ਲੋੜ ਮਹਿਸੂਸ ਹੋਣੋਂ ਹਟ ਜਾਂਦੀ ਆ ਮਸਲਾ ਤਾਂ ਉਹਦਾ ਉਹ ਲੱਖਾਂ 'ਚ ਵੀ ਕੱਲਾ ਰਹਿ ਜਾਂਦਾ ਸਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਮੈਂਬਰ ਨੇ ਜਿਹੜੇ ਚੰਗੇ ਚੰਗੇ ਘਰਾਂ ਤੋਂ ਸੀਗੇ ਪਰ ਉਹ ਐਸੇ ਹਾਲਾਤਾਂ 'ਚ ਸੀਗੇ ਨਰਕ ਤੋਂ ਵੀ ਬੱਦਰ ਸੜਕਾਂ 'ਤੇ ਪਏ ਸੀ ਸਾਡੇ ਕੋਲੇ ਐਸੇ ਬੰਦੇ ਵੀ ਨੇ ਸਾਡੇ ਹੁਣ ਲੁਧਿਆਣੇ 'ਚ 6-700 ਬੰਦਾ ਸੜਕਾਂ 'ਤੇ ਪੁਲਾਂ ਥੱਲੇ ਗੁਰੂ ਘਰ ਮੰਦਰਾਂ ਦੇ ਬਾਹਰ ਪਿਆ ਅਸੀਂ ਉਹਨਾਂ ਨੂੰ ਨਹੀਂ ਚੱਕਦੇ ਤਾਨੂੰ ਬਹੁਤ ਸਾਰੀਆਂ ਵੀਡੀਓ ਰੋਜ਼ ਹਰ ਰੋਜ਼ ਕਰੀਬ 100 ਕੇਸ ਆਉਂਦਾ ਸਾਡੇ ਕੋਲੇ ਲੋਕ ਸਾਡੇ ਨਾਲ ਗੁੱਸਾ ਵੀ ਕਰਦੇ ਤੁਸੀਂ ਆਉਂਦੇ ਨਹੀਂ ਅਸੀਂ ਕ੍ਰਿਟੀਕਲ ਕੇਸ ਚੱਕਦੇ ਹਾਂ ਵੀ ਜਿਹੜਾ ਪਤਾ ਵੀ ਇਹਦਾ ਹੱਲ ਨਹੀਂ ਹੁਣ ਮਤਲਬ ਜਿਹੜਾ ਕੋਈ ਬਿਮਾਰ ਹੋਵੇ ਮਾਨਸਿਕ ਤੌਰ ਤੇ ਬਿਮਾਰ ਆ ਕੋਈ ਦਿੱਕਤ ਚਾ ਦਿੱਕਤ ਜਾਂ ਕੋਈ ਸੜਕ ਤੇ ਪਿਆ ਉਹਦੇ ਸੱਟ ਲੱਗ ਗਈ ਉਹਨੂੰ ਦੇਖੋ ਇੱਕ ਬੰਦਾ ਮੰਨ ਲਓ ਜੂਪੀ ਤੋਂ ਅਸਾਮ ਤੋਂ ਜਾਂ ਕਿਤੇ ਪੰਜਾਬ ਦਾ ਹੀ ਹੈ ਪਟਿਆਲੇ ਦਾ ਬੰਦਾ ਅੰਮ੍ਰਿਤਸਰ ਸਾਹਿਬ ਜਾ ਕੇ ਬਹਿ ਗਿਆ ਉੱਥੇ ਸੜਕ ਤੇ ਬੈਠਾ 20 ਸਾਲ ਹੋ ਗਏ ਉਹ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਪਾਣੀ ਛਕਦਾ ਉੱਥੇ ਰਹੀ ਜਾਂਦਾ ਸਿੱਧਾ ਵਾ ਮੈਂਟਲੀ ਉਹ ਸਿੱਧਾ ਉਹਨੇ ਧਿਆਨ ਨਹੀਂ ਦਿੱਤਾ ਪੱਟੀ ਕਰਾਈ ਨਹੀਂ ਜ਼ਖਮ ਤੇ ਮੱਖੀਆਂ ਬੈਠ ਗਈਆਂ ਕੀੜੇ ਪੈ ਕੇ ਗਲ ਗਿਆ ਹੁਣ ਉਦਾਂ ਦੇ ਬੰਦੇ ਦੀ ਸਾਨੂੰ ਕਿਸੇ ਨੇ ਫੋਟੋ ਵੀਡੀਓ ਭੇਜਦੇ ਸੀ ਉਦਾਂ ਦੇ ਬੰਦੇ ਨੂੰ ਚੱਕ ਕੇ ਲਿਆਉਂਦੇ ਆ ਕੋਈ ਬੰਦਾ ਬਲਾਈਂਡ ਹੋ ਗਿਆ ਹੁਣ ਅੱਜ ਤੱਕਰ 5000 ਤੋਂ ਵੱਧ ਮੈਂਬਰ ਆਪ ਆਪਣੇ ਘਰਾਂ ਨੂੰ ਜਾ ਚੁੱਕੇ ਠੀਕ ਹੋ ਕੇ ਉਹਦੇ ਪਿੱਛੇ ਕਾਰਨ ਕੀ ਇੱਕ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਦੇ ਰਾਹੀਂ ਸੇਵਾ ਸ਼ੁਰੂ ਹੋਈ ਸੀ ਅੱਜ ਸਾਡੇ ਕੋਲ 700 ਮੈਂਬਰ ਆ 5 5000 ਤੋਂ ਵੱਧ ਮੈਂਬਰ ਕੇਰਲਾ ਕਰਨਾਟਕਾ ਤਰਵਿੰਦਰਮ ਤਾਮਿਲਨਾਡੂ ਅਸਾਮ ਜੂਪੀ ਬਿਹਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਘਰੇ ਲੱਭ ਕੇ ਉਹਨਾਂ ਦਾ ਘਰ ਛੱਡ ਕੇ ਆਉਨੇ ਆ ਕਿਸੇ ਦਾ ਪੁੱਤ ਗੁੰਮ ਗਿਆ ਇੱਕ ਬਾਪੂ ਸੀ 50 ਸਾਲਾਂ ਬਾਅਦ ਘਰੇ ਗਿਆ ਉਹਨੂੰ ਲੈਣ ਉਹਦਾ ਉਹਦਾ ਭਰਾ ਆ ਉਹਦੇ ਭਰਾ ਦਾ ਬੇਟਾ ਆ ਉਹਦੇ ਭਰਾ ਦੇ ਬੇਟੇ ਦਾ ਬੇਟਾ ਆ ਤੇ ਉਹਦੀ ਵੀ ਗੱਲ ਨੂੰ ਆਈ ਕਾਰਨ ਕੀ ਸੀ ਉਹ 50 ਸਾਲ ਪਹਿਲਾਂ ਜਦੋਂ 13 ਸਾਲ ਦੀ ਉਮਰ ਸੀ ਉਹਨੇ ਘਰ ਛੱਡ ਤਾ ਗੁੱਸੇ ਹੋ ਕੇ ਆ ਗਿਆ ਘਰੋਂ ਟਾਬਿਆਂ ਤੇ ਜਾ ਕੇ ਕੰਮ ਕਰਦਾ ਰਿਹਾ ساری ਜ਼ਿੰਦਗੀ ਉਹਨੇ ਟਾਬਿਆਂ ਤੇ ਕੱਢਤੀ ਰਾਜਸਥਾਨ ਇੱਧਰ ਉੱਧਰ ਲੁਧਿਆਣੇ ਸਟੇਸ਼ਨ ਤੇ ਪਿਆ ਉਹਨੂੰ ਦਰੰਗ ਹੋ ਗਿਆ ਉਹ ਏਦਾਂ ਗੋਲ ਗੋਲ ਘੁੰਮੀ ਜਾਵੇ ਲੱਤ ਨਾਲ ਟੀਟੀ ਨੇ ਸਾਨੂੰ ਵੀਡੀਓ ਬਣਾ ਕੇ ਉਹਦੀ ਭੇਜਤੀ 2017 ਦੀ ਗੱਲ ਆ ਅਸੀਂ ਉੱਥੋਂ ਚੱਕਿਆ ਉਹਦੀ ਵੀਡੀਓ ਬਣਾਈ ਇਹ ਵੀਡੀਓ ਸਾਰੀਆਂ ਸੰਭਾਲ ਕੇ ਰੱਖੀ ਹਾਂ ਸਾਰਾ ਕੁਝ ਹਾਂਜੀ ਬਿਲਕੁਲ ਉਹ ਬੰਦਾ ਜੀ ਦੱਸ ਰਿਹਾ ਵੀ ਮੈਂ ਉਹਨੇ ਨਾਮ ਦੱਸਿਆ ਮੈਨੂੰ ਨਾਮ ਨਹੀਂ ਉਹਨੂੰ ਤਾਂ ਜਿਆਦਾ ਆ ਰਿਹਾ ਵੀ ਮੈਂ ਸੈਣੀ ਆ ਵੀ ਮੇਰੇ ਪਿੰਡ ਪਸਾਨਾ ਮੱਗਰ ਸਿੰਘ ਸਰਪੰਚ ਸੀਗਾ ਸਰਪੰਚ ਆ ਮੇਰਾ ਪਿੰਡ ਆ ਅਸੀਂ ਉਹ ਪਿੰਡ ਜਦੋਂ ਹੀ ਅੱਜਕੱਲ ਤਾਂ 2 ਮਿੰਟਾਂ ਦੀ ਲਿੰਕ ਬਣ ਜਾਂਦਾ ਕਮੈਂਟਾਂ 'ਚ ਹੀ ਦੱਸ ਦਿੰਦਾ ਮੇਰਾ ਪਿੰਡ ਆ ਬੰਦੇ ਨਾਲ ਗੱਲ ਹੋ ਗਈ ਉਹ ਕਹਿੰਦਾ ਸਾਡੇ ਪਿੰਡ ਦਾ ਇਹ ਬੰਦਾ ਨਹੀਂ ਹੈਗਾ ਤੇ ਜਦੋਂ ਉਹਨੇ ਪੁੱਛਿਆ ਵੀ ਪਿੰਡ ਦੇ ਸਰਪੰਚ ਦਾ ਨਾਮ ਕੀ ਹੈ ਉਹਨੇ ਜੋ ਦੱਸਿਆ ਵੀ ਮੇਰੇ ਪਿੰਡ ਦੇ ਸਰਪੰਚ ਦਾ ਨਾਮ 베ਰ ਦਾ ਮੱਗਰ ਸਿੰਘ ਉਹ ਯਾਰ ਮੱਗਰ ਸਿੰਘ ਤਾਂ 40-50 ਸਾਲ ਪਹਿਲਾਂ ਸੀ ਸਾਡੇ ਪਿੰਡ ਦਾ ਸਰਪੰਚ ਅੱਛਾ ਉਹਨਾਂ ਨੇ ਉਸ ਪੁਆਇੰਟ ਆਫ 뷰 ਨਾਲ ਸੋਚਿਆ ਫਿਰ ਉਹ ਸਿਆਣੀਆਂ ਦੇ ਪਰਿਵਾਰ ਸੀ ਉਸ ਪਿੰਡ ਚ ਉੱਥੇ ਗਏ ਫਿਰ ਉਹਨਾਂ ਨੇ ਦੱਸਿਆ ਵੀ ਸਾਡਾ ਇੱਕ ਵੀ ਮੇਰੇ ਭਰਾ ਸੀਗਾ ਵੀ ਉਹ ਤਾਂ ਬਚਪਨ ਤੇ ਚਲਾ ਗਿਆ ਸੀ ਮਤਲਬ ਸੋਜੀ ਉਸ ਜਿਹੜਾ 50 60 ਸਾਲ ਦਾ ਸ਼ਖਸ ਸੀਗਾ ਉਹਦੀ ਉਹ 13 ਸਾਲ ਵਾਲੀ ਸੋਜੀ 13 ਵਾ ਕਿਉਂਕਿ ਉਦੋਂ ਉਹ ਨੇ ਪਿੰਡ ਛੱਡਤਾ ਸੀਗਾ ਤੇ ਉਦੋਂ ਬਾਅਦ ਉਹ ਪਿੰਡ ਹੀ ਨਹੀਂ ਗਿਆ ਕਦੇ ਤਾਂ ਫਿਰ ਉਹਦਾ ਘਰ ਲੱਭਿਆ ਉਹਨੂੰ ਉਹਦੀ ਫੈਮਿਲੀ ਆ ਕੇ ਲੈ ਕੇ ਗਈ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਨੇ ਹੁਣ ਸਾਡੇ ਕੋਲੇ ਇੱਕ ਤਾਮਨ ਲੱਡੂ ਤੇ ਇੱਕ ਨਾ ਸਾਡੇ ਬਹੁਤ ਚੰਗੇ ਚੰਗੇ ਜ਼ਿਮੀਂਦਾਰਾਂ ਦੇ ਬਾਰਡਰ ਏਰੀਏ 'ਚ ਪਾਕਿਸਤਾਨ ਦੇ ਬਾਰਡਰ ਦੇ ਨਾਲ ਜਿਹੜਾ ਇਲਾਕਾ ਪੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਧਰ ਅੱਗੇ ਫਲੋਜਪੁਰ ਵੱਲ ਨੂੰ ਵੀ ਚਲੇ ਜਾਈਏ ਲੋਕਾਂ ਨੇ ਘਰਾਂ 'ਚ ਮੰਦਬੁੱਧੀ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਉਹ ਉਹਨਾਂ ਤੋਂ ਕੰਮ ਕਰਾਉਂਦੇ ਆ ਗੋਹਾ ਚਕਾਉਂਦੇ ਆ ਉਹ ਸਿੱਧਰੇ ਬੰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਸੋਝੀ ਨਹੀਂ ਉਹਨਾਂ ਦਾ ਮੁੱਲ ਵੀ ਇਸੇ ਤਰੀਕੇ ਨਾਲ ਤੈਹ ਹੁੰਦਾ ਸਟੇਸ਼ਨ ਤੇ ਲੁਧਿਆਣਾ ਸਟੇਸ਼ਨ ਤੇ ਜਲੰਧਰ ਸਟੇਸ਼ਨ ਪਰਦੇਸ ਸਟੇਸ਼ਨਾਂ ਤੇ ਉਹ ਬੰਦਿਆਂ ਨੂੰ ਦਲਾਲ ਬੈਠੇ ਨੇ ਉਹ ਉਹ ਦੇਖਦੇ ਆ ਵੀ ਟ੍ਰੇਨ 'ਚੋਂ ਬੰਦਾ ਉਤਰਿਆ ਸਿੱਧਾ ਸਾਦਾ ਉਹਨੂੰ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਉਹ ਸਟੇਸ਼ਨ ਤੇ ਆ ਕੇ ਬੈਠ ਗਿਆ ਉਹ ਉਹਦੇ ਨਾਲ ਆੜੀ ਪਾ ਲੈਂਦੇ ਆ ਰੋਟੀ ਪਾਣੀ ਖਵਾਉਂਦੇ ਆ ਉਹਨੂੰ ਪੁੱਛਦੇ ਆ ਤੇਰੇ ਪਿੰਡ ਦਾ ਕੀ ਨਾਂ ਉਹ ਦੱਸ ਨਹੀਂ ਪਾਉਂਦਾ ਪਰ ਉਹਦੀ ਕੀਮਤ ਐ ਹੋ ਜਾਂਦੀ ਆ ਵੀ ਇਹ ਬੰਦਾ ਆਪਦਾ ਡਰੈਸ ਵੀ ਨਹੀਂ ਦੱਸਦਾ ਸ੍ਰੀਕ ਤੌਰ ਤੇ ਹਟਾ ਕੱਟਾ ਵਾ 5000 ਦਾ ਵੇਚਦਾ 10000 ਦਾ ਵੇਚਦਾ ਫਿਰ ਗਾਂ ਉਹ ਜ਼ਿਮੀਂਦਾਰ ਆਪ ਦੇ ਘਰ ਦਾ ਛੋਟਾ ਜਿਹਾ ਕਰਦਾ ਛੋਟਾ ਜਿਹਾ ਕਰਦਾ ਉਹਦਾ 4 ਫੁੱਟ ਦਾ ਉਹ ਬਾਪੂ ਮੋਗੇ ਜ਼ਿਲ੍ਹੇ ਦੇ ਵਿੱਚ ਬਾਕਰਵਾਲ ਪਿੰਡ ਚ ਮੁਖਤਿਆਰ ਸਿੰਘ ਚੱਕੀ ਵਾਲੇ ਨਾਂ ਦੇ ਬੰਦੇ ਦੇ ਘਰੇ ਕੰਮ ਕਰਦਾ ਗੋਹਾ ਚੱਕਦਾ ਅੰਡੀਆਂ ਕੰਡੀਆਂ ਨੇ ਸਾਨੂੰ ਕਿਸੇ ਨੇ ਦੱਸਿਆ ਵੀ ਉਹਦੀ ਬਹੁਤ ਦੁਰਦਸ਼ਾ ਕੁੱਟਦੇ ਆ ਉਹਨੂੰ ਤੂੜੀ ਤੇ ਸੌਂਦਾ ਅਸੀਂ ਜਾ ਕੇ 2018 ਚ ਲੈਣ ਜਾਂਦੇ ਆ ਬੜੀ ਜਿੱਦੋ ਜਹਿਦ ਹੁੰਦੀ ਆ ਉਹਨਾਂ ਨਾਲ ਲੜਾਈ ਹੁੰਦੀ ਆ ਉਹਨਾਂ ਨੇ ਸਾਨੂੰ ਗਾਲ ਪੈਂਦੇ ਆ ਉਹਦੀ ਵੀਡੀਓ ਬਣਾਉਨੇ ਆ ਅਸੀਂ ਉਹ ਰੇੜਾ ਰੋੜ ਕੇ ਲੈ ਕੇ ਆਉਂਦਾ ਉਹਦੇ ਪੈਰਾਂ ਦੇ ਉਂਗਲਾਂ ਟੁੱਟੀਆਂ ਹੋਈਆਂ ਹੱਥਾਂ ਦੀਆਂ ਉਂਗਲਾਂ ਵੀ ਬਿੰਗੀਆਂ ਹੋਈਆਂ ਸਿਰ ਤੇ ਕਿੰਨੇ ਟੱਕ ਸੱਟਾਂ ਦੇ ਅਸੀਂ ਉੱਥੋਂ ਲੈ ਆਉਂਦੇ ਜਿੱਦੋ ਜਹਿਦ ਕਰਕੇ ਛਡਵਾ ਕੇ ਉਹਨੂੰ ਉਹ ਬਾਪੂ ਦੱਸਦਾ ਵੀ ਮੈਂ ਅੰਦੌਰ ਦਾ ਰਹਿਣ ਵਾਲਾ ਮੈਂ ਉੱਥੇ ਬੈਸ਼ਾਲੀ ਨਗਰ ਦਾ ਰਹਿਣ ਵਾਲਾ 1/2 ਨੰਬਰ ਮਕਾਨ ਆ ਗਲੀ ਨੰਬਰ 3 ਸਾਰਾ ਉਹਨੂੰ ਐਡਰੈਸ ਯਾਦ ਆ ਤੇ ਉਹ ਬੰਦੇ ਨੂੰ ਉਹਨੇ ਘਰੋਂ ਹੀ ਨਿਕਲਣ ਦਿੱਤਾ ਕਦੇ ਜਦੋਂ ਇੱਕ ਦੋ ਵਾਰੀ ਭੱਜਿਆ ਤਾਂ ਉਹਨੂੰ ਇੰਨਾ ਜ਼ਿਆਦਾ ਕੁੱਟਿਆ ਉਹ ਭੱਜਣ ਦੇ ਨਾਂ ਤੋਂ ਡਰ ਜਾਂਦਾ ਸੀ ਉਹ ਕੀ ਕਰਦੇ ਜਦੋਂ ਇਦਾਂ ਦਾ ਬੰਦਾ ਲੈ ਕੇ ਜਾਂਦੇ ਆ ਪਹਿਲਾਂ ਉਹਨੂੰ ਆਪ ਹੀ ਭਜਾ ਦਿੰਦੇ ਆ ਮਤਲਬ ਇੱਕ ਮੁੰਡੇ ਨੇ ਕਹਿਤਾ ਤੂੰ ਭੱਜਾ ਦੂਜੇ ਨੇ ਜਾ ਕੇ ਫੜ ਲੈਣਾ ਉਹਨੂੰ ਇੰਨਾ ਜ਼ਿਆਦਾ ਕੁੱਟਣਾ ਤਿੰਨ ਚਾਰ ਵਾਰੀ ਭਜਾਉਣਾ ਤਿੰਨ ਚਾਰ ਵਾਰੀ ਫੜ ਲੈਣਾ ਉਹ ਬੰਦਾ ਡਰ ਇੰਨਾ ਡਰ ਜਾਂਦਾ ਭੱਜਦਾ ਨਹੀਂ ਮੁੜ ਕੇ ਤਾਂ 42 ਸਾਲ ਬਾਅਦ ਉਹ ਬਾਪੂ ਦਾ ਘਰ ਲੱਭਿਆ ਅੰਦਰ ਤੋਂ ਸਾਡੀ ਉਹਨਾਂ ਨਾਲ ਗੱਲ ਹੋਈ ਉਹਦੀ ਭੈਣ ਪਹਿਲਾਂ ਤਾਂ ਉਹਦੇ ਘਰੇ ਪੁਲਿਸ ਜਦੋਂ ਗਈ ਮੰਨਣੀ ਨਾ ਵੀ ਸਾਡਾ ਹੈ ਨਹੀਂਗਾ ਫਿਰ ਉਹਦੇ ਭਤੀਜੇ ਨੇ ਤਾਂ ਕਹਿਤਾ ਵੀ ਸਾਡਾ ਨਹੀਂ ਹੈਗਾ ਭਰਾ ਨੇ ਜਵਾਬ ਦਿੱਤਾ ਵੀ ਮੈਂ ਕੋਈ ਗੱਲ ਨਹੀਂ ਕਰਨੀ ਉਹਦੀ ਭੈਣ ਦਾ ਨੰਬਰ ਮਿਲ ਜਾਂਦਾ ਉਹਦੀ ਭੈਣ ਨਾਲ ਸਾਡੀ ਗੱਲ ਹੋਈ ਉਹ ਕਹਿੰਦੀ ਵੀਰੇ ਵੀ ਅਸੀਂ ਚਾਰ ਭੈਣ ਭਰਾ ਸੀ ਦੋ ਮੇਰੇ ਭਰਾ ਸੀ ਇੱਕ ਕਲੌਸਕਰ ਕੰਪਨੀ 'ਚ ਜੌਬ ਕਰਦਾ ਸੀ ਵੱਡਾ ਅਫਸਰ ਸੀ ਕੋਈ ਇੱਕ ਰੇਲਵੇ ਦੇ ਵਿੱਚ ਸੀ ਮੈਂ ਵਿਆਹੀ ਹੋਈ ਹਾਂ ਅੰਦੌਰ ਚ ਵੀ ਇਹ ਸਾਡਾ ਛੋਟਾ ਸੀ ਜਿਹੜਾ ਇਹ ਸਿੱਧਾ ਸੀ ਥੋੜਾ ਇਹ ਭੋਲਾ ਸੀ ਇਹ ਜਿਵੇਂ ਅਸੀਂ ਮੰਦਿਰ ਜਾਣਾ ਦਾਨ ਕਰਨ ਇਹਨੇ ਉੱਥੇ ਲਾਈਨ 'ਚ ਬੈਠ ਕੇ ਖਾਣ ਲੱਗ ਗਿਆ ਨਾ ਮੰਗਣ ਲੱਗ ਗਿਆ ਨਾ ਵੀ ਸਾਡੇ ਘਰ ਦੇ ਚੰਗਾ ਨਹੀਂ ਸਮਝਦੇ ਮੇਰੀ ਭਰਾ ਭਰਜਾਈ ਬੇਇੱਜ਼ਤੀ ਮੰਨਦੇ ਸੀ ਵੀ ਮੇਰੇ ਬਾਪ ਨੇ ਮਰਨ ਤੋਂ ਪਹਿਲਾਂ ਆਪਣੀ ਵਸੀਅਤ 'ਚ ਲਿਖਤਾ ਸੀ ਵੀ ਉਹ ਪੰਜਾਬ ਆਉਂਦਾ ਜਾਂਦਾ ਸੀ ਵਪਾਰੀ ਸੀ ਉਹਨੇ ਕਿਤੇ ਪੰਜਾਬ ਜਲੰਧਰ ਜਿਤੇਮ ਖਾਨੇ ਆ ਕੇ ਵਿਜ਼ਿਟ ਕੀਤਾ ਵੀ ਵਸੀਅਤ ਦੇ ਉੱਤੇ ਲੱਗਿਆ ਹੋਇਆ ਵਿਜ਼ਿਟਿੰਗ ਕਾਰਡ ਜਿਤੇਮ ਖਾਨੇ ਦਾ ਇਹ ਥੱਲੇ ਲਿਖਿਆ ਹੋਇਆ ਵੀ ਮੇਰੀ ਮਰਨ ਤੋਂ ਬਾਅਦ ਵੱਡੇ ਪੁੱਤ ਨੂੰ ਹੁਕਮ ਆ ਵੀ ਇਹਨੂੰ ਇੱਥੇ ਸਬੰਧਤ ਡਰੈੱਸ ਦੇ ਉੱਤੇ ਜਮ੍ਹਾਂ ਕਰਾਇਆ ਜਾਵੇ ਜਾ ਕੇ ਜਲੰਧਰ ਜਿਤੇਮਖਾਨੇ ਚ 5000 ਰੁਪਏ ਨਾਲ ਜਮ੍ਹਾਂ ਕਰਾ ਕੇ ਆਉਂਦਾ ਹੁਣ ਤੁਸੀਂ ਦੇਖੋ 1972 ਬੁੱਤਰ ਦੇ ਵਿੱਚ 5000 ਦੀ ਕੀ ਵੈਲਿਊ ਰਹੀ ਹੋ ਤੇ ਕਿੱਡੇ ਘਰ ਦਾ ਬੰਦਾ ਸੀ ਉਹ ਉਹ ਜਿਤੇਮਖਾਨੇ ਚ ਜਮ੍ਹਾਂ ਕਰਾ ਕੇ ਆ ਕੇ ਉਹਨੂੰ ਉਹਦਾ ਭਰਾ ਮਰਨ ਤੋਂ ਬਾਅਦ ਪਿਆਉ ਦੇ ਜਿਤੇਮਖਾਨੇ ਚੋਂ 1.5 ਸਾਲ ਰਹਿੰਦਾ ਬੰਦਾ 1.5 ਸਾਲ ਬਾਅਦ ਜਿਤੇਮਖਾਨੇ ਚੋਂ ਨਿਕਲ ਜਾਂਦਾ ਕੱਢ ਦਿੱਤਾ ਇਹਨੂੰ ਰੱਬ ਹੀ ਜਾਣਦਾ ਉਹ ਦਰਬਾਰ ਸਾਹਿਬ ਜਾ ਪਹੁੰਚਦਾ ਇਹ ਸਟੋਰੀ ਕਨਫਰਮ ਕੀਤੀ ਉਹ ਮਾਲਕ ਨੇ ਜਿਹਦੇ ਘਰੋਂ ਅਸੀਂ ਛਡਾਇਆ ਉਹ ਕਹਿੰਦਾ ਮੈਨੂੰ ਇਹ ਦਰਬਾਰ ਸਾਹਿਬ ਤੋਂ ਮਿਲਿਆ ਸੀ ਕਹਿੰਦਾ ਮੈਂ ਆਪਣੀ ਵਾਈਫ ਨੇ ਮੱਥਾ ਟਿਕਣ ਗਿਆ ਕਿੰਨਾ ਮੇਰੇ ਮਗਰਮਗਰ ਤੁਰ ਪਿਆ ਇਹਨੂੰ ਚਾਹ ਪਿਆਤੀ ਮੈਂ ਇਹ ਕਹਿੰਦਾ ਮੇਰੇ ਨਾਲ ਆ ਗਿਆ ਮੈਂ ਇਹਨੂੰ ਪਿੰਡ ਲੈ ਆਇਆ ਪਿੰਡ ਆ ਕੇ ਅਸੀਂ ਖੇਤੀ ਕਰਦੇ ਸੀ ਇਹਨੂੰ ਮੈਂ ਨਾਲ ਕੰਮ ਤੇ ਲਾ ਲਿਆ ਫਿਰ ਮੈਂ ਚੱਕੀ ਲਾ ਲਈ ਉਹ ਬੰਦਾ ਚੱਕੀ ਚਲਾਉਂਦਾ ਸੀ ਫੁੱਲ ਫਲੈਜ ਸਾਰਾ ਪਿੰਡ ਦਾ ਆਟਾ ਉਹ ਪੀਂਦਾ ਸੀ ਬੰਦਾ 4 ਫੁੱਟ ਦਾ ਬੰਦਾ ਗਪਾਲ ਸਿੰਘ ਤੁਸੀਂ ਉਹਦੀਆਂ ਤਸਵੀਰਾਂ ਦੇਖੋਗੇ ਹੈਰਾਨ ਰਹਿ ਜਾਓਗੇ ਵੀ ਉਹ ਇੰਨੀ ਤੂੜੀ ਦੇ ਉੱਤੇ ਸੌਂਦਾ ਇੰਨੀ ਦੁਰਦਸ਼ ਉਹਦੇ ਪੈਰਾਂ ਦੀਆਂ ਉਂਗਲਾਂ ਟੁੱਟ ਕੇ ਆ ਘੁੰਮ ਕੇ ਪਿੱਛੇ ਨੂੰ ਗਈਆਂ ਹੋਈਆਂ ਕਿਉਂਕਿ ਉਹ ਜਿਹੜਾ ਰੇੜਾ ਰੋੜਦਾ ਇਹ ਜਿਹੜਾ ਪੱਠੇ ਤੇ ਹੁੰਦਾ ਜਿਹੜਾ ਇੱਟਾਂ ਵਾਲਾ ਜਿਵੇਂ ਉਹਦੇ ਜਿਹੜੇ ਲੱਤ ਹੁੰਦੇ ਉਹ ਉਹਦੇ ਬਾਰ-ਬਾਰ ਪੈਰ 'ਚ ਵੱਜਦੀ ਤਾਂ ਉਹਦੀਆਂ ਪੈਰ ਦੀਆਂ ਉਂਗਲਾਂ ਘੁੰਮ ਕੇ ਪਿੱਛੇ ਨੂੰ ਚਲੇ ਗਈਆਂ ਤੇ ਉਹ ਬੰਦੇ ਦਾ ਫਿਰ ਪਰਿਵਾਰ ਲੱਭਿਆ ਉਹਦੀ ਭੈਣ ਸਾਨੂੰ ਦੋ ਵਾਰੀ ਆ ਕੇ ਮਿਲ ਕੇ ਗਈ ਇੱਥੇ ਉਹ ਹੋਟਲ 'ਚ ਰਹਿੰਦੇ ਆ ਕਿ ਫਾਈਵ ਸਟਾਰਚ ਦਿਨੇ ਆ ਕੇ ਮਿਲ ਜਾਂਦੇ ਰਾਤ ਨੂੰ ਹੋਟਲ 'ਚ ਰਹਿ ਕੇ ਮੁੜ ਜਾਂਦੇ ਕਹਿੰਦੇ ਅਸੀਂ ਲੈ ਕੇ ਨਹੀਂ ਜਾਣਾ ਸਾਡੇ ਪਿਓ ਦਾ ਬਚਨ ਹੈ ਉਹ ਬਾਪੂ ਅੱਜ ਵੀ ਸਾਡੇ ਘਰ ਰਹਿਣਾ ਅੱਜ ਉਹਦਾ ਜਨਮ ਦਿਨ ਪਰ ਯਾਨੀ ਕਿ ਇਸ ਤਰ੍ਹਾਂ ਦੇ ਲੋਕ ਨੇ ਫਿਰ ਸਾਡੇ ਕੋਲੇ ਇੱਕ ਬਾਪੂ ਆ ਉਹਦਾ ਨਾਮ ਰਮੇਸ਼ ਚੰਦ ਸ਼ਰਮਾ ਉਹ ਊਨੇ ਦਾ ਰਹਿਣ ਵਾਲਾ ਉਹ ਆਪਣੇ ਘਰੋਂ 13 ਸਾਲ ਦੀ ਉਮਰ 'ਚ ਗੁੱਸੇ ਹੋ ਕੇ ਘਰੋਂ ਭੱਜ ਆਇਆ ਉਹ ਕਾਲੀਆਂ ਸਕੱਤਰਾ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਕਿਸੇ ਜ਼ਿਮੀਂਦਾਰ ਦੇ ਧੱਕੇ ਚੜ ਜਾਂਦਾ ਉਹ ਉਹ ਤੋਂ ਸਾਰੀ ਉਮਰ ਗੋਹਾ ਚ ਕੌਂਦਾ ਕੁੱਟ-ਕੁੱਟ ਕੇ ਉਹਦੀ ਬੁਰੀ ਹਾਲਤ ਕਰ ਦਿੰਦਾ ਤਾਂ 2020 ਦੇ ਵਿੱਚ ਅਸੀਂ ਉਹਨੂੰ ਉੱਥੋਂ ਛੁਡਾ ਕੇ ਲੈ ਕੇ ਆਉਂਨੇ ਆ ਉਹਦਾ ਵੀਡੀਓ ਪਾਉਨੇ ਉਹਦਾ ਘਰ ਲੱਭ ਜਾਂਦਾ ਜਦੋਂ ਅਸੀਂ ਉਹਦੇ ਘਰ ਲੈ ਕੇ ਜਾਂਦੇ ਆ ਉਦੇ ਘਰੇ ਕੋਈ ਨਹੀਂ ਉਹਦੀ ਮਾਂ ਵੀ ਮਰ ਗਈ ਪਿੰਡ ਵਾਲੇ ਦੱਸਦੇ ਵੀ ਇਹਦੀ ਮਾਂ ਨੇ ਸੁੱਖਿਆ ਸੀ ਜਦ ਦਿਨ ਮੇਰਾ ਪੁੱਤ ਲੱਭੂ ਮੈਂ ਜਗਰਾਤਾ ਕਰੂੰ ਸਾਰੇ ਪਿੰਡ ਨੂੰ ਪਹੁੰਚ ਕਰਾਉਂਗੀ ਪਰ ਇਹਨੂੰ ਡੀਕ ਦੀ ਉਹ ਮਰ ਗਈ ਉਹ ਪਿਓ ਵੀ ਮਰ ਗਿਆ ਭਰਾ ਪਿੰਡ ਛੱਡ ਕੇ ਕਿਤੇ ਚਲੇ ਗਿਆ ਕਿਸੇ ਨੂੰ ਨਹੀਂ ਪਤਾ ਕਿੱਥੇ ਆ ਉਹਦੇ ਜਿਹੜੇ ਭਤੀਜੇ ਆ ਉਹ ਉਸ ਇਲਾਕੇ ਦੇ ਵਿੱਚ ਐਮਐਲਏ ਆ ਅਗਨੀ ਹੋਤਰੀ ਆ ਅੱਛਾ ਕੋਈ ਇਦਾਂ ਕਰਕੇ ਮਤਲਬ ਉੱਥੇ ਉਹ 5 ਦਿਨ ਰਹਿੰਦਾ ਉਹ 5 ਦਿਨਾਂ ਬਾਅਦ ਉਹ ਕਹਿੰਦੇ ਵੀ ਅਸੀਂ ਸੰਭਾਲ ਨਹੀਂ ਸਕਦੇ ਉਹ ਸਾਡੇ ਕੋਲੇ ਬਾਪੂ ਮਤਲਬ ਐਸੇ ਹਾਲਾਤ ਨੇ ਜਮਾਤੂ ਇੱਕ ਸਾਡੇ ਕੋਲੇ ਵੀਰ सरपंच 40 ਸਾਲ ਪਿੰਡ ਦਾ ਸਰਪੰਚ ਰਿਹਾ ਏਡੀ ਜ਼ਮੀਨ ਜਦ ਐਡੀ ਕੋਠੀ ਪਾਈ ਹੋਈ ਉਹਦੇ ਘਰੇ ਉਹ ਬੰਦਾ ਰੱਖਿਆ ਉਹਦਾ ਜਿਹੜਾ ਜਵਾਈ ਸੀ ਉਹ ਜੇਲ੍ਹ ਸੁਪਰਡੈਂਟ ਸੀ ਉਹਨੇ ਕਾਲੇ ਕੱਚਿਆਂ ਵਾਲੇ ਗਰੋਹ ਕੋਈ ਫੜਿਆ ਉਹਦੇ ਕੋਲੇ ਬੱਚਾ ਨਾਲ ਆ ਗਿਆ ਉਹ ਬੱਚਾ 10-11 ਸਾਲ ਦਾ ਉਹਨੇ ਆਪਣੇ ਸਹੁਰਿਆਂ ਨੂੰ ਗਿਫਟ ਕਰਤਾ ਵੀ ਉਹਨੂੰ ਜੇਲ੍ਹ ਕਿੱਥੇ ਭੇਜਾਂਗੇ ਤੁਸੀਂ ਰੱਖ ਲਓ ਉਹਨੇ ਤਾਂ ਉਸ ਸਟੈਂਪਲ ਆ ਕੀਤਾ ਪਰ ਜਾਂਦਾ ਉਹਨੂੰ ਮਿਲਾ ਦਿੰਦਾ ਵਾਪਸ ਜਦੋਂ ਕਿਤੇ ਛੁੱਟੇ ਹੋਣਗੇ ਉਹਨਾਂ ਨੂੰ ਉਹਨਾਂ ਦਾ ਬੱਚਾ ਨਹੀਂ ਮਿਲਿਆ ਉਹ ਬੱਚੇ ਨੂੰ ਉਹਨਾਂ ਨੇ ਗੋਹਾ ਚੱਕਣ ਲਾ ਲਿਆ ਘਰੇ ਉਹ ਸਾਰੀ ਉਮਰ ਉਹਨੇ ਗੋਹਾ ਚੱਕਦੇ ਨੇ ਕੱਢਦੀ ਤੂੜੀ ਵਾਲੇ ਕਮਰੇ ਚ ਪੈਂਦਾ ਸੀ ਉਹ ਜਿਹੜਾ ਸਪਰੇਅ ਵਾਲਾ ਲੀਟਰ ਹੁੰਦਾ ਉਹ ਵੱਡ ਕੇ ਦਿੱਤਾ ਹੋਇਆ ਉਹਦੇ ਚ ਚਾਰ ਰੋਟੀ ਉਹਨੂੰ ਮਿਲਦੀ ਸੀ ਜਾਨਵਰਾਂ ਵਰਗੇ ਖਲਾਫ ਸੀ ਉਹਦੇ ਵੀ ਅੱਜ ਵੀ ਉਹ ਬੰਦਾ ਸਾਡੇ ਕੋਲ ਉਹਨੂੰ ਪਤਾ ਹੀ ਨਹੀਂ ਮੈਂ ਕੌਣ ਆ ਐਦਾਂ ਹੀ ਬੱਚੇ ਆ ਮਨੋਜ ਐ ਇੱਕ ਬੱਚਾ ਸਾਡੇ ਕੋਲੇ ਉਹ ਵੀ 7-8 ਸਾਲ ਦਾ ਸੀ ਜਦੋਂ ਉਹ ਗੁਜਰਪਾਈ ਚਾਰੇ ਚ ਸਾਨੂੰ ਕਈ ਬੰਦੇ ਗੁੱਸਾ ਵੀ ਕਰਦੇ ਤੂੰ ਸਾਨੂੰ ਸਾਰਿਆਂ ਦਾ ਨਾਮ ਲੈਣ ਦੇਖੋ ਕੁਝ ਸਾਰੀ ਜਮਾਤ ਨਹੀਂ ਮਾੜੀ ਹੁੰਦੇ ਕੋਈ ਜਮਾਤੀ ਮਾੜੇ ਹੁੰਦੇ ਹੈਨਾ ਗੁਜਰਪਾਈ ਚਾਰੇ ਦੇ ਵਿੱਚ ਨਾ ਤੁਸੀਂ ਦੇਖਦੇ ਹੋ 100 100 200 200 ਮੱਜਾਂ ਰੱਖੀਆਂ ਹੁੰਦੀਆਂ ਖੇਤਾਂ 'ਚ ਹੀ ਬਾੜੇ ਬਣਾਏ ਹੋਏ ਉਹਨਾਂ ਦੇ ਅਕਸਰ ਤੁਸੀਂ ਉੱਥੇ ਦੇਖੋਗੇ ਇੱਕ ਮੰਦ ਬੁੱਧੀ ਬੰਦਾ ਕੰਮ ਕਰਦਾ ਮਿਲਦਾ ਸੀ ਹੁਣ ਤਾਂ ਬਹੁਤ ਅਵੇਰਨੈਸ ਆ ਗਈ ਆ ਹੁਣ ਤਾਂ ਪਿੰਡਾਂ ਦੇ ਸਰਪੰਚ ਹੀ ਫੜਾ ਦਿੰਦੇ ਸਾਨੂੰ ਲਿਆ ਕੇ ਬੰਦਾ ਛੱਡ ਜਾਂਦੇ ਸਾਡੇ ਕੋਲੇ ਛੜਾ ਲੈਂਦੇ ਆ ਲੜ ਵੀ ਪੈਂਦੇ ਲੋਕ ਪਰ ਹਰੇਕ ਬਾੜੇ 'ਚ ਇੱਕ ਇੱਕ ਦੋ ਦੋ ਤਿੰਨ ਤਿੰਨ ਬੰਦੇ ਇੱਕ ਸਾਡੇ ਪਿੰਡ ਹੀ ਜਦੋਂ ਅਸੀਂ ਪਿੰਡਾਂ 'ਕਿ ਸ਼ਿਫਟ ਹੋਏ ਨਾ 2018 'ਚ ਸਾਡੇ ਗਵਾਂਢ ਹੀ ਬਾੜਾ ਸੀ ਉੱਥੇ ਦੋ ਬੰਦੇ ਕੰਮ ਕਰਦੇ ਸੀ ਅਸੀਂ ਗਏ ਉਹ ਬੰਦਾ ਤੰਗਬਿਲ ਦੱਸੇ ਨਾ ਆਛਾ ਉਹ ਉਧਰ ਲਈ ਤਾਮਿਲ ਦੀ ਉਹ ਨੂੰ ਜਾਂ ਅੰਗਰੇਜ਼ੀ ਬੋਲਦਾ ਸੀ ਜਾਂ ਉਹ ਤਾਮਿਲ ਬੋਲਦਾ ਸੀ ਸਾਨੂੰ ਉਹਦਾ ਘਰ ਲੱਭਣ ਨੂੰ ਵੀ ਮਹੀਨਾ ਲੱਗ ਗਿਆ ਅਸੀਂ ਉਹਦਾ ਘਰ ਲੱਭਿਆ 19 ਸਾਲਾਂ ਬਾਅਦ ਉਹ ਬੰਦਾ ਘਰੇ ਗਿਆ ਚੰਗੇ ਵਧੀਆ ਪਰਿਵਾਰ ਦਾ ਪੁੱਤ ਸੀ ਸਟੇਸ਼ਨ ਤੋਂ ਲੁਧਿਆਣੇ ਤੋਂ ਆਪਣੇ ਅੰਮ੍ਰਾਲੇ ਸਟੇਸ਼ਨ ਤੋਂ ਉਹ ਆਪਣੇ ਬਾਪ ਤੋਂ ਵਿਛੜ ਗਿਆ ਤਾਏ ਤੋਂ ਉਹਦਾ ਤਾਇਆ ਤਾਇ ਦੇ ਦੋ ਪੁੱਤ ਸੀ ਕੰਮ ਕਰਦੇ ਸੀ ਅੰਬਾਲੇ ਉਹ ਤਾਇਆ ਲੈ ਪਿੰਡੋਂ ਵੀ ਚਲ ਤੂੰ ਵੀ ਉੱਥੇ ਸ਼ਹਿਰ ਕੰਮ ਕਰਨ ਲੱਗ ਜਿਵੇਂ ਆਪਣੇ ਵਾਲੇ ਚਲੇ ਜਾਂਦੇ ਨਾਲ ਲੱਗ ਤੇ ਉਹ ਸਟੇਸ਼ਨ ਤੋਂ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਤਾਇਆ ਉਹਦਾ ਰੋਵੇ ਕਹਿੰਦਾ ਬਾਈ ਮੈਂ 19 ਸਾਲ ਇਸ ਮਿਹਣੇ ਨਾਲ ਜ਼ਿੰਦਗੀ ਬਤੀਤ ਕੀਤੀ ਆ ਵੀ ਮੇਰੀ ਪਰਜਾਈ ਮੇਰਾ ਭਰਾ ਮੈਨੂੰ ਕਹਿੰਦਾ ਵੀ ਤੂੰ ਮੇਰਾ ਪੁੱਤ ਜਾਣ ਕੇ ਸੱਟ ਇਕੱਲਾ ਇਕੱਲਾ ਹੀ ਪੁੱਤ ਸੀ ਵੀ ਤੂੰ ਜ਼ਮੀਨ ਜਾਇਦਾਦ ਲੈਣੀ ਸਾਡੀ ਉਂ ਲੈ ਲੈਂਦਾ ਵੀ ਤੂੰ ਸਾਡਾ ਪੁੱਤ ਕਿੱਥੇ ਸਿੱਟਿਆ ਤੇ ਉਹ ਪੁੱਤ 19 ਸਾਲ ਗੋਹਾ ਚੱਕਦਾ ਰਿਹਾ ਉਹਨਾਂ ਦੇ ਘਰ ਤੇ ਬਾਅਦ ਚ ਠੀਕ ਸੀਗਾ ਉਹਨਾਂ ਨਾਲ ਸੀਗਾ ਕਰੇਗਾ ਜੀ ਮਾਨਸਿਕ ਤੌਰ ਤੇ ਜੀ 19 ਸਾਲ ਤੋਂ ਬੰਦਾ ਗੋਹਾ ਚੱਕ ਦੇਣੀ ਮਾਨਸਿਕ ਤਕਤਾਂ ਦੀ ਰਹਿ ਗਈ ਹੋਗੀ ਚਲੋ ਮੈਂ ਥੋੜੇ ਜਿਹਾ ਹੋਰ ਸਵਾਲ ਲੈਣਾ ਆਪਾਂ ਆਖਰੀ ਫੇਸਵਾਲ ਪੁੱਧਾਂਗੇ ਸਾਡੇ ਸੇ ਹੋਗੀਆਂ ਰਣਵੀਰ ਅ ਇੱਕ ਤਾਂ ਬਹੁਤ ਤੁਸੀਂ ਸ਼ਲਾਘਾਯੋਗ ਕੰਮ ਕਰ ਰਹੇ ਹੋ ਬਹੁਤ ਵਧਾਈ ਦੇ ਪੱਤਰੋਂ ਤੁਹਾਡੇ ਹਿੱਸੇ ਆਈ ਹੈ ਇਹ ਮਾਨਵਤਾ ਦੀ ਸੇਵਾ ਆ ਸਵਾਲ ਇਹ ਹੈ ਕਿ ਬਹੁਤ ਸਾਰੇ ਜਿਹੜੇ ਘਰਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਕਈ ਵਾਰ ਕਿਸੇ ਕੋਲੇ ਆਪਣਾ ਪਰਿਵਾਰਿਕ ਮੈਂਬਰ ਵੀ ਸਾਂਭਣ ਲਈ ਨਹੀਂ ਹੁੰਦਾ ਹੈਗਾ ਕਿ ਅਸੀਂ ਕਿਵੇਂ ਸਾਂਭੀਏ ਬਹੁਤ ਸਾਰੇ ਲੋਕ ਤੁਹਾਡੇ ਤੱਕ ਅਪਰੋਚ ਵੀ ਕਰਦੇ ਹੋਣੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਸਾਂਭ ਵੀ ਨਹੀਂ ਸਕਦੇ ਪਰ ਕੀ ਤੁਸੀਂ ਤੁਹਾਡੇ ਪੈਰਾਮੀਟਰਸ ਨੇ ਕੀ ਤੁਹਾਡਾ ਕਰਾਈਟੇਰੀਆ ਹੈ ਕਿਵੇਂ ਤੁਸੀਂ ਕਿਉਂਕਿ ਤੁਹਾਡੇ ਕੋਲ ਫੋਨ ਆਇਆ ਕਿ ਬਹੁਤ ਸਾਰੇ ਲੋਕ ਹੋ ਸਕਦਾ ਤੁਹਾਨੂੰ ਇਹ ਵੀ ਕਹਿੰਦੇ ਹੁਣ ਕਿ ਅਸੀਂ ਕੁਝ ਪੈਸੇ ਵੀ ਜਮ੍ਹਾਂ ਕਰਾ ਦਿੰਦੇ ਜਿਵੇਂ ਅਕਸਰ ਹੁੰਦਾ ਏ ਕਿ ਯਤੀਮ ਖਾਨਿਆਂ ਦੇ ਵਿੱਚ ਕਿ ਸਾਡਾ ਬੰਦਾ ਇਹ ਰੱਖ ਲੋ ਕਿਉਂਕਿ ਸਾਹਵੇਂ ਨਹੀਂ ਜਾਂਦੇ ਹੈਗੇ ਉਹਨਾਂ ਲਈ ਕੀ ਕੁਝ ਕਰ ਸਕਦੇ ਹੋ ਤੁਸੀਂ ਜਾਂ ਫਿਰ ਨਹੀਂ ਕਰ ਸਕਦੇ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਸਾਡਾ ਬੰਦਾ ਵੀ ਉੱਥੇ ਚਲੇ ਜਾਵੇ ਸੁਪਨਿਆਂ ਦੇ ਘਰ ਚ ਚਲੇ ਜਾਵੇ ਬਿਲਕੁਲ ਵੀਰ ਜੀ ਅਣਬੀਰ ਵੀਰ ਤੁਹਾਨੂੰ థాంਕਿਊ ਤੁਹਾਡਾ ਤੁਸੀਂ ਇਹ ਸਵਾਲ ਕੀਤਾ ਅਸਲ ਦੇ ਵਿੱਚ ਇਹ ਲੋਕਾਂ ਚ ਅਵੇਰਨੈਸ ਵਾਸਤੇ ਵੀ ਜ਼ਰੂਰੀ ਆ ਸਾਡੇ ਉੱਥੇ ਇੱਕ ਸ਼ੈਲਟਰ ਆ ਅਸੀਂ ਹਾਲ ਬਣਾਇਆ ਵੱਡਾ ਉਰੇ ਚ 150 ਮੰਝ ਲੱਗਦਾ ਪਾਉਣੇ 200 ਉੱਥੇ ਇੱਕ ਘਰ ਦੇ ਵਿੱਚੋਂ ਸਾਨੂੰ ਬਹੁਤ ਸਾਰੇ ਲੋਕ ਫੋਨ ਕਰਦੇ ਆ ਵੀ ਸਾਡੇ ਬਾਪੂ ਨੂੰ ਕੋਈ ਬਾਹਰੋਂ ਫੋਨ ਕਰਦਾ ਵੀ ਸਾਡੇ ਰੱਖ ਲੋ ਅਸੀਂ ਪੈਸੇ ਭੇਜ ਦਾਂਗੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਇੱਕ ਸ਼ੈਲਟਰ ਆ ਇਹ ਇੱਕ ਆਸ਼ਰਮ ਨਹੀਂ ਹੈਗਾ ਜਿੱਥੇ ਰੂਮ ਮਿਲਣ ਉਹ ਮੰਨ ਲਓ ਇਦਾਂ ਦੇ ਪੇਡ ਆਸ਼ਰਮ ਬਣੇ ਹੋਏ ਨੇ ਜਿੱਥੇ 5000 10000 ਰੁਪਏ ਲੈ ਕੇ ਰੱਖਦੇ ਨੇ ਸਾਡੇ ਕੋਲੇ ਉਹ ਬੰਦੇ ਨੇ ਜਿਨ੍ਹਾਂ ਦੇ ਪਰਿਵਾਰ ਹੀ ਹੈ ਨਹੀਂ ਜਾਂ ਹੈਗੇ ਨੇ ਹੈਂਡ ਉਹਦੇ ਮਗਰ ਕੋਈ ਕਹਿਣ ਵਾਲੇ ਹੈ ਨਹੀਂ ਵੀ ਇਹ ਸਾਡਾ ਵਾ ਸਾਡੇ ਕੋਲੇ ਅੱਜ 700 ਮੈਂਬਰ ਆ 700 ਦੇ ਵਿੱਚ ਸਿਰਫ 30 35 ਬੰਦੇ ਇਦਾਂ ਦੇ ਹੋਣਗੇ ਜਿਹੜੇ ਮੈਂਟਲੀ ਅਫਸੈਟ ਨੇ ਜਿਹੜੇ ਘਰਾਂ ਚ ਸੰਗਲਾਂ ਨਾਲ ਬੰਨੇ ਸੀ ਵੀ ਜਿਨ੍ਹਾਂ ਨੂੰ ਅਸੀਂ ਲੈ ਕੇ ਆਏ ਪਰਿਵਾਰ ਅੱਜ ਵੀ ਉਹਨਾਂ ਦੇ ਮਗਰ ਆਉਂਦੇ ਨੇ ਕਹਿੰਦੇ ਨੇ ਵੀ ਹਾਂ ਸਾਡਾ ਤਕਰੀਬ 100 ਬੰਦੇ ਇਦਾਂ ਦੇ ਜਿਹੜੇ ਸੰਗਲਾਂ ਨਾਲ ਬੰਨੇ ਹੋ ਘਰਾਂ ਤੋਂ ਛੁੜਾ ਕੇ ਲਿਆਂਦੇ ਆ ਉਹਨਾਂ ਦੇ ਘਰਦਿਆਂ ਨੇ ਮੁੜ ਕੇ ਪਿੱਛੇ ਆ ਕੇ ਦੇਖਿਆ ਵੀ ਨਹੀਂ ਇਹ ਸਾਡੇ ਆ ਅਸੀਂ ਸਿਰਫ ਉਹਨਾਂ ਲਈ ਸੇਵਾ ਕਰਦੇ ਹਾਂ ਜਿਨ੍ਹਾਂ ਦੇ ਅੱਗੇ ਪਿੱਛੇ ਕਹਿਣ ਵਾਲਾ ਵੀ ਹੈ ਨਹੀਂ ਵੀ ਇਹਨੂੰ ਸੰਭਾਲ ਲਓ ਵੀ ਜਿਹੜੇ ਪਰਿਵਾਰਾਂ ਦੇ ਵਿੱਚ ਨੇ ਦੇਖੋ ਪਹਿਲਾਂ ਤਾਂ ਉਹਨਾਂ ਦਾ ਬੜਾ ਵੱਡਾ ਫੇਲੀਅਰ ਆ ਵੀ ਜੇ ਅੱਜ ਉਹ ਆਪਣੇ ਆਪ ਨੂੰ ਆਪਣੇ ਭਰਾ ਭੈਣ ਬਾਪੂ ਬਜ਼ੁਰਗ ਨੂੰ ਵੀ ਨਹੀਂ ਸੰਭਾਲ ਸਕਦੇ ਹਨ ਸਾਡਾ ਕ੍ਰਾਈਟੇਰੀਆ ਹੀ ਆ ਵੀ ਸਾਡੇ ਤੱਕ ਉਹੀ ਭੈਣ ਭਰਾ ਅਪਰੋਚ ਕਰਨ ਜਿਨ੍ਹਾਂ ਨੂੰ ਕੋਈ ਲਵਾਰਸ ਮਿਲਿਆ ਸੜਕ ਤੇ ਉਹ ਬਹੁਤ ਕ੍ਰਿਟੀਕਲ ਆ ਲਵਾਰਸ ਵੀ ਬਹੁਤ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਾਂ ਇੱਥੇ ਚੰਡੀਗੜ੍ਹ ਚ ਵੀ ਗੀੜਾ ਦੇ ਲਈਏ ਹੁਣੇ 5-700 ਬੰਦਾ ਆਪਾਂ ਲੱਭ ਲਾਂਗੇ ਕਿੰਨੇ ਲਵਾਰਸ ਬੈਠੇ ਨੇ ਪਰ ਉਹਦੇ ਵਿੱਚ ਜਿਹੜਾ ਬੰਦਾ ਕ੍ਰਿਟੀਕਲ ਆ ਜਿਹੜਾ ਕੋਈ ਬਲਾਈਂਡ ਹੋ ਗਿਆ ਪਾਹਜ ਹੋ ਗਿਆ ਜਿਹਦੀ ਚੱਲਣ ਦੀ ਸਮਰੱਥਾ ਨਹੀਂ ਰਹੀ ਜਿਹੜੇ ਕੋਈ ਇਸ ਤਰ੍ਹਾਂ ਦੇ ਜ਼ਖਮ ਹੋ ਗਏ ਨੇ ਕੋਈ ਉਸ ਤਰ੍ਹਾਂ ਦੇ ਮੈਂਬਰਾਂ ਨੂੰ ਅਸੀਂ ਸੰਭਾਲਦੇ ਜਿਨ੍ਹਾਂ ਸਾਡੇ ਕੋਲ ਇਸੇ ਕਰਕੇ ਡੈਥ ਦੀ ਰੇਸ਼ਿਓ ਵੀ ਬਹੁਤ ਆ ਸਾਡੇ ਕੋਲੇ ਹੁਣ ਤੱਕ 650 ਤੋਂ ਵੱਧ ਮੈਂਬਰਾਂ ਦੀ ਡੈਥ ਹੋ ਚੁੱਕੀ ਆ ਪਿਛਲੇ 8 ਸਾਲਾਂ ਦੇ ਵਿੱਚ ਅਸੀਂ ਪਿੰਡ ਦੀ ਸਸਕਾਰ ਕਰਦੇ ਆ ਸ਼ਮਸ਼ਾਨ ਘਾਟ ਚ ਗੁਰਦੁਆਰਾ ਸਾਹਿਬ ਚ ਭੋਗ ਪਾਉਂਦੇ ਆ ਜਾਂ ਜੇ ਕੋਈ ਮੁਸਲਮਾਨ ਭਾਈਚਾਰੇ ਤੋਂ ਹੁੰਦਾ ਵੀਰ ਉਹਨੂੰ ਉੱਥੇ ਕਬਰਸਤਾਨ ਦਫਨਾਉਂਦੇ ਆ ਪਰ ਸਾਡੇ ਕੋਲੇ ਉਹੀ ਭੈਣ ਭਰਾ ਜਾਂ ਬਾਪੂ ਬਜ਼ੁਰਗ ਨੇ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਕਹਿਣ ਵਾਲਾ ਵੀ ਹੈ ਨਹੀਂ ਔਰ ਦੂਸਰਾ ਅੱਜ ਤੁਸੀਂ ਜੇ ਯਕੀਨ ਮੰਨੋਗੇ ਸਾਡੇ ਘਰ ਦੇ ਵਿੱਚ 70% ਸੇਵਾ ਉਹ ਲੋਕ ਕਰ ਰਹੇ ਨੇ ਜਿਹੜੇ ਪੇਸ਼ੈਂਟ ਸੀ ਸਾਡੇ ਘਰ 'ਚ ਲਾਂਗਰੀ ਸਿੰਘ ਆ ਸਾਡੇ ਬੈਸ਼ਨੂ ਦਾਸ ਉਹ ਕਿਸੇ ਟਾਈਮ ਹੱਤਾ ਚਲਾਉਂਦਾ ਸੀ ਸ਼ਰਾਬ ਦਾ ਤੇ ਉਹਦੇ 'ਚ ਉਹ ਸ਼ਰਾਬ ਨਾਲ ਗਲਤਾਨ ਲਿੰਦਾ ਸੀ ਉਹਦੀ ਲੱਤ ਟੁੱਟ ਗਈ ਉਹਨੇ ਟ੍ਰਾਈਸਾਈਕਲ ਲੈ ਲਿਆ ਉਹਦਾ ਚੂੜਾ ਟੁੱਟ ਗਿਆ ਉਹਨੇ ਪ੍ਰਵਾਹ ਹੀ ਨਹੀਂ ਕੀਤੀ ਮੁੜ ਕੇ ਉਹਦੀ ਲੱਤ 'ਚ ਕੀੜੇ ਪੈ ਗਏ ਉਹਨੂੰ ਲੋਕ ਸਾਡੇ ਕੋਲੇ ਵੀਡੀਓ ਭੇਜਦੇ ਆ ਵੀ ਸਾਡੇ ਪਿੰਡ 'ਚ ਬੰਦਾ ਪਿਆ ਸੀ ਉਹਨੂੰ ਚੱਕ ਕੇ ਲਿਉਣੇ ਆ 1.5 ਸਾਲ ਬਾਅਦ ਉਹ ਤੁਰਨ ਲੱਗਦਾ ਤਾਂ ਉਹਦਾ ਘਰ ਪਰਿਵਾਰ ਬੱਚੇ ਉਹਨੂੰ ਛੱਡ ਕੇ ਜਾ ਚੁੱਕੇ ਆ ਉਹ ਬੰਦਾ ਅੱਜ ਸਾਡੇ ਲੰਗਰੀ ਸਿੰਘ ਦੀ ਸੇਵਾ ਨਿਭਾ ਰਿਹਾ ਪਿਛਲੇ 6 ਸਾਲਾਂ ਤੋਂ ਸਾਡੇ ਗੁਰਦੁਆਰਾ ਸਾਹਿਬ ਚ ਗ੍ਰੰਤੀ ਸਿੰਘ ਆ ਦਰਬਾਰ ਸਾਹਿਬ ਤੇ ਬਾਹਰੋਂ ਅਸੀਂ ਉਹਨੂੰ ਬਾਪੂ ਜੀ ਨੂੰ ਲੈ ਕੇ ਆਏ ਨਿਸ਼ਾਨ ਸਿੰਘ ਉਹਨਾਂ ਦਾ ਨਾਂ ਸਾਨੂੰ ਫੋਨ ਆਉਂਦਾ ਵੀ ਇੱਕ ਬਜ਼ੁਰਗ ਸਾਨੂੰ ਮਿਲਿਆ ਸੀ ਅਸੀਂ 3 ਦਿਨ ਹੋ ਗਿਆ ਹਸਪਤਾਲ ਚ ਲਈ ਬੈਠੇ ਆ ਵੀ ਇਹਦੀ ਕੋਈ ਹਸਪਤਾਲ ਕੀ ਨਹੀਂ ਕਰਦਾ ਇਹਦੇ ਸਿਰ ਚ ਕੀੜੇ ਪਏ ਹੋਇਆ ਉਹ ਨੌਜਵਾਨ ਮੁੰਡੇ ਬਾਈਪਰ ਦੇ ਨਾਲ ਸੇਵਾ ਕਰਦੇ ਸੀ ਇੱਕ ਪਰਕਰਮਾ ਚ ਉੱਥੇ ਇੱਕ ਬਜ਼ੁਰਗ ਪਿਆ ਉਹਦੇ ਸਿਰ ਚੋਂ ਖੂਨ ਨਿਕਲਦਾ ਦੇਖ ਕੇ ਉਹ ਤਾਂ ਜਦੋਂ ਪਰਣਾ ਚੱਕਦੇ ਆ ਤਾਂ ਕੀੜੇ ਦੇਖਦੇ ਆ ਉਹ ਇੱਕਦਮ ਮਤਲਬ ਐਕਸਾਈਟ ਹੋ ਜਾਂਦੇ ਵੀ ਆ ਕੀ ਤਾਂ ਉਹ ਉੱਥੇ ਕਿਸੇ ਨਾਲ ਗੱਲ ਕਰਦੇ ਉਹਨਾਂ ਦੀ ਕੋਈ ਸਪੋਰਟ ਨਹੀਂ ਕਰਦਾ ਉਹ ਹਸਪਤਾਲ ਲੈ ਕੇ ਜਾਂਦੇ ਹਸਪਤਾਲ ਕਹਿੰਦੇ ਜੀ ਇਹ ਤਾਂ ਪੁਲਿਸ ਕੇਸ ਆਸੀਂ ਇਹਦੀ ਕੋਈ ਮਦਦ ਨਹੀਂ ਕਰ ਸਕਦੇ ਉਹ ਲਿਆ ਕੇ ਉਹਨਾਂ ਨੂੰ ਗਾਈਡ ਕਰਦੇ ਆ ਵੀ ਤੁਸੀਂ ਸਿਮਰਾ ਉੱਥੇ ਹਸਪਤਾਲ ਤਾਂ ਦਾਖਲ ਕਰੋ ਵੀ 108 ਐਂਬੂਲੈਂਸ ਪਾ ਕੇ ਲਿਆਓ ਉਹ ਬਾਹਰ ਲਿਆ ਕੇ ਪਾ ਲੈਂਦੇ ਆ 108 ਵਾਲੇ ਨੂੰ ਸਰਦੇ ਆ 108 ਦਾ ਡਰਾਈਵਰ ਆ ਕੇ ਦੱਸਦਾ ਕਹਿੰਦਾ ਵੀ ਚਾਰ ਰਾਤਾਂ ਹੋ ਗਈਆਂ ਇਹਨੂੰ ਮੈਂ ਰੋਜ਼ ਦਾਖਲ ਕਰਾਉਣਾ ਉਹ ਸਵੇਰ ਨੂੰ ਕੱਢ ਦਿੰਦੇ ਆ ਵੀ ਜੇ ਤੁਸੀਂ ਦਾਖਲ ਕਰਾਉਣਾ ਤੇਰੇ ਨਾਲ ਰਹੋ ਤਾਂ ਉਹ ਚਾਰ ਮੁੰਡੇ ਰਲ ਕੇ ਕੰਟਰੀਬਿਊਟ ਕਰਕੇ 1600 ਰੁਪਏ ਇਕੱਠਾ ਕਰਕੇ ਬਾਪੂ ਨੂੰ ਦਾਖਲ ਕਰਾਉਂਦੇ ਆ ਤਿੰਨ ਦਿਨ ਉਹਦੇ ਸਰਾਨੇ ਬੈਠੇ ਰਹਿੰਦੇ ਆ ਤਾਂ ਉਹਨੂੰ ਇਹੀ ਕਿਹਾ ਜਾਂਦਾ ਵੀ ਸੀਨੀਅਰ ਡਾਕਟਰ ਆਉਣਗੇ ਸਰਜਨ ਆਉਣਗੇ ਉਹ ਦੇਖਣਗੇ ਪੱਟੀ ਵੀ ਨਹੀਂ ਹੁੰਦੀ ਉਹਦੇ ਤਾਂ ਫਿਰ ਉਹ ਉਦਾਂ ਦੇ ਮੈਂਬਰ ਨੂੰ ਉਹ ਸਾਡੇ ਨਾਲ ਸੰਪਰਕ ਕਰਦੇ ਆ ਅੱਜ ਉਹ ਬਾਪੂ ਸਾਡੇ ਘਰੇ ਗ੍ਰਾਂਤੀ ਸਿੰਘ ਦੀ ਸੇਵਾ ਨਿਵਾਹ ਮੇਰਾ ਛੋਟਾ ਜਿਹਾ ਹੋਰ ਵੀ ਸਵਾਲ ਹੈ ਇਹਦੇ ਨਾਲ ਹੀ ਸਵਾਲ ਵੀ ਕੀ ਹੈਗਾ ਕਿ ਤੁਸੀਂ ਆਪ ਹੀ ਦੱਸ ਰਹੇ ਹੋ ਜਿਹੜੀਆਂ ਤੁਹਾਡੀਆਂ ਇਹ ਸਟੋਰੀਜ਼ ਨੇ ਕਹਾਣੀਆਂ ਨੇ ਇਹ ਇੱਕ ਤਰ੍ਹਾਂ ਦੇ ਨਾਲ ਰੂਹ ਕੰਬਾਉ ਨੇ ਕਿ ਕਿਵੇਂ 50 50 ਸਾਲ ਕੋਈ 30 30 ਸਾਲ ਤਸ਼ੱਦਦ ਟਾਉਂਦਾ ਏ ਪਰ ਬਹੁਤ ਸਾਰੇ ਲੋਕ ਇਹਨੂੰ ਜਸਟੀਫਾਈ ਕਰ ਦਿੰਦੇ ਨੇ ਕਿ ਜੇ ਅਸੀਂ ਤਾਂ ਰੋਟੀ ਪਾਣੀ ਦਿੰਦੇ ਆ ਇਹ ਤਾਂ ਲਵਾਰਸ ਸੀਗਾ ਇਹਦਾ ਤਾਂ ਕੋਈ ਹੈ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਇਹਨੂੰ ਆਪਣੇ ਘਰ ਰੱਖਿਆ ਇਹਨੂੰ ਅਸੀਂ ਰੋਟੀ ਪਾਣੀ ਵੀ ਦੇ ਦਿੰਦੇ ਆ ਹੁਣ ਕੰਮ ਤਾਂ ਕਰਾਉਣਾ ਹੀ ਆ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਸਟੀਫਿਕੇਸ਼ਨ ਅੱਜ ਕੱਲ ਇਦਾਂ ਦੀ ਆ ਇੱਕ ਪੁੱਤ ਆਪਣੇ ਬਾਪ ਲਈ ਜਸਟੀਫਿਕੇਸ਼ਨ ਹੁੰਦਾ ਜੀ ਇਹਨੇ ਸਾਡੇ ਲਈ ਕੀਤਾ ਕੀ ਹੈ ਜੀ ਇਹ ਸ਼ਰਾਬ ਪੀਂਦਾ ਸੀ ਤਾਂ ਬੜੇ ਢੁੱਡ ਦੇ ਖੁੱਡਦੇ ਪਲੇ ਆ ਮਥਾਂ ਪਲੇ ਆ ਸਾਡੀ ਮਾਂ ਨੂੰ ਵੀ ਕੁੱਟਦਾ ਸੀ ਹੁਣ ਉਹ ਬਾਪੂ ਆਦਰਾ son of ਉਹ ਜੀ ਕਾਰੀ ਜਸਟੀਫਿਕੇਸ਼ਨ ਅੱਜ ਤੈਨੂੰ ਸਾਹਮਣੇ ਤੋਂ ਤੂੰ ਤੇ ਮੰਨ ਕਰ ਹੋ ਰਿਆਂ ਇਸੇ ਤਰ੍ਹਾਂ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਜਦੋਂ ਅਸੀਂ ਕਿਸੇ ਨੂੰ ਛਡਾਉਨੇ ਆ ਨਾ ਉਹ ਕਹਿੰਦੇ ਅਸੀਂ ਨੂੰ ਰੋਟੀ ਦਿੰਨੇ ਆ ਸਾਨੂੰ ਸੜਕ ਤੋਂ ਮਿਲਿਆ ਸੀ ਠੀਕ ਆ ਰੋਟੀ ਦੇਣੀ ਚਾਹੀਦੀ ਆ ਬਹੁਤ ਚੰਗਾ ਕੰਮ ਆ ਸੀ ਉਹਨਾਂ ਦੀ ਜਸਟੀਫਿਕੇਸ਼ਨ ਨੂੰ ਮੰਨਦੇ ਪਰ ਘਟੋ ਘਟ ਉਹਨਾਂ ਅਨਸਾਨਾਂ ਵਾਲਾ ਵਤੀਰਾ ਤਾਂ ਹੋਵੇ ਟੂੜੀ ਦੇ ਉੱਤੇ ਸੋਣਾ ਇੱਕ ਇੱਕ ਸਾਲ ਉਹਦੇ ਕੱਪੜੇ ਚੇਂਜ ਨਹੀਂ ਕਰਨੇ ਗੰਦੇ ਕੱਪੜੇ ਪਾਈ ਰੱਖਣੇ ਘਰ ਦੀ ਝੂਠ ਉਹਨੇ ਖਾਣੀ ਆ ਗੰਦ ਖਾਣਾ ਉਹਨੇ ਪਸ਼ੂਆਂ ਦੇ ਵਿੱਚ ਪਸ਼ੂਆਂ ਵਾਂਗ ਰਹਿਣਾ ਉਹਨੇ ਸਾਰਾ ਦਿਨ ਮਤਲਬ ਉਹਦੇ ਹੱਥਾਂ ਤੇ ਲੇ ਤੁਸੀਂ ਐਸੇ ਹਾਲਾਤਾਂ ਚ ਜਿੱਥੋਂ ਸਾਡੀ ਸੇਵਾ ਸ਼ੁਰੂ ਹੋਈ ਹੈ ਨਾ ਅਰਣ ਕੁਮਾਰ ਸ਼ੋਕਲਾ ਵੀਰ ਸਾਡੇ ਜਿਹਦੀ ਮੈਂ ਗੱਲ ਕਰਦਾ ਉਹ ਬੰਦਾ ਸਿੱਧਾ ਸੀ ਘਰੋਂ ਭੱਜਦਾ ਸੀ ਬਾਰ-ਬਾਰ ਪਹਿਲਾਂ ਤਾਂ ਉਹਦੇ ਮਾਂ ਪਿਓ ਸੀਗੇ ਲੱਬਲੁੱਬ ਕੇ ਲਿਆਉਂਦੇ ਸੀ ਉਹਨੂੰ ਜਦੋਂ ਮਾਂ ਪਿਓ ਦੀ ਡੈਥ ਹੋ ਗਈ ਉਹਦੇ ਭਰਾ ਨੇ ਕੇਅਰ ਨਹੀਂ ਕੀਤੀ ਉਹ ਉਹਨੂੰ ਕਿਸੇ ਬਾੜੇ ਦੇ ਵਿੱਚ ਰੱਖ ਲਿਆ ਉਹਨਾਂ ਨੇ ਮੱਜਾਂ ਦਾ ਗੋਹਾ ਚ ਕੌਣ ਲੱਗ ਗਏ ਉਹਨੂੰ ਪ੍ਰੋਪਰ ਰੋਟੀ ਨਹੀਂ ਮਿਲਦੀ ਸੀ ਉਹਦੇ ਜਿਹੜੇ ਕੱਪੜੇ ਪਾਏ ਸੀ ਸਰਦੀਆਂ ਚ ਵੀ ਉਹੀ ਗਰਮੀਆਂ ਚ ਵੀ ਉਹੀ ਮੋٹے ਤਰਪਾਲ ਲੱਗੇ ਬੂਟ ਪਾਏ ਉਹਨੂੰ ਦਰੰਗ ਹੋ ਜਾਂਦਾ ਭੁੱਖੇ ਪਿਆਸੇ ਨੂੰ ਜਦੋਂ ਦਰੰਗ ਹੋ ਗਿਆ ਉਹ ਚੱਕ ਕੇ ਸੜਕ ਤੇ ਸੁੱਟ ਕੇ ਰਾਤ ਨੂੰ ਆ ਕੇ ਜਦੋਂ ਕਿਸੇ ਦੇ ਘਰ ਚ ਇਦਾਂ ਦੇ ਬੰਦੇ ਰੱਖੇ ਹੋਇਆ ਜੇ ਉਹ ਬਿਮਾਰ ਹੋ ਗਿਆ ਉਹਦਾ ਲਾਜ ਕਰਾਉਣ ਤੇ ਇੱਕ ਪੈਸਾ ਥੋੜੀ ਕਰ ਦਦੇ ਆ ਉਹ ਚੱਕਦੇ ਆ ਉਹਨੂੰ 50 ਕਿਲੋਮੀਟਰ ਦੂਰ ਕਿਤੇ ਚੌਂਕ 'ਚ ਬਿਠਾਇਆ ਹੁੰਦੇ ਆ ਇੰਨੇ ਇੱਕ ਕੇਸ ਸਾਨੂੰ ਮਿਲਿਆ ਕੋਵਿਡ ਕੋਵਿਡ ਦੇ ਵਿੱਚ ਸਟੇਸ਼ਨ ਤੇ ਬੈਠਾ ਬੰਦਾ ਤੇ ਉਹ ਰੇਲਗੱਡੀਆਂ ਬੰਦ ਹੋ ਗਈਆਂ ਸਾਰੀਆਂ ਜੰਮੂ ਤੋਂ ਆਇਆ ਸੀ ਉਹ ਉੱਥੇ ਇੱਕ ਸਰਦਾਰ ਆਇਆ ਉਹਨੂੰ ਕਹਿੰਦਾ ਵੀ ਚੱਲ ਮੇਰੇ ਨਾਲ ਵੀ ਮੇਰੇ ਕੰਪੈਨ ਦਾ ਡਿਸੀਜਨ ਆ ਵੀ ਤੂੰ ਮੇਰੇ ਨਾਲ ਲਾਲਾ ਮੈਂ ਤੈਨੂੰ 12000 ਰੁਪਏ ਮਹੀਨਾ ਦਵਾਂ ਉਹਦੇ ਨਾਲ ਉੱ ਜਾ ਕੇ ਉਹ ਘਰੇ ਉਦੋਂ ਕੰਮ ਕਰਾਉਂਦਾ ਦੋ ਤਿੰਨ ਦਿਨਾਂ ਬਾਅਦ ਉਹਨੂੰ ਪਸ਼ੂ ਵਾਲੇ 'ਚ ਤਾੜ ਦਿੰਦਾ ਵੀ ਗੋਹਾ ਚੱਕ ਚੱਕ ਬਾਹਰ ਸੁੱਟੀ ਚੱਲ। ਉਹ ਵਿਰੋਧ ਕਰਦਾ ਉਹਨੂੰ ਕੁੱਟਦਾ ਮਾਰਦਾ ਉਹਨੂੰ ਸੰਗਲ ਪਾ ਦਿੰਦਾ ਕਿੱਤੇ ਨੂੰ। ਉਹ ਇੱਕ ਏਰੀਆ ਉਹਨਾਂ ਕੀ ਜਿਹੜਾ ਉਹਦਾ ਬਾੜਾ ਉਹਦੇ ਵਿੱਚੋਂ ਗੋਹਾ ਚੱਕ ਚੱਕ ਕੇ ਬਾਹਰ ਸੁੱਟੀ ਜਾਂਦਾ। ਇੱਕ ਦਿਨ ਉਹ ਕੰਮ ਕਰਨ ਤੋਂ ਮਨਾਂ ਕਰ ਦਿੰਦਾ ਵੀ ਮੈਂ ਕਰਨਾ ਹੀ ਨਹੀਂ। ਉਹ ਇੰਨੇ ਗੁੱਸੇ 'ਚ ਆਇਆ ਹੋਇਆ ਉਹਦੇ ਸੱਟ ਮਾਰਦਾ ਲੱਤ ਤੇ ਸੱੱਬਲ ਮਾਰਦਾ ਉਹਦੀ ਹੱਡੀ ਟੁੱਟ ਜਾਂਦੀ ਲੱਤ ਦੀ। ਉਹ ਗਲ ਜਾਂਦੀ ਆ ਕੀੜੇ ਪੈਣ ਲੱਗ ਜਾਂਦੇ। ਉਹ ਰਾਤ ਨੂੰ 12 ਵਜੇ ਘਰੋਂ ਨਿਕਲਦਾ ਉਹਨੂੰ ਚੱਕਦਾ ਅਮਰੁੱਤੀ ਗੱਡੀ ਚ ਆਪਦੀ ਚ ਪਾਉਂਦਾ ਡਿੱਗੀ ਚ ਘਮਾਕ ਮੁਕੇ ਉਹਨੂੰ ਕਿਸੇ ਜਗ੍ਹਾ ਤੇ ਛੁੱਟ ਗਿਆ ਉਹ ਪਿੱਖੀ ਪਿੰਡ ਬਸਟੇ ਤੋਂ ਸਾਨੂੰ ਬੱਚਾ ਵੀਰੋ ਮਿਲਦਾ ਅਸੀਂ ਉਹਨੂੰ ਚੱਕ ਕੇ ਲੈ ਕੇ ਆਉਨੇ ਆ ਉਹਨੂੰ ਇਹ ਨਹੀਂ ਪਤਾ ਮੈਂ ਕਿਹੜੇ ਪਿੰਡ ਕੰਮ ਕਰਦਾ ਸੀ ਉਹਨੂੰ ਇਹ ਨਹੀਂ ਇੰਨਾ ਹੀ ਪਤਾ ਸੀ ਭੋਲਾ ਸੀ ਉਹਦਾ ਨਾਂ ਬੰਦਾ ਤੁਸੀਂ ਦੇਖੋ ਉਹ ਤੇ ਤਸ਼ੱਦਦ ਕਿੰਨਾ ਰਿਹਾ ਹੋ 2020 ਦੇ ਵਿੱਚ ਕੋਵਿਡ ਆਇਆ ਤੇ 2022 ਦੇ ਵਿੱਚ ਉਹ ਬੰਦਾ ਘਰ ਜਾਂਦਾ ਉਹਦੀ ਲੱਤ ਦਾ ਪ੍ਰੈਸ਼ਰ ਹੁੰਦਾ ਉਹ ਠੀਕ ਹੁੰਦਾ ਉਹ ਸਾਡੇ ਕੋਲੋਂ ਵੀ ਜਦੋਂ ਘਰ ਜਾਂਦਾ ਇਲਾਜ ਛੱਡ ਕੇ ਭੱਜ ਗਿਆ ਉਹਦਾ ਇਲਾਜ ਹੋ ਰਿਆ ਸੀ ਲੱਤ ਤੇ ਉਹਦੇ ਸਕੰਜਾ ਲੱਗਿਆ ਹੋਇਆ ਸੀ ਹਸਪੀਟਲ ਅਸੀਂ ਚੈੱਕਅਪ ਕਰਾਉਣ ਜਾਂਦੇ ਆ ਉਹਨੇ ਸਾਨੂੰ ਐਡਰੈਸ ਲਿਖਾਤਾ ਸੀ ਸਾਰਾ ਉਹਨਾਂ ਨੇ ਫੋਨ ਨੰਬਰ ਨਹੀਂ ਸੀ ਕੋਈ ਹੈਗਾ ਵੀ ਇਹਨੂੰ ਫੋਨ ਕਰੀਏ ਆਦੀਵਾਸੀ ਇਲਾਕਾ ਸੀ ਪੁਲਿਸ ਨਾਲ ਵੀ ਅਸੀਂ ਗੱਲ ਕੀਤੀ ਪਰ ਉਹਨੂੰ ਐਡਰੈਸ ਪਤਾ ਸੀ ਸਾਨੂੰ ਪਤਾ ਸੀ ਵੀ ਇਹਦੇ ਠੀਕ ਹੋ ਜੂ ਸਕੰਜਾ ਲੈ ਜੂ ਤੇ ਚਲੇ ਜਾਊਗਾ ਹਸਪੀਟਲ ਚੈੱਕਅਪ ਕਰਾਉਣ ਗਏ ਉਹਨੇ ਅੱਖ ਬਚਾ ਕੇ ਹਸਪੀਟਲ ਚੋਂ ਪਿੱਛੇ ਦੀ ਨਿਕਲ ਕੇ ਭੱਜ ਗਿਆ ਉਹ ਆਪਣੇ ਘਰ ਪਹੁੰਚ ਗਿਆ ਉਹਨੇ ਜਾ ਕੇ ਚਿੱਠੀ ਪਾਈ ਸਾਨੂੰ ਵੀ ਮੈਂ ਘਰੇ ਪਹੁੰਚ ਗਿਆ ਜੀ ਤੁਹਾਡਾ ਧੰਨਵਾਦ ਮੈਂ ਠੀਕ ਮਤਲਬ ਐਸੇ ਲੋਕ ਤੁਸੀਂ ਦੇਖੋ ਕਿੰਨਾ ਕ ਪੈਸਾ ਕਿਸੇ ਨੇ ਬਚਾ ਲਿਆ ਹੋਏ ਇਹਦੇ ਨਾਲ ਬਾਈ ਕਿਹੜੇ ਮਹਿਲ ਮਨਾਰੇ ਪਾ ਲੈਂਦਾ ਕੋਈ ਬੰਦਾ ਕਿਸੇ ਗਰੀਬ ਦੀ ਉਹਦੀ ਮਜ਼ਦੂਰੀ ਨੂੰ ਨਹੀਂ ਦੇ ਸਕਦਾ ਜਿਹੜਾ ਬੰਦਾ ਉਹ ਕਾਦਾ ਸਰਦਾਰ ਆ ਬਾਈ ਕਾਦਾ ਉਹ ਮਤਲਬ ਕਲੰਕ ਆ ਐਸਦਾਂ ਦੇ ਬੰਦੇ ਤੁਸੀਂ ਕੋਈ ਕਾਨੂੰਨੀ ਕਾਰਵਾਈ ਵੀ ਕਰਦੇ ਹੋ ਮੈਂ ਵੀ ਨੂੰ ਕਾਨੂੰਨੀ ਕਾਰਵਾਈ ਵੀ ਜੀ ਅਸੀਂ ਸਾਨੂੰ ਤੁਸੀਂ ਛਡਾ ਕੇ ਲੈ ਕੇ ਆ ਰਹੇ ਹੋ ਕਿਸੇ ਨੇ ਗਲਤ ਤਰੀਕੇ ਨਾਲ ਰੱਖਿਆ ਹੋਇਆ ਕੋਈ ਘਰ ਦਾ ਹੀ ਮੈਂਬਰ ਹੋਵੇ ਜਾਂ ਕੋਈ ਹੋਰ ਸ਼ਖਸ ਹੋਵੇ ਤਾਂ ਫਿਰ ਕੀ ਪੁਲਿਸ ਨੂੰ ਵੀ ਕੇਸ ਸੌਂਪਦੇ ਹੋ ਕਿ ਨਹੀਂ ਨਹੀਂ ਵੀਰ ਜੀ ਅਸੀਂ ਪਹਿਲਾਂ ਪਹਿਲਾਂ ਕੀਤਾ ਹੈ ਇਹ ਕੰਮ ਸਾਡੇ ਨਾਲ ਤਾਂ ਇਦਾਂ ਹੁੰਦਾ ਸੀ ਇੱਕ ਪਿੰਡ ਅਸੀਂ ਬੰਦਾ ਛੜਾਉਣ ਗਏ ਉਹਦੀ ਮਾਂ ਨਾਲ ਗਈ ਉਹਦਾ ਭਰਾ ਉਹ 17 ਸਾਲਾਂ ਬਾਅਦ ਛੜਾਇਆ ਸੀ ਬੰਦਾ ਤੇ ਪੁਲਿਸ ਸਾਡੇ ਅੰਗੇਸ਼ ਸੀ ਉਹ ਕਹਿੰਦੇ ਤੁਸੀਂ ਇਹਨਾਂ ਦੇ ਘਰੇ ਆਏ ਕਿਵੇਂ ਪਿੰਡ ਦਾ ਸਰਪੰਚ ਸਾਡੇ ਅੰਗੇਸ਼ ਸੀ ਤੁਸੀਂ ਮੇਰੇ ਪਿੰਡ 'ਚ ਬੜੇ ਕਿਵੇਂ ਹੋ ਚਲੋ ਅਸੀਂ ਉਹਨੂੰ ਛੜਾ ਕੇ ਲੈ ਕੇ ਆਉਨੇ ਆ ਮੈਂ ਜਿਹੜੀ ਤੁਹਾਡੇ ਨਾਲ ਦੋ ਕਿਸੇ ਸਾਂਝੇ ਕੀਤੇ ਕਿਹੜਾ ਉਹਨੇ ਤੁਸੀਂ ਬਾਪੂ ਤੇ ਇਹ ਕਿਹੜਾ ਬਾਪੂ ਗੋਪਾਲ ਜੀ ਦੀ ਅਸੀਂ ਨਾ ਇਹਨਾਂ ਦੀ ਵੀਡੀਓ ਕਿਉਂਕਿ ਉਹਨਾਂ ਨੇ ਛੋਟੇ-ਛੋਟੇ ਕੱਦ ਦਾ ਦੋਨਾਂ ਨੇ 4-4 ਫੁੱਟ ਦੇ ਬੜੇ ਮਾਸੂਮ ਬੰਦੇ ਨੇ ਹਨਾ ਉਹਨਾਂ ਦੀ ਵੀਡੀਓ ਦੇਖ ਕੇ ਸਾਨੂੰ ਮੋਗੇ ਦੇ ਇਲਾਕੇ ਦੇ ਸੀ ਦੋਨੇ ਮੋਗੇ ਤੋਂ ਛੜਾਈ ਸੀ ਉਹ ਡੀਸੀ ਸਾਹਿਬ ਦੇ ਰੀਡਰ ਦਾ ਫੋਨ ਆਉਂਦਾ ਵੀ ਤੁਸੀਂ ਇਹਨਾਂ ਦੀ ਪੈਰਵਾਈ ਕਰੋ ਵੀ ਇਹਨਾਂ ਦਾ ਹੱਕ ਦਵਾਉਣਾ ਮੈਂ ਕਿਹਾ ਜੀ ਅਸੀਂ ਰੱਬ ਤੇ ਛੱਡ ਦਿੰਦੇ ਆ ਇਸ ਚੀਜ਼ ਦੀ ਸਜ਼ਾ ਅਸੀਂ ਕੌਣਾਂ ਦਵਾਉਣ ਵਾਲੇ 40 ਸਾਲ ਦਾ ਉਹਦਾ ਮਤਲਬ ਇਨਤਕਾਮ ਕਿੱਥੋਂ ਕੋਈ ਕੋਰਟ ਲੈ ਦਊਗੀ ਜਾਂ ਉਹਦਾ ਹੱਕ ਕਿਹੜਾ ਦੇ ਦਊਗਾ ਇਹਨਾਂ ਹਨ ਵੀ ਅਸੀਂ ਉਹਨਾਂ ਨੇ ਸਾਨੂੰ ਫੋਰਸ ਕੀਤਾ ਹਾਲਾਂਕਿ ਲੁਧਿਆਣੇ ਤੋਂ ਇੱਕ ਰੀਡਰ ਸਾਹਿਬ ਦੀ ਡਿਊਟੀ ਲੱਗ ਗਈ ਸਾਡੇ ਕੋਲੇ ਆਇਆ ਉਹ ਕਹਿੰਦਾ ਬਾਈ ਤੁਸੀਂ ਇੱਕ ਵਾਰੀ ਐਪਲੀਕੇਸ਼ਨ ਦਾਇਰ ਕਰ ਦੋ ਬੀ ਬਾਕੀ ਕੇਸ ਅਸੀਂ ਆਪੇ ਦੇਖ ਲਾਂਗੇ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਐਪਲੀਕੇਸ਼ਨ ਦਾਇਰ ਕਰਤੀ ਠੀਕ ਹੈ 2 ਮਹੀਨੇ ਬਾ ਤਰੀਕ ਪੈਂਦੀ ਆ ਉਹ ਕਹਿੰਦੇ ਜੀ ਇਹਨੂੰ ਲੈ ਕੇ ਆਉਣਾ ਪੈਣਾ ਬਾਪੂ ਨੂੰ ਉੱਥੇ ਬਾਪੂ ਨੂੰ ਅਸੀਂ ਕਹਿੰਦੇ ਵੀ ਅਸੀਂ ਇੱਥੇ ਗੱਲ ਤੋਂ ਡਰਦੇ ਸੀ ਵੀ ਬਾਪੂ ਜਾਊ ਉਹਦੇ ਸਾਹਮਣੇ ਹੋਊਗਾ ਉਹ ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ ਅਸੀਂ ਉੱਥੇ ਗਏ ਉੱਥੇ ਉਹਨੇ ਪੁੱਛਿਆ ਵੀ ਤੈਨੂੰ ਕਿਹਨੇ ਰੱਖਿਆ ਸੀ ਮੁਖਤਿਆਰ ਸਿੰਘ ਨੇ ਅਸੀਂ ਜਾ ਕੇ ਮੈਂ ਸੀ ਤੇ ਮੁਖਤਿਆਰ ਸਿੰਘ ਵੀ ਉੱਥੇ ਸੱਦਿਆ ਹੋਇਆ ਸੀ ਉਹਨੇ ਬਾਪੂ ਨੇ ਮੁਖਤਿਆਰ ਸਿੰਘ ਦੇਖ ਲਿਆ ਫਿਰ ਇੱਕ ਮਹੀਨਾ ਉਹ ਬੰਦਾ ਟਰੋਮਾ ਚ ਰਿਆ ਰੋਂਦਾ ਹੀ ਰਿਹਾ ਉਹਨੂੰ ਐ ਲੱਗਿਆ ਵੀ ਮੈਂ ਅਸੀਂ ਉਹਨੂੰ ਵਾਪਸ ਮਹਤਿਆਰ ਸਿੰਘ ਦੇ ਕੋਲ ਛੱਡਣ ਆਏ ਹਾਂ ਸੀਗੇ ਮਤਲਬ ਫਿਰ ਅਸੀਂ ਉਹਦਾ ਮਿਲਿਆ ਕੁਝ ਨਹੀਂ ਸਾਨੂੰ ਉਹਦੀ ਸੈਟਲਮੈਂਟ ਤੇ ਚੱਲੇਗੀ ਗੱਲ ਉਹ ਸਾਨੂੰ ਪੁੱਛਿਆ ਕਰਨ ਫੋਨ ਕਰਕੇ ਵੀ ਇਹ ਲੱਖ ਰੁਪਏ ਦਿੰਦਾ ਲੈ ਲਈਓ ਤਾਂ ਗਰੀਬ ਉਹ ਕਹਿੰਦਾ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ 80000 ਲੈ ਲਈਏ ਮਤਲਬ ਸੈਟਲਮੈਂਟਾਂ ਤੇ ਗੱਲ ਚੱਲੇਗੀ ਫਿਰ ਅਸੀਂ ਜਵਾਬ ਦਿੱਤਾ ਅਸੀਂ ਕਦੇ ਵੀ ਕਿਸੇ ਦੀ ਕੰਪਲੇਂਟ ਨਹੀਂ ਦਾਇਰ ਕੀਤੀ ਹਾਂ ਜਿਹਦਾ ਪਰਿਵਾਰ ਲੱਭ ਜਾਂਦਾ ਫਿਰ ਪਰਿਵਾਰ ਲੈਣ ਆ ਜਾਂਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਇੱਕ ਕੇਸ ਮੈਂ ਦੱਸਿਆ ਬਹੁਤ سارے ਕੇਸ ਆ ਉਹਨਾਂ ਤੋਂ ਫਿਰ ਅਸੀਂ ਕੇਸ ਜ਼ਰੂਰ ਕਰਵਾਉਣਾ ਹੈ ਵੀ ਤੁਸੀਂ ਆਪਣੀ ਫਾਈਟ ਕਰੋ ਫਿਰ ਉਹਦੇ ਵਿੱਚ ਕੀ ਆ ਕੇਸ ਕਰਨ ਤੋਂ ਪਹਿਲਾਂ ਹੀ ਉਹ ਵੀ ਗਰੀਬ ਪਰਿਵਾਰ ਹੁੰਦਾ ਕੋਈ ਵਿੱਚ ਪਰਿਵਾਰ ਦਾ ਮੈਂਬਰ ਪਾ ਕੇ ਕੋਈ ਕਿਸੇ ਨੂੰ ਉਹਨਾਂ ਨੇ ਪੈਸੇ ਦਿੱਤੇ 50000 ਰੁਪਿਆ ਐਦਾਂ ਹੀ ਹੁੰਦਾ ਕਾਨੂੰਨੀ ਤੌਰ ਤੇ ਭਾਈ ਨਹੀਂ ਹੋ ਪਾਇਆ ਕੁਝ ਚਲੋ ਆਪਾਂ ਇੱਕ ਦੋ ਸਵਾਲ ਲਵਾਂਗੇ ਹੋਰ ਜੇ ਕੋਈ ਮੇਰਾ ਹੋਸਟ ਸਹਿ ਹੋਗੀ ਸਵਾਲ ਪੁੱਛਣਾ ਚਾਹੇ ਪਰ ਮੇਰਾ ਇੱਕ ਹੋਰ ਸਵਾਲ ਹੈ ਲੋਕਾਂ ਦੇ ਜ਼ਿਹਨ 'ਚ ਵੀ ਹੋਏਗਾ ਤੁਹਾਡਾ ਖੁਦ ਦਾ ਸੋਰਸ ਆਫ ਇਨਕਮ ਕੀ ਹੈ ਮੇਰਾ ਜੀ ਖੁਦ ਦਾ ਸੋਰਸ ਆਫ ਇਨਕਮ ਇਹ ਹੈ ਜੀ ਮੈਂ ਰੋਟੀ ਖਾਣਾ ਜੀ ਵੈਸੇ ਤਾਂ ਹਾਂ ਉਹ ਬਾਬੇ ਉੱਥੇ ਹੀ ਖਾਨਾ ਜੀ ਮੇ ਰੋਟੀ ਲੀੜਾ ਕੱਪੜਾ ਗੱਡੀ ਦਾ ਖਰਚਾ ਕਿਉਂਕਿ ਜਾਣਾ ਹੀ ਨਹੀਂ ਕਿਤੇ ਮੈਂ ਆਪਦੀ ਜ਼ਿੰਦਗੀ ਚ ਪਿਛਲੇ 8 ਸਾਲਾਂ ਚ ਪਰਸਨਲ ਜ਼ਿੰਦਗੀ ਦੇ ਵਿੱਚ ਮੈਂ 8 ਦਿਨਾਂ ਲਈ ਵੀ ਮਤਲਬ ਕਿਤੇ ਮੈਂ ਹਜੇ ਗਿਆ ਨਹੀਂ ਵਾਈਗੁਰ ਜੀ ਦੀ ਬਹੁਤ ਕਿਰਪਾ ਫਿਰ ਜਿਹੜੇ ਮੇਰੇ ਬੱਚੇ ਆ ਘਰੇ ਮੇਰੇ ਬ੍ਰਦਰ ਦੋਨੋਂ ਬਾਹਰ ਨਹੀਂ ਸਾਡੀਆਂ ਕੁਝ 2016 ਤੋਂ ਪਹਿਲਾਂ ਜਿਹੜੀਆਂ ਸੇਵਿੰਗ ਸੀਗੀਆਂ ਜਾਂ ਕੁਝ ਕੰਮ ਸੀ ਪ੍ਰਾਪਰਟੀ ਲਈ ਹੋਈ ਸੀ ਉਹ ਸੇਲ ਕੀਤੀ ਅੱਗੇ ਲੈ ਲਈ ਪ੍ਰਾਪਰਟੀ ਉਹਦੇ ਨਾਲ ਸਾਡਾ ਘਰ ਚੱਲਦਾ ਜੀ ਮੇਰੇ ਬੱਚੇ ਬੇਟਾ ਪੜਦਾ ਪਲੱਸ 2 ਦੇ ਵਿੱਚ ਜੇ ਬੇਟੀ ਮੇਰੀ ਇੱਥੇ ਬੀਬੀਏ ਕਰਦੀ ਆ। ਅੱਜ ਜੁੜੀ ਐਡਮਿਸ਼ਨ ਵਾਸਤੇ ਅਸੀਂ ਆਏ ਸੀ ਇੱਥੇ। ਤੇ ਉਹਨਾਂ ਦਾ ਪੜ੍ਹਾਈ ਦਾ ਖਰਚਾ ਉਹ ਪੜ ਕੇ ਪਹਿਲਾਂ ਬੱਚੇ ਕਹਿੰਦੇ ਬੇਟੀ ਕਹਿੰਦੀ ਬਾਹਰ ਜਾਣਾ। ਬਾਹਰ ਵਾਸਤੇ ਅਸੀਂ ਕੋਸ਼ਿਸ਼ ਕੀਤੀ ਸੀ ਭਰਾ ਮੇਰੇ ਦੋਨੇ ਕਹਿੰਦੇ ਵੀ ਅਸੀਂ ਸਾਧ ਲੈਨੇ ਆ। ਫਿਰ ਉਹਨੇ ਮਨ ਚ ਉਹਦੇ ਪਰਮਾਤਮਾ ਨੇ ਮਿਹਰ ਪਾਈ ਉਹ ਕਹਿੰਦੀ ਮੈਂ ਪਾਪਾ ਤੁਹਾਡੇ ਕੋਈ ਰਹਿ ਕੇ ਸੇਵਾ ਕਰਨੀ ਆ। ਵੀ ਮੈਂ ਇੱਥੇ ਹੀ ਰਹਿਣਾ। ਮਤਲਬ ਪਰਿਵਾਰ ਦੀ ਪੂਰੀ ਸਪੋਰਟ। ਬਹੁਤ ਜੀ ਮੇਰੀ ਬੇਟੀ। ਦੇਖੋ ਦੋ ਗੱਲਾਂ ਹੁੰਦੀਆਂ ਇੱਕ ਤਾਂ ਸਪੋਰਟ ਹੁੰਦੀ ਹੈ ਤੇ ਦੂਜਾ ਪੁਆਇੰਟ ਉਸ ਦੇ ਵਿੱਚ ਇਹ ਵੀ ਆ ਜਾਂ ਲੋਕ ਤੁਹਾਨੂੰ ਤੁਹਾਡੇ ਚਿਹਰੇ ਤੋਂ ਆਵਾਜ਼ ਤੋਂ ਕੰਮ ਤੋਂ ਵੀਡੀਓ ਤੋਂ ਪਹਿਚਾਣਦੇ ਆ ਉਹ ਬੱਚੇ ਉਸ ਨੂੰ ਜ਼ਿਆਦਾ ਧਿਆਨ ਦੇ ਵਿੱਚ ਰੱਖਦੇ ਨੇ ਜਾਂ ਫਿਰ ਜਿਹੜਾ ਉਹ ਘਰ ਬਣਾਇਆ ਤੁਸੀਂ ਸੁਪਨਿਆਂ ਦਾ ਉੱਥੇ ਮਤਲਬ ਪਰਿਵਾਰ ਆਉਂਦਾ ਉਸ ਸੁਪਨਿਆਂ ਦੇ ਘਰ ਦੇ ਵਿੱਚ ਮੇਰੀ ਸੇਵਾ ਕਰਦਾ ਹੋਵੇ ਤੁਹਾਨੂੰ ਕੋਈ ਕਾੰਤ ਨਹੀਂ ਆ ਰਹੀ ਤੁਸੀਂ ਕੀੜੇ ਕੱਢ ਰਹੇ ਹੋਆਂ ਕਿਸ ਦੀ ਸੇਵਾ ਕਰ ਰਹੇ ਹੋ ਟਾਇਲਟ ਸਾਫ਼ ਕਰ ਰਹੇ ਹੋ ਪਰਿਵਾਰ ਦਾ ਉਸ ਦੇ ਉਸ ਨੂੰ ਲੈ ਕੇ ਕਿਵੇਂ ਹੁੰਦਾ ਜਦੋਂ ਜੀ ਅਸੀਂ ਕਿਸੇ ਫੀਮੇਲ ਨੂੰ ਲੈ ਕੇ ਆਉਣਾ ਨਾ ਮੈਂਬਰ ਮੇਰੀ ਬੇਟੀ ਨਾਲ ਜਾਂਦੀ ਮੇਰੀ ਸਿਸਟਰ ਆ ਮੇਰੀ ਨਾਲ ਜਾਂਦੀ ਉਹੀ ਜਿਹੜੇ ਸਾਡੇ ਕੋਲ ਛੋਟੇ ਬੱਚੇ ਨੇ ਸਾਡੇ ਕੋਲੇ 14 ਬੱਚੀਆਂ ਵਾ ਜਿਹੜੀਆਂ ਕੋਈ 7ਵੀਂ 8ਵੀਂ ਚ ਪੜ੍ਹਦੇ ਕੋਈ ਪਹਿਲੀ ਚ ਕੋਈ ਦੂਜੀ ਚ ਉਹਨਾਂ ਨਾਲ ਮੇਰੀ ਬੇਟੀ ਉੱਥੇ ਹੀ ਅੰਦਰ ਅਸੀਂ ਇੱਕ ਅਲੱਗ ਬਣਾਇਆ ਹੋਇਆ ਸਟੱਡੀ ਵਾਸਤੇ ਵੀ ਤੇ ਰਹਿਣ ਵਾਸਤੇ ਵੀ ਉਹਨਾਂ ਦੇ ਨਾਲ ਉੱਥੇ ਪੈ ਜਾਂਦੀ ਹੈ ਉਹਨਾਂ ਦੇ ਕੋਲੇ ਰਹਿੰਦੀ ਉਹਨਾਂ ਨਾਲ ਇੰਨੇ ਅਟੈਚਮੈਂਟ ਹੈ ਮੇਰੀ ਬੇਟੀ ਦੀ ਉਹਨਾਂ ਕੁੜੀਆਂ ਕਰਕੇ ਮੇਰੀ ਬੇਟੀ ਨੇ ਬਾਹਰ ਜਾਣ ਦਾ ਕੈਨਸਲ ਕੀਤਾ ਵੀ ਮੈਂ ਇੰਨਾ ਬੱਚਿਆਂ ਨੂੰ ਪੜਾਉਣਾ ਪਾਪਾ ਮੈਂ ਬੀਬੀਏ ਕਰਕੇ ਮੈਂ ਸਕੂਲ ਬਣਾਉਣਾ ਸਕੂਲ ਦੇ ਵਿੱਚ ਇੰਨਾ ਬੱਚਿਆਂ ਕਿਉਂਕਿ ਅਸੀਂ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਪੜਾ ਰਹੇ ਹਾਂ ਇਸ ਟਾਈਮ ਉੱਥੇ ਬੱਚੇ ਪੜਦੇ ਆ ਪਰ ਇੱਕ ਬੱਚਾ ਜਿਹੜਾ ਲੈਵਲ ਆ ਨਾ ਉਹਦਾ ਉਸ ਲੈਵਲ ਤੱਕ ਲੈ ਕੇ ਜਾਣ ਲਈ ਅਜੇ ਆਪਾਂ ਗੱਲ ਕਰੀ ਸਰਕਾਰੀ ਸਕੂਲ ਨੋ ਡਾਊਟ ਬਹੁਤ ਵਧੀਆ ਬਣ ਗਏ ਸਾਡੇ ਪਿੰਡ ਦਾ ਸਕੂਲ ਬਹੁਤ ਵਧੀਆ ਪੜਾਈ ਦੇ ਖੇਤਰ 'ਚ ਬਹੁਤ ਸਪੋਰਟ ਕਰਦੇ ਨੇ ਸਾਡੇ ਟੀਚਰ ਪਰ ਬੱਚਿਆਂ ਦੇ ਜਿਹੜੇ ਉਹ ਸੁਪਨੇ ਆ ਹੁਣ ਮੰਨ ਲਓ ਪਲੱਸ 2 ਤੋਂ ਬਾਅਦ ਅੱਗੇ ਕਾਲਜ ਕਰਨਾ ਤਾਂ ਮੇਰੀ ਬੇਟੀ ਦਾ ਇਹ ਸੁਪਨਾ ਵੀ ਮੈਂ ਆਪਣੇ ਇਹਨਾਂ ਬੱਚਿਆਂ ਦੇ ਨਾਲ ਲੈ ਕੇ ਪੜ੍ਹਨਾ ਨਾਲ ਇਹਨਾਂ ਨੂੰ ਮੈਂ ਪੜਾਉਣਾ ਮੇਰੀ ਮਦਰ ਉਹ ਰਹਿੰਦੇ ਉੱਥੇ ਨੇ ਸਾਰਾ ਦਿਨ ਉਹ ਬੀਬੀਆਂ ਵਾਂ ਜਿਵੇਂ ਤੁਹਾਨੂੰ ਦੱਸਿਆ 160 65 ਬੀਬੀਆਂ ਸਾਡੇ ਕੋਲੇ ਉਹ ਮਾਂ ਮੇਰੀ ਉਹਨਾਂ ਦੇ ਵਿੱਚ ਸਵੇਰੇ ਜਾ ਕੇ ਬੈਠ ਜਾਂਦੀ ਐ ਸ਼ਾਮ ਨੂੰ ਘਰੇ ਆਉਂਦੀ ਐ ਉਹਨਾਂ ਦੇ ਵਿੱਚ ਹੀ ਰਹਿਣਾ ਕਿਸੇ ਦਾ ਦੁੱਖ ਸੁਣ ਲਿਆ ਕਰੀ ਤਕਲੀਫ ਸੁਣ ਲਈ ਮੇਰੀ ਜੇ ਘਰੋਂ ਸਪੋਰਟ ਨਾ ਨਾ ਹੁੰਦੀ ਮੇਰੀ ਵਾਈਫ ਮੰਨ ਲਓ ਇੰਨੀ ਸਪੋਰਟਿਵ ਆ ਫਿਰ ਅਸੀਂ ਇਹ ਸੇਵਾ ਨਹੀਂ ਸੀ ਕਰ ਸਕਦੇ ਕਿਉਂਕਿ ਜੇ ਇੱਕ ਦੋ ਚੀਜ਼ਾਂ ਬੰਦਾ ਰੋਟੀ ਲਈ ਲੜਾਈ ਲੜਦਾ ਜੇ ਘਰੇ ਮੈਨੂੰ ਪ੍ਰੈਸ਼ਰ ਪੈਂਦਾ ਸਾਡੀਆਂ ਆਖਿਸ਼ਾਂ ਪੂਰੀਆਂ ਕਰੋ ਆਜ ਕਰੋ ਸ਼ਾਇਦ ਅਜ ਇਸ ਪਾਸੇ ਨੂੰ ਨਾਂ ਤੌਰ ਪਾਉਂਦੇ ਘਰੋਂ ਬਹੁਤ ਸਪੋਰਟ ਰਹੀ ਮਾਂ ਦੀ ਮੇਰੇ ਵਾਈਫ ਦੀ ਮੇਰੇ ਪਰਿਵਾਰ ਦੀ ਭੈਣਾ ਭਰਾਵਾਂ ਦੀ ਜਿਹਦੇ ਕਰਕੇ ਅੱਜ ਅਸੀਂ ਇਹ ਸੇਵਾ ਕਰਦੇ ਆਂ ਔਰ ਖਰਚੇ ਕਰਦੇ ਆ ਜਿਹੜੇ ਉਹ ਕੋਈ ਜ਼ਿਆਦਾ ਨਜਾਇਜ਼ ਨਹੀਂ ਅਸੀਂ ਘਰਾਂ ਪੁਰਾਣੇ ਘਰ ਸੀਗੇ ਹੁਣ ਉਹਨੂੰ ਥੋੜਾ ਰੈਨੋਵੇਟ ਕੀਤਾ ਉਸੇ ਘਰ ਦੀ ਛੱਤ ਬਦਲ ਕੇ ਅਸੀਂ ਉਹਨੂੰ ਥੋੜਾ ਠੀਕ ਕੀਤਾ ਖਾਦਾ ਪੀਤਾ ਮੁੱਕਦਾ ਨਹੀਂ ਬਾਈ ਪਰ ਜੇ ਇਕੱਠਾ ਕਰਨ ਤੇ ਅਜੀ ਉਹ ਜਿੰਨਾ ਮਰਜ਼ੀ ਕਰ ਲੈ ਬਚਦਾ ਨਹੀਂ ਸਾਡੇ ਕੋਲ ਏਦਾਂ ਦੇ ਕੇਸ ਆ ਜਿਨ੍ਹਾਂ ਦੇ ਘਰੇ ਸੋਨੇ ਦੇ ਚਮਚੇ ਸੀ ਇੱਕ ਮਾਤਾ ਸਾਡੇ ਕੋਲੇ ਮਾਤਾ ਸ਼ਿਮਲਾ ਦੇਵੀ ਕੰਡਰੀਆਂ ਪਿੰਡ ਤੋਂ ਲੈ ਕੇ ਸਿੰਘਰੂਰ ਜ਼ਿਲ੍ਹੇ ਤੋਂ ਮਾਤਾ ਦਾ ਜਿਹੜਾ ਸਹਰਾ ਸੀਗਾ ਉਹ 100 ਪਿੰਡਾਂ ਦਾ ਆੜਤੀਆ ਸੀ ਉਹਨਾਂ ਦੇ ਘਰੇ ਸੋਨੇ ਦੀ ਇੱਟ ਹੁੰਦੀ ਸੀ ਤੇ ਸੋਨੇ ਦੇ ਗਹਿਣੇ ਸੋਨੇ ਦੀ ਗਿੜਬੀ ਚ ਉਹਦੇ ਪਾਣੀ ਵਾਰਨੇ ਹੋਏ ਸੀ ਮਾਂ ਦੇ ਜਦੋਂ ਵਿਆਹ ਕੇ ਆਈ ਸੀ ਉਸ ਘਰ ਚ ਸੋਹਣੀ ਸੇਡ ਸੀ ਉਹ ਬੰਦੇ ਦਾ ਨਾਮ ਉਹਦੇ ਦੋ ਪੁੱਤ ਸੀ ਇੱਕ ਨੂੰ ਪੋਲੀਆ ਹੋਇਆ ਸੀ ਅਪਾਹਜ ਸੀ ਇੱਕ ਥੋੜਾ ਸਿੱਧਾ ਸੀ ਉਹਨੇ ਸਿੱਧਾ ਸੀ ਜਿਹੜਾ ਪੁੱਤ ਉਹ ਵਿਆਹ ਲਿਆ ਤੇ ਵਿਆਹ ਕੇ ਨੂੰ ਲਈ ਗਰੀਬ ਘਰ ਦੀ ਇੱਕ ਭਰਾ ਸੀ ਤੇ ਪੰਜ ਭੈਣਾ ਸੀ ਪਲੱਸ 2 ਕਰਾਈ ਫਿਰ ਉਹਨੂੰ ਸਾਰਾ ਬਹੀ ਖਾਤੇ ਦਾ ਹਿਸਾਬ ਸਿਖਾਇਆ ਪਿੰਡਾਂ ਦਾ ਇੰਨੀ ਕਿ ਜਮੀਨ ਉਹਦੇ ਕੋਲ ਗਹਿਣੇ ਪਈ ਸੀ ਲੋਕਾਂ ਦੀ ਜਾਂ ਵਿਆਜੂ ਪੈਸੇ ਦਿੰਦਾ ਸੀ ਬਹੁਤ ਘਰੇ ਉਹਦੇ ਆੜਤ ਸੀ ਘਰੇ ਉਹਦੇ ਦੀਪੂ ਸੀ ਖੱਦਰ ਦਾ ਦੀਪੂ ਸੀ ਰੋਲ ਦੀ ਆ ਜਿਹੜਾ ਮਿੱਟੀ ਤੇ ਤੇਲ ਦਾ ਡਿਪੋ ਸੀ ਬਹੁਤ ਵੱਡਾ ਘਰਾਣਾ ਸੀ ਢੰਡਰੀਆਂ ਪਿੰਡ 'ਚ ਚਵਾਰਾ ਇੱਕ ਉਹਨਾਂ ਦਾ ਸੀ ਸੋਣੀ ਸੀਟ ਦਾ ਚੌਂਕ ਦੇ ਵਿੱਚ ਚਵਾਰਾ ਸੀ ਤੱਕੜ ਲੱਗਿਆ ਸੀਗਾ ਐਡਾ ਤਕੜਾ ਕਾਰੋਬਾਰ ਸੀ ਨੂੰ ਨੂੰ ਸਾਰਾ ਕੰਮ ਸਿਖਾਤਾ ਸੋਣੀ ਸੀਟ ਨੂੰ ਕੋਈ ਬਿਮਾਰੀ ਸੀ ਉਹਨੂੰ ਪਤਾ ਸੀ ਮੈਂ ਤੁਰ ਜਾਣਾ ਉਹਦੀ ਮੌਤ ਹੋ ਜਾਂਦੀ ਹੁਣ ਉਹ ਨੂੰ ਉੱਥੇ ਬੈੰਦੇ ਆੜਤੇ ਲੋਕ ਉਹਦੇ ਘਰ ਵਾਲੇ ਨੂੰ ਚੱਕਥਲ ਕਰ ਦਿੰਦੇ ਆ ਵੀ ਹੋਰ ਇਹਨਾਂ ਗੱਲਾਂ ਕਰਦੀ ਉਹ ਕੁੱਟਦਾ ਰੋਜ਼ ਆ ਜਾ ਕੇ ਜਿਹੜਾ ਉਹਦਾ ਦਿਓਰ ਆ ਪਹਾੜ ਸੀ ਉਹ ਤਾਂ ਲੱਭੇ ਨਹੀਂ ਉਹ ਗਾਇਬ ਹੋ ਗਿਆ ਕਿ ਤੀਰਥ ਤੇ ਗਿਆ ਸੀ ਮੁੜ ਕੇ ਨਹੀਂ ਆਇਆ ਜਿਹੜਾ ਉਹਦੇ ਘਰ ਵਾਲਾ ਸੀ ਉਹ ਉਹਨੂੰ ਕੁੱਟਦਾ ਮਾਰਦਾ ਇੰਨਾ ਕੁੱਟਦਾ ਮਾਰਦਾ ਉਹ ਅਫਸੈਟ ਹੋ ਜਾਂਦੀ ਹੈ ਉਹਦੇ ਭਰਾ ਦੀ ਵੀ ਮੌਤ ਹੋ ਜਾਂਦੀ ਐਕਸੀਡੈਂਟ ਤੇ ਕੁੜੀ ਦੇ ਭੈਣਾਂ ਗਰੀਬ ਘਰਾਂ ਚ ਬੈਗੀਆਂ ਸੀ ਕੋਈ ਸਪੋਰਟ ਕਰਨ ਵਾਲਾ ਨਹੀਂ ਮਗਰ ਆਉਣ ਵਾਲਾ ਨਹੀਂ ਘਰ ਵਾਲੇ ਦੀ ਵੀ ਮੌਤ ਹੋ ਗਈ ਸੋਣੀ ਸੀਟ ਤੇ ਮੁੰਡੇ ਦੀ ਸੀਤੇ ਦੀ ਇਹ ਇਕੱਲੀ ਰਹਿ ਗਈ 11 ਸਾਲ ਬਾਈ ਉਹ ਐਡੇ ਵੱਡੇ ਹਵੇਲੀ ਨੁਮਾ ਘਰ ਦੇ ਗੇਟ ਦੇ ਉੱਤੇ ਮੰਝਾ ਢਾਕੇ ਬੈਠੀ ਐਡੀਆਂ ਐਡੀਆਂ ਲੰਬੀਆਂ ਜਟਾਵਾਂ ਉਹਦੇ ਤੇ ਉਹਦੇ ਮੰਜੇ ਦੇ ਥੱਲੇ ਟਾਇਲਟ ਕਰ ਕਰਕੇ ਉਹਨੇ ਇਦਾਂ ਢੇਰ ਲਾਇਆ ਉਹਦੇ ਮੰਜੇ ਦੇ ਪਾਵੇ ਇੰਨੇ ਇੰਨੇ ਟਾਇਲਟ ਦੇ ਵਿੱਚ ਦੱਬੇ ਹੋਏ ਸੀ ਉਹ ਮੰਜੇ ਤੇ ਉੱਤਰ ਕੇ ਉੱਥੇ ਹੀ ਟਾਇਲਟ ਕਰਦੀ ਦੂਰ ਨਹੀਂ ਜਾਂਦੀ ਟਾਇਲਟ ਬਣੀ ਸੀ ਹਾਲਾਂਕਿ ਘਰ 'ਚ ਕਿਉਂਕਿ ਜਿਉਂ ਜਾਂਦੀ ਸੀ ਤਾਂ ਉਹਦੇ ਘਰ 'ਚ ਉਹਦੇ ਆਸ-ਪਾਸ ਦੇ ਲੋਕ ਜਿਵੇਂ ਬਾਂਦਰ ਕਿਲਾ ਖੇਡਦੇ ਐ ਆਉਂਦੇ ਸੀ ਝਵਟ ਮਾਰ ਕੇ ਉਹਦੇ ਘਰੋਂ ਸਮਾਨ ਚੱਕ ਉਹਦੀਆਂ ਜਿਹੜੀਆਂ ਪੇਟੀਆਂ ਅਲਮਾਰੀਆਂ ਸੀ ਤੋੜਤੀਆਂ ਸੀ ਤਜੋਰੀ ਵਾਲੀਆਂ ਪੇਟੀਆਂ ਸੀ ਸੋਨਾ ਕੱਪੜੇ ਪੇਪਰ ਕਾਗਜ਼ ਸੀ ਜਿਹੜੇ ਜ਼ਮੀਨਾਂ ਦੇ ਸਭ ਕੁਝ ਲੋਕ ਕੱਢ ਕੇ ਲੈ ਗਏ ਪਿੰਡ ਦੇ ਸਰਪੰਚ ਮੂਰਬਾਰ ਦਾ ਅਧਿਕਨ ਜਿੱਦਣੇ ਵਿਆਹ ਕੇ ਆਈ ਸੀ ਇਹਦੀ ਸਾਸਤ ਨੇ ਸੋਨੇ ਦੀ ਗੜਬੀ ਚ ਇਹਦੇ ਪਾਣੀ ਵਾਰਨੇ ਕੀਤੇ ਸੀ ਤੇ ਉਹ ਲੇਡੀ ਅੱਜ ਵੀ ਸਾਡੇ ਘਰ ਰਹਿੰਦੀ ਆ ਮਿਲ ਨਹੀਂ ਆਉਂਦਾ 6 ਕਿੱਲੇ ਜ਼ਮੀਨ ਅੱਜ ਵੀ ਉਹਦੇ ਨਾਂ ਤੇ ਬੋਲਦੀ ਆ ਢੰਡਰੀਆਂ ਅੱਡੇ ਚ ਵੱਡੇ ਵੱਡੇ ਦੋ ਸ਼ੋਅਰੂਮ ਬੰਦ ਕਰਨਾ ਉਹਦੀਆਂ ਵਾ ਉਹਦੇ ਜਿਹੜੇ ਉਹਦਾ ਜਿਹੜਾ ਸਹੁਰਾ ਸੀ ਉਹ ਕੱਲਾ ਹੀ ਸੀ ਭਰਾ ਜਾਨੀ ਕਿ ਉਹਦੇ ਜਿਹੜੇ ਤਾਇਰੇ ਪੁੱਤ ਸੀਗਾ ਉਹਦੇ ਬੱਚਿਆਂ ਨੇ 6 ਕਿੱਲੇ ਜ਼ਮੀਨ ਦੋ ਦੋ ਕਿੱਲੇ ਤਿੰਨਾ ਭਰਾਵਾਂ ਨੇ ਵੰਡ ਲਏ ਤੇ ਜਿਹੜਾ ਘਰ ਚ ਸੋਨਾ ਸਾਨਾ ਸੀ ਸਭ ਕੁਝ ਲੈ ਕੇ ਪੱਟ ਕੇ ਰੋਟੀ ਉਹਨੂੰ ਦਿੰਦੇ ਸੀ ਉਹ ਰੋਟੀ ਗੇਟ ਤੇ ਬੈਠੀ ਦੇ ਦੇਉਂਦੇ ਸੀ ਤੁਸੀਂ ਵੀਡੀਓ ਚ ਫੋਟੋਆਂ ਦੇਖਿਓ ਸਾਡੇ ਕੋਲ ਜਿੱਡਾ ਉਹਦੀ ਹਾਈਟ ਸੀ ਓਡੀਆਂ ਉਹਦੀਆਂ ਜਟਾਵਾਆਂ ਸੀ ਸਰੀਰ ਦੇ ਉੱਤੇ ਹਮ ਇੱਥੇ ਇੱਥੇ ਤੱਕਰ ਉਹਦੀਆਂ ਜਟਾ ਆਉਂਦੀਆਂ ਸੀ ਵਿਚਾਰੀ ਦੀਆਂ ਸ਼ਿਮਲਾ ਦੇ ਵੀ ਬੇਬੇ ਮਤਲਬ ਸਭ ਕੋਲ ਸੀਗਾ ਬਸ ਤੇ ਜੇ ਮੈਂ ਆਪਣੇ ਬੱਚਿਆਂ ਨੂੰ ਅੱਜ ਦੇ ਵੀ ਦੇਵਾਂ ਕੁਝ ਅੱਜ ਕੱਲ ਤਾਂ ਬਈ ਸਮਾਂ ਇਦਾਂ ਨਾ ਚੱਲਦਾ ਮਹੀਨੇ ਦੋਵਾਂ ਚ ਸਭ ਕੁਝ ਖਤਮ ਹੋ ਜਾਂਦਾ ਨਸ਼ੇ ਇਦਾਂ ਦੇ ਚੱਲ ਪਏ ਦੇਣੇ ਲੈਣੇ ਇੱਥੇ ਪੂਰੇ ਹੋ ਜਾਂਦੇ ਆ ਬਾਪੂ ਗੋਪਾਲ ਜੀ ਜਿਹੜੇ ਮੈਂ ਤੁਹਾਨੂੰ ਦੱਸਿਆ ਛਡਾਏ ਸੀ ਅਸੀਂ ਜਿਹੜੇ ਬੰਦੇ ਨੇ ਉਹਨੂੰ ਰੱਖਿਆ ਸੀ ਮ흐ਤਿਆਰ ਸਿੰਘ ਚੱਕੀ ਵਾਲੇ ਨੇ ਅੱਜ ਉਹਦੇ ਹਾਲਾਤ ਜੇ ਸਾਡੇ ਪਿੰਡੋਂ ਉਹਨਾਂ ਨੇ ਆ ਕੇ ਦੱਸ ਦਿਆ ਕਹਿੰਦੇ ਯਾਰ ਉਹਨੂੰ ਵੀ ਲੈ ਆਓ ਇੱਥੇ ਜਿਹਨੇ ਉਹ ਚੱਕੀ ਬਾਕੇ ਨੂੰ ਦਿੱਤੀ ਸੀ ਦਿੱਤੀ ਸੀ ਉਹਦੇ ਦੋ ਪੁੱਤ ਹੋਏ ਜਿੱਦਣ ਉਹ ਬਾਪੂ ਨੂੰ ਦਰਬਾਰ ਸਾਹਿਬ ਤੋਂ ਲੈ ਕੇ ਆਉਂਦਾ ਵਾਈਫ ਉਹਦੀ ਪ੍ਰੈਗਨੈਂਟ ਹੋਈ ਸੀ ਉਹਦੀ ਸੁੱਖ ਲਾਉਣ ਗਿਆ ਸੀ ਉਹ ਉਹ 6 ਮਹੀਨਿਆਂ ਦਾ ਹੋ ਕੇ ਮਰ ਗਿਆ ਉਹਦਾ ਪੁੱਤ ਉਹਨੂੰ ਨਹੀਂ ਪਤਾ ਲੱਗਿਆ ਮੈਂ ਦਰਬਾਰ ਸਾਹਿਬ ਤੋਂ ਰੱਬ ਲੈ ਆਇਆ ਜਾਂ ਕੇ ਘਰੇ ਮੰਨ ਲਿਆ ਤੇ ਉਹਨੂੰ ਕੁੱਟ ਕੇ ਕੋਹ ਹਟਕਾਉਣਾ ਤੋਂ ਫਿਰ ਉਹਦੇ ਇੱਕ ਪੁੱਤ ਹੋਰ ਹੁੰਦਾ ਉਹਦੀ ਵੀ ਡੈਥ ਹੋ ਜਾਂਦੀ ਕੁਝ ਮਹੀਨਿਆਂ ਬਾਅਦ ਫਿਰ ਉਸ ਤੋਂ ਬਾਅਦ ਉਹਦੀ ਵਾਈਫ ਨੂੰ ਕੈਂਸਰ ਹੋ ਜਾਂਦਾ ਉਹਦੀ ਵਾਈਫ ਨੂੰ ਪਤਾ ਲੱਗਿਆ ਹੀ ਮਾਨ ਤੋਂ ਪਹਿਲਾਂ ਵੀ ਅਸੀਂ ਇਹ ਤਸ਼ੱਦਦ ਕਰ ਰਹੇ ਹਾਂ ਉਹਨੇ ਬੜੀ ਸੇਵਾ ਕੀਤੀ ਬਾਪੂ ਦੀ ਉਹ ਪਰ ਉਹ ਜਲਾਦ ਬੰਦੇ ਨੇ ਨਹੀਂ ਸਮਝੀ ਗੱਲ ਉਹ ਮਰ ਗਈ ਉਹਨੇ ਹੋਰ ਵਿਆਹ ਕਰਾ ਲਿਆ ਉਹ ਜਿਹੜੀ ਦੂਸਰੀ ਵਾਈਫ ਆਈ ਉਹ ਵੀ ਇਹਨੂੰ ਬਹੁਤ ਕੁੱਟਦੀ ਬਾਪੂ ਨੂੰ ਅਸੀਂ ਛਡਾ ਕੇ ਲਿਆਏ ਉਹਦਾ ਘਰ ਵੀ ਬੈਗ ਗਿਆ ਉਹਦੀ ਚੱਕੀ ਵੀ ਬੈਗ ਗਈ ਉਹਦਾ ਜਿਹੜੀ ਉਹਨੇ ਇੱਕ ਬੇਟੀ ਅਡਾਪਟ ਕੀਤੀ ਹੋਈ ਸੀ ਉਹ ਵੀ ਛੱਡ ਕੇ ਚਲੀ ਗਈ ਉਹਨੂੰ ਹੁਣ ਉਹ ਘਰੋਂ ਬੇਕਾਰ ਹੋ ਕੇ ਨਾਲ ਦੇ ਪਿੰਡ 'ਚ ਕਿਤੇ ਬੈਠਾ ਵਕਤ ਕੱਟ ਰਿਆ। ਇਹ ਜਿਹੇ ਐਗਜ਼ਾਮਪਲ ਆ ਸਾਡੇ ਕੋਲੇ ਹਜ਼ਾਰਾਂ ਹੀ ਆ ਕਿਉਂਕਿ ਅਸੀਂ ਇਹਦੇ ਬਹੁਤ ਨੇੜੇ ਰਹਿੰਦੇ ਆ। ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਰੋਜ਼ ਵਿਚਰਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਅੱਖੀਂ ਦੇਖ ਕੇ ਕੋਈ ਮੱਖੀ ਨਿਕਲ ਸਕਦਾ ਤੇ ਵਾਹਿਗੁਰੂ ਨੇ ਅਨਬੀਰ ਦਾ ਇੱਕ ਹੋਰ ਸਵਾਲ ਹੈ। ਅਸਲ ਦੇ ਵਿੱਚ ਜਿਵੇਂ ਨੇ ਤੁਸੀਂ ਹੁਣ ਗੱਲਾਂ ਕਰ ਰਹੇ ਹੋ ਇਹ ਇੰਟਰਵਿਊ ਬਹੁਤ ਸਾਰੇ ਲੋਕ ਦੇਖਣਗੇ ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਮਨ ਬਦਲੇ ਜਿਹੜੇ 20-22 ਸਾਲ ਤੋਂ 25-25 ਸਾਲ ਤੋਂ ਕਿਸੇ ਨੂੰ ਉਹ ਕੰਮ ਕਰਵਾ ਰਹੇ ਆ ਤਸ਼ੱਦਦ ਟਾਰ ਰਹੇ ਆ ਤੇ ਹੁਣ ਉਹ ਚਾਹੁੰਦੇ ਹੁਣ ਕਿ ਸਾਤੋਂ ਕੋਈ ਗਲਤੀ ਹੋ ਗਈ ਸਾਤੋਂ ਪਾਪ ਹੋ ਗਿਆ ਅਸੀਂ ਬਦਲਣਾ ਚਾਹੁੰਦੇ ਆ ਤਾਂ ਤੁਸੀਂ ਉਹਨਾਂ ਦਾ ਸਹਿਯੋਗ ਕਰ ਸਕਦੇ ਹੋ ਜਾਂ ਤਾਂ ਉਹ ਬੰਦੇ ਨੂੰ ਆਪਣੇ ਕੋਲ ਕਿਉਂ ਕਰ ਨੂੰ ਲੱਗਦਾ ਕਿ ਅਸੀਂ ਕਿੱਥੇ ਛੱਡੀਏ ਜਾਂ ਫਿਰ ਉਹਨਾਂ ਨੂੰ ਦੁਬਾਰਾ ਮਲਾਉਣ ਦੇ ਵਿੱਚ ਆਪਣੇ ਪਰਿਵਾਰ ਨੂੰ ਜਿੱਥੋਂ ਆਏ ਨੇ ਮਦਦ ਕਰ ਸਕਦੇ ਹੋ ਤੁਸੀਂ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਹੋਣਗੇ ਹਾਲੇ ਵੀ ਜਿਨ੍ਹਾਂ ਕੋਲ ਇਸ ਤਰ੍ਹਾਂ ਦੀ ਹੈ ਚੀਜ਼ ਜਿਨ੍ਹਾਂ ਨੇ ਕਿਸੇ ਨੂੰ ਗੁਲਾਮ ਬਣਾਇਆ ਹੋਇਆ ਤੇ ਹੁਣ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਲੱਗਦਾ ਵੀ ਗਲਤੀ ਹੋ ਗਈ ਸਾਤੋਂ ਵੀਰ ਜੀ ਰਣਵੀਰ ਵੀਰੇ ਬਹੁਤ ਸਾਰੇ ਸਾਨੂੰ ਲੋਕ ਵੀ ਵੀ ਬਈ ਅਸੀਂ ਤੁਹਾਡੀ ਵੀਡੀਓ ਦੇਖ ਕੇ ਹੁਣ ਬਦਲ ਗਏ ਹੁਣ ਮੰਨ ਲਓ ਪਿਓ ਨੇ ਰੱਖਿਆ ਸੀ ਉਹਦੇ ਪੁੱਤ ਨੇ ਸੋਚਿਆ ਵੀ ਉਹ ਹੁਣ ਵਧੀਆ ਕੱਪੜੇ ਪਵਾ ਕੇ ਉਹਦੀ ਕੇਰ ਵੀ ਕਰਦੇ ਨੇ ਉਹ ਕੋਸ਼ਿਸ਼ ਵੀ ਕਰਦੇ ਨੇ ਵੀ ਇਹਨਾਂ ਦਾ ਘਰ ਲੱਭ ਕੇ ਸੀ ਭੇਜੀਏ ਕਿਉਂਕਿ ਅਣਗਵਣ ਲੋਕ ਸਾਨੂੰ ਦੱਸ ਦਿੰਦੇ ਆ ਵੀਡੀਓ ਬਣਾਉਣ ਦੇ ਬੰਦਾ ਡਰ ਵੀ ਜਾਂਦਾ ਸਾਡੇ ਕੋਲ ਛੱਡ ਕੇ ਵੀ ਗਏ ਨੇ ਬਹੁਤ ਸਾਰੇ ਬੰਦੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰੀ ਸੀ ਵੀ ਕੋਈ ਮੰਨ ਲਓ ਡੀਸੀ ਲੈਵਲ ਤੇ ਸਰਪੰਚਾਂ ਨੂੰ ਚਿੱਠੀਆਂ ਕੱਢੀਆਂ ਜਾਣ ਸਰਪੰਚ ਆਪੋ ਆਪਣੇ ਪਿੰਡਾਂ ਚੋਂ ਬੁਆਇਰਾ ਦੇਣ ਵੀ ਤੁਹਾਡੇ ਪਿੰਡ 'ਚ ਤਾਂ ਨਹੀਂ ਕੋਈ ਐਦਾਂ ਦਾ ਬੰਦਾ ਕੰਮ ਕਰਦਾ ਜਿਹੜਾ ਪਿੰਡ ਦਾ ਵਸਿੰਦਾ ਨਹੀਂ ਹੈਗਾ ਪਰ ਨਹੀਂ ਹੋ ਅੱਜ ਤੁਹਾਡੇ ਮੱਦੇਮ ਇਰਾਹੀਂ ਵੀ ਅਸੀਂ ਬੇਨਤੀ ਕਰਦੇ ਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਵੀ ਕਰ ਰਹੀਆਂ ਆਂ ਅਸੀਂ ਰੱਖਣ ਨੂੰ ਤਿਆਰ ਆਂ ਰੱਖਣਾ ਕੀ ਹੈ ਬਾਈ ਮੋਸਟਲੀ 70% ਬੰਦੇ ਨੇ ਤਾਂ ਘਰ ਹੀ ਲੱਭ ਜਾਣੇ ਆਂ ਸੋਸ਼ਲ ਮੀਡੀਆ ਰਾਹੀਂ ਕੋਈ ਵੱਡੀ ਗੱਲ ਜਿਹੜਾ ਬੋਲ ਕੇ ਦੱਸ ਸਕਦਾ ਮੋਸਟਲੀ ਜਿਨ੍ਹਾਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਦਿਖਾਉਂਦੇ ਆਂ ਕੋਈ ਪਹਿਚਾਣ ਲੈਂਦਾ ਜਿਹੜੇ ਨਹੀਂ ਕਿਤੇ ਜਾਣਗੇ ਉਹਨਾਂ ਲਈ ਰੋਟੀ ਪਾਣੀ ਪੰਜਾਬ 'ਚ ਕੋਈ ਭੁੱਖਾ ਨਹੀਂ ਮਰਦਾ ਬਾਈ ਅੱਜ ਸਾਡੇ ਕੋਲ 700 ਬੰਦਾ ਅਸੀਂ ਅੱਗੇ ਵੀ ਗੱਲ ਕਰਦੇ ਹੁੰਦੇ ਆਂ ਦੇਖੋ ਅੱਜ 700 ਬੰਦੇ ਦੀ ਸੇਵਾ ਕਰਦੇ ਆਂ ਟੈਂਟ ਲਾ ਕੇ ਟੰਪੂਆਂ ਤੋਂ ਹੋ ਸਕਦਾ ਇੱਕ ਦਿਨ 700 ਦੀ ਥਾਂ ਤੇ 7000 ਬੰਦੇ ਦੀ ਕੈਪੈਸਿਟੀ ਬਣ ਜਵੇ ਪਰ ਕੀ ਪੰਜਾਬ ਦੇ ਵਿੱਚ ਫਿਰ ਲੋਡ ਬਾਂਦਰ ਲਵਾਰਸ ਨਹੀਂ ਹੋਣਗੇ ਸੜਕਾਂ ਤੇ ਗੱਲ ਤੇ ਦਿਨ ਬਦਨ ਵੀ ਇਹ ਤਾਂ ਰੇਸ਼ੋ ਹੋਰ ਵੱਧਦੀ ਜਾ ਰਹੀ ਆ ਕਮੀ ਕਿੱਥੇ ਆ ਗਲਤੀ ਕਿੱਥੇ ਗਲਤੀ ਅਵੇਅਰਨੈਸ ਦੀ ਆ ਗਲਤੀ ਉਸ ਬੰਦੇ ਦੀ ਆ ਜਿਹੜੇ ਬੰਦੇ ਨੂੰ ਤੁਸੀਂ ਗੱਲ ਕੀਤੀ ਵੀ ਉਹ ਬੰਦਾ ਛੱਡ ਕੇ ਜਾਊਗਾ ਉਹ ਬੰਦਾ ਅਵੇਅਰ ਹੋਵੇ ਉਹਦਾ ਗਵੰਢੀ ਅਵੇਅਰ ਹੋ ਜਵੇ ਵੀ ਯਾਰ ਇਹਨਾਂ ਦੇ ਘਰੇ ਇੰਨੇ ਸਾਲਾਂ ਤੋਂ ਆ ਸਾਨੂੰ ਬੰਦੇ ਮਿਲਦੇ ਆ ਵੀ ਯਾਰ ਮੈਂ ਉਤੋਂ ਛੜਤਾ ਸਾਡੇ ਪਿੰਡ ਬੰਦਾ ਫਿਰਦਾ ਜੀ ਕਮਲਾ ਗੋਹੇ ਨਾਲ ਲੱਬੜਿਆ ਹੋਇਆ ਕਿੱਥੋਂ ਆਇਆ ਪਤਾ ਨਹੀਂ ਬਾਅਦ ਚ ਪਤਾ ਲੱਗਦਾ ਕੋਈ ਵੀਡੀਓ ਜਦੋਂ ਸਾਡੀ ਦੇਖਦਾ ਫੋਨ ਕਰਦਾ ਬਾਈ ਉਹ ਬੰਦਾ ਸਾਡੇ ਗਵਾਂਢ ਚ ਰੱਖਿਆ ਸੀ ਕੁੱਟਦੇ ਸੀ ਬਹੁਤ ਮੇਰੀ ਲਿਹਾਰ ਸੀ ਉਹਨਾਂ ਨਾਲ ਮੈਂ ਸਾਹਮਣੇ ਨਹੀਂ ਆ ਸਕਦਾ ਮੈਂ ਰਾਤ ਨੂੰ ਚੋਰੀ ਉਹਨੂੰ ਛੱਡ ਗਿਆ ਸੀ ਹੁਣ ਮੈਂ ਤੁਹਾਡੇ ਕੋਲੇ ਪਹੁੰਚ ਗਿਆ ਵਧੀਆ ਕੀਤਾ ਯਾਰ ਮੇਰਾ ਕੀਤਾ ਸਫਲ ਹੋ ਗਿਆ ਮਤਲਬ ਉਹ ਲੋਕਾਂ ਦੀ ਕਮੀ ਰਹਿ ਗਈ ਪੰਜਾਬ ਚ ਅੱਜ ਪੰਜਾਬ ਦੇ ਜ਼ਿਆਦਾਤਰ ਲੋਕ ਜਿਹੜੇ ਬੜੇ ਬਹਾਦਰ ਸੀਗੇ ਪਤਾ ਨਹੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਡਰੀ ਜਾਂਦੇ ਯਾਰ ਮੇਰੇ ਤੇ ਉਲਟਾ ਨਾ ਪੈ ਜਾਏ ਕਿਤੇ ਮੇਰੇ ਤੇ ਕੋਈ ਕੇਸ ਨਾ ਕਰ ਦੇਵੇ ਕੋਈ ਮੇਰੇ ਤੇ ਨਾ ਬਲੇਮ ਕਰ ਦੇਵੇ ਜਿਵੇਂ ਆਪਾਂ ਐਕਸੀਡੈਂਟ ਪਏ ਬੰਦੇ ਨੂੰ ਡਰਦੇ ਆ ਚੱਕਣ ਤੋਂ ਮੇਰੇ ਉਲਟਨਾ ਹੋ ਜਾਵੇ ਉਵੇਂ ਅੱਜ ਪਿੰਡਾਂ ਦੇ ਵਿੱਚ ਲੋਕ ਕਿਸੇ ਅਣਗਵਾਨ ਕੁਝ ਗਲਤ ਹੋ ਰਿਹਾ ਕਿਸੇ ਦਾ ਪੁੱਤ ਅਫਸਰਟਾ ਬੰਨਿਆ ਹੋਇਆ ਸੰਗਲਣਾ ਅਲਾ ਕਹਿੰਦਾ ਜੀ ਮੈਂ ਦੱਸੂਗਾ ਮੈਨੂੰ ਗੱਲ ਪਿਆ ਢੋਲ ਨਾ ਬਿਜਾਉਣਾ ਪੈ ਜਾਵੇ ਫਿਰ ਇਸੇ ਕਰਕੇ ਅੱਜ ਲੋਕ ਥੋੜੇ ਜਿਹਾ ਜ਼ਿਆਦਾ ਖੁੱਲ ਕੇ ਇਦਾਂ ਦੇ ਕੰਮਾਂ ਦੇ ਵਿੱਚ ਅੱਗੇ ਆ ਗਿਆ ਪਰ ਜੇ ਉਹ ਕਰਨ ਅਸੀਂ ਜਰੂਰ ਸਪੋਰਟ ਕਰਾਂਗੇ ਕੋਸ਼ਿਸ਼ ਕਰਾਂਗੇ ਬੰਦਾ ਦੇ ਘਰ ਲੱਭੀਏ ਤੇ ਉਹਨਾਂ ਨੂੰ ਘਰਾਂ ਤੇ ਕਰ ਪਹਚਾਈਏ ਮਨਪਰੀ ਜੀ ਇਹਨਾਂ ਨੇ ਵੀ ਸਵਾਲ ਪੁੱਛਣਾ ਵੈਸੇ ਤਾਂ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਮਨੁੱਖਤਾ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਗੁਰੂ ਮਹਾਰਾਜ ਦੀ ਬੜੀ ਕਿਰਪਾ ਵੀ ਹੈ ਤੁਹਾਡੇ ਤੇ ਪਰ ਫਿਰ ਵੀ ਇਹ ਜਾਨਣਾ ਚਾਹੁੰਨੀ ਆ ਵੀ ਜੋ ਤੁਸੀਂ ਸੇਵਾ ਕਰਦੇ ਹੋ ਤਾਂ ਜਗ ਜ਼ਾਹਿਰ ਹੈ ਵੀਡੀਓਜ਼ ਆ ਰਹੀਆਂ ਨੇ ਸਭ ਕੁਝ ਸਭ ਦੇ ਸਾਹਮਣੇ ਹੈ ਪਰ ਕਦੀ ਇਦਾਂ ਦੀ ਸਿਚੁਏਸ਼ਨ ਆਈ ਹੋਵੇ ਕਿ ਤੁਹਾਨੂੰ ਮਦਦ ਲਈ ਫੋਨ ਆਇਆ ਤੁਸੀਂ ਜਦ ਤੱਕ ਪਹੁੰਚੇ ਤਾਂ ਦੇਰ ਹੋ ਚੁੱਕੀ ਹੋਵੇ ਬੇਵੱਸ ਮਹਿਸੂਸ ਕੀਤਾ ਹੋਵੇ ਆਪਣੇ ਆਪ ਨੂੰ ਕਿਸੇ ਹੋਰ ਦੀ ਮਦਦ ਲੈਣੀ ਪਈ ਹੋਵੇ ਇਦਾਂ ਦੀ ਸਿਚੁਏਸ਼ਨ ਚ ਸੰਸਥਾ ਕੀ ਕਰਦੀ ਹੈ ਬਹੁਤ ਵਾਰ ਭੈਣੇ ਦੇਖੋ ਅਸਲ ਚ ਨਾ ਅਸੀਂ ਇਹ ਸਾਰਾ ਕੁਝ ਕਰਦਿਆਂ ਕਰਦੇ ਆ ਇਸ ਚੀਜ਼ ਨੂੰ ਤਾਂ ਮੰਨਦੇ ਆ ਵੀ ਇਹ ਕੋਈ ਹੋਰ ਤਾਕਤ ਕਰ ਰਹੀ ਅਸੀਂ ਨਹੀਂ ਕਰ ਰਹੇ ਇਹ ਹੋ ਰਿਹਾ 700 ਬੰਦਾ ਜਿਹੜਾ ਸਾਡੇ ਕੋਲ ਰਹਿ ਰਿਹਾ ਮੋਸਟਲੀ ਉਹਦੇ ਵਿੱਚੋਂ ਕਰੀਬ 4 450 ਬੰਦੇ ਮੈਂਟਲੀ ਅਫਸੈਟ ਸੀ ਜਿਹੜੇ ਸੰਗਲਾਂ ਨਾਲ ਬੰਨੇ ਹੋ ਸੀ 100 ਦੇ ਕਰੀਬ ਉਹ ਨੇ ਸਾਡੇ ਕੋਲ 6 ਬੰਦੇ ਇਦਾਂ ਦੇ ਨੇ ਜਿਨ੍ਹਾਂ ਨੇ ਮਰਡਰ ਕੀਤੇ ਨੇ ਕਹਿੰਦੇ ਆਪਣੀ ਮਾਂ ਨੂੰ ਮਾਰਿਆ ਕਹਿੰਦੇ ਦਾਦੀ ਨੂੰ ਇਦਾਂ ਉਹ ਬੰਦੇ ਸਾਡੇ ਕੋਲ ਰਹਿ ਕੇ ਸੇਵਾ ਕਰਾ ਰਹੇ ਨੇ ਸ਼ਾਂਤ ਨੇ ਇਹਦਾ ਮਤਲਬ ਅਸੀਂ ਨਹੀਂ ਕਰ ਰਹੇ ਹੋ ਰਿਹਾ ਸਾਨੂੰ ਲੋਕ ਕਾਲ ਕਰਦੇ ਨੇ ਸਾ ਤੋਂ ਉੱਥੇ ਜਾਣਾ ਲੈ ਕੇ ਆਉਣਾ ਇਹ ਸਾਡੇ ਬਸ ਦੀ ਗੱਲ ਹੀ ਨਹੀਂ ਇਹ ਤਾਂ ਉਹਦੇ ਜਿਹਦਾ ਅਨਜਲਮ ਹੈ ਇਸ ਗੱਲ ਤੇ ਬਲੀਵ ਕਰਦਾ ਸੀ ਜਾਈਦਾ ਸਾਡੇ ਜਾਣ ਤੋਂ ਪਹਿਲਾਂ ਬੰਦੇ ਦੀ ਮੌਤ ਹੋ ਜਾਂਦੀ ਹੈ ਜਾਈਦਾ ਮੂਹਰਲਾ ਬੰਦਾ ਜਾਣ ਤੋਂ ਪਹਿਲਾਂ ਹੀ ਸਾਨੂੰ ਗਾਲਾਂ ਕੱਢਦਾ ਮੈਂ ਤੁਹਾਨੂੰ 5 ਦਿਨ ਹੋ ਗਏ ਫੋਨ ਕਰਦੇ ਨੂੰ ਬੰਦਾ ਮਰ ਗਿਆ ਤੁਸੀਂ ਆਏ ਹੀ ਨਹੀਂ ਲੈਣ ਮਤਲਬ ਉੱਥੇ ਦੋਸ਼ੀ ਕੌਣ ਆ ਜੀ ਦੋਸ਼ੀ ਤਾਂ ਉੱਥੇ ਉਹ ਸਮਾਜ ਆ ਜਿਹੜਾ ਉਹਦੇ ਕੋਲ ਦੀ ਨੰਗਦਾ ਹੀ ਥੁੱਕੇ ਸਾਡੇ ਕੋਲੇ ਇਦਾਂ ਦੇ ਕੇਸ ਆ ਦੀ ਲੈ ਕੇ ਆਉਣੇ ਸਿਰ ਚ ਕੀੜੇ ਪਏ ਲੋਕ ਉਹਦੇ ਕੋਲ ਦੀ ਨੰਗਦੇ ਨੱਕ ਤੇ ਮੱਥਾ ਰੱਖ ਕੇ ਥੁੱਕ ਕੇ ਨੰਗੇ ਹੁੰਦੇ ਕੋਲ ਦੀ ਉਹ ਦੋਸ਼ੀ ਨੇ ਸਾਰੇ ਲੋਕ ਜਿਹੜੇ ਦੇਖ ਕੇ ਨਿਕਲ ਰਹੇ ਨੇ ਅੱਜ ਦਾ ਬੰਦਾ ਇੰਨਾ ਜ਼ਿਆਦਾ ਗਿਰ ਗਿਆ ਥੱਲੇ ਸਾਡੇ ਕੋਲੇ ਇੱਕ ਕੇਸ ਆ 14 ਸਾਲ ਦੀ ਬੇਟੀ ਜੀ ਮੈਂ ਪਲੀਜ਼ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਖੁਸ਼ੀ ਉਹਦਾ ਨਾਮ ਸਾਡੇ ਕੋਲੇ ਅੱਜ ਤੋਂ 4 ਮਹੀਨੇ ਪਹਿਲਾਂ ਪਹੁੰਚਦੀ ਆ ਰੋਈ ਜਾਂਦੀ ਆ ਬਾਹਰ ਬੈਠੀ ਅਸੀਂ ਉਹਨੂੰ ਪੁੱਛਦੇ ਆ ਉਹ ਕਹਿੰਦੀ ਵੀ ਵੀਰੇ ਮੇਰੇ ਮੰਮੀ ਪਾਪਾ ਹਿੰਦੀ ਚ ਬੋਲਦੀ ਉਹ ਵੀ ਮਾਂ ਬਾਪ ਦੀ ਮੇਰੀ ਡੈਥ ਹੋ ਗਈ ਮੇਰੀ ਬੂਆ ਨੇ ਮੈਨੂੰ ਵਿਆਹਤਾ ਤੇ ਮੇਰੇ ਘਰ ਵਾਲੇ ਦੀ ਉਮਰ ਮੇਤੋਂ 2 ਗੁਣਾ ਵੱਧਦਾ ਮੈਂ ਪ੍ਰੈਗਨੈਂਟ ਹੋ ਗਈ ਹੁਣ ਮੈਨੂੰ ਕੁੱਟਦਾ ਬਹੁਤ ਜ਼ਿਆਦਾ ਕਾਰਨ ਪੁੱਛਦਿਆਂ ਕਾਰਨ ਵੀ ਨਹੀਂ ਦੱਸਦਾ ਮੈਨੂੰ ਇੰਨਾ ਕੁੱਟਦਾ ਮੈਂ 2-3 ਵਾਰੀ ਘਰੋਂ ਪਰ ਜੀ ਮੈਂ ਫੇਰ ਵਾਪਸ ਮੁੜ ਜਾਨੀ ਆ ਬਾਹਰ ਮੈਨੂੰ ਲੋਕ ਖਾਣ ਪੈਂਦੇ ਨੇ ਵੀ ਇਸ ਵਾਰ ਮੈਂ ਘਰੋਂ ਨਿਕਲੀ ਤਾਂ ਮੈਨੂੰ ਇੱਕ ਬੰਦਾ ਮਿਲਿਆ ਮੈਂ ਉਹਨੂੰ ਦੱਸੀ ਗੱਲ ਤੇ ਉਹਨੇ ਮੈਨੂੰ ਤੁਹਾਡੀ ਪਰਚੀ ਤੇ ਮਨੁੱਖਤਾ ਦੀ ਸੇਵਾ ਤੇ ਨੰਬਰ ਲਿਖਿਆ ਜੀ ਮੈਨੂੰ ਇੱਥੇ ਭੇਜਦਾ ਆਟੋ ਚ ਵਠਾ ਕੇ ਅਸੀਂ ਉਹ ਬੱਚੀ ਨੂੰ ਅੰਦਰ ਲੈ ਕੇ ਜਾਂਦੇ ਆ ਟੈਸਟ ਕਰਾਉਨੇ ਆ ਉਹ ਕਰੀਬ 3.5-3 ਮਹੀਨਿਆਂ ਦੀ ਪ੍ਰੈਗਨੈਂਟ ਹਸਪੀਟਲ ਚ ਚੈੱਕਅਪ ਹੁੰਦਾ ਟੈਸਟ ਹੋਣੇ ਸ਼ੁਰੂ ਹੁੰਦੇ ਆ ਔਰ ਘਰ ਵਾਲੇ ਤੇਕਰ ਸੰਪਰਕ ਕਰਦੇ ਆ 12 13 ਦਿਨ ਲੱਗ ਜਾਂਦੇ ਉਹਨੂੰ ਲੱਭ ਕੇ ਲਿਆਉਂਦੇ ਆ ਅਸੀਂ ਮਹਿੰਦੀ ਹਸਨ ਉਹਦਾ ਨਾਮ ਬੇਟੀ ਇੰਨੀ ਡਿਪਰੈਸਡ ਰੋਂਦੀ ਆ ਤੜਫਦੀ ਆ ਉਸੇ ਘਰ ਵਾਲੇ ਤੋਂ ਕੁੱਟ ਖਾਂਦੀ ਉਹਨੂੰ ਯਾਦ ਵੀ ਕਰਦੀ ਆ ਕਿਉਂਕਿ ਬੱਚੀ ਸੀ ਅਟੈਚ ਵੀ ਸੀ ਕਿਤੇ ਨਾ ਕਿਤੇ ਉਹਦੇ ਨਾਲ ਤੇ ਉਹ ਆਉਂਦਾ ਸ਼ਰਾਬ ਦਾ ਆਦੀ ਸੀ 2 ਘੰਟੇ ਰੁਕਦਾ ਭੱਜ ਜਾਂਦਾ ਚਲੇ ਜਾਂਦਾ ਕਹਿੰਦਾ ਜੀ ਮੈਂ ਨਹੀਂ ਰਹਿ ਸਕਦਾ ਇੱਥੇ ਬੱਚੀ ਦਾ ਲਾਜ ਸ਼ੁਰੂ ਹੋ ਜਾਂਦਾ 1.5 ਮਹੀਨੇ ਬਾਅਦ ਉਹਦੇ ਲੀਵਰ ਪੇਨ ਸ਼ੁਰੂ ਹੁੰਦੀ ਆ ਡਾਕਟਰ ਕਹਿੰਦੇ ਵੀ ਹਜੇ 5 5.5 ਮਹੀਨੇ ਦਾ ਬੱਚਾ ਵੀ ਇਹਨੂੰ ਲਿਵਰ ਪੇਨ ਨੂੰ ਰੋਕਣ ਲਈ ਇੰਜੈਕਸ਼ਨ ਲਾਉਂਦੇ ਨੇ ਤਿੰਨ ਵਾਰ ਉਹਦੇ ਲਿਵਰ ਪੇਨ ਹੁੰਦੇ ਤਿੰਨ ਵਾਰ ਡਾਕਟਰ ਉਹਦੀ ਲਿਵਰ ਪੇਨ ਰੋਕ ਲੈਂਦੇ ਆ ਕਰਦੇ ਕਰਦੇ 6.5 ਮਹੀਨੇ ਤੇ ਚਲੇਗੀ ਗੱਲ ਜਦੋਂ 6.5 ਮਹੀਨੇ ਦੀ ਪ੍ਰੈਗਨਸੀ ਹੋ ਜਾਂਦੀ ਆ ਤੇ ਉਹਦੇ ਮੰਨ ਲਓ ਪ੍ਰੈਗਨਸੀ ਕਰਨੀ ਡਾਕਟਰ ਕਹਿੰਦੇ ਜ਼ਰੂਰੀ ਆ ਜਾਂ ਤਾਂ ਇਹਦੀ ਮੌਤ ਹੋ ਜੂਗੀ ਨਹੀਂ ਤਾਂ ਕੁੜੀ ਦੀ ਆਪਰੇਟ ਹੁੰਦਾ ਬੱਚਾ ਹੋ ਜਾਂਦਾ ਉਹਦੇ ਘਰ ਵਾਲੇ ਨੂੰ ਲੱਭਦੇ ਆ ਲੈ ਕੇ ਆਉਂਦੇ ਆ ਹਸਪੀਟਲ ਆਉਂਦਾ ਸਾਨੂੰ ਵੀ ਮੀਰਸੀ ਵੀ ਜੇ ਬੇਟੀ ਹੋਗੀ ਨਹੀਂ ਆਉਂਦਾ ਜੇ ਬੇਟਾ ਹੋ ਗਿਆ ਇਤੇ ਸੀ ਚਾਂਸ ਵੀ ਆਜੂ ਆਉਂਦਾ ਆ ਕੇ ਬੇਟੇ ਨੂੰ ਦੇਖਦਾ ਮਸ਼ੀਨਾਂ ਚ ਲੱਗੇ ਨੂੰ ਸਾਹ ਮਸ਼ੀਨਾਂ ਨਾਲ ਲੈ ਰਿਆ 780 ਗ੍ਰਾਮ ਵੇਟ ਸੀ ਬੱਚੇ ਦਾ ਉਹ ਦੇਖ ਕੇ ਖੁਸ਼ ਹੋ ਜਾਂਦੀ ਹੈ ਵੀ ਮੇਰਾ ਘਰ ਵਾਲਾ ਆ ਗਿਆ ਉਹ ਸ਼ਾਮ ਤੱਕ ਹਸਪੀਟਲ ਚ ਫੇਰ ਗਾਇਬ ਹੋ ਜਾਂਦਾ ਬੱਚਾ 24 ਦਿਨ ਮਸ਼ੀਨਾਂ ਚ ਸਹੱਕਦਾ ਰਹਿੰਦਾ ਇੱਕ ਤਰੀਕੇ ਨੂੰ 1 ਅਗਸਤ ਨੂੰ ਜਨਮ ਹੁੰਦਾ 24 ਅਗਸਤ ਨੂੰ ਬੱਚੇ ਦੀ ਡੈਥ ਹੋ ਗਈ ਸਾਡੇ ਕੋਲ ਤੇ 18 ਅਗਸਤ ਨੂੰ ਅਸੀਂ ਉਹਨੂੰ ਲੱਭ ਕੇ ਲਿਆਉਨੇ ਆ ਅਸੀਂ ਅੰਦਰ ਤਾੜ ਦਿੰਨੇ ਆ ਤਾੜਨ ਦਾ ਮਤਲਬ ਵੀ ਸੁਪਨਿਆਂ ਦੇ ਘਰ ਅੰਦਰ ਬਿਠਾ ਲਿਆ ਸਿਕਿਉਰਿਟੀ ਵਾਲਿਆਂ ਨੂੰ ਕਹਤਾ ਵੀ ਇਹਨੂੰ ਬਾਹਰ ਨਹੀਂ ਜਾਣ ਦੇਣਾ ਤੇ ਰੋਟੀ ਪਾਣੀ ਉਹਨੂੰ ਅੰਦਰ ਹੀ ਬੇਟ ਉਹਦੇ ਕੋਲੇ ਆਪਣੀ ਵਾਈਫ ਦੇ ਬੈਠਾ ਹੋ 24 ਤਰੀਕ ਨੂੰ ਸਾਨੂੰ ਕਾਲ ਆਉਂਦੀ ਤੜਕਿਓ 1 ਵਜੇ ਵੀ ਬੱਚਾ ਇਵਾਨ ਉਹਨੇ ਬੇਟੀ ਨਾ ਰੱਖਿਆ ਆਪਣੇ ਬੇਟੇ ਦਾ ਮੁਹੰਮਦ ਇਵਾਨ ਮਲਿਕ ਮਲਿਕ ਉਹਦੇ ਬਾਪ ਦਾ ਨਾਮ ਸੀਗਾ ਉਹਨੇ ਉਹ ਨਾਮ ਦਿੱਤਾ ਮੁਹੰਮਦ ਇਵਾਨ ਮਲਿਕ ਇਵਾਨ ਦੀ ਡੈਥ ਹੋ ਗਈ ਜੀ ਕਹਿੰਦੇ ਸਵੇਰੇ ਉੱਠੇ ਅਸੀਂ ਥੋੜਾ ਟਾਈਮ ਨਾਲ ਬੱਚੀ ਨੂੰ ਰੋਟੀ ਪਾਣੀ ਖਵਾ ਕੇ ਦੋਨਾਂ ਨੂੰ ਦੱਸਿਆ ਉਹ ਬੇਹੋਸ਼ ਹੋਣ ਲੱਗੀ ਜਦੋਂ ਉੱਠਿਆ ਕਰੇ ਮੜਾ ਰੋਇਆ ਕਰੇ ਬੇਹੋਸ਼ ਹੋ ਜਾਇਆ ਕਰੇ 14 ਸਾਲ ਦੀ ਬੱਚੀ ਜਿਹੜੀ ਖੁਦ ਬੱਚੀ ਸੀ ਉਹਦੇ ਬੱਚਾ ਹੋ ਗਿਆ ਅੱਗੋਂ ਅਸੀਂ ਪੁਲਿਸ ਕੇਸ ਵੀ ਪੁਲਿਸ ਆਈ ਬਿਆਨ ਲੈ ਕੇ ਗਈ ਆ ਅਜੇ ਉਹਦਾ ਵਿਚੇ ਸੀ ਉਹਦੇ ਘਰ ਵਾਲਿਆਂ ਨੂੰ ਲੈ ਕੇ ਅਸੀਂ ਹਸਪੀਟਲ ਜਾਂਦੇ ਡੈੱਡ ਬਾਡੀ ਲੈਣ ਕਬਰਿਸਤਾਨ 'ਚ ਸੰਪਰਕ ਕਰਦੇ ਆ ਵੀ ਇਹਨੂੰ ਬੱਚੇ ਨੂੰ ਦਫਨਾਉਣਾ ਵਾ ਕਬਰਿਸਤਾਨ ਵਾਲਿਆਂ ਨੇ ਸਾਨੂੰ 1 ਵਜੇ ਦਾ ਟਾਈਮ ਦਿੱਤਾ ਵੀ ਤੁਸੀਂ ਆ ਜਿਓ ਹਸਪੀਟਲ ਜਾ ਕੇ ਡਾਕਟਰ ਦੇ ਰੂਮ ਚ ਵੜਦੇ ਆ ਪਿੱਛੇ ਡਾਕਟਰ ਕਹਿੰਦਾ ਵੀ ਇਹਦੇ ਹਸਬੰਦ ਕਿੱਥੇ ਹਨ ਉਹਨੂੰ ਬੁਲਾਓ ਵੀ ਸਾਈਨ ਕਰਾਉਣੇ ਜੋ ਪਿੱਛੇ ਦੇਖਦੇ ਹੋ ਹੈ ਨਹੀਂ ਲੱਭਦੇ ਆ ਕਿੱਥੇ ਨਹੀਂ ਲੱਭਦਾ ਹਸਪੀਟਲ ਦੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਆ ਤੌਰ ਤੇ ਜ ਪਤਾ ਲੱਗਦਾ ਵੀ ਹਸਪੀਟਲ ਜਦੋਂ ਸਾਡੇ ਨਾਲ ਅੰਦਰ ਵੜਿਆ ਉਹਨੇ ਜੋ ਦੇਖਿਆ ਸੀ ਬਿਜ਼ੀ ਹੋ ਕੇ ਗੱਲਾਂ ਕਰਨ ਲੱਗ ਗਿਆ ਪਿੱਛੋਂ ਨਿਕਲ ਗਿਆ ਆ ਕੇ ਜਿੱਥੇ ਵੇਟਿੰਗ ਰੂਮ ਸੀ ਉੱਥੇ ਉਹਨਾਂ ਦੇ ਵਿੱਚ ਆ ਕੇ ਬਹਿ ਜਾਂਦਾ ਅਸੀਂ ਕੈਮਰੇ ਚ ਆਸੇ ਪਾਸੇ ਲੱਭਦੇ ਫਿਰਦੇ ਆ ਉੱਥੇ ਨੀਵੀਂ ਪਾਈ ਬੈਠਾ ਜਦੋਂ ਅਸੀਂ ਲੱਭਦੇ ਲੱਭਦੇ ਦੂਜੇ ਪਾਸੇ ਚਲੇ ਜਾਂਦੇ ਤਾਂ ਭੱਜ ਉਪਣੇ ਮਰੇ ਪਏ ਬੱਚੇ ਨੂੰ ਛੱਡ ਕੇ ਭੱਜ ਗਿਆ ਦੇਖੋ ਕਿੱਡੀ ਇਸ ਤੋਂ ਵੱਧ ਮਾੜਾ ਸਮਾਂ ਹੋਰ ਕੀ ਹੋਊ ਸਾਡੇ ਤੇ ਇੰਨੇ ਜ਼ਿਆਦਾ ਅਸੀਂ ਗਰਕ ਗਏ ਆ ਵੀ ਅਸੀਂ ਆਪਣੀ ਇਸ ਜ਼ਿੰਮੇਵਾਰੀ ਤੋਂ ਵੀ ਮਨਕਰ ਹੋ ਗਏ ਔਰ ਉਹਦੀ ਭੂਆ ਜਿਹਨੇ ਉਹਨੂੰ ਵਿਆਹਾ ਸੀ ਉਹ ਕਹਿੰਦੀ ਉਹ ਕਹਿੰਦੀ ਮੈਂ ਵਿਆਹਾ ਮੈਂ ਕਹਿੰਦੀ ਇਹਦਾ ਮਤਲਬ ਕੀ ਕਹਿੰਦੇ ਆ ਮਤਲਬ ਨਿਕਾਹ ਕੀਤਾ ਸੀ ਉਹਦੇ ਚ ਕੁਝ ਹੋਰ ਕਹਿੰਦੇ ਵੀ ਉਹ ਲੈ ਕੇ ਉਹਨੇ ਉਹਦਾ ਵਿਆਹ ਕਰਤਾ ਬੱਚੀ ਦਾ ਮਾਂ ਪਿਓ ਮਰੇ ਹੋਏ ਸੀ ਹੁਣ ਉਹਦੀ ਬੱਚੀ ਦੀ ਜ਼ਿੰਦਗੀ ਦੇ ਵਿੱਚ ਅੱਗੋਂ ਕੋਈ ਉਹਦੇ ਮੂਹਰੇ ਖੜਨ ਵਾਲਾ ਨਹੀਂ ਸਾਡੇ ਕੋਲ ਇੱਕ ਬੱਚੀਆਂ ਨਿੱਕੀਆਂ ਨਿੱਕੀਆਂ ਜਿੰਦੇ ਮਾਪੇ ਚਿੱਟਾ ਲਾਉਂਦੇ ਸੀਗੇ ਉਹਦੀਆਂ ਭੂਆ ਮਾਸੀਆਂ ਚਾਚੀਆਂ ਤਾਈਆਂ ਮਤਲਬ ਐਡਾ ਵੱਡਾ ਰਿਸ਼ਤੇਦਾਰੀਆਂ ਦਾ ਕੁੰਬਾ ਕੋਈ ਅੱਗੇ ਆਉਣ ਵਾਲਾ ਨਿਸ਼ੀਟਿਵ ਲੈਣ ਵਾਲਾ ਨਹੀਂ ਹੁਣ ਜੀ ਅਸੀਂ ਉਹ ਇਕੱਲੇ ਸਾਰਾ ਕੁਝ ਕਰੀਏ ਕਈ ਵਾਰੀ ਬਹੁਤ ਸਾਰੇ ਕੇਸ ਐਦਾਂ ਦੇ ਸਾਡੇ ਕੋਲ ਹੋ ਜਾਂਦੇ ਆ ਜਿੱਤੇ ਸੱਤੋਂ ਪਹੁੰਚ ਨਹੀਂ ਪਾਉਂਦੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਹ ਕਹਿ ਸਕਦੇ ਆ ਕਿ ਜਿਵੇਂ ਸੇਵਾ ਕਰਦੇ ਆ ਖੁਸ਼ੀ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਤੇ ਦੁਖੀ ਵੀ ਹੁੰਦਾ ਹੋਏਗਾ ਮਨ ਪਰ ਮੇਰੀ ਮੈਂ 2012 ਦੇ ਵਿੱਚ ਮੇਰਾ ਇੱਕ ਕੁਆਂਟਲ 17 ਕਿਲੋ ਭਾਰ ਸੀ ਡਾਕਟਰ ਮੈਨੂੰ ਕਹਿੰਦੇ ਸਲੀਪ ਐਪਨੀਆ ਹੋ ਗਿਆ ਮਸ਼ੀਨ ਲਾ ਕੇ ਪੈਣਾ ਪਿਆ ਕਰਨ ਤੈਨੂੰ ਤੇ 2012 ਚ ਮੈਂ ਜੈਮ ਕਰੀ ਜੋਇਨ ਮੈਂ 22 23 ਕਿਲੋ ਭਾਰ ਘਟਾ ਲਿਆ 10 ਗੋਲੀਆਂ ਖਾ ਕੇ ਸੌਂਦਾ ਸੀ ਫਿਰ ਵੀ ਪਰ ਜਦੋਂ 2016 ਚ ਸੇਵਾ ਮਿਲ ਜਾਨਾ ਪੈਣੇ ਅੱਜ ਮੈਂ ਜਦੋਂ ਮੰਝੇ ਤੇ ਜਾ ਕੇ ਪੈਣਾ ਮੈਨੂੰ ਨਹੀਂ ਪਤਾ ਲੱਗਦਾ ਮੈਂ ਸਵਰਗ ਚ ਪਿਆ ਕਿੱਥੇ ਪਿਆ ਸਵੇਰੇ ਉੱਠਦਿਆਂ ਤੜਕਿਓਂ 5 ਵਜੇ ਗੁਰੂ ਘਰ ਅੰਦਰ ਹੀ ਬਣਿਆ ਹੋਇਆ ਮੈਂ ਗੁਰੂ ਘਰ ਚ ਵੀ ਉਦੋਂ ਜਾਂਦਾ ਸੀ ਜਦੋਂ ਕਿਸੇ ਦੇ ਮਾਰਗ ਦੇ ਭੋਗ ਤੇ ਜਾਂ ਵਿਆਹ ਤੇ ਜਾਣਾ ਭੋਗ ਲੈਣ ਜਦੋਂ ਦੇਗ ਵੰਡਣ ਲੱਗਣਾ ਬਾਬੇ ਨੂੰ ਰਉਂਦਰ ਬੜੀਦਾ ਸੀ ਤੇ ਹੁਣ ਉਹਦੇ ਘਰ ਚ ਸੌਣਨੇ ਆ ਉਹਦੇ ਘਰ ਚ ਉੱਠਦੇ ਆ ਸਵੇਰੇ ਉਹ ਨਿਕਲਦੇ ਨੇ ਵੀ ਬੱਚੇ ਬਜ਼ੁਰਗ ਸਾਰਾ ਪਰਿਵਾਰ ਮੈਂ ਉੱਥੇ ਅੰਦਰ ਹੀ ਰੂਮ ਆ ਮੇਰਾ ਮਤਲਬ ਸਕੂਨ ਤਾਂ ਭੈਣ ਬਿਆਨ ਨਹੀਂ ਹੋ ਸਕਦਾ ਵੀ ਅਸੀਂ ਕੀ ਸਕੂਨ ਮਹਿਸੂਸ ਕਰਦੇ ਆ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਣਾ ਇੱਕ ਪਰਸਨਲ ਤੇ ਇੱਕ ਆਮ ਲੋਕਾਂ ਦੇ ਲਈ ਆਪਣੀ ਪੰਜਾਬ ਦੇ ਵਿੱਚ ਨਾ ਇੱਕ ਲੰਗਰ ਪ੍ਰਥਾ ਬਹੁਤ ਹੈ ਦਾਨ ਵਾਲੀ ਪ੍ਰਥਾ ਬਹੁਤ ਹੈ ਤੁਹਾਨੂੰ ਲੱਗਦਾ ਕਿ ਉਹ ਸਹੀ ਟ੍ਰੈਕ ਤੇ ਹੈ ਇਹਨਾਂ ਚੀਜ਼ ਅਸੀਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਸਾਰੀ ਸੰਗਤ ਨੂੰ ਸੋਡੇ ਦਰਸ਼ਕਾਂ ਦੇ ਸਾਹਮਣੇ ਰੋਬਰੂ ਹੋ ਕੇ ਵੀ ਦੇਖੋ ਪੰਜਾਬ ਤੇ ਅੱਜ ਤੋਂ 20-25 ਸਾਲ ਪਿੱਛੇ ਚਲੇ ਜਾਈਏ 90 ਦੇ ਦਹਾਕੇ ਤੇ ਪੰਜਾਬ ਚ ਕੋਈ ਲਵਾਰਸ ਨਹੀਂ ਸੀ ਬਾਈ ਪੰਜਾਬ ਚ ਲੋਕ ਲਵਾਰਸ ਨਹੀਂ ਸੀਗੇ ਪੰਜਾਬ ਚ ਆਸ਼ਰਮ ਨਹੀਂ ਸੀਗੇ ਪੰਜਾਬ ਦੇ ਵਿੱਚ ਪਿੰਗਲਵਾੜਾ ਸਾਹਿਬ ਸੀਗਾ ਨੂਲੇ ਲੰਗੜੇ ਪਿੰਗਲਿਆਂ ਪਹਾਜ ਵਾਸਤੇ ਪੰਜਾਬ ਚ ਗਲੀਆਂ ਚ ਆਸ਼ਰਮ ਨਹੀਂ ਸੀ ਖੁੱਲਗੇ ਜਿਵੇਂ ਅੱਜ ਤੁਸੀਂ ਦੇਖੋ ਸਾਡੇ ਲੁਧਿਆਣੇ ਚ ਮਤਲਬ 40-45 ਆਸ਼ਰਮ ਜਿੱਥੇ ਲੋਕਾਂ ਨੂੰ ਰੱਖਿਆ ਹੋਇਆ ਰੱਖਿਆ ਹੋਇਆ ਤੇ ਪੰਜਾਬ ਦੇ ਵਿੱਚ ਪਿੰਡ 'ਚ ਕੋਈ ਸਿੱਧਾ ਬੰਦਾ ਹੁੰਦਾ ਨਾ ਪਿੰਡ ਦਾ ਸਾਰੇ ਪਿੰਡ ਦਾ ਸਾਂਝਾ ਹੁੰਦਾ ਸਾਰਾ ਪਿੰਡ ਉਹਨੂੰ ਸਾਡੇ ਪਿੰਡ ਇੱਕ ਹੁੰਦਾ ਸੀ ਸੇਵਕ ਹੁੰਦਾ ਸੀ ਉਹਦਾ ਸਾਰਿਆਂ ਨੇ ਉਹਨੂੰ ਤਯੋ ਕਰਨਾ ਸੇਵਕਾ ਸਾਡੇ ਲੱਸੀ ਪੀਆ ਸੇਵਕਾ ਰੋਟੀ ਖਾ ਜਾ ਸੇਵਕਾ ਲੈ ਮੱਕੀ ਦੀ ਰੋਟੀ ਖਾ ਲਾ ਅੱਜ ਜੇ ਕਿਸੇ ਦਾ ਧੀ ਪੁੱਤ ਥੋੜਾ ਵੀ ਅਫਸੈਟ ਹੋ ਗਿਆ ਅਸੀਂ ਉਹਨੂੰ ਝਰਦੇ ਨਹੀਂ ਤੇ ਸਾਡੇ ਗੇਟ ਮੁਰੇ ਆ ਕੇ ਖੜ ਗਿਆ ਅਸੀਂ ਕਹਿੰਨੇ ਮਾਰਨਾ ਦੇਵੇ ਸਾਡੇ ਬੱਚੇ ਦੇ ਅਸੀਂ ਉਹਨੂੰ ਕੁੱਟਦੇ ਆਂ ਭਜਾ ਦਿੰਨੇ ਆਂ ਮਾਂ-ਬਾਪ ਫਿਰ ਬੰਨਣ ਤੋਂ ਬਿਨਾਂ ਉਹਨਾਂ ਕੋਲੇ ਮਜਬੂਰੀ ਕੀ ਰਹਿ ਗਈ ਫਿਰ ਉਹ ਸੰਗਲ ਨਾਲ ਬੰਨ ਲੈਂਦੇ ਆ ਇਸੇ ਕਿ ਮੈਂ ਤੁਹਾਨੂੰ ਆਫ ਦਾ ਕੈਮਰਾ ਵੀਡੀਓ ਦਿਖਾਉਂਦਾ ਸੀ ਉਹ ਵੀਰ ਨੂੰ ਪਥਰੀਆਂ ਸੀ ਬਾਪੂ ਦੇ ਉਹ ਪਥਰੀ ਬਾਥਰੂਮ ਵਾਲੀ ਪਾਈਪ ਚ ਆ ਗਈ ਉਹਦੇ ਉਹਦੇ ਕੋਲ ਇੰਨੇ ਪੈਸੇ ਨਹੀਂ ਸਰਕਾਰੀ ਚ ਗਿਆ ਉਹਦਾ ਇਲਾਜ ਨਹੀਂ ਹੋਇਆ ਪ੍ਰਾਈਵੇਟ ਜਾਣ ਜੋਗਾ ਹੈ ਨਹੀਂ ਸੀ ਕਿਸੇ ਨੇ ਬਾਹ ਨਹੀਂ ਫੜੀ ਕਹਿੰਦੇ ਜੀ ਇਹ ਨਸ਼ੇੜੀ ਆ ਸ਼ਰਾਬ ਪੀਂਦਾ ਸੀ ਲੋਕ ਅੱਜ ਕੱਲ ਬੰਦੇ ਦੇ ਨੂੰ ਜਸਟੀਫਾਈ ਵੀ ਗਲਤੀਆਂ ਲੱਭ ਲੈਂਦੇ ਆ ਵੀ ਮੈਂ ਤਾਂ ਨਹੀਂ ਤਾਂ ਨਹੀਂ ਮਦਦ ਕਰਨੀ ਇਹ ਆ ਕਰਦਾ ਪਰ ਉਹਦੇ ਹਾਲਾਤ ਨਹੀਂ ਦੇਖਦੇ ਅਸੀਂ ਭਾਈ ਕਨੇਈ ਆ ਜੀ ਦੇ ਵਾਰਸਾਂ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮਲਮ ਪੱਟੀਆਂ ਕੀਤੀਆਂ ਅਸੀਂ ਆਪਣੇ ਨੂੰ ਨਹੀਂ ਸਾਮ ਸਕਦੇ ਹੁਣ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਅੱਜ ਆਸ਼ਰਮ ਸਾਡੀ ਹੁਣ ਸ਼ੈਲਟਰ ਦੀ ਗੱਲ ਕਰ ਲਈਏ ਅਸੀਂ ਅੱਗੇ ਵੀ ਗੱਲ ਕਰਦੇ ਹਾਂ ਵੀ ਇਦਾਂ ਦੇ ਸ਼ੈਲਟਰ ਬੰਦ ਹੋ ਜਾਣੇ ਚਾਹੀਦੇ ਆ ਅਸੀਂ ਚਾਹੁੰਦੇ ਹਾਂ ਸਾਡੇ ਸੁਪਨਿਆਂ ਦੇ ਘਰ ਠਾ ਢੇਰੀ ਹੋ ਜਾਵੇ ਇੱਥੇ ਕੋਈ ਬੰਦਾ ਨਾ ਸਾਨੂੰ ਲਿਆਉਣਾ ਪਵੇ ਪਰ ਉਹਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਆਪਣੀ ਜ਼ਿੰਮੇਵਾਰੀ ਚੱਕਣੀ ਪੈਣੀ ਅਸੀਂ ਉਹ ਸਮਾਂ ਦੇਖਿਆ ਜਦੋਂ ਸਾਰਾ ਹਰੇਕ ਬੰਦਾ ਹੀ ਇੱਕ ਐਨਜੀਓ ਸੀ ਹਰੇਕ ਬੰਦਾ ਇੱਕ ਸੰਸਥਾ ਸੀ ਉਹ ਆਪਣੀ ਡਿਊਟੀ ਨਿਭਾਉਂਦੇ ਸੀ ਮਾਮੇ ਮਾਸੀ ਭੂਆ ਚਾਚੇ ਤਾਇਏ ਦੇ ਧੀਆ ਪੁੱਤਾਂ ਦੀ ਹਲਾ ਕਿ ਨਹੀਂ ਸਾਡੇ ਆ ਜਾਂ ਸਾਡੇ ਗੋਤ ਦਾ ਸਾਡੇ ਧਰਮ ਦਾ ਸਾਡੇ ਪਿੰਡ ਦਾ ਉਨਾ ਸਾਡੀ ਜਾਤ ਦਾ ਅੱਜ ਤਾਂ ਭੈਣ ਭਰਾ ਵੀ ਕਹਿਣਗੇ ਨਾ ਹੋਇਆ ਵਰਗਿਆ ਮਾਂ ਪਿਓ ਵੀ ਕਹਿਣਗੇ ਨਾ ਹੋਇਆ ਵਰਗਿਆ ਫਿਰ ਉਸ ਤੋਂ ਬਾਅਦ ਅੱਗੇ ਕੌਣ ਰਹਿ ਜਾਂਦਾ ਪਰਿਵਾਰ ਤੋਂ ਬਾਅਦ ਸਮਾਜ ਆ ਸਮਾਜ ਵੀ ਪਰਿਵਾਰ ਆ ਸਮਾਜ ਦੇ ਵਿੱਚ ਕੌਣ ਲੋਕ ਆ ਜਿਹੜੇ ਸક્ષਮ ਨੇ ਜਿਹੜੇ ਇਹ ਚੀਜ਼ ਕਰ ਸਕਦੇ ਨੇ ਹਰੇਕ ਪਿੰਡ ਦੇ ਵਿੱਚ ਐਦਾਂ ਦੇ ਅਦਸਕਾਰ ਹੁੰਦੇ ਜਿਨ੍ਹਾਂ ਨੂੰ ਮਾਰੇ ਨੇ ਇੰਨੀ ਪਾਵਰ ਦਿੱਤੀ ਆ ਕਿ ਉਹ ਸਾਰੇ ਪਿੰਡ ਨੂੰ ਖਵਾ ਸਕਦੇ ਆ ਬੈਸੀ ਤੇ ਪਰ ਸਾਰਾ ਪਿੰਡ ਭੁੱਖਾ ਨਹੀਂ ਮਰਦਾ ਪਿੰਡ 'ਚ ਕੋਈ ਇੱਕ ਦੋ ਘਰ ਹੁੰਦੇ ਜਿਹੜੇ ਵਕਤ ਦੀ ਮਾਰ ਕਰਕੇ ਜਾਂ ਆਪਣੀਆਂ ਗਲਤੀਆਂ ਕਰਕੇ ਨਸ਼ਾ ਕਰਕੇ ਉਹ ਇਹ ਹਲਾਤਾਂ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਨਰਕ ਕਹਿੰਦੇ ਆ ਬਹੁਤ ਸਾਰੇ ਇੱਕ ਮਾਂ ਸਾਡੇ ਕੋਲ ਆਈ ਬਠਿੰਡੇ ਵੱਲੀ ਉਹਦੇ ਬ੍ਰੈਸਟ ਦੇ ਵਿੱਚ ਕੈਂਸਰ ਸੀ ਕੀੜੇ ਪੈ ਗਏ ਉਹਦੇ ਘਰ ਵਾਲਾ ਬੱਕਰੀਆਂ ਚਾਰਦਾ ਉਹ ਪਿੰਡ ਦੇ ਵਿੱਚ ਗਊਸ਼ਾਲਾ ਵਾਲੇ ਬਾਈ ਕੋਲੇ ਜਾਂਦਾ ਕਹਿੰਦਾ ਬਾਈ ਯਾਰ ਮੈਨੂੰ ਤੇਲ ਦੇ ਜਿਹੜਾ ਤੂੰ ਪਾਉਣਾ ਉਹਨਾਂ ਗਾਵਾਂ ਦੇ ਕੀੜੇ ਕੱਢਣ ਲੱਗੇ ਤੇਰੀ ਤਾਈ ਦੇ ਕੀੜੇ ਪੈ ਗਏ ਉਹ ਜਾ ਕੇ ਦੇਖਦਾ ਉਹਦੀ ਸਾਰੀ ਬੱਕੀ ਚ ਖੁੱਡਾ 8 ਸਾਲ ਪਹਿਲਾਂ ਹਸਪਤਾਲ ਗਿਆ ਲੈ ਕੇ ਵਾਈਫ ਨੂੰ ਡਾਕਟਰ ਕਹਿੰਦੇ ਤੇ ਕੈਂਸਰ ਆ ਬ੍ਰੈਸਟ ਦਾ ਵੀ ਇਹਦਾ ਸੇਵਾ ਕਰ ਲਾ 8 ਸਾਲ ਉਹ ਲੇਡੀ ਜੀ ਆਉਂਦੀ ਰਹਿੰਦੀ ਆ ਉਹਦੇ ਦੋਨੇ ਬ੍ਰੈਸਟ ਸੁੱਕ ਜਾਂਦੇ ਆ ਜੋ ਜਮੀ ਜਾਖਮ ਬਣ ਕੇ ਇਦਾਂ ਥੱਲੇ ਝੜ ਜਾਂਦੇ ਆ ਅੰਦਰ ਖੁੱਡਾਂ ਬਣ ਜਾਂਦੀਆਂ ਕੀੜੇ ਗਰਮੀਆਂ 'ਚ ਬੰਦਾ ਕੱਪੜਾ ਵੀ ਨਹੀਂ ਲਾਏ ਤੇ ਉਹ ਮਾਤਾ ਨੂੰ ਲੈ ਕੇ ਆਓ ਮਾਂ ਐਂ ਕੀੜੇ ਕੱਢ ਕੇ ਐਂ ਪੈਰਾਂ ਨਾਲ ਮਲ ਜਾਂਦੀ ਐ ਤੜਫੀ ਜਾਂਦੀ ਐ ਬੈਠੀ ਹੁਣ ਉਸ ਪਿੰਡ ਦੇ ਕੋਈ ਬੰਦੇ ਉਹਦੀ ਮਦਦ ਨਹੀਂ ਸੀ ਕਰ ਸਕਦੇ ਬਹੁਤ ਸਾਰੇ ਪਿੰਡਾਂ 'ਚ ਜਿੱਥੇ ਅਸੀਂ ਬਯੁਰਗਾ ਨੂੰ ਬਾਪੂ ਕੇਸਰ ਸਿੰਘ ਦੀ ਆਪਾਂ ਗੱਲ ਕਰੀ ਜਿੱਥੋਂ ਪਹਿਲੇ ਬੰਦੇ ਦੱਸੇ ਹੁਣ ਉਹਦੇ ਭਰਾ ਵੀ ਅੱਠ ਸੀ ਕਿਸੇ ਨੇ ਮਦਦ ਨਹੀਂ ਕੀਤੀ ਕੋ ਲੋਕ ਕਿਉਂ ਨਹੀਂ ਅੱਗੇ ਆਉਂਦੇ ਹੁਣ ਇੱਥੇ ਗੱਲ ਅਸੀਂ ਲੰਗਰ ਵਾਲੀ ਗੱਲ ਕਰ ਰਿਹਾ ਸੀ ਤੁਹਾਨੂੰ ਦੇਖੋ ਮੈਂ ਉੱਥੇ ਹੀ ਲੱਗਿਆ ਬਾਬਾ ਨਾਨਕ ਦਾ ਤੋਰਿਆ ਹੋਇਆ ਮੈਂ ਉੱਥੇ ਹੀ ਲੱਗਿਆ ਉੱਪਰ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈ ਕਿ ਕਿਸੇ ਦੇ ਮੂੰਹ ਦੇ ਵਿੱਚ ਕੋਈ ਹੁਣ ਪਿੰਡਾਂ ਦੇ ਵਿੱਚ ਸਾਡੇ ਲੰਗਰ ਲੱਗਦੇ ਆ ਗੁਰੂ ਘਰਾਂ ਚ ਵੀ ਲੱਗਦੇ ਨੇ ਸੜਕ ਕਿਹੜੀ ਚੀਜ਼ ਦਾ ਲੰਗਰ ਨਹੀਂ ਲੱਗਿਆ ਸੰਗਰਸ਼ੀ ਦੇਖੋ ਮੰਨ ਲਓ ਕਿਸ ਚੀਜ਼ ਦਾ ਲੰਗਰ ਨਹੀਂ ਲੱਗਿਆ ਪਰ ਅੱਜ ਸਾਡੀ ਬੇਨਤੀ ਆ ਵੀ ਜੇ ਅਸੀਂ ਲੰਗਰ ਲਾਉਣੇ ਆ ਦਵਾਈਆਂ ਦੇ ਲੰਗਰ ਲਾ ਦੀ ਆਪਦੇ ਪਿੰਡ ਦੇ ਵਿੱਚ ਹੁਣ ਐਨ ਆਰ ਆਈ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਆਦਾ ਸਭ ਤੋਂ ਵੱਡਾ ਤਾਕਾ ਪੰਜਾਬ ਦਾ ਐਨ ਆ ਜੇ ਉਹ ਆਪੋ ਆਪਣੇ ਪਿੰਡਾਂ ਨੂੰ ਸਾਂਭ ਲੈਣ ਤਾਂ ਲੋੜ ਹੀ ਨਾ ਪਵੇ ਇਹਨਾਂ ਸਸਤਾਵਾਂ ਦੀ ਹਰ ਪਿੰਡ ਦੇ ਵਿੱਚ ਅੱਜ 10 20 50 ਘਰ ਕੈਨੇਡਾ ਅਮਰੀਕਾ ਬੈਠੇ ਆ ਉਹ ਆਪਦੇ ਪਿੰਡ 'ਚ ਫਸ ਕੇੜੀ ਗੱਲ ਜਗੇ ਇੱਕ ਬੰਦਾ ਉਹ ਚਾਹੁੰਦਾ ਮੈਂ ਆਪਦੇ ਪਿੰਡ 'ਚ ਕਿਸੇ ਦੀ ਮਦਦ ਕਰਾਂ ਉਹਦਾ ਤਾਇਆ ਚਾਚਾ ਕਹੇ ਨਾ ਰਹਿਣ ਦੇ ਤਾਂ ਆਪਣੇ ਨਾਲ ਬਣਦੀ ਨਹੀਂ ਇਹ ਆਪਣੀ ਦੂਜੀ ਪਾਰਟੀ ਦਾ ਮਤਲਬ ਚਾਉਂਦੇ ਹੋਏ ਵੀ ਬੰਦੇ ਮਦਦ ਨਹੀਂ ਕਰ ਪਾ ਰਹੇ ਜੇ ਪਿੰਡਾਂ ਦੇ ਵਿੱਚ ਉਹ ਆਪਣੇ ਆਪਣੇ ਪਿੰਡਾਂ ਨੂੰ ਸਾਂਭ ਲੈਣ ਜਦੋਂ ਅਸੀਂ ਕਿਸੇ ਵੱਡੇ ਪਿੰਡ 'ਚ ਜਾਂਦੇ ਹਾਂ ਹੁਣ ਕੱਲ ਪਰਸੋ ਇੱਕ ਮੋਗੇ ਜਲੇ ਦਾ ਪਿੰਡ ਆ ਉੱਥੋਂ ਇੱਕ ਵੀਰ ਨੂੰ ਲੈ ਕੇ ਆਏ ਉਹਦੇ ਕੀੜੇ ਪਏ ਹੋਏ ਪੈਰ 'ਚ ਉਹ ਲੇਬਰ ਕਰਦਾ ਸੀ ਸਾਰੇ ਪਿੰਡ 'ਚ ਉਹ ਦਿਹਾੜੀ ਕਰਦਾ ਰਿਹਾ ਹਰੇਕ ਦੇ ਘਰੇ ਗਿਆ ਉਹ ਪੂਰੀ 50 ਸਾਲ ਦੀ ਉਮਰ ਆ ਕਰੀਬ ਮਜ਼ਦੂਰੀ ਕਰਦਾ ਸੀ ਬੰਦਾ ਉਹਦੇ ਪੈਰ ਤੇ ਜਾਖਮ ਹੋ ਗਿਆ ਕਹਿੰਦੇ ਕੱਖ ਲੱਗ ਗਿਆ ਪਿੰਡ 'ਚ ਆਪਾਂ ਕਹਿ ਦਿੰਨੇ ਵੀ ਸੱਪ ਨੇ ਮੂੰਹ ਲਾਤਾ ਗੜ ਗਿਆ ਪੂਰਾ ਸਰਕਾਰੀ ਹਸਪਤਾਲ ਲੈ ਕੇ ਗਏ ਮੋਗੇ ਉਹਨਾਂ ਨੇ ਉੱਥੇ ਰੈਫਰ ਕਰਤਾ ਫਰੀਦਕੋਟ ਮੈਡੀਕਲ ਕਾਲਜ ਫਰੀਦਕੋਟ ਵਾਲੇ ਕਹਿੰਦੇ ਸਾਡੀ ਸਟ੍ਰਾਈਕ ਚੱਲਦੀ ਇਹਨੂੰ ਵਾਪਸ ਲੈ ਜਾਓ ਉਹਦੇ ਕੀੜੇ ਪੈ ਗਏ ਉਹ ਸਾਡੇ ਕੋਲ ਲੈ ਕੇ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਦੇਖੋ ਕਿੰਨੇ ਐਨੇ ਲੋਕ ਵੀ ਨਹੀਂ ਸੀਗੇ ਜਿਹੜੇ ਉਹਦੀ ਮਦਦ ਕਰ ਦਿੰਦੇ ਉੱਥੇ ਉਹਨੂੰ ਇੰਦੀ ਦੂਰ ਆਉਣਾ ਪਿਆ ਸਾਡੇ ਵਰਗਾ ਸਮਾਰਟ ਸੇਵੀ ਬਣ ਰਿਹਾ ਇੱਕ ਮਤਲਬ ਪਖੰਡੀ ਚੋਰ ਵੀ ਮੈਂ ਸੇਵਾ ਕਰਦਾ ਸਾਡੇ ਤੋਂ ਵੱਧ ਸੇਵਾ ਉਹ ਕਰ ਸਕਦੇ ਆ ਆਪਣੇ ਪਿੰਡ ਚ ਕਿਉਂ ਨਹੀਂ ਸਾਹਮਦੇ ਲੋਕਾਂ ਨੂੰ ਮੈਂ ਤਾਂ ਹੀ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡਾਂ ਚ ਲੋਕ ਅਵੇਅਰ ਹੋਣ ਉੱਥੇ ਹੀ ਲੋਕਾਂ ਦੀ ਛੋਟੀ ਜੀ ਮਦਦ ਉਸ ਟਾਈਮ ਹੋ ਜਵੇ ਉਹ ਉਹਦੇ ਕੀੜੇ ਪੈਣਾ ਹੀ ਨਹੀਂ ਸੀ ਉਹ ਗਰੀਬ ਦੀ ਲੱਤ ਬੱਢਣ ਤੇ ਕਰਨੌਤੀ ਨਹੀਂ ਸੀ ਆਉਣੀ ਜੇ ਉਹਦੀ ਉੱਥੇ ਹੀ ਛੋਟੀ ਜੀ ਮਦਦ ਕਰ ਦਿੰਦੇ ਪਰ ਜਦੋਂ ਉੱਥੇ ਪੁੱਛੀਦਾ ਜੀ ਸ਼ਰਾਬ ਪੀਂਦਾ ਜੀ ਇਹਦੀ ਜਰਦਾ ਲਾਉਂਦਾ ਜੀ ਹੁਣ ਕਮੀਆਂ ਤਾਂ ਬਾਈ ਸਾਰਿਆਂ ਚ ਹੀ ਆ ਸਾਡਾ ਫਰਜ਼ ਆ ਉਹਦੇ ਹਾਲਾਤ ਦੇਖਣਾ ਕਮੀਆਂ ਦੇਖਾਂਗੇ ਤਾਂ ਖੁਦ ਚ ਵੀ ਬਹੁਤ ਨੇ ਸਾਡੇ ਚ ਚਲੋ ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਹੋਰ ਸਟੇਜ ਦੇ ਉੱਤੇ ਹੋਵੇਂ ਜਾਂ ਤੁਹਾਡੇ ਕੋਲ ਹੋਰ ਵੱਖਰੀ ਪਾਵਰ ਹੋਵੇ ਔਰ ਤੁਸੀਂ ਵੱਧ ਸੇਵਾ ਕਰ ਸਕੋ ਨਹੀ ਬਿਲਕੁਲ ਨਹੀਂ ਜੀ ਇਸ ਤੋਂ ਵੱਡੀ ਸੇਵਾ ਮੈਂ ਸਾਨੂੰ ਨਹੀਂ ਲੱਗਦਾ ਕਿ ਇਹਨਾਂ ਲੋਕਾਂ ਦੀ ਜਿਹੜੇ ਬੇਸਹਾਰਾ ਨੇ ਉਹਨਾਂ ਲੋਕਾਂ ਦੀ ਸੇਵਾ ਤੋਂ ਲੱਗਦਾ ਕਿ ਤੁਸੀਂ ਮੈਂ ਸਿੱਧਾ ਪੁੱਛ ਲੈਣਾ ਕਿ ਜੇ ਤੁਸੀਂ ਇੱਕ ਪੋਲੀਟਿਸ਼ੀਅਨ ਹੋਵੋ ਨਹੀਂ ਕਰ ਸਕਦੇ ਕਿਹਨਾਂ ਚ ਆਇਆ ਕਦੇ ਨਹੀਂ ਜੀ ਆਇਆਂ ਸਾਡੇ ਮੈਂ ਸਿੱਧਾ ਸਵਾਲ ਕਰ ਰਿਹਾ ਕਿ ਆਮ ਤੌਰ ਤੇ ਜਿਹੜੇ ਲੋਕ ਬਹੁਤ ਸਮਾਜ ਸੇਵੀ ਬਣਦੇ ਨੇ ਉਹ ਫਿਰ 2 4 5 10 ਸਾਲਾਂ ਬਾਅਦ ਜਾ ਕੇ ਪੋਲੀਟਿਕਸ ਜੁਆਇਨ ਕਰ ਲੈਂਦੇ ਉਹਨਾਂ ਨੂੰ ਟਿਕਟ ਆਫਰ ਕਰ ਦਿੱਤੀ ਜਾਂਦੀ ਹੈ ਕਿ ਨਹੀਂ ਤੁਸੀਂ ਸਾਡੇ ਵੱਲ ਆ ਕੇ ਲੜੋ ਸਾਨੂੰ ਵੀ ਆਈਆਂ ਜੀ ਆਫਰਾਂ ਅਸਲ ਚ ਕੀ ਨਹੀਂ ਕੀਤੀ ਨਹੀਂ ਨਾ ਨਹੀਂ ਇਹ ਗੱਲ ਨਹੀਂ ਆਪ ਪੈਣਾ ਗੱਲ ਇਹ ਆ ਵੀਰੇ ਸਾਨੂੰ ਉਹਨਾਂ ਨੇ ਸਬਜ਼ ਬਾਗ ਵੀ ਦਿਖਾਏ ਵੀ ਅਸੀਂ ਸਰਵੇ ਕਰਾ ਲਿਆ ਤੁਸੀਂ ਜੇਤੂ ਆ ਫਲਾਨਾ ਅਸੀਂ ਉਹਨਾਂ ਨੂੰ ਕਹਿ ਬਿਜੇ ਤੁਸੀਂ ਸਾਨੂੰ ਵਾਕਿਆ ਹੀ ਪਿਆਰ ਕਰਦੇ ਹੋ ਤਾਂ ਸਾਨੂੰ ਸੇਵਾ ਕਰ ਲੈਣ ਅਸੀਂ ਇਹ ਦੇਖੋ ਅੱਜ ਮਸਲਾ ਕੀ ਆ ਨਾ ਜੀ ਕਿਸੇ ਨੇ ਕੋਲੇ ਨੂੰ ਸਮੁੰਦਰ ਮੰਨ ਲਿਆ ਪੋਲੀਟੀਸ਼ੀਅਨ ਜਾਂ ਪੋਲੀਟਿਕਸ ਮਾਲਾਤੀ ਹੈਗਾ ਕੁਝ ਪਰ ਉਹਨੂੰ ਲੋਕ ਹਰ ਇੱਕ ਧੰਦੇ ਦਾ ਐਂਡ ਪੋਲੀਟੀਸ਼ੀਅਨ ਪੋਲੀਟਿਕਸ ਨੂੰ ਮੰਨ ਲਿਆ ਵੀ ਇਹਦੇ ਚ ਹੀ ਸਾਰਿਆਂ ਨੇ ਮਰਜ ਹੋਣਾ ਜਾ ਕੇ ਪਰ ਅਸੀਂ ਆਪਣੇ ਆਪ ਨਾਲ ਇੱਕ ਪ੍ਰੋਮਿਸ ਤੁਸੀਂ ਕਦੇ ਪੋਲਿਟਿਕਸ ਜੁਆਇਨ ਨਹੀਂ ਕਰਦੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਅਸੀਂ ਜਾਈਏ ਸੰਗਤ ਸਾਨੂੰ ਜਵਾਬ ਦੇਵੇ ਸੀ ਇਹਦਾ ਵੀ ਅਸੀਂ ਕਿਤੇ ਇਸ ਪਾਸੇ ਨੂੰ ਨਾ ਤੁਰੀਏ ਰਾਜ ਸਭਾ ਰਾਜ ਸਭਾ ਕੁਝ ਨਹੀਂ ਜੀ ਅਸੀਂ ਤਾਂ ਦੇਖੋ ਅਸੀਂ ਕੌਣ ਰਾਜ ਸਭਾ ਚੋਂ ਕਾਤ ਹੀ ਨਹੀਂ ਸਾਡੀ ਅਸੀਂ ਇੱਕ ਸੇਵਾਦਾਰ ਹਾਂ ਜੀ ਤੁਸੀਂ ਯਕੀਨ ਮੰਨਿਓ 2016 ਤੋਂ ਪਹਿਲਾਂ ਸਾਡੇ ਨਾਲ ਕੋਈ ਖੜਕੇ ਫੋਟੋ ਖਿਚਾਉਣ ਤਾਂ ਕਿ ਅਸੀਂ ਕਿਸੇ ਨਾਲ ਖੜਕੇ ਜੇ ਫੋਟੋ ਖਿਚਾਉਂਦੇ ਉਹ ਵੀ ਨਹੀਂ ਸਾਡੇ ਨਾਲ ਖੜਦਾ ਸ਼ਾਇਦ ਅੱਜ ਸਾਨੂੰ ਲੋਕ ਇੰਨਾ ਪਿਆਰ ਕਰਦੇ ਆ ਲੋਕ ਫੋਟੋ ਮੈਂ ਪਿਆ ਮੰਨ ਲਓ ਮਾਵਾ ਦੇ ਪੁੱਤ ਬਣੇ ਹੋਇਆ ਕਿੰਨੀਆਂ ਭੈਣਾਂ ਦੇ ਭਰਾ ਬਣੇ ਆ ਕਿੰਨੇ ਬਾਪੂ ਬਜ਼ੁਰਗਾਂ ਦੇ ਪੁੱਤਾਂ ਮੈਂ ਰਖੜੀ ਨੂੰ ਦੇਖ ਰਿਹਾ ਜੀ ਤੁਸੀਂ ਪੂਰੀ ਬਾਹ ਭਰੀ ਮਾਵਾ ਦੋਨੇ ਭਰ ਗੀਆਂ ਸੀ ਬਾਈ ਮਤਲਬ ਇੰਦਾ ਪਿਆਰ ਤਾਂ ਮੈਨੂੰ ਨਹੀਂ ਲੱਗਦਾ ਰਾਜ ਸਭਾ ਕਿਤੇ ਹੁਣ ਸਾਨੂੰ ਕੋਈ ਵੱਡਾ ਵਾਰਡ ਕੋਈ ਦੇ ਦੇਵੇ ਇਸ ਤੋਂ ਵੱਡਾ ਵਾਰਡ ਕੀ ਹੈ ਬਾਈ ਜਦੋਂ ਇੱਕ ਮਾਂ ਜੱਫੀ ਚ ਪਾ ਕੇ ਕਹਿੰਦੀ ਆ ਪੁੱਤ ਤੂੰ ਮੇਰਾ ਪੋਤਾ ਤੂੰ ਮੇਰੀ ਜਾਨ ਮੈਂ ਅਵਾਰਡ ਵਾਲੇ ਪਾਸੇ ਆ ਰਿਹਾ ਸੀ ਇੱਕ ਸੋਸ਼ਲ ਮੀਡੀਆ ਤੇ ਬੜੀ ਗੱਲ ਤਰੀ ਕਹਿੰਦੇ ਕਿ ਤੁਹਾਨੂੰ ਪਦਮ ਅਵਾਰਡ ਮਿਲਣਾ ਚਾਹੀਦਾ ਹੈ ਪਦਮ ਕੋਈ ਅਵਾਰਡ ਨਹੀਂ ਚਾਹੀਦਾ ਮੈਂ ਬੇਨਤੀ ਕਰਨਾ ਭੈਣਾ ਭਰਾਵਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਆ ਅਰਦਾਸ ਕਰਿਓ ਅਸੀਂ ਚੰਗੇ ਮਨ ਨਾਲ ਸਾਫ਼ ਨੀਤ ਨਾਲ ਸੇਵਾ ਕਰਦੇ ਰਹੀਏ ਇਨਸਾਨ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਉਹਦੀ ਨੀਤ ਵਿਗੜ ਜਵੇ ਸਾਡੇ ਪਰਿਵਾਰ ਦਾ ਸਾਡੇ ਬੱਚਿਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਦਾ ਮਾਦਾ ਬਣਾਉਣ ਵੀ ਉਹ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਇੱਥੇ ਕੁਝ ਪਾਉਣ ਇਦੇ ਵਿੱਚੋਂ ਅਸੀਂ ਖਾਈਏ ਨਾ ਕੁਝ ਕੱਢੀਏ ਨਾ ਸਾਡੀ ਨੀਤ ਸਾਫ਼ ਰੱਖਿਓ ਵਾਹਿਗੁਰੂ ਜੀ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਇਹੀ ਆ ਜਿੱਦਣ ਸਾਡੇ ਸੁਭਾਸ ਪੂਰੇ ਹੋਣ ਇਸੇ ਤਰ੍ਹਾਂ ਹੀ ਸੇਵਾ ਕਰਦਿਆਂ ਦੇ ਪੂਰੇ ਹੋ ਜਾਣ ਔਰ ਕੋਈ ਅਹੁਦਾ ਨਹੀਂ ਦੁਨੀਆਂ ਦਾ ਇਸ ਤੋਂ ਵੱਡਾ ਜਿਹੜਾ ਉਹਦਾ ਸਾਨੂੰ ਦਿੱਤਾ ਨਾ ਭਾਈ ਜੀ ਸ਼ਕਲਾ ਜੀ ਵਾਇਗੁਰ ਜੀ ਨੇ ਸਾਨੂੰ ਨਹੀਂ ਲੱਗਦਾ ਦੁਨੀਆ 'ਚ ਇਸ ਤਰ੍ਹਾਂ ਦਾ ਅਹੁਦਾ ਕਿਸੇ ਮੈਂ ਤਾਂ ਹੀ ਪੁੱਛ ਰਿਹਾ ਸੀ ਕਿ ਅਹੁਦੇ ਤਾਂ ਫਿਰ ਆਫਰ ਕਰ ਦਿੱਤੇ ਜਾਂਦੇ ਨੇ ਜਿਵੇਂ ਤੁਸੀਂ ਟਿਕਟ ਆਫਰ ਦੀ ਗੱਲ ਕਰ ਦਿੱਤੀ ਕਿ ਦਲ ਸਭਾ ਆਫਰ ਹੁੰਦੀ ਹੈ ਤਾਂ ਤੁਸੀਂ ਉਹਦੇ ਬਾਰੇ ਸੋਚ ਸਕਦੇ ਹੋ ਕਿ ਨਹੀਂ ਨਹੀਂ ਭਾਈ ਜੀ ਮੈਂ ਉਹਦੇ ਚ ਜਵਾਬ ਦੇ ਦਵਾਂਗੇ ਠੋਕਰਾ ਲਵਾਂਗੇ ਕਿ ਨਹੀਂ ਜਾਣਾ ਮੇਰਾ ਮੈਂ ਕੀ ਕਰ ਸਕਦਾ ਉਹਦੇ ਚ ਜਾ ਕੇ ਮੈਂ ਅਨਪੜ ਬੰਦਾ ਮੈਂ ਇਸ ਕਰਕੇ ਕਹਿ ਰਿਹਾ ਸੀ ਕਿ ਜਿੱਥੇ ਤੁਸੀਂ ਅੱਜ ਹੈਗੇ ਹੋ ਨੋ ਡਾਊਟ ਤੁਸੀਂ ਇੱਕ ਵੱਡਾ ਨਾਮ ਬਣ ਚੁੱਕੇ ਹੋ ਪਰ ਹੋ ਸਕਦਾ ਹੈ ਕਿ ਤੁਹਾਡੇ ਕੋਲ ਪਾਵਰ ਹੋਵੇ ਤੁਸੀਂ ਜਿਹੜੀਆਂ ਡਿਸੀਜ਼ ਜਿਵੇਂ ਤੁਸੀਂ ਕਹਿੰਦੇ ਹੋ ਡੀਸੀ ਨੂੰ ਚਿੱਠੀਆਂ ਕੱਢਣੇ ਤੁਸੀਂ ਹੋ ਸਕਦਾ ਹੈ ਕਿ ਉਸ ਪਾਵਰ ਚ ਹੋਵੋ ਕਿ ਸਾਰੇ ਡੀਸੀ ਨੂੰ ਚਿੱਠੀਆਂ ਕੱਢ ਦੋਗੇ ਆਪਣੇ ਪਿੰਡਾਂ ਚ ਦੇਖੋ ਪਰ ਨਹੀਂ ਕਰ ਸਕੂੰਗਾ ਮੈਂ ਫਿਰ ਮੇਰੇ ਜੰਜੀਰਾ ਬਹੁਤ ਪੈ ਜਾਣੀਆਂ ਹਨ ਦੇਖੋ ਛੱਪੜ ਦੀ ਸਪਾਈ ਛੱਪੜ ਦੇ ਬਾਹਰ ਖੜ ਕੇ ਕਰਨ ਦੀ ਬਜਾਏ ਵਿੱਚ ਉਤਰਨਾ ਆਪਾਂ ਕਹਿੰਦੇ ਆ ਪਰ ਛੱਪੜ ਦੀ ਢੰਗਾਈ ਵੀ ਦੇਖਣੀ ਪੈਣੀ ਹੈ ਛੱਪੜ ਦੇ ਵਿੱਚ ਅੱਜ ਇਹ ਤਕਨੀਕੀ ਤੌਰ ਨਾਲ ਮਸ਼ੀਨ ਲਿਆ ਕੇ ਆਪਾਂ ਬਾਹਰੋਂ ਖੜ ਕੇ ਵੀ ਪਾਪ ਲਾਈਨਾਂ ਸਫਾਈ ਕਰ ਸਕਦੇ ਅਸੀਂ ਜ਼ਰੂਰੀ ਨਹੀਂ ਵੀ ਅਸੀਂ ਇਹਦੇ ਵਿੱਚ ਉਤਰੀਏ ਤੇ ਮੈਂ ਇਸ ਚੀਜ਼ ਨੂੰ ਮੈਂ ਨਹੀਂ ਕਹਿੰਦਾ ਕੋਈ ਮਾੜੇ ਆ ਜਾਂ ਮੈਂ ਕੋਈ ਗਲਤ ਕਹਾਂ ਪਰ ਅਸੀਂ ਬਿਲਕੁਲ ਵੀ ਨਾ ਰਾਜ ਸਭਾ ਨਾ ਸਾਨੂੰ ਕੁਝ ਚਾਹੀਦੀ ਨਾ ਮੈਂ ਲਵਾਗਾ ਵਾਹਿਗੁਰੂ ਕਿਰਪਾ ਕਰਨ ਅਸੀਂ ਇਹਨਾਂ ਮਾਮਾਂ ਦੇ ਪੁੱਤ ਬਣੇ ਰਹੀਏ ਨ ਭਰਾਵਾਂ ਦੇ ਭਰਾ ਬਣੇ ਰਹੀਏ ਸਾਨੂੰ ਆਫਰ ਵੀ ਨਾ ਕਰਨ ਮੇਰੀ ਬੇਨਤੀ ਆ ਉਹਨਾਂ ਭੈਣਾ ਭਰਾਵਾਂ ਨੂੰ ਵੀ ਜਿਹੜੇ ਮੈਂ ਦੇਖਦਾ ਕਮੈਂਟਾਂ ਚ ਲਿਖਿਆ ਹੁੰਦਾ ਬਿਨਾਂ ਨੂੰ ਵੱਡੇ ਅਵਾਰਡ ਅਵਾਰਡ ਇਸ ਤੋਂ ਵੱਡਾ ਕੀ ਆ ਜੀ ਅਸੀਂ ਸੇਵਾ ਕਰਦੇ ਆ ਜੇ ਅਵਾਰਡ ਮਿਲ ਗਿਆ ਕਿਸੇ ਦੀ ਝੋਲੀ ਚ ਜਾ ਕੇ ਅਸੀਂ ਬੈਠ ਗਏ ਜਾਂ ਕਿਸੇ ਅੱਜ ਤੱਕਰ ਭਾਈ ਜੀ ਸਾਡੀ 9 ਸਾਲ ਹੋਣ ਵਾਲੇ ਲਗਭਗ ਸਾਡੇ ਘਰ ਦੇ ਵਿੱਚ ਕਦੇ ਵੀ ਕੋਈ ਸਾਡਾ ਜਿਹੜਾ ਲੋਕਲ ਐਮਐਲਏ ਆ ਕਦੇ ਉਹ ਵੀ ਨਹੀਂ ਆਇਆ ਭਾਈ ਅਸੀਂ ਇਹ ਨਹੀਂ ਕਹਿੰਦੇ ਵੀ ਵੀ ਉਹ ਗਲਤ ਆ ਠੀਕ ਆ ਉਹ ਸਾਨੂੰ ਸੇਵਾ ਨਹੀਂ ਕਰਦੀ ਕਿ ਤੂੰ ਬੜਨ ਨਹੀਂ ਦਿੱਤਾ ਉਹ ਸੇਵਾ ਨਹੀਂ ਕਰਾ ਸਾਨੂੰ ਉਹ ਸੇਵਾ ਕਰਨ ਦੇ ਰਿਹਾ ਹਮ ਚੰਗੀ ਗੱਲ ਆ ਮਨਪ੍ਰੀਤ ਸਿੰਘ ਵਾਲੀ ਜੀ ਆ ਸਾਡੇ ਲੋਕਲ ਐਮਐਲਏ ਉਹਨਾਂ ਨੇ ਸਾਡੇ ਜੇ ਉਹ ਆਉਣਗੇ ਦੇਖੋ ਗੱਲ ਇਹ ਆ ਵੀ ਦੂਸਰੇ ਵੀ ਫਿਰ ਦੂਜੀ ਪਾਰਟੀਆਂ ਦੇ ਵੀ ਆਉਣਗੇ ਇੱਕ ਅਸੀਂ ਪਬਲਿਕ ਦੇ ਵਿੱਚ ਬੈਠੇ ਕਿਹਨੂੰ ਰੋਕ ਨਹੀਂ ਸਕਦੇ ਇਲੈਕਸ਼ਨਾਂ ਦੇ ਵਿੱਚ নো ਡਾਊਟ ਇੱਕ ਦੋ ਬਈ ਦੂਸਰ ਬੰਦਿਆਂ ਨੇ ਸਾਨੂੰ ਅਪਰੋਚ ਕੀਤੀ ਸੀ ਉਹਨਾਂ ਨੂੰ ਮਨਾਂ ਕਰਤਾ ਵੀ ਪਲੀਜ਼ ਜੇ ਆਉਣਾ ਬਾਅਦ ਚ ਆ ਜਿਓ ਵੀ ਹੁਣ ਕਿਉਂਕਿ ਸਾਨੂੰ ਨਾ ਮੈਂ ਤੁਹਾਨੂੰ ਇੱਕ ਵਾਕਿਆ ਸਾਂਝਾ ਕਰਾਂ ਸਾਨੂੰ ਬੰਦਿਆਂ ਨੇ ਕਿਹਾ ਵੀ ਇਹਨਾਂ ਨੇ ਸਾਰਿਆਂ ਦੇ ਆਧਾਰ ਕਾਰਡ ਬਣਵਾ ਲਓ ਜਿੰਨੇ ਮੈਂਬਰ ਨੇ ਸਾਡੇ ਵੀ ਇਹਨਾਂ ਦੀ ਆਪ ਪੈਨਸ਼ਨ ਸ਼ੁਰੂ ਕਰਾ ਲੈਂਦੇ ਆ ਜਾਂ ਕਿ ਮੈਂ ਅਲੀ ਕਿ ਵੀ ਪੈਨਸ਼ਨ ਲੈਣ ਕੌਣ ਜਾਊ ਕਿੱਥੇ ਵੀ ਠੀਕ ਨਹੀਂ ਲੱਗਿਆ ਸਾਨੂੰ ਹਨ ਚਲੋ ਆਧਾਰ ਕਾਰਡ ਬਣ ਕਈਆਂ ਦੇ ਐਡਰੈਸ ਲੱਭਣ ਵਾਲੇ ਸੀ ਚਲੋ ਐਡਰੈਸ ਲੱਭ ਜਾਣਗੇ ਆਧਾਰ ਕਾਰਡ ਵਾਲੀ ਟੀਮ ਆ ਗਈ ਉੱਥੇ ਡੀਸੀ ਸਾਹਿਬ ਨੇ ਭੇਜਤੀ ਸਾਡੇ ਹਰਜਿੰਦਰ ਸਿੰਘ ਬੇਦੀ ਨੇ ਏਡੀਸੀ ਹੁਣ ਸ਼ਾਇਦ ਉਹ ਪਟਿਆਲੇ ਲੱਗੇ ਹੋਏ ਨੇ ਉਹ ਬਹੁਤ ਸਪੋਰਟ ਕਰਦੇ ਪਹਿਲਾਂ ਲੁਧਿਆਣੇ ਵੀ ਰਹੇ ਕੋਵਿਡ 'ਚ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ ਉਹਨਾਂ ਨੇ ਟੀਮ ਭੇਜਤੀ ਆਧਾਰ ਕਾਰਡ ਬਣ ਗਏ 100 ਸਵਾ 100 ਬੰਦੇ ਦੇ ਫਿਰ ਕਹਿੰਦੇ ਜੀ ਹੁਣ ਇਹਨਾਂ ਦੀ ਵੋਟ ਵੀ ਬਣਵਾ ਲਓ ਹੁਣ ਮੈਂ ਕਿਹਾ ਜੇ ਸਾਡੀ 2-400 ਵੋਟ ਬਣ ਗਈ ਤਾਂ ਨਾ ਸਾਡੇ ਪਿੰਡ ਦੀ ਸਰਪੰਚ ਵੀ ਸਾਡੇ ਤੇ ਤੈਅ ਹੋ ਜਾਣੀ ਹੈ ਵੀ ਮਨੁੱਖਤਾਰੀ ਸੇਵਾ ਹੀ ਬਣੂਗੀ ਸਰਪੰਚੀ ਦਾ ਕਿਉਂ 500 ਵੋਟ ਸਾਡੇ ਅੰਦਰ ਬੈਠੀ ਹੈ ਫਿਰ ਮੈਂ ਕਿਹਾ ਇੱਥੇ ਪੋਲੀਟੀਕਲ ਲੀਡਰਾਂ ਦਾ ਆਉਣਾ ਜਾਣਾ ਵਰਨਾਈ ਜਦੋਂ 500 ਵੋਟ ਅੰਦਰ ਪਈ ਆ ਤੇ ਮਤਲਬ ਅਸੀਂ ਉਹਨਾਂ ਦੀ ਉਸ ਪਾਸੇ ਨੂੰ ਵੀ ਨਹੀਂ ਤੁਰੇ ਵੀ ਬੋਟ ਬਣਮਾਈਏ ਤੇ ਨਾ ਮੈਂ ਯਕੀਨ ਮੰਨੋ ਨਾ ਮੈਂ ਇਸ ਵਾਰ ਐਮਪੀ ਦੀ ਬੋਟ ਪਾ ਕੇ ਨਾ ਪਿਛਲੀ ਵਾਰੀ ਮੈਂ ਐਮਐਮ ਦੀ ਬੋਟ ਪਾ ਕੇ ਐਮਐਲਏ ਦੀ ਬੋਟ ਪਾ ਕੇ ਮੈਂ ਬੋਟ ਪਾਉਣ ਵੀ ਨਹੀਂ ਜਾਂਦਾ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਇਹ ਗਲਤ ਗੱਲ ਆ ਲੋਕਾਂ ਨੂੰ ਕਹੀਦਾ ਪਾਓ ਭਾਈ ਇਹ મતਦਾਨ ਕਰਨਾ ਚੰਗੀ ਗੱਲ ਆ ਪਰ ਸਾਡੀਆਂ ਡਿਊਟੀਆਂ ਜਿਹੜੀਆਂ ਵਾਇਗਨ ਉਲਾਈਆਂ ਸਾਡੇ ਲਈ ਉਹ ਸਭ ਤੋਂ ਵੱਡੀਆਂ ਪ੍ਰੀਫਰੈਂਸ ਚਲੋ ਮੈਂ ਵਾਈਂਡ ਅਪ ਕਰਾਂ ਪਰ ਮੈਨੂੰ ਦੱਸੋ ਕਿ ਤੁਹਾਨੂੰ ਟਿਕਟ ਦੀ ਆਫਰ ਐਮਪੀ ਇਲੈਕਸ਼ਨ ਚ ਹੋਈ ਸੀ ਕਿ ਐ ਇਸ ਵਾਰ ਹੋਈਏ 2000 ਬਾਈ ਇਸ ਵਾਰ ਹੀ ਹੋਈ ਸੀ 2000 ਜਿਹੜੀ ਹੁਣ ਹੋ ਗਿਆ 3 ਇਲੈਕਸ਼ਨ 24 ਵਾਲੀ ਜਿਹੜੀ ਹੁਣ ਲੋਕ ਸਭਾ ਦੀ ਹੋਈ ਜੀ ਲੁਧਿਆਣੇ ਵਾਲੀ ਟਿਕਟ ਆ ਨਾ ਹੋਰ ਹੋਈ ਓਈ ਹੋ ਗਈ ਜੀ ਹੋਰ ਕਿਹੜੀ ਹੋਣੀ ਹੈ ਸਾਡੇ ਕੋਲੇ ਬੰਦੇ ਆਏ ਸੀ ਮੈਂ ਨਹੀਂ ਕਹਿੰਦਾ ਵੀ ਉਹ ਉਹਨਾਂ ਨੇ ਵੱਡੇ ਵੱਡੇ ਨਾਮ ਵੀ ਲਏ ਤੇ ਉਹਨਾਂ ਨੇ ਸਾਡੇ ਰਿਸ਼ਤੇਦਾਰਾਂ ਨਾਲ ਹੀ ਵੀ ਗੱਲ ਕਰੀ ਤੇ ਉਹ ਸਾਡਾ ਰਿਸ਼ਤੇਦਾਰ ਵੀ ਉਹਦੇ ਗਾਲੀ ਪੈ ਗਿਆ ਕਹਿੰਦਾ ਤੁਸੀਂ ਉਹਨੂੰ ਸੇਵਾ ਕਰ ਲੈਣਾ ਮੈਂ ਨੇ ਦਿੱਲੀ ਵਾਲਿਆਂ ਦੇ ਨਾਮ ਲਾਈ ਸੀ ਹਾਂ ਦਿੱਲੀ ਵਾਲਿਆਂ ਦੇ ਲਏ ਨਾਂ ਜਾਂ ਮਰ ਜਾਨੀ ਕਿ ਦੋ ਤਿੰਨ ਵੱਡੀਆਂ ਪਾਰਟੀਆਂ ਉਹਨਾਂ ਦੇ ਵਿੱਚੋਂ ਕੋਈ ਆਇਆ ਤੁਹਾਡੇ ਕੋਲ ਕੋਈ ਤਾਂ ਆਇਆ ਹੀ ਹੋ ਜੇ ਹਨਾ ਪਰ ਮੇਰੀ ਬੇਨਤੀ ਹੱਥ ਜੋੜ ਕੇ ਵੀ ਸੰਗਤ ਨੂੰ ਵੀ ਜੇ ਕਿਤੇ ਅਸੀਂ ਵੀ ਤੁਹਾਡੇ ਮੂਹਰੇ ਆ ਕੇ ਖੜੇ ਹੋ ਜਾਈਏ ਜੋੜ ਕੇ ਹੱਥ ਵੀ ਅਸੀਂ ਕਹੀ ਸਾਨੂੰ ਵੋਟਾਂ ਪਾਵੋ ਸਾਨੂੰ ਬਿਲਕੁਲ ਨਾ ਪਾਓ ਹੋ ਸਕਦਾ ਕਿ ਤੇ ਸਾਡਾ ਦਿਮਾਗ ਬਦਲ ਜਵੇ ਪਰ ਸਾਡੀ ਬੇਨਤੀ ਆ ਕਲਿੱਪ ਜਰੂਰ ਕੱਟ ਕੇ ਲਾ ਦਿਓ ਉਸ ਟਾਈਮ ਤੁਸੀਂ ਲੋਕ ਲਗਾ ਦਿੰਦੇਵੇਂ ਉਹੀ ਕਹਿਣ ਲੱਗਿਆ ਸੀ ਕਿ ਤੁਹਾਡੀ ਇਹ ਕਲਿੱਪ ਰੱਖ ਲੈਣੀ ਹੈ ਲੋਕਾਂ ਨੇ ਨਹੀਂ ਨਹੀਂ ਜਰੂਰ ਲਾ ਦਿਓ ਚਾਰ ਪੰਜ ਸਾਲ ਬਾਅਦ ਇਲੈਕਸ਼ਨ ਲੜਨ ਚਲੇਗੇ ਆਹੀ ਕਲਿੱਪ ਦਿਖਾਣੀ ਆ ਅਸੀਂ ਜੇ ਇਸ ਚੀਜ਼ ਦੇ ਵਿੱਚ ਜਾਵਾਂਗੇ ਨਾ ਜੀ ਤਾਂ ਇਹ ਸੇਵਾ ਨੂੰ ਕੈਸ਼ ਕਰਾਂਗੇ ਹੋਰ ਨਹੀਂ ਫਿਰ ਕੋਈ ਉਹ ਕਦ ਲਈ ਮਿਲਣਾ ਸਾਨੂੰ ਜੇ ਵਾਰਡ ਕੋਈ ਰਾਜ ਸਭਾ ਜਾਂ ਕੋਈ ਸਾਨੂੰ ਮਿਲਣੀ ਹੈ ਕਦ ਲਈ ਮਿਲਣਾ ਆ ਸੇਵਾ ਕਰਕੇ ਮਿਲਣਾ ਸਾਨੂੰ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਬੰਦਾ ਉਸ ਪੀਸ਼ਨ ਤੇ ਜਾਂਦਾ ਫਿਰ ਉਹ ਸੇਵਾ ਕਰ ਸਕਦਾ ਮੇਨੂੰ ਨਹੀਂ ਲੱਗਦਾ ਉਹ ਸੇਵਾ ਸੀ ਉਹ ਸਾਬ ਨਾ ਕਰ ਸਕਦੇ ਅੱਜ ਅਸੀਂ ਯਾਤ ਘੁੰਮਦੇ ਆ ਸਾਡੇ ਨਾਲ ਕੋਈ ਗਨਮੈਨ ਨਹੀਂ ਅੱਜ ਅਸੀਂ ਜਿਹੜੇ ਪਿੰਡ ਜਾ ਕੇ ਖੜ ਦੀਏ ਜਾ ਕੇ ਸਵੀਰੋਂ ਨਿਕਲ ਜਾਈਦਾ 10 ਵਜੇ ਨੂੰ ਉਸ ਪਿੰਡ ਚ ਹੋਈ ਤੇ ਜਿੱਥੇ ਜਾਣਾ ਹੁੰਦਾ ਅਮਰਸਰ ਜ਼ਿਲ੍ਹੇ ਜਾਣਾ ਜਲੰਧਰ ਪਟਿਆਲੇ ਜਾਣਾ ਫਿਰ ਅਸੀਂ ਤਾਮਾਜਮ ਲੈ ਕੇ ਲੋਕਾਂ ਦੀ ਸੇਵਾ ਥੋੜੀ ਕਰਦੇ ਫਿਰਾਂਗੇ ਫਿਰ ਅਸੀਂ ਗਨਮੈਨ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ ਥੋੜੀ ਬੜਾਂਗੇ ਜਾ ਕੇ ਵੀ ਆ ਬਾਪੂ ਨੂੰ ਲੈਣ ਆਏ ਆ ਜੀ ਉਹ ਕਰਨਾ ਹੈ ਤੇ ਇਹ ਬੇਨਤੀ ਆ ਵੀ ਅਸੀਂ ਇਹ ਕਰਦੇ ਰਹੀਏ ਆਖਰੀ ਸੁਬਾਹ ਤੇ ਕਰ ਸੱਚੇ ਪਾਸ਼ਾ ਕਿਰਪਾ ਕਰਨ ਉਹ ਅੱਲਾਹ ਹੋ ਰਾਮ ਹੋ ਵਾਹਿਗੁਰੂ ਹੋ ਭਗਵਾਨ ਮਿਹਰ ਕਰੇ ਵੀ ਸਾਨੂੰ ਇਸ ਪਾਸੇ ਨੂੰ ਕਦੇ ਜਾਣ ਦੀ ਨੌਬਤ ਨਾ ਆਵੇ ਚਲੋ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਬੜੀ ਲੰਬੀ ਗੱਲਬਾਤ ਆਪਾਂ ਕੀਤੀ ਹੈ ਮੈਨੂੰ ਲੱਗਦਾ ਬਹੁਤ ਸਾਰੇ ਕਿਸੇ ਮੈਂ ਵੀ ਮਹਿਸੂਸ ਕਰ ਰਹੇ ਹਾਂ ਕਿ ਜਦੋਂ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਜੇ 700 ਲੋਕਾਂ ਦਾ 700 ਲੋਕਾਂ ਦੇ ਨਾਲ ਜਿਹੜੇ ਤੁਹਾਡੇ ਕੋਲਥੇ ਪਰਿਵਾਰ ਨੇ ਸਭ ਦਾ ਇੱਕ ਇੱਕ ਕਹਾਣੀ ਇੱਕ ਸਟੋਰੀ ਆ ਉਹਨਾਂ ਦੇ ਪਿੱਛੇ ਬਈ ਜੀ ਸੇ ਸੱਤ ਕਰਕੇ ਬਹੁਤ ਸਾਰੀਆਂ ਜਿਹੜੀਆਂ ਐਲਬਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਬੋਰ ਜੀ ਹਜ਼ਾਰਾਂ ਹੀ ਆ ਬਾਈ ਹਜ਼ਾਰਾਂ ਹੀ ਚਲੋ شکریہ ਸਰ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਅਸੀਂ ਤਾੜੀਆਂ ਦੇ ਨਾਲ ਔਰ ਅਸੀਂ ਅੱਜ ਅੱਜ ਦੀਆਂ ਸਟੋਰੀਜ਼ ਸੁਣ ਕੇ ਸਾਨੂੰ ਇਹ ਵੀ ਲੱਗ ਰਿਹਾ ਕਿ ਬਹੁਤ ਕੁਝ ਐਸਾ ਜਿਹੜੀਆਂ ਸ਼ਾਇਦ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੈ ਔਰ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸ਼ਾਇਦ ਮਹਿਸੂਸ ਨਹੀਂ ਕਰ پا ਰਹੇ ਕਿ ਇਹ ਵੀ ਸਮਾਜ ਦੇ ਵਿੱਚ ਹੋ ਰਿਹਾ ਹੈ ਜੋ ਤੁਸੀਂ ਸਾਨੂੰ ਦੱਸਿਆ। ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਨਿਊਜ਼ ਲੀਗਿੰਦੀ ਟੀਮ ਦੇ ਨਾਲ ਚੜ੍ਹਨ ਦੇ ਲਈ। ਬਹੁਤ-ਬਹੁਤ ਥੈਂਕ ਯੂ। ਥੈਂਕ ਯੂ ਗੁਰਜੀ ਸਾਰਿਆਂ ਦਾ ਧੰਨਵਾਦ ਬੈਂ। ਆਪਾਂ ਬਹੁਤ ਸਾਰੇ ਪੋਲਿਟਿਸ਼ੀਅਨਸ ਨੂੰ ਮਿਲਦੇ ਆਂ ਪਰ ਗੁਰਪ੍ਰੀਤ ਜੀ ਤੁਸੀਂ ਆਏ ਸਾਡੇ ਕੋਲ ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਬੈਂ ਸਾਰਿਆਂ ਦਾ ਧੰਨਵਾਦ। ਮਨੁੱਖਤਾ ਦੀ ਸੇਵਾ ਸੰਸਥਾ ਦੀਆਂ ਵੀਡੀਓਜ਼ ਦੇਖਣਾ ਤੇ ਉਸ ਵੀਡੀਓਜ਼ ਤਰ੍ਹਾਂ ਕਿਸੇ ਦੀ ਸੇਵਾ ਕਰਨਾ ਇਹ ਦੋਵਾਂ ਦੇ ਵਿੱਚ ਬਹੁਤ ਫਰਕ ਹੈ। ਸਾਡੇ ਸਾਹਮਣੇ ਬਹੁਤ ਕੁਝ ਹ ਬਹੁਤ ਦੁੱਖ ਹੁੰਦਾ ਹੈ ਦਰਦ ਹੁੰਦਾ ਹੈ बावਜੂਦ ਉਸਦੇ ਉਸ ਲਈ ਕੁਝ ਕਰ ਨਹੀਂ ਪਾਉਂਦੇ ਪਰ ਕੁਝ ਲੋਕ ਹੈਗੇ ਨੇ ਜੋ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਾਅਦ ਦੇ ਵਿੱਚ ਜਿਹੀਆਂ ਵੀ ਸੁਣੀਆਂ ਉਹਨਾਂ ਦੇ ਜ਼ੁਬਾਨੀ ਜਿਸ ਤੋਂ ਬਾਅਦ ਲੱਗਦਾ ਕਿ ਬਹੁਤ ਕੁਝ ਸੋਸਾਇਟੀ ਦੇ ਵਿੱਚ ਕੀਤਾ ਜਾ ਸਕਦਾ ਔਰ ਉਹ ਸਾਡੇ ਆਲੇ-ਦੁਆਲੇ ਤੋਂ ਸਾਡੇ ਪਿੰਡ ਤੋਂ ਸਾਡੇ ਮੋਹੱਲੇ ਤੋਂ ਹੀ ਹੁੰਦੀ ਹੈ ਸ਼ਾਇਦ ਉਹੀ ਗੁਰਪ੍ਰੀਤ ਹੋਰਾਂ ਨੇ ਕੀਤੀ ਹੈ ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹ ਇੰਟਰਵਿਊ ਬਹੁਤ ਮਨਾਂ ਨੂੰ ਬਦਲੇਗੀ ਜਿਨ੍ਹਾਂ ਦੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਾਂਦੇ ਨੇ ਜੋ ਅਸੀਂ ਪੂਰੀ ਗੱਲਬਾਤ ਦੇ ਦੌਰਾਨ ਵੀ ਕਰ ਰਹੇ ਸੀ ਔਰ ਉਮੀਦ ਕਰਦੇ ਹਾਂ ਕਿ ਅਸੀਂ ਆਪਣੇ ਲੈਵਲ ਜਿਨ੍ਹਾਂ ਕੋ ਜੀ ਯੋਗਦਾਨ ਜ਼ਰੂਰ ਆਪਣੀ ਸੁਸਾਇਟੀ ਦੇ ਪ੍ਰਤੀ ਪਾਵਾਂਗੇ ਨਿਊਜ਼ ਪਾ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਮੈਨੂੰ ਯਾਨੀ ਗੌਰਵ ਸ਼ੁਕਲਾ ਨੂੰ ਇਜਾਜ਼ਤ ਦਿਓ ਧੰਨਵਾਦ